ਹੈਲੋ ਹਰ ਵੀਰਨ ਵੈਲਕਮ ਟੂ ਪੰਜਾਬ IQ ਪੰਜਾਬ IQ ਦੀ ਇਸ ਸਪੈਸ਼ਲ ਵੀਡੀਓ ਦੇ ਵਿੱਚ ਅੱਜ ਆਪਾਂ ਡਿਸਕਸ ਕਰਾਂਗੇ 6ਵੀਂ ਤੋਂ ਲੈ ਕੇ 8ਵੀਂ ਜਮਾਤ ਤੱਕ ਦਾ ਨਿਚੋੜ ਇਸ ਵਿੱਚ ਆਪਾਂ ਡਿਸਕਸ ਕਰਾਂਗੇ 1000 ਪ੍ਰਸ਼ਨਾਂ ਦਾ ਸੰਗ੍ਰਹਿ ਜੋ ਕਿ ਤੁਹਾਨੂੰ ਹੈਲਪ ਕਰੇਗਾ ਪੰਜਾਬ ਵਾਰਡ اٹੈਂਡੈਂਟ ਪੇਪਰ ਦੇ ਲਈ ਜੋ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਦੁਆਰਾ ਕੰਡਕਟ ਕਰਵਾਇਆ ਜਾਣਾ ਹੈ ਬਾਬਾ ਫਰੀਦ ਯੂਨੀਵਰਸਿਟੀ ਦੇ ਦੁਆਰਾ ਇਸ ਪੋਸਟ ਦੇ ਲਈ ਜੋ ਸਲਿਵਜ਼ ਹੈ ਉਹ ਮੈਂਸ਼ਨ ਕਰ ਦਿੱਤਾ ਗਿਆ ਹੈ ਇਸ ਦੇ ਵਿੱਚ ਕਿਹਾ ਗਿਆ ਹੈ 8ਵੀਂ ਲੈਵਲ ਦਾ ਜੋ ਵੀ ਜੀਕੇ ਦਾ ਸਿਲੇਬਸ ਹੈ ਉਸ ਨੂੰ ਹੀ ਇਸ ਦੇ ਵਿੱਚ ਪੁੱਛਿਆ ਜਾਏਗਾ ਇਸ ਲਈ ਕਾਫੀ ਸਟੂਡੈਂਟਸ ਦੀ ਡਿਮਾਂਡ ਸੀ ਕਿ ਸਰ 8ਵੀਂ ਲੈਵਲ ਦੇ ਜੋ ਵੀ ਜੀਕੇ ਦੇ ਕੁਐਸਚਨਸ ਬੰਦੇ ਨੇ ਉਹਨਾਂ ਨੂੰ ਇੱਕ ਹੀ ਸਿੰਗਲ ਵੀਡੀਓ ਦੇ ਵਿੱਚ ਕਵਰ ਕਰਵਾਇਆ ਜਾਵੇ ਇਸ ਲਈ ਤੁਹਾਡੀ ਹੀ ਡਿਮਾਂਡ ਦੇ ਉੱਪਰ ਇਹ ਵੀਡੀਓ ਮੈਂ ਤੁਹਾਡੇ ਤੱਕ ਲੈ ਕੇ ਆ ਰਿਹਾ ਮੇਰਾ ਨਾਮ ਹੈ ਮੋਹਿਤ ਗਰਗ ਇਸ ਵਿੱਚ ਆਪਾਂ 1000 ਪਲੱਸ ਪ੍ਰਸ਼ਨਾਂ ਨੂੰ ਡਿਸਕਸ ਕਰਾਂਗੇ ਜੋ ਕਿ ਪ੍ਰੀਵੀਅਸ ਇਗਜ਼ਾਮ ਦੇ ਉੱਪਰ ਬੇਸਡ ਹੋਣਗੇ ਸੋ ਆਪਾਂ ਇਸ ਵੀਡੀਓ ਨੂੰ ਸਟਾਰਟ ਕਰਦੇ ਹਾਂ ਬਿਨਾਂ ਕੋਈ ਟਾਈਮ ਵੇਸਟ ਕੀਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰ ਦਵਾਂ ਇਹ ਜੋ ਪੀਡੀਐਫ ਹੈ ਇਸ ਨੂੰ ਤਿਆਰ ਕੀਤਾ ਗਿਆ ਹੈ ਨਵਦੀਪ ਸਿੰਘ ਦੇ ਦੁਆਰਾ ਨਵਦੀਪ ਸਿੰਘ ਦੇ ਦੁਆਰਾ ਇਸ ਪੂਰੀ ਪੀਡੀਐਫ ਨੂੰ ਮਰਜ ਕੀਤਾ ਗਿਆ ਹੈ ਇਸ ਲਈ ਸਾਰਾ ਜੋ ਕ੍ਰੈਡਿਟ ਹੈ ਇਸ ਪੀਡੀਐਫ ਦਾ ਉਹ ਜਾਂਦਾ ਹੈ ਨਵਦੀਪ ਸਿੰਘ ਨੂੰ ਇਸ ਪੀਡੀਐਫ ਤੇ ਤੁਸੀਂ ਉਹਨਾਂ ਦੇ ਨਾਮ ਦਾ ਇੱਕ ਵਾਟਰਮਾਰਕ ਵੀ ਇਸ ਪੀਡੀਐਫ ਦੇ ਵਿੱਚ ਦੇਖ ਸਕਦੇ ਹੋ ਸੋ ਆਪਾਂ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਡਿਸਕਸ ਕਰਦੇ ਹਾਂ ਆਮ ਗਿਆਨ ਪੰਜਾਬ ਦੇ ਬਾਰੇ ਜੋ ਵੀ 6ਵੀਂ ਤੋਂ ਲੈ ਕੇ 8ਵੀਂ ਤੱਕ ਬੁੱਕਸ ਦੇ ਵਿੱਚ ਪੁੱਛਿਆ ਗਿਆ ਹੈ ਪੰਜਾਬ ਬਾਰੇ ਆਮ ਜਾਣਕਾਰੀ ਸਭ ਤੋਂ ਪਹਿਲਾਂ ਹੈ ਪੰਜਾਬ ਦੀ ਜੋ ਰਾਜਧਾਨੀ ਹੈ ਉਹ ਕਿਹੜੀ ਹੈ ਪੰਜਾਬ ਦੀ ਹਰਿਆਣੇ ਦੀ ਦੋਨਾਂ ਦੀ ਜੋ ਰਾਜਧਾਨੀ ਹੈ ਉਹ ਹੈ ਚੰਡੀਗੜ੍ਹ ਇਸ ਲਈ ਰਾਈਟ ਅਨਸਰ ਇਸ ਕੁਸ਼ਚਨ ਦਾ ਚੰਡੀਗੜ੍ਹ ਇਸ ਤੋਂ ਇਲਾਵਾ ਤੁਸੀਂ ਇਹ ਵੀ ਯਾਦ ਰੱਖਣਾ ਹੈ ਪੰਜਾਬ ਦੇ ਜੋ ਸੀਐਮ ਨੇ ਉਹਨੇ ਕੈਪਟਨ ਅਮਰਿੰਦਰ ਸਿੰਘ ਕੈਪਟਨ ਅਮਰਿੰਦਰ ਸਿੰਘ ਔਰ ਜੋ ਪੰਜਾਬ ਦੇ ਗਵਰਨਰ ਨੇ ਉਹਨੇ ਵੀਪੀ ਸਿੰਘ ਬਦਨੌਰ ਵੀਪੀ ਸਿੰਘ ਬਦਨੌਰ ਪੰਜਾਬ ਰਾਜ ਨਾਲ ਕਿਹੜੇ ਰਾਜਾਂ ਦੀ ਅਸੀਮਾਵਾਂ ਲਗਦੀਆਂ ਹਨ ਯਾਨੀ ਪੰਜਾਬ ਜੋ ਹੈ ਇਹ ਸਟੇਟ ਬਾਉਂਡਰੀ ਸ਼ੇਅਰ ਕਰਦਾ ਹੈ ਕਿਹੜੀਆਂ ਸਟੇਟਸ ਨਾਲ ਕਰਦਾ ਹੈ ਇਹ ਹੈ ਰਾਜਸਥਾਨ ਹਰਿਆਣਾ ਹਿਮਾਚਲ ਪ੍ਰਦੇਸ਼ ਔਰ ਜੰਮੂ ਐਂਡ ਕਸ਼ਮੀਰ ਜੰਮੂ ਐਂਡ ਕਸ਼ਮੀਰ ਨੇ ਜਿਹੜੇ ਇਹ ਹੁਣ ਯੂਟੀ ਬਣ ਚੁੱਕੇ ਨੇ ਇਸ ਲਈ ਇਸ ਦਾ ਰਾਈਟ ਆਨਸਰ ਬਣੂ ਆਪਣਾ ਜੰਮੂ ਅਤੇ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਅਤੇ ਰਾਜਸਥਾਨ ਪੰਜਾਬ ਰਾਜ ਦੀ ਸੀਮਾ ਕਿਹੜੇ ਦੇਸ਼ ਨਾਲ ਲੱਗਦੀ ਹੈ ਯਾਨੀ ਪੰਜਾਬ ਜੋ ਹੈ ਇਹ ਅੰਤਰਰਾਸ਼ਟਰੀ ਬਾਉਂਡਰੀ ਸ਼ੇਅਰ ਕਰਦਾ ਕਿਸ ਕੰਟਰੀ ਨਾਲ ਕਰਦਾ ਹੈ ਇਹ ਦੇਸ਼ ਹੈ ਪਾਕਿਸਤਾਨ ਪਾਕਿਸਤਾਨ ਦੀ ਜੋ ਰਾਸ਼ਤਨੀ ਹੈ ਉਹ ਹੈ اسلامਾਬਾਦ ਔਰ ਜੋ ਪ੍ਰਾਈਮ ਮਿੰისტਰ ਨੇ ਪਾਕਿਸਤਾਨ ਦੇ ਉਹ ਨੇ ਇਮਰਾਨ ਖਾਨ ਇਮਰਾਨ ਖਾਨ ਔਰ ਜੋ ਪ੍ਰੈਜ਼ੀਡੈਂਟ ਨੇ ਰਾਸ਼ਟਰਪਤੀ ਨੇ ਉਹ ਨੇ ਆਰੀਫ ਅਲਵੀ ਆਰੀਫ ਅਲਵੀ ਨੈਕਸਟ ਹੈ ਆਪਣੇ ਕੋਲ 4ਥ ਰੰਬੋ ਕੁਐਸਚਨ ਪੰਜਾਬ ਦਾ ਰਾਜ ਪਸ਼ੂ ਕਿਹੜਾ ਹੈ ਪੰਜਾਬ ਦਾ ਜੋ ਰਾਜ ਪਸ਼ੂ ਹੈ ਉਹ ਹੈ ਕਾਲਾ ਹਿਰਨ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਬਲੈਕ ਬੱਕ ਬਲੈਕ ਬੱਕ ਪੰਜਾਬ ਦਾ ਰਾਜ ਪੰਛੀ ਕਿਹੜਾ ਹੈ ਬਾਜ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਗੋਸ਼ਕ ਗੋਸ਼ਕ ਜਾਫਰ ਬਾਚ ਇਹ ਹੈ ਪੰਜਾਬ ਦਾ ਰਾਜ ਪੰਛੀ ਪੰਜਾਬ ਸ਼ਬਦ ਦਾ ਅਰਥ ਕੀ ਹੈ ਪੰਜਾਬ ਸ਼ਬਦ ਦਾ ਅਰਥ ਹੈ ਪੰਜ ਦਰਿਆਵਾਂ ਦੀ ਧਰਤੀ ਯਾਨੀ ਲੈਂਡ ਆਫ ਫਾਈਵ ਰਿਵਰਸ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ਜੋ ਸਟੇਟ ਟਰੀ ਹੈ ਪੰਜਾਬ ਦਾ ਉਹ ਹੈ ਤਹਲੀ ਤਹਲੀ ਨੈਕਸਟ ਕੁਐਸਚਨ ਹੈ ਆਪਣੇ ਕੋਲ 8th ਨੰਬਰ ਕੁਐਸਚਨ ਪੰਜਾਬ ਦੇ ਮੌਜੂਦਾ ਸਿੱਖਿਆ ਮੰਤਰੀ ਦਾ ਨਾਮ ਦੱਸੋ ਯਾਨੀ ਪੰਜਾਬ ਦੇ ਜੋ ਐਜੂਕੇਸ਼ਨ ਮਿਨਿਸਟਰ ਨੇ ਉਹ ਕੌਣ ਨੇ ਇਹ ਨੇ ਓਮ ਪ੍ਰਕਾਸ਼ ਸੋਨੀ ਓਮ ਪ੍ਰਕਾਸ਼ ਸੋਨੀ ਚੰਡੀਗੜ੍ਹ ਦੇ ਪ੍ਰਸ਼ਾਸਕ ਦਾ ਨਾਮ ਦੱਸੋ ਇਹ ਨੇ ਵੀਪੀ ਸਿੰਘ ਬਦਨੌਰ ਯਾਨੀ ਵਿਜੇਂਦਰ ਪ੍ਰਤਾਪ ਸਿੰਘ ਬਦਨੌਰ ਬਿਆਸ ਅਤੇ ਸਤਲੁਜ ਦਰਿਆ ਦਾ ਸੰਗਮ ਕਿੱਥੇ ਹੁੰਦਾ ਹੈ ਯਾਨੀ ਇੱਕ ਰਿਵਰ ਬਿਆਸ ਔਰ ਸਤਲੁਜ ਇਹਨਾਂ ਦੋਨਾਂ ਦਾ ਸੰਗਮ ਹੈ ਜਿਹੜਾ ਕਿੱਥੇ ਹੁੰਦਾ ਹੈ ਇਹ ਹੁੰਦਾ ਹੈ ਹਰੀਕੇ ਪਤਨ ਦੇ ਉੱਪਰ ਹਰੀਕੇ ਪਤਨ ਨੈਕਸਟ ਕੁਐਸਚਨ ਹੈ ਆਪਣੇ ਕੋਲ 11 ਨੰਬਰ ਕੁਐਸਚਨ ਖਾਲਸਾ ਪੰਥ ਦੀ ਸਿਰਜਣਾ ਕਦੋਂ ਅਤੇ ਕਿਸ ਗੁਰੂ ਜੀ ਨੇ ਕੀਤੀ ਸੀ ਜੋ ਖਾਲਸਾ ਪੰਥ ਦੀ ਸਿਰਜਣਾ ਸੀ ਇਹ 1699 ਦੇ ਵਿੱਚ ਕੀਤੀ ਗਈ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਅਨੰਦਪੁਰ ਸਾਹਿਬ ਉਹ ਵਿਖੇ ਕੀਤੀ ਗਈ ਸੀ 1699 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਆਰਾ ਅਨੰਦਪੁਰ ਸਾਹਿਬ ਵਿਖੇ ਨੈਕਸਟ ਕੁਐਸਚਨ ਹੈ ਆਪਣੇ ਕੋਲ 12 ਨੰਬਰ ਕੁਐਸਚਨ ਹਿੰਦ ਦੀ ਚਾਦਰ ਕਿਸ ਗੁਰੂ ਸਾਹਿਬਾਨ ਜੀ ਨੂੰ ਕਿਹਾ ਜਾਂਦਾ ਹੈ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਨੈਕਸਟ ਕੁਐਸਚਨ ਹੈ ਆਪਣੇ ਕੋਲ 13 ਨੰਬਰ ਕੁਐਸਚਨ ਜਲਿਆਂ ਵਾਲੇ ਬਾਗ ਦੀ ਘਟਨਾ ਕਦੋਂ ਅਤੇ ਕਿੱਥੇ ਵਾਪਰੀ ਜਲਿਆਂਵਾਲਾ ਬਾਗ ਜਿਹੜਾ ਇਨਸੀਡੈਂਟ ਹੋਇਆ ਸੀ ਇਹ ਹੋਇਆ ਸੀ 13 April 1919 ਨੂੰ ਇਹ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਪੰਜਾਬ ਵਿੱਚ ਰੇਲ ਦੇ ਡੱਬੇ ਬਣਾਉਣ ਦਾ ਕਾਰਖਾਨਾ ਕਿੱਥੇ ਹੈ ਇਹ ਹੈ ਕਪੂਰਥਲਾ ਵਿੱਚ ਕਪੂਰਥਲਾ ਦੇ ਵਿੱਚ ਹੈ ਰੇਲ ਕੋਚ ਫੈਕਟਰੀ ਜਿੱਤੇ ਵਿੱਚ ਰੇਲ ਦੇ ਡੱਬੇ ਬਣਾਏ ਜਾਂਦੇ ਹਨ ਕਪੂਰਥਲਾ ਨੈਕਸਟ ਕੁਐਸਚਨ ਹੈ ਪੰਜਾਬ ਰਾਜ ਵਿੱਚ ਕਿੰਨੇ ਜ਼ਿਲ੍ਹੇ ਹਨ ਪੰਜਾਬ ਸਟੇਟ ਦੇ ਵਿੱਚ ਜੋ ਡਿਸਟ੍ਰਿਕਟਸ ਨੇ ਜ਼ਿਲ੍ਹੇ ਨੇ ਉਹ ਨੇ 22 by ਨੈਕਸਟ ਕੁਐਸਚਨ ਹੈ ਆਪਣੇ ਕੋਲ 16 ਨੰਬਰ ਕੁਐਸਚਨ ਸਾਲ 2011 ਦੀ ਜਨਗਣਨਾ ਅਨਸਾਰ ਪੰਜਾਬ ਰਾਜ ਵਿੱਚ ਲਿੰਗ ਅਨੁਪਾਤ ਕਿੰਨਾ ਹੈ ਪੰਜਾਬ ਰਾਜ ਵਿੱਚ ਜੋ ਲਿੰਗ ਅਨੁਪਾਤ ਹੈ 2011 ਦੇ ਸੈਂਸਸ ਦੇ ਅਕੋਰਡਿੰਗ ਉਹ ਹੈ 1000 ਮੁੰਡਿਆਂ ਪਿੱਛੇ 893 ਕੁੜੀਆਂ 1000 ਮੁੰਡਿਆਂ ਪਿੱਛੇ 893 ਕੁੜੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਹਬਜ਼ਾਦਿਆਂ ਦੇ ਨਾਮ ਦੱਸੋ ਜੋ ਵੱਡੇ ਸਹਬਜ਼ਾਦੇ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਹ ਸੀ ਸਹਬਜ਼ਾਦਾ ਅਜੀਤ ਸਿੰਘ ਜੀ ਸਹਬਜ਼ਾਦਾ ਜੁਝਾਰ ਸਿੰਘ ਜੀ ਸਾਹਿਬਜ਼ਾਦਾ ਅਜੀਤ ਸਿੰਘ ਔਰ ਸਾਹਿਬਜ਼ਾਦਾ ਜੁਜਾਰ ਸਿੰਘ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਦਾ ਨਾਮ ਦੱਸੋ ਇਹ ਨੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਰਾਜਪਾਲ ਦਾ ਨਾਮ ਗਵਰਨਰ ਯਾਨੀ ਇਹ ਨੇ ਵੀ ਪੀ ਸਿੰਘ ਬਦਨੌਰ ਪੰਜਾਬ ਵਿਧਾਨ ਸਭਾ ਕਿੱਥੇ ਸਥਿਤ ਹੈ ਇਹ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਜੋ ਵਿਧਾਨ ਸਭਾ ਹੈ ਪੰਜਾਬ ਵਿੱਚ ਹੁਣ ਕਿੰਨੇ ਦਰਿਆ ਵਗਦੇ ਹਨ ਪ੍ਰੈਜ਼ੈਂਟ ਦੇ ਵਿੱਚ ਜੋ ਪੰਜਾਬ ਦੇ ਵਿੱਚ ਦਰਿਆ ਵਗਦੇ ਨੇ ਉਹਨੇ ਦੋ ਦਰਿਆ ਕਿਹੜੇ ਕਿਹੜੇ ਨੇ ਸਤਲੁਜ ਅਤੇ ਬਿਆਸ ਸਤਲੁਜ ਅਤੇ ਬਿਆਸ ਅਜੋਕੇ ਪੰਜਾਬ ਦਾ ਰਾਜ ਦਾ ਜਨਮ ਕਦੋਂ ਹੋਇਆ ਸੀ? ਯਾਨੀ ਜੋ ਮਾਡਰਨ ਪੰਜਾਬ ਹੈ ਇਸ ਦਾ ਜਨਮ ਕਦੋਂ ਹੋਇਆ ਸੀ? ਇਹ ਹੋਇਆ ਸੀ 1 ਨਵੰਬਰ 1964 ਨੂੰ। 1 ਨਵੰਬਰ 1964 ਪੰਜਾਬ ਨੂੰ ਯੂਨਾਨੀਆਂ ਨੇ ਕੀ ਨਾਮ ਦਿੱਤਾ? ਜੋ ਯੂਨਾਨੀ ਆਈ ਸੀ ਉਹਨਾਂ ਨੇ ਪੰਜਾਬ ਨੂੰ ਜੋ ਨਾਮ ਦਿੱਤਾ ਸੀ ਉਹ ਸੀ ਪੈਂਟਾਪਟਾਮੀਆ। ਪੈਂਟਾਪਟਾਮੀਆ ਨਾਮ ਦਿੱਤਾ ਗਿਆ ਸੀ ਪੰਜਾਬ ਨੂੰ ਯੂਨਾਨੀਆਂ ਦੇ ਦੁਆਰਾ। ਹਰਮਿੰਦਰ ਸਾਹਿਬ ਦੀ ਨੀ ਕਿਸ ਦੁਆਰਾ ਰੱਖੀ ਗਈ ਸੀ? ਹਰਮਿੰਦਰ ਸਾਹਿਬ ਦੀ ਜੋ ਨੀ ਰੱਖੀ ਗਈ ਸੀ ਇਹ ਰੱਖੀ ਗਈ ਸੀ। ਫਕੀਰ ਸਾਈ ਮੀਆਂ ਮੀਰ ਜੀ ਦੁਆਰਾ ਮੁਸਲਿਮ ਫਕੀਰ ਸਾਈ ਮੀਆਂ ਮੀਰ ਜੀ ਦੁਆਰਾ ਨੈਕਸਟ ਕੁਐਸਚਨ ਹੈ ਥੀਨ ਡੈਮ ਥੀਨ ਡੈਮ ਦਾ ਜਿਹੜਾ ਦੂਸਰਾ ਨਾਮ ਹੈ ਉਹ ਕੀ ਹੈ ਰਣਜੀਤ ਸਾਗਰ ਡੈਮ ਰਣਜੀਤ ਸਾਗਰ ਡੈਮ ਨੈਕਸਟ ਕੁਐਸਚਨ ਹੈ ਆਪਣੇ ਕੋਲ 26 ਨੰਬਰ ਕੁਐਸਚਨ ਸਰਹੰਦ ਵਿਖੇ ਦੀਵਾਰਾਂ ਵਿੱਚ ਕਿਹੜੇ ਦੋ ਸਹਬਜ਼ਾਦਿਆਂ ਨੂੰ ਚਣਵਾਇਆ ਗਿਆ ਸੀ ਇਹ ਸੀ ਸਹਬਜ਼ਾਦਾ ਜੋਰਾਵਰ ਸਿੰਘ ਔਰ ਸਹਬਜ਼ਾਦਾ ਫਤੇਹ ਸਿੰਘ ਇਹ ਦੋ ਸਹਬਜ਼ਾਦੇ ਸੀ ਜਿਨ੍ਹਾਂ ਨੂੰ ਸਹਬਜ਼ਾਦਿਆਂ ਨੂੰ ਚਿਨਵਾਇਆ ਗਿਆ ਸੀ ਸਰਹੰਦ ਦੀਆਂ ਦਿਵਾਰਾਂ ਦੇ ਵਿੱਚ ਸਾਹਿਬਜ਼ਾਦਾ ਜਹਰਾਵਰ ਸਿੰਘ ਔਰ ਫਤੇਹ ਸਿੰਘ ਪੰਜਾਬ ਦੇ ਕਿਹੜੇ ਸ਼ਹਿਰ ਦੀ ਵਸੋਂ ਸਭ ਤੋਂ ਵੱਧ ਹੈ ਯਾਨੀ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਵਾਲਾ ਜੋ ਜ਼ਿਲ੍ਹਾ ਹੈ ਉਹ ਕਿਹੜਾ ਹੈ ਇਹ ਹੈ ਲੁਧਿਆਣਾ ਲੁਧਿਆਣਾ ਪੰਜਾਬ ਦੇ ਪਹਿਲੇ ਮੁੱਖ ਮੰਤਰੀਆਂ ਦਾ ਨਾਮ ਦੱਸੋ ਗੋਪੀ ਚੰਦ ਭਾਰਗਵਾ ਗੋਪੀ ਚੰਦ ਭਾਰਗਵਾ ਪੰਜਾਬ ਦੀ ਆਜ਼ਾਦੀ ਤੋਂ ਬਾਅਦ ਕਿਹੜਾ ਸ਼ਹਿਰ ਪੰਜਾਬ ਦੀ ਰਾਜਧਾਨੀ ਬਣਿਆ ਜਦੋਂ ਪੰਜਾਬ ਆਜ਼ਾਦ ਹੋਇਆ ਸੀ ਭਾਰਤ ਸੌਰੀ ਆਜ਼ਾਦ ਹੋਇਆ ਸੀ ਜਦੋਂ ਉਸ ਸਮੇਂ ਜੋ ਪੰਜਾਬ ਦੀ ਰਾਜਧਾਨੀ ਬਣਿਆ ਸੀ ਉਹ ਬਣਿਆ ਸੀ ਸ਼ਮਲਾ ਸ਼ੇਮਲਾ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਹੈ ਵਿਰਾਸਤ ਦੇ ਖਾਲਸਾ ਮਿਊਜ਼ੀਅਮ ਹੈ ਜਿਹੜਾ ਇਹ ਕਿੱਥੇ ਹੈ ਇਹ ਲੋਕੇਟਡ ਹੈ ਅਨੰਦਪੁਰ ਸਾਹਿਬ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਪੰਜਾਬ ਦੇ ਉਸ ਪਿੰਡ ਦਾ ਨਾਮ ਦੱਸੋ ਜਿਸ ਨੂੰ ਨਰਸਰੀ ਆਫ ਹਾਕੀ 올림픽ਸ ਕਿਹਾ ਜਾਂਦਾ ਹੈ ਪੰਜਾਬ ਦੇ ਉਸ ਪਿੰਡ ਦਾ ਨਾਮ ਕੀ ਹੈ ਜਿਸ ਨੂੰ ਨਰਸਰੀ ਆਫ ਹਾਕੀ 올림픽ਸ ਕਿਹਾ ਜਾਂਦਾ ਹੈ ਉਸ ਪਿੰਡ ਦਾ ਨਾਮ ਕੀ ਹੈ ਉਸ ਪਿੰਡ ਦਾ ਨਾਮ ਹੈ ਸੰਸਾਰਪੁਰ ਸੰਸਾਰਪੁਰ ਜੋ ਹੈ ਇਹ ਜਲੰਧਰ ਦੇ ਨੇੜੇ ਹੈ ਬਿਲਕੁਲ ਸੰਸਾਰਪੁਰ ਪੰਜਾਬ ਦੇ ਕਿਸ ਸਥਾਨ ਨੂੰ ਹਾਂ ਗੁਰੂ ਕੀ ਕਾਸ਼ੀ ਦੇ ਤੌਰ ਤੇ ਜਨਾ ਜਾਦਾ ਹੈ ਇਹ ਹੈ ਤਲਵੰਡੀ ਸਾਬੋ ਤਲਵੰਡੀ ਸਾਬੋ ਬਿਆਸ ਅਤੇ ਸਤਲੁਜ ਦਰਿਆਵਾਂ ਵਿਚਕਾਰਲੇ ਇਲਾਕੇ ਨੂੰ ਕਿਹੜੇ ਦੁਆਬ ਨਾਲ ਜਨਾ ਜਾਦਾ ਹੈ ਜੋ ਬਿਆਸ ਅਤੇ ਸਤਲੁਜ ਦੇ ਵਿਚਕਾਰਲਾ ਇਲਾਕਾ ਇਸ ਨੂੰ ਜਨਾ ਜਾਦਾ ਹੈ ਬਿਸਤ ਦੁਆਬ ਦੇ ਨਾਮ ਦੇ ਨਾਲ ਬਿਸਤ ਦੁਆਬ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਦਫਤਰ ਕਿੱਥੇ ਹੈ ਇਹ ਲੋਕੇਟਡ ਹੈ ਐਸਐਸ ਨਗਰ ਦੇ ਵਿੱਚ ਜੋ ਕਿ ਮੁਹਾਲੀ ਵਿਖੇ ਹੈ ਐਸਐਸ ਨਗਰ ਮੁਹਾਲੀ ਪੰਜਾਬ ਸਕੂਲ ਸਿੱਖਿਆ ਜੋ ਬੋਰਡ ਹੈ ਇਸ ਦੀ ਸਥਾਪਨਾ ਕਦੋਂ ਹੋਈ ਸੀ ਇਹ ਹੋਈ ਸੀ 1929ਵੀਂ ਦੇ ਵਿੱਚ 1969 ਪੰਜਾਬ ਦਾ ਸਭ ਤੋਂ ਪ੍ਰਸਿੱਧ ਅਤੇ ਸਭ ਤੋਂ ਵੱਡਾ ਹਵਾਈ ਅੱਡਾ ਕਿੱਥੇ ਹੈ ਇਹ ਹੈ ਅੰਮ੍ਰਿਤਸਰ ਵਿਖੇ ਜਿਸ ਨੂੰ ਬੋਲਦੇ ਨੇ ਰਾਜਾ ਸੰਸੀ ਹਵਾਈ ਅੱਡਾ ਜੋ ਕਿ ਅੰਮ੍ਰਿਤਸਰ ਦੇ ਵਿਖੇ ਲੋਕੇਟਡ ਹੈ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਹੈ ਪੰਜਾਬ ਦੇ ਕਿਹੜੇ ਜਿਹੜਾ ਸਿਟੀ ਹੈ ਜਿਸ ਦੇ ਵਿੱਚ ਅੰਤਰਰਾਸ਼ਟਰੀ ਇੰਟਰਨੈਸ਼ਨਲ ਲੈਵਲ ਦਾ ਕ੍ਰਿਕਟ ਸਟੇਡੀਅਮ ਹੈ ਇਹ ਹੈ ਐਸ ਸੀ ਐਸ ਨਗਰ ਜੋ ਕਿ ਮੁਹਾਲੀ ਵਿਖੇ ਲੋਕੇਟਡ ਹੈ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਕੌਣ ਬਣੀ ਸੀ ਇਹ ਬਣੀ ਸੀ ਬੀਬੀ ਰਾਜਿੰਦਰ ਕੌਰ ਪੱਠਲ ਬੀਬੀ ਰਾਜਿੰਦਰ ਕੌਰ ਪੱਠਲ ਮੁਗਲ ਬਾਦਸ਼ਾ ਅਕਬਰ ਨੇ ਪੰਜਾਬ ਨੂੰ ਕਿੰਨੇ ਪ੍ਰਾਂਤਾਂ ਵਿੱਚ ਵੰਡਿਆ ਜੋ ਮੁਗਲ ਬਾਦਸ਼ਾ ਸੀ ਅਕਬਰ ਇਹਨਾਂ ਦੇ ਦੌਰਾਨ ਪੰਜਾਬ ਨੂੰ ਟੋਟਲ ਕਿੰਨੇ ਪ੍ਰਾਂਤਾਂ ਵਿੱਚ ਵਟਿਆ ਗਿਆ ਸੀ ਇਹ ਸੀ ਦੋ ਭਾਗ ਇੱਕ ਸੀ ਲਾਹੌਰ ਇੱਕ ਸੀ ਮੁਲਤਾਨ ਲਾਹੌਰ ਅਤੇ ਮੁਲਤਾਨ ਮਹਾਰਾਜਾ ਰਣਜੀਤ ਸਿੰਘ ਜੀ ਦੇ ਅਧੀਨ ਪੰਜਾਬ ਦੀ ਰਾਜਸਥਾਨੀ ਕਿਹੜੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਅਗਵਾਈ ਸੀ ਉਸ ਸਮੇਂ ਜੋ ਪੰਜਾਬ ਦੀ ਰਾਸਥਾਨੀ ਸੀ ਉਸੇ ਲਾਹੌਰ ਲਾਹੌਰ ਜੋ ਕਿ ਪੰਜਾਬ ਪਾਕਿਸਤਾਨ ਦਾ ਇੱਕ ਸਿਟੀ ਹੈ ਨੈਕਸਟ ਵੀਰ ਡਿਸਕਸ ਕਰਦੇ ਆਪਾਂ ਭਾਰਤ ਬਾਰੇ ਆਮ ਜਾਣਕਾਰੀ ਭਾਰਤ ਦੇ ਵਰਤਮਾਨ ਰਾਸ਼ਟਰਪਤੀ ਦਾ ਨਾਮ ਦੱਸੋ ਜੋ ਭਾਰਤ ਦੇ ਵਰਤਮਾਨ ਤੇ ਰਾਸ਼ਟਰਪਤੀ ਨੇ ਉਹਨੇ ਸ਼੍ਰੀ ਰਾਮ ਰਾਮਨਾਥ ਕੋਵਿੰਦ ਇਹ 14th ਪ੍ਰੈਜ਼ੀਡੈਂਟ ਨੇ 14th ਰਾਸ਼ਟਰਪਤੀ ਨੇ ਇੰਡੀਆ ਦੇ ਹੈ ਸ਼੍ਰੀ ਰਾਮਨਾਥ ਕੋਵਿੰਦ ਭਾਰਤ ਦੇ ਪ੍ਰਧਾਨ ਮੰਤਰੀ ਦਾ ਨਾਮ ਦੱਸੋ ਜੋ ਪ੍ਰੈਜ਼ੈਂਟ ਟਾਈਮ ਤੇ ਨੇ ਉਹਨੇ ਨਰਿੰਦਰ ਮੋਦੀ ਸ਼੍ਰੀ ਨਰਿੰਦਰ ਦਮੋਦਰ ਦਾਸ ਮੋਤੀ ਭਾਰਤ ਵਿੱਚ ਕਿੰਨੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਹਨ ਪੰਜਾਬ ਭਾਰਤ ਵਿੱਚ ਟੋਟਲ ਭਾਰਤ ਵਿੱਚ ਪ੍ਰੈਜ਼ੈਂਟ ਟਾਈਮ ਤੇ ਜੋ ਰਾਜ ਨੇ ਭਾਰਤ ਦੇ ਵਿੱਚ ਉਹਨੇ 28 ਜੋ ਸਟੇਟਸ ਨੇ ਭਾਰਤ ਦੇ ਵਿੱਚ ਉਹਨੇ 28 ਔਰ ਕੇਂਦਰ ਸ਼ਾਸਤ ਪ੍ਰਦੇਸ਼ ਯਾਨੀ ਜੋ ਯੂਟੀਆਂ ਨੇ ਉਹਨੇ 8 ਯਾਨੀ ਟੋਟਲ ਨੇ ਭਾਰਤ ਦੇ ਵਿੱਚ 36 ਜਿਸ ਦੇ ਵਿੱਚ 28 ਸਟੇਟਸ ਨੇ ਔਰ 8 ਯੂਟੀਆਂ ਨੇ ਇਸ ਦੇ ਵਿੱਚ ਜੋ दमरण दियो और दादा राय नगर हवेली ने इननू एक बना ਦਿੱਤਾ ਗਿਆ ਸੀ ਇਸ ਕਰਕੇ ਉਸ ਨੂੰ ਇੱਕ ਦੇ ਵਿੱਚ ਹੀ ਕਾਊਂਟ ਕੀਤਾ ਗਿਆ ਹੈ 28 ਸਟੇਟਸ ਨੇ 8 ਯੂਟੀ ਨੇ ਟੋਟਲ ਹੋ ਗਏ ਆਪਣੇ ਭਾਰਤ ਵਿੱਚ 36 ਜਿਸ ਦੇ ਵਿੱਚ ਸਟੇਟ ਔਰ ਯੂਟੀ ਦੋਨੋਂ ਹੀ ਆ ਗਏ ਨੇ ਨੈਕਸਟ ਕੁਐਸਚਨ ਹੈ ਆਪਣੇ ਕੋਲ 4ਥ ਨੰਬਰ ਕੁਐਸਚਨ ਭਾਰਤ ਵਿੱਚ ਕਿਸ ਕਿਸਮ ਦਾ ਸ਼ਾਸਨ ਪ੍ਰਣਾਲੀ ਹੈ ਭਾਰਤ ਵਿੱਚ ਜੋ ਸ਼ਾਸਨ ਪ੍ਰਣਾਲੀ ਹੈ ਉਹ ਕਿਸ ਪ੍ਰਕਾਰ ਦੀ ਹੈ ਇਹ ਹੈ ਲੋਕਤੰਤਰੀ ਸੰਸਦ ਸ਼ਾਸਨ ਪ੍ਰਣਾਲੀ ਲੋਕਤੰਤਰੀ ਡੈਮੋਕ੍ਰੇਸੀ ਨੈਕਸਟ ਕੁਐਸਚਨ ਹੈ 5ਥ ਨੰਬਰ ਕੁਐਸਚਨ ਭਾਰਤ ਦੀ ਸੰਤੋ ਲੰਬੀ ਥਲ ਸੀਮਾ ਕਿਸ ਦੇਸ਼ ਨਾਲ ਲੱਗਦੀ ਹੈ ਸਭ ਤੋਂ ਜ਼ਿਆਦਾ ਲੰਬੀ ਥਲ ਜੋ ਸੀਮਾ ਲੱਗਦੀ ਹੈ ਉਹ ਲੱਗਦੀ ਹੈ ਬੰਗਲਾਦੇਸ਼ ਦੇ ਨਾਲ ਬੰਗਲਾਦੇਸ਼ ਨੈਕਸਟ ਕੁਐਸਚਨ ਹੈ 6ਥ ਨੰਬਰ ਕੁਐਸਚਨ 6 ਨੰਬਰ ਕੁਐਸਚਨ ਭਾਰਤ ਦੇ ਕਿਸ ਰਾਜ ਦੀਆਂ ਸੀਮਾਵਾਂ ਸਭ ਤੋਂ ਵੱਧ ਰਾਜਾਂ ਨਾਲ ਲੱਗਦੀਆਂ ਹਨ ਇਹ ਹੈ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੀਆਂ ਜੋ ਸੀਮਾਵਾਂ ਨੇ ਉਹ ਸਭ ਤੋਂ ਜ਼ਿਆਦਾ ਰਾਜਾਂ ਨਾਲ ਲੱਗਦੀਆਂ ਨੇ ਕਿਉਂਕਿ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਸਟੇਟ ਹੈ ਭਾਰਤ ਦਾ ਇੱਥੇ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ ਔਰ ਸਭ ਤੋਂ ਵੱਡਾ ਵੀ ਹੈ ਇਸ ਲਈ ਰਾਈਟ ਆਨਸਰ ਹੈ ਆਪਣਾ ਇਸ ਕੁਐਸਚਨ ਦਾ ਉੱਤਰ ਪ੍ਰਦੇਸ਼ 아라ਵਲੀ ਪਰਵਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਦੱਸੋ। 아라ਵਲੀ ਪਰਵਤ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਹੈ ਗੁਰੂ ਸ਼ਿਖਰ। ਜਿਸ ਦੀ ਜੋ ਹਾਈਟ ਹੈ ਉਹ ਹੈ 1722 ਮੀਟਰ ਦੀ। ਗੁਰੂ ਸ਼ਿਖਰ। ਦੱਖਣ ਦੀ ਬੁੱਢੀ ਗੰਗਾ ਕਿਸ ਨਦੀ ਨੂੰ ਕਿਹਾ ਜਾਂਦਾ ਹੈ? ਦੱਖਣ ਦੀ ਬੁੱਢੀ ਗੰਗਾ ਜੋ ਹੈ ਇਹ ਕਿਹਾ ਜਾਂਦਾ ਹੈ ਗੋਦਾਵਰੀ ਨਦੀ ਨੂੰ। ਗੋਦਾਵਰੀ। ਭਾਰਤ ਦਾ ਸਭ ਤੋਂ ਉੱਚਾ ਡੈਮ ਕਿਹੜਾ ਹੈ? ਇਹ ਹੈ ਤੇਹਰੀ ਡੈਮ ਔਰ ਇਸ ਦੀ ਜਿਹੜੀ ਹਾਈਟ ਹੈ ਉਹ ਹੈ 260 ਮੀਟਰ ਦੀ ਔਰ ਇਹ ਕਿਸ ਨਦੀ ਦੇ ਉੱਪਰ ਬਣਿਆ ਹੋਇਆ ਹੈ? ਇਹ ਹੈ ਪਾਗੀਰਥੀ ਨੀਵਰ। ਪਾਗੀਰਥੀ ਰਿਵਰ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਲਿਖਦੇ ਆ ਪਾਗੀਰਤੀ ਇਹ ਹੈ ਨਦੀ ਇਸ ਦੇ ਉੱਪਰ ਬਣਿਆ ਹੋਇਆ ਹੈ ਦੈਟ ਇਜ਼ ਅ ਟੇਹਰੀ ਡੈਮ ਇਹ ਹੈ ਭਾਰਤ ਦਾ ਸਭ ਤੋਂ ਉੱਚਾ ਡੈਮ ਹੈ ਜਿਸ ਦੀ ਜੋ ਹਾਈਟ ਹੈ ਉਹ ਹੈ 260 ਮੀਟਰ ਦੀ ਨੈਕਸਟ ਕੁਐਸਚਨ ਹੈ ਆਪਣੇ ਕੋਲ 11 ਨੰਬਰ ਕੁਐਸਚਨ ਭਾਰਤ ਦੀ ਸਭ ਤੋਂ ਉੱਚੀ ਮਿਨਾਰ ਕਿਹੜੀ ਹੈ ਇਹ ਹੈ ਫਤੇ ਬੁਰਜ ਔਰ ਇਹ ਚੱਪੜ ਚਿੜੀ ਦੇ ਵਿੱਚ ਲੋਕੇਟਿਡ ਹੈ ਫਤੇ ਬੁਰਜ ਭਾਰਤ ਦਾ ਸਭ ਤੋਂ ਲੰਮਾ ਸਮੁੰਦਰੀ ਬੀਚ ਕਿਹੜਾ ਹੈ ਇਹ ਹੈ ਮੈਰੀਨਾ ਬੀਚ ਜੋ ਕਿ ਚੇਨਈ ਦੇ ਵਿੱਚ ਲੋਕੇਟਿਡ ਹੈ ਮੈਰੀਨਾ ਬੀਚ ਪਰਚੇਦ ਸਮਾਰਕ ਚਾਰ ਮিনার ਕਿੱਥੇ ਸਥਿਤ ਹੈ ਇਹ ਹైదరాబాద్ ਦੇ ਵਿੱਚ ਹੈ ਜੋ ਕਿ ਚਾਰ ਮিনার ਦੇ ਨਾਮ ਨਾਲ ਜਾਣੀ ਜਾਂਦੀ ਹੈ ਹైదరాబాద్ ਭਾਰਤ ਦਾ ਸਭ ਤੋਂ ਵੱਧ ਆਬਾਦੀ ਵਾਲਾ ਰਾਜ ਕਿਹੜਾ ਹੈ ਇਹ ਹੈ ਉੱਤਰ ਪ੍ਰਦੇਸ਼ ਭਾਰਤ ਦੀ ਸਭ ਤੋਂ ਵੱਡੀ ਬੰਦਰਗਾ ਕਿਹੜੀ ਹੈ ਇਹ ਹੈ ਮੁੰਬਈ ਯਾਨੀ ਸਭ ਤੋਂ ਵੱਡੀ ਬੰਦਰਗਾ ਜੋ ਹੈ ਇਹ ਕਿੱਥੇ ਲੋਕੇਟਡ ਹੈ ਇਹ ਹੈ ਮੁੰਬਈ ਦੇ ਵਿੱਚ ਭਾਰਤ ਵਿੱਚ ਸਭ ਤੋਂ ਉੱਚਾ ਹਵਾਈ ਅੱਡਾ ਕਿੱਥੇ ਸਥਿਤ ਹੈ ਇਹ ਸਥਿਤ ਹੈ ਲੇਹ ਦੇ ਵਿੱਚ ਲੇਹ ਇੱਕ ਜ਼ਿਲ੍ਹਾ ਹੈ ਜੰਮੂ ਐਂਡ ਕਸ਼ਮੀਰ ਦਾ ਲੇਹ ਨੈਕਸਟ ਹੈ ਆਪਣੇ ਕੋਲ 17 ਨੰਬਰ ਕੁਐਸਚਨ ਭਾਰਤੀ ਰੇਲ ਦਾ ਸਭ ਤੋਂ ਲੰਬਾ ਰੂਟ ਕਿਹੜਾ ਹੈ ਸਭ ਤੋਂ ਲੰਬਾ ਜੋ ਰੂਟ ਹੈ ਉਹ ਹੈ ਦਿਬਰੂਗੜ ਜੋ ਅਸਾਮ ਦੇ ਵਿੱਚ ਲੋਕੇਟਡ ਹੈ ਇਸ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੋ ਕਿ ਤਾਮਿਲਨਾਡੂ ਦੇ ਵਿੱਚ ਹੈ ਯਾਨੀ ਦਿਬਰੂਗੜ ਟੂ ਕੰਨਿਆ ਕੁਮਾਰੀ ਇਹ ਅਸਾਮ ਦੇ ਵਿੱਚ ਹੈ ਇਹ ਤਾਮਿਲਨਾਡੂ ਦੇ ਵਿੱਚ ਹੈ ਇਹ ਹੈ ਸਭ ਤੋਂ ਲੰਬਾ ਰੂਟ ਭਾਰਤੀ ਰੇਲ ਦਾ ਇੰਡੀਅਨ ਰੇਲਵੇਜ਼ ਦਾ ਭਾਰਤ ਦੇ ਰਾਸ਼ਟਰੀ ਫਲ ਦਾ ਨਾਮ ਦੱਸੋ ਇਹ ਹੈ ਕਮਲ ਦਾ ਫੁੱਲ ਕਮਲ ਦਾ ਫੁੱਲ ਭਾਰਤ ਦੇ ਰਾਸ਼ਟਰੀ ਫਲ ਦਾ ਨਾਮ ਦੱਸੋ ਇਹ ਹੈ ਅੰਬ ਸਭ ਨੂੰ ਪਤਾ ਹੋਏਗਾ ਅੰਬ ਇਹ ਹੈ ਨੈਸ਼ਨਲ ਫਰੂਟ ਆਫ ਇੰਡੀਆ ਭਾਰਤ ਦਾ ਰਾਸ਼ਟਰੀ ਗਾਣ ਕਿਸ ਦੁਆਰਾ ਲਿਖਿਆ ਗਿਆ ਸੀ ਇਸ ਨੂੰ ਲਿਖਿਆ ਸੀ ਰਵਿੰਦਰਨਾਥ ਟੈਗੋਰ ਨੇ ਭਾਰਤ ਦੇ ਨਾਲ ਨਾਲ ਬੰਗਲਾਦੇਸ਼ ਦਾ ਜੋ ਰਾਸ਼ਟਰੀ ਗਾਣ ਹੈ ਉਸ ਨੂੰ ਵੀ ਲਿਖਿਆ ਸੀ ਰਵਿੰਦਰਨਾਥ ਟੈਗੋਰ ਜੀ ਨੇ ਬੰਗਲਾਦੇਸ਼ ਤੇ ਜੋ ਜੋ ਰਾਸ਼ਟਰੀ ਗਾਣ ਹੈ ਉਸ ਨੂੰ ਵੀ ਲਿਖਿਆ ਸੀ ਰਵਿੰਦਰਨਾਥ ਟੈਗੋਰ ਨੇ ਇਹ ਵੀ ਤੁਸੀਂ ਯਾਦ ਰੱਖਣਾ ਹੈ ਪਾਖੜਾ ਨੰਗਲ ਡੈਮ ਯੋਜਨਾ ਤੋਂ ਕਿਹੜੇ-ਕਿਹੜੇ ਰਾਜਾਂ ਨੂੰ ਲਾਭ ਹੁੰਦਾ ਹੈ ਜੋ ਪਾਖੜਾ ਨੰਗਲ ਡੈਮ ਹੈ ਇਸ ਨਾਲ ਕਿਸ ਸਟੇਟਸ ਨੂੰ ਲਾਭ ਹੁੰਦਾ ਹੈ ਇਹ ਹੈ ਪੰਜਾਬ ਹਰਿਆਣਾ ਔਰ ਰਾਜਸਥਾਨ ਪੰਜਾਬ ਹਰਿਆਣਾ ਔਰ ਰਾਜਸਥਾਨ ਭਾਰਤ ਵਿੱਚ ਸਭ ਤੋਂ ਵੱਧ ਵਰਖਾ ਕਿਸ ਕਿੱਥੇ ਹੁੰਦੀ ਹੈ ਸਭ ਤੋਂ ਵੱਧ ਜੋ ਭਾਰਤ ਵਿੱਚ ਵਰਖਾ ਹੁੰਦੀ ਹੈ ਇਹ ਹੁੰਦੀ ਹੈ ਮਸੀਨ ਰਾਮ ਚਿਰੂ ਪੁੰਜੀ ਦੇ ਵਿੱਚ ਮਸੀਨ ਰਾਮ ਚਿਰੂ ਪੁੰਜੀ ਦੇ ਵਿੱਚ ਲੋਕੇਟਡ ਹੈ ਜੋ ਇੱਥੇ ਹੁੰਦੀ ਹੈ ਸਭ ਤੋਂ ਜ਼ਿਆਦਾ ਜੋ ਵਰਖਾ ਹੁੰਦੀ ਹੈ ਸੰਸਾਰ ਪੱਧਰ ਤੇ ਚਾਵਲ ਪੈਦਾਵਾਰ ਵਿੱਚ ਭਾਰਤ ਦਾ ਸਥਾਨ ਕਿਹੜਾ ਹੈ ਇਹ ਹੈ ਦੂਜਾ ਦੂਜੇ ਸਥਾਨ ਦੇ ਉੱਤੇ ਭਾਰਤ ਦਾ ਸਥਾਨ ਹੈ ਜੋ ਕਿ ਚਾਵਲ ਦੀ ਪੈਦਾਵਾਰ ਦੇ ਵਿੱਚ ਆਉਂਦਾ ਹੈ ਦੂਜਾ ਰੈਂਕ ਭਾਰਤ ਵਿੱਚ ਸਭ ਤੋਂ ਜ਼ਿਆਦਾ ਖਨिज ਤੇਲ ਕਿੱਥੋਂ ਪ੍ਰਾਪਤ ਹੁੰਦਾ ਹੈ ਇਹ ਹੈ ਬੰਬੇ ਹਾਈ ਬੰਬੇ ਹਾਈ ਤੋਂ ਸਭ ਤੋਂ ਜ਼ਿਆਦਾ ਖਨिज ਤੇਲ ਇਹਦਾ ਪ੍ਰਾਪਤ ਹੁੰਦਾ ਹੈ ਭਾਰਤ ਦੇ ਵਿੱਚ ਬੰਬੇ ਹਾਈ ਚਿਲਕਾ ਲੇਕ ਕਿੱਥੇ ਸਥਿਤ ਹੈ ਕਿਸ ਰਾਜ ਦੇ ਵਿੱਚ ਹੈ ਇਹ ਉੜੀਸ਼ਾ ਦੇ ਵਿੱਚ ਹੈ ਉੜੀਸ਼ਾ ਜਿਸ ਦੀ ਕੈਪੀਟਲ ਹੈ ਪੁਵਨੇਸ਼ਵਰ ਪੁਵਨੇਸ਼ਵਰ ਜੋ ਹੈ ਇਹ ਹੈ ਕੈਪੀਟਲ ਆਫ ਉੜੀਸ਼ਾ ਇੱਥੇ ਲੋਕੇਟਡ ਹੈ ਸਭ ਤੋਂ ਜੋ ਚਿਲਕਾ ਲੇਕ ਹੈ ਉੜੀਸ਼ਾ ਦੇ ਵਿੱਚ ਨੈਕਸਟ ਕੁਐਸਚਨ ਹੈ ਆਪਣੇ ਕੋਲ 26 ਨੰਬਰ ਕੁਐਸਚਨ ਦੁੱਧ ਉਤਪਾਦਨ ਵਿੱਚ ਭਾਰਤ ਦਾ ਦੁਨੀਆ ਵਿੱਚ ਕੀ ਸਥਾਨ ਹੈ ਭਾਰਤ ਦਾ ਦੁੱਧ ਉਤਪਾਦਨ ਦੇ ਵਿੱਚ ਜੋ ਸਥਾਨ ਹੈ ਉਹ ਹੈ ਪਹਿਲਾ ਫਸਟ ਭਾਰਤ ਦਾ ਸ਼ੈਕਸਪੀਅਰ ਕਿਸ ਨੂੰ ਕਿਹਾ ਜਾਂਦਾ ਹੈ ਸ਼ੈਕਸਪੀਅਰ ਆਫ ਇੰਡੀਆ ਕਿਹਾ ਜਾਂਦਾ ਹੈ ਕਾਲੀਦਾਸ ਨੂੰ ਕਾਲੀਦਾਸ ਨੈਕਸਟ ਕੁਐਸਚਨ ਹੈ ਆਪਣੇ ਕੋਲ 28 ਨੰਬਰ ਕੁਐਸਚਨ ਭਾਰਤ ਦਾ ਰਾਸ਼ਟਰੀ ਖੇਡ ਕਿਹੜਾ ਹੈ ਇਹ ਹੈ ਹੌਕੀ ਹੌਕੀ ਜੋ ਹੈ ਇਹ ਹੈ ਨੈਸ਼ਨਲ ਗੇਮ ਆਫ ਇੰਡੀਆ ਭਾਰਤ ਦੀ ਰਾਸ਼ਟਰੀ ਖੇਡ ਹੌਕੀ ਭਾਰਤੀ ਚੋਣ ਕਮਿਸ਼ਨ ਦਾ ਮੁੱਖ ਦਫ਼ਤਰ ਕਿੱਥੇ ਹੈ ਇਹ ਹੈ ਨਿਊ ਦਿੱਲੀ ਦੇ ਵਿੱਚ ਨਿਊ ਦਿੱਲੀ ਨੈਕਸਟ ਕੁਐਸਚਨ ਹੈ ਨਿਊ ਦਿੱਲੀ ਜੋ ਹੈ ਇਹ ਭਾਰਤ ਦੀ ਰਾਜਧਾਨੀ ਵੀ ਹੈ ਇਹ ਵੀ ਤੁਸੀ ਯਾਦ ਰੱਖਣਾ ਹੈ ਭਾਰਤ ਇੰਗਲੈਂਡ ਤੋਂ ਕਿੰਨੇ ਗੁਣਾ ਵੱਡਾ ਹੈ ਇੰਗਲੈਂਡ ਤੋਂ ਭਾਰਤ ਜੋ ਹੈ ਇਹ 12 ਗੁਣਾ ਵੱਡਾ ਹੈ 12 ਗੁਣਾ ਸੁਤੰਤਰਤਾ ਦਿਵਸ ਦੇ ਮੌਕੇ ਤੇ ਦਿੱਲੀ ਦੇ ਲਾਲ ਕਿਲੇ ਤੇ ਤਿਰੰਗਾ ਕੌਣ ਫੜਾਉਂਦਾ ਹੈ ਇਹ ਫੜਾਉਂਦਾ ਹੈ ਪ੍ਰਧਾਨ ਮੰਤਰੀ ਜੋ ਵੀ ਦੇਸ਼ ਦੇ ਉਸ ਸਮੇਂ ਜੋ ਪ੍ਰਾਈਮ ਮਿਨਿਸਟਰ ਹੁੰਦੇ ਨੇ ਇਹਨਾਂ ਦੇ ਦੁਆਰਾ ਤਿਰੰਗਾ ਜਿਹੜਾ ਫੜਾਇਆ ਜਾਂਦਾ ਹੈ ਸੁਤੰਤਰਤਾ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਪਹਿਲੀ ਭਾਰਤੀ ਮਹਿਲਾ ਰਾਸ਼ਟਰਪਤੀ ਦਾ ਨਾਮ ਦੱਸੋ ਇਹ ਸੀ ਪ੍ਰਤੀਬਾ ਪਟੇਲ ਸ਼੍ਰੀਮਤੀ ਪ੍ਰਤੀਬਾ ਪਟੇਲ ਜੀ ਜੀ ਜੋ ਇਹ ਪਹਿਲੀ ਮਹਿਲਾ ਰਾਸ਼ਟਰਪਤੀ ਬਣੀ ਸੀ ਜੋ ਕਿ ਭਾਰਤ ਦੇ ਬਣੀ ਸੀ ਸ਼੍ਰੀਮਤੀ ਪ੍ਰਤੀਪਾ ਪਟੇਲ ਨੈਕਸਟ ਕੁਐਸਚਨ ਹੈ ਆਪਣੇ ਕੋਲ 33 90 ਕੁਐਸਚਨ ਭਾਰਤ ਵਿੱਚ ਨੋਟਬੰਦੀ ਕਦੋਂ ਹੋਈ ਸੀ ਇਹ ਹੋਈ ਸੀ 9 ਨਵੰਬਰ 2016 ਨੂੰ 9 ਨਵੰਬਰ 2016 ਨੂੰ ਭਾਰਤ ਅਤੇ ਚੀਨ ਦੇ ਵਿਚਕਾਰ ਖਿੱਚੀ ਗਈ ਸੀਮਾ ਰੇਖਾ ਦਾ ਨਾਮ ਦੱਸੋ ਇਹ ਹੈ ਮੈਕਮੋਹਨ ਲਾਈਨ ਮੈਕਮੋਹਨ ਲਾਈਨ ਇਹ ਹੈ ਭਾਰਤ ਔਰ ਚੀਨ ਦੇ ਵਿੱਚ ਜੋ ਵਿਚਕਾਰ ਜੋ ਇੱਕ ਰੇਖਾ ਖਿੱਚੀ ਗਈ ਹੈ ਉਸ ਨੂੰ ਬੋਲਿਆ ਜਾਂਦਾ ਹੈ ਮੈਕਮੋਹਨ ਲਾਈਨ ਇਸ ਟੋ ਹੈ ਲਾਵਾ ਜੋ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਹੈ ਉਸ ਨੂੰ ਕੀ ਬੋਲਦੇ ਆ ਉਸ ਨੂੰ ਬੋਲਦੇ ਆ ਰੈਡ ਕਲਿਫ ਲਾਈਨ ਰੈਡ ਕਲਿਫ ਲਾਈਨ ਇਹ ਵੀ ਤੁਸੀਂ ਯਾਦ ਰੱਖਣਾ ਹੈ ਉਸ ਪਹਿਲੀ ਪਾਰਤੀ ਮਹਿਲਾ ਦਾ ਨਾਮ ਦੱਸੋ ਜਿਸ ਨੇ ਨੋਬਲ ਪ੍ਰਸ਼ਕਾਰ ਪ੍ਰਾਪਤ ਕੀਤਾ ਸੀ ਪਹਿਲੀ ਮਹਿਲਾ ਜਿਸ ਨੂੰ ਨੋਬਲ ਪ੍ਰਾਈਜ਼ ਮਿਲਿਆ ਸੀ ਏ ਸੀ ਮਦਰ ਟੇਰੈਸਾ ਮਦਰ ਟੇਰੈਸਾ ਭਾਰਤ ਦੀ ਮੁਦਰਾ ਕਰੰਸੀ ਦਾ ਨਾਮ ਦੱਸੋ ਭਾਰਤ ਦੀ ਜੋ ਮੁਦਰਾ ਹੈ ਕਰੰਸੀ ਹੈ ਉਹ ਹੈ ਰੁਪਈਆ ਰੁਪਈਆ 1857 ਇਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ ਸਭ ਤੋਂ ਪਹਿਲਾ ਜੋ ਅਸ਼ੀਰਦ ਹੋਏ ਸੀ ਉਹ ਹੋਏ ਸੀ ਮੰਗਲ ਪਾਂਡੇ ਕਿਉਂਕਿ ਜੋ ਵਿਦਰੋਹ ਸੀ ਉਹ ਮੰਗਲ ਪਾਂਡੇ ਦੇ ਦੁਆਰਾ ਹੀ ਸਟਾਰਟ ਕੀਤਾ ਗਿਆ ਸੀ ਇਸ ਲਈ ਰਾਈਟ ਆਨਸਰ ਹੈ ਆਪਣਾ ਇਸ ਕੁਸ਼ਚਨ ਦਾ ਮੰਗਲ ਪਾਂਡੇ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਪਾਰ ਤਦਾ ਸੰਸਾਰ ਵਿੱਚ ਕਿਹੜਾ ਸਥਾਨ ਹੈ ਜਨਸੰਖਿਆ ਦੀ ਦ੍ਰਿਸ਼ਟੀ ਤੋਂ ਪਾਰਤ ਵਿੱਚ ਜੋ ਸਥਾਨ ਹੈ ਉਹ ਹੈ ਦੂਜਾ ਪਹਿਲੇ ਨੰਬਰ ਤੇ ਹੈ ਚੀਨ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਚਾਈਨਾ ਚਾਈਨਾ ਆਯਾਦੀ ਤੋਂ ਪਹਿਲਾਂ ਕਿਹੜੀ ਭਾਰਤੀ ਖੇਤਰ ਕਾਲਾ ਪਾਣੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਯਾਨੀ ਆਜ਼ਾਦੀ ਤੋਂ ਪਹਿਲਾਂ ਕਿਹੜਾ ਭਾਰਤੀ ਖੇਤਰ ਸੀ ਜਿਸ ਨੂੰ ਕਾਲਾ ਪਾਣੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਇਹ ਸੀ ਅੰਡੇਮਾਨ ਨਿਕੋਬਾਰ ਦੀਪ ਸਮੂਹ ਅੰਡੇਮਾਨ ਨਿਕੋਬਾਰ ਦੀਪ ਸਮੂਹ ਭਾਰਤ ਦੀ ਸਭ ਤੋਂ ਪਹਿਲੀ ਮਹਿਲਾ ਗਵਰਨਰ ਦਾ ਨਾਮ ਦੱਸੋ ਭਾਰਤ ਦੀ ਪਹਿਲੀ ਮਹਿਲਾ ਗਵਰਨਰ ਬਣੀ ਸੀ ਸਰੋਜਨੀ 나ਇਡੂ ਸਰੋਜਨੀ 나ਇਡੂ ਉਸ ਤੋਂ ਬਾਅਦ ਡਿਸਕਸ ਕਰਦੇ ਹਾਂ ਸੰਸਾਰ ਬਾਰੇ ਯਾਨੀ ਵਿਸ਼ੇਜ਼ ਬਾਰੇ ਸੰਸਾਰ ਵਸੋ ਦਿਵਸ ਯਾਨੀ ਵਰਲਡ ਪੋਪੂਲੇਸ਼ਨ ਡੇ ਹੈ ਇਹ ਕਦੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ 11 ਜੁਲਾਈ ਨੂੰ 11th ਆਫ ਜੁਲਾਈ ਨੂੰ ਪ੍ਰithvi ਤੇ ਥਲ ਭਾਗ ਕਿੰਨੇ ਪ੍ਰਤੀਸ਼ਤ ਤੇ ਹੈ ਯਾਨੀ ਥਲ ਭਾਗ ਜੋ ਹੈ ਇਹ ਕਿੰਨਾ ਪ੍ਰਤੀਸ਼ਤ ਹੈ ਇਹ ਹੈ 29% 29% 71% ਜੋ ਹੈ ਇਹ ਪ੍ਰithvi ਦੇ ਉੱਪਰ ਕੀ ਹੈ ਪਾਣੀ ਹੈ ਔਰ ਜੋ ਥਲ ਹੈ ਇਹ ਹੈ 29 ਤ੍ਰਿਸ਼ਤੇ ਉਪਰ ਇਹ ਵੀ ਤੁਸੀਂ ਯਾਦ ਰੱਖਣਾ ਹੈ ਵਿਸ਼ਵ ਦੇ ਸਭ ਤੋਂ ਵੱਡੇ ਹਿਮਨਦੀ ਦਾ ਕੀ ਨਾਮ ਹੈ ਸਭ ਤੋਂ ਵੱਡਾ ਜੋ ਗਲੇਸ਼ੀਅਰ ਹੈ ਉਸ ਦਾ ਕੀ ਨਾਮ ਹੈ ਇਹ ਹੈ ਬੀਅਰਡ ਮੋਰ ਹਿਮਨਦ ਜਿਸ ਨੂੰ ਜੋ ਕਿ ਲੋਕੇਟਡ ਹੈ ਅੰਟਾਰਕਟਿਕਾ ਦੇ ਵਿੱਚ ਇਸ ਦਾ ਨਾਮ ਹੈ ਬੀਅਰਡ ਮੋਰ ਹਿਮਨਦ ਨੈਕਸਟ ਕੁਐਸਚਨ ਹੈ ਆਪਣੇ ਕੋਲ ਫੋਰਥ ਨੰਬਰ ਕੁਐਸਚਨ ਐਟਾ ਕਾਮਾ ਮਾਰਥੋਲ ਕਿਹੜੇ ਦੋ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ ਕਿਹੜੇ ਦੋ ਦੇਸ਼ ਨੇ ਜਿਨ੍ਹਾਂ ਦੇ ਵਿੱਚ ਐਟਾ ਕਾਮਾ ਮਾਰਥੋਲ ਹੈ ਜਿਹੜਾ ਇਹ ਫੈਲਿਆ ਹੋਇਆ ਹੈ ਇੱਕ ਦੇਸ਼ ਹੈ Peru ਤੁਜੀ ਦਾ ਨਾਮ ਹੈ ਚਿਲੀ ਚਿੱਲੇ ਔਰ Peru ਇਹ ਦੋ ਦੇਸ਼ ਨੇ ਜਿਨ੍ਹਾਂ ਦੇ ਵਿੱਚ ਐਟਾਕਾਮਾ ਜਿਹੜਾ ਮਾਰੂਥਲ ਹੈ ਉਹ ਫੈਲਿਆ ਹੋਇਆ ਹੈ ਕਿਹੜੇ ਦੇਸ਼ ਨੂੰ 10000 ਚਿੱਲਾਂ ਦੀ ਭੂਮੀ ਕਿਹਾ ਜਾਂਦਾ ਹੈ ਇਹ ਦੇਸ਼ ਹੈ ਫਿਨਲੈਂਡ ਫਿਨਲੈਂਡ ਪ੍ਰੇਰੀਜ਼ ਅਤੇ ਸਟੈਪੀਜ਼ ਕਾ ਦੇ ਮੈਦਾਨਾਂ ਵਿੱਚ ਕਿਹੜੀ ਫਸਲ ਜ਼ਿਆਦਾ ਉਗਾਈ ਜਾਂਦੀ ਹੈ ਇਹ ਹੈ ਕਣਕ ਕਣਕ ਫਸਲ ਉਗਾਈ ਜਾਂਦੀ ਹੈ ਜ਼ਿਆਦਾ ਪ੍ਰੇਰੀਜ਼ ਔਰ ਸਟੈਪੀਜ਼ ਕਾ ਦੇ ਮੈਦਾਨਾਂ ਦੇ ਵਿੱਚ ਕਣਕ ਨੈਕਸਟ ਕੁਐਸਚਨ ਹੈ ਅੱਧੀ ਰਾਤ ਦੇ ਸੂਰਜ ਦਾ ਦੇਸ਼ ਕਿਸ ਨੂੰ ਕਿਹਾ ਜਾਂਦਾ ਹੈ ਯਾਨੀ ਅੱਧੀ ਰਾਤ ਨੂੰ ਜਿਹੜਾ ਸੂਰਜ ਹੈ ਇੱਥੇ ਉਪਨ ਹੁੰਦਾ ਹੈ ਆ ਯਾਨੀ ਨਿਕਲਦਾ ਹੈ ਉਹੋ ਕਿਹੜਾ ਦੇਸ਼ ਹੈ ਇਹ ਹੈ ਨਾਰਵੇ ਨਾਰਵੇ ਦੇਸ਼ ਵਿਸ਼ਵ ਦਾ ਸਭ ਤੋਂ ਜ਼ਿਆਦਾ ਚੁਕੰਦਰ ਤੋਂ ਚੀਨੀ ਉਤਪਾਦਨ ਕਰਨ ਵਾਲਾ ਕਿਹੜਾ ਦੇਸ਼ ਹੈ ਇਹ ਹੈ ਵਿਸ਼ਵ ਦਾ ਦੇਸ਼ ਜਿਸ ਦਾ ਨਾਮ ਹੈ ਰੂਸ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਹਾਂ ਰਸ਼ੀਆ ਰਸ਼ੀਆ ਸੰਸਾਰ ਨੂੰ ਜ਼ੀਰੋ ਦਾ ਸਿਧਾਂਤ ਕਿਸ ਨੇ ਦਿੱਤਾ ਜੋ ਜ਼ੀਰੋ ਦਾ ਸਿਧਾਂਤ ਸੀ ਸਿਫਰ ਦਾ ਸਿਧਾਂਤ ਇਹ ਦਿੱਤਾ ਸੀ ਭਾਰਤ ਨੇ ਇੰਡੀਆ ਨੇ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਕਦੋਂ ਮਨਾਇਆ ਜਾਂਦਾ ਹੈ ਇਹ ਮਨਾਇਆ ਜਾਂਦਾ ਹੈ ਪਹਿਲੀ ਮਈ ਨੂੰ 6 ਮਈ ਨੂੰ ਮਨਾਇਆ ਜਾਂਦਾ ਹੈ ਜੋ ਇੰਟਰਨੈਸ਼ਨਲ ਲੇਬਰ ਡੇ ਮਨਾਇਆ ਜਾਂਦਾ ਹੈ 1 ਮਈ ਨੂੰ ਨੈਕਸਟ ਕੁਐਸਚਨ ਹੈ ਆਪਣੇ ਕੋਲ 11 ਨੰਬਰ ਕੁਐਸਚਨ ਸੰਯੁਕਤ ਰਾਸ਼ਟਰ ਸੰਘ ਦੀ ਸਥਾਪਨਾ ਕਦੋਂ ਹੋਈ ਸੀ ਸੰਯੁਕਤ ਰਾਸ਼ਟਰ ਸੰਘ ਦੀ ਜੋ ਸਥਾਪਨਾ ਹੋਈ ਸੀ ਇਹ ਹੋਈ ਸੀ 24 ਅਕਤੂਬਰ 1945 ਨੂੰ 24 ਅਕਤੂਬਰ 1945 ਨੂੰ ਕਿਸ ਦੇਸ਼ ਨੇ ਔਰਤਾਂ ਨੂੰ ਸਭ ਤੋਂ ਪਹਿਲਾਂ ਵੋਟ ਪਾਣ ਦਾ ਅਧਿਕਾਰ ਦਿੱਤਾ ਸੀ ਇਹ ਸੀ ਦੇਸ਼ ਨਿਊਜ਼ੀਲੈਂਡ ਨਿਊਜ਼ੀਲੈਂਡ ਸੰਸਾਰ ਦੇ ਸਭ ਤੋਂ ਛੋਟੇ ਦੇਸ਼ ਦਾ ਨਾਮ ਦੱਸੋ ਇਹ ਹੈ ਵੈਟਿਕਨ ਸਿਟੀ ਵੈਟਿਕਨ ਸਿੱਧੀ ਚਰਦੇ ਸੂਰਜ ਦਾ ਦੇਸ਼ ਕਿਸ ਨੂੰ ਕਿਹਾ ਜਾਂਦਾ ਹੈ ਇਹ ਹੈ ਦੇਸ਼ ਜਾਪਾਨ ਜਾਪਾਨ ਸੰਸਾਰ ਦੀ ਸਭ ਤੋਂ ਵੱਡੀ ਸੋਨੇ ਦੀ ਖਾਣ ਕਿਸ ਦੇਸ਼ ਵਿੱਚ ਹੈ ਸਭ ਤੋਂ ਵੱਡੀ ਜੋ ਸੋਨੇ ਦੀ ਜੋ ਖਾਣ ਹੈ ਇਹ ਇੰਡੋਨੇਸ਼ੀਆ ਦੇਸ਼ ਦੇ ਵਿੱਚ ਹੈ ਇੰਡੋਨੇਸ਼ੀਆ ਨੈਕਸਟ ਕੁਐਸਚਨ ਹੈ 16 ਨੰਬਰ ਕੁਐਸਚਨ ਆ ਸਭ ਤੋਂ ਪਹਿਲੀ ਬੁਲੇਟ ਟ੍ਰੇਨ ਕਿੱਥੇ ਚਲਾਈ ਗਈ ਸੀ ਪਹਿਲੀ ਜੋ ਬੁਲੇਟ ਟ੍ਰੇਨ ਚਲਾਈ ਗਈ ਸੀ ਇਹ ਜਾਪਾਨ ਦੇ ਵਿੱਚ ਚਲਾਈ ਗਈ ਸੀ ਜਾਪਾਨ ਵਿਸ਼ਵ ਵਾਤਾਵਰਣ ਦਿਵਸ ਦਾ ਕਿਦੋਂ ਬਣਾਇਆ ਜਾਂਦਾ ਹੈ ਇਹ ਬਣਾਇਆ ਜਾਂਦਾ ਹੈ 5 ਜੂਨ ਨੂੰ 5th ਆਫ ਜੂਨ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਕਿਦੋਂ ਮਨਾਇਆ ਜਾਂਦਾ ਹੈ 8 ਮਾਰਚ ਨੂੰ 8th ਆਫ ਮਾਰਚ ਕਾਲਾਹਰੀ ਮਾਰਥਲ ਕਿਹੜੇ ਮਹਾਦੀਪ ਦੇ ਵਿੱਚ ਹੈ ਇਹ ਲੋਕੇਟਡ ਹੈ ਅਫਰੀਕਾ ਮਹਾਦੀਪ ਦੇ ਵਿੱਚ ਅਫਰੀਕਾ ਮਹਾਦੀਪ ਚਿੱਟਾ ਹਾਥੀ ਜੋ ਹੈ ਇਹ ਕਿਸ ਦੇਸ਼ ਦੇ ਵਿੱਚ ਪਾਇਆ ਜਾਂਦਾ ਹੈ ਇਹ ਮੇਨਲੀ ਪਾਇਆ ਜਾਂਦਾ ਹੈ ਥਾਈਲੈਂਡ ਦੇਸ਼ ਦੇ ਵਿੱਚ ਥਾਈਲੈਂਡ ਸਭ ਤੋਂ ਵੱਧ ਦੇਸ਼ ਕਿਹੜੇ ਮਹਾਦੀਪ ਵਿੱਚ ਹਨ ਸਭ ਤੋਂ ਵੱਧ ਜੋ ਦੇਸ਼ ਨੇ ਉਹ ਅਫਰੀਕਾ ਮਹਾਦੀਪ ਦੇ ਵਿੱਚ ਲੋਕੇਟਡ ਨੇ ਅਫਰੀਕਾ ਕੰਟੀਨੈਂਟ ਦੇ ਵਿੱਚ ਕਿਸ ਦੇਸ਼ ਵਿੱਚ ਸਭ ਤੋਂ ਵੱਧ ਚੀ ਲਾ ਹਨ ਇਹ ਦੇਸ਼ ਹੈ ਕੈਨੇਡਾ ਕੈਨੇਡਾ ਦੀ ਕੈਪੀਟਲ ਹੈ ਓਟਾਵਾ ਓਟਾਵਾ ਇੱਥੇ ਸਭ ਤੋਂ ਜ਼ਿਆਦਾ ਕੀ ਨੇ ਚਿੱਲਾ ਨੇ ਲੇਕਸ ਨੇ ਸੰਸਾਰ ਦਾ ਸਭ ਤੋਂ ਵੱਡਾ ਟਾਪੂ ਕਿਹੜਾ ਹੈ ਇਹ ਹੈ ਗ੍ਰੀਨਲੈਂਡ ਗ੍ਰੀਨਲੈਂਡ ਕਿਸ ਮਹਾਦੀਪ ਵਿੱਚ ਕੋਈ ਵੀ ਮਹਰੂਥਲ ਨਹੀਂ ਹੈ ਕਿਹੜਾ ਮਹਾਦੀਪ ਹੈ ਜਿਸ ਦੇ ਵਿੱਚ ਕੋਈ ਵੀ ਮਹਰੂਥਲ ਨਹੀਂ ਹੈ ਇਹ ਹੈ ਯੂਰਪ ਯੂਰਪ ਗੂਗਲ ਦਾ ਮੁੱਖ ਦਫ਼ਤਰ ਹੈਡਕੁਆਟਰ ਕਿੱਥੇ ਹੈ ਇਹ ਹੈ ਕੈਲੀਫੋਰਨੀਆ ਦੇ ਵਿੱਚ ਜੋ ਕਿ ਇੱਕ ਸਿਟੀ ਹੈ ਅਮਰੀਕਾ ਦਾ ਅਮਰੀਕਾ ਦੀ ਜੋ ਕੈਪੀਟਲ ਹੈ ਰਾਜਸਤਾਨੀ ਹੈ ਉਹ ਕਿਹੜੀ ਹੈ ਵਾਸ਼ਿੰਗਟਨ ਡੀਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਦੋ ਮੁੱਖਿਆਲੇ ਨੇ ਹੈੱਡਕੁਆਟਰ ਨੇ ਕਿਹੜੇ-ਕਿਹੜੇ ਨੇ ਇੱਕ ਤਾਂ ਹੈ ਵਿਸ਼ਵ ਬੈਂਕ ਜਿਸ ਨੂੰ ਆਪਾਂ ਵਰਲਡ ਬੈਂਕ ਬੋਲਦੇ ਆ ਇੱਕ ਹੈ ਇੰਟਰਨੈਸ਼ਨਲ ਮੋਨਟਰੀ ਫੰਡ ਆ ਇੰਟਰਨੈਸ਼ਨਲ ਮੋਨਟਰੀ ਫੰਡ ਔਰ ਵਰਲਡ ਬੈਂਕ ਮੈਸੋਪੋਟਾਮੀਆ ਨੂੰ ਹੁਣ ਕੀ ਕਿਹਾ ਜਾਂਦਾ ਹੈ ਮੈਸੋਪੋਟਾਮੀਆ ਨੂੰ ਕੀ ਕਿਹਾ ਜਾਂਦਾ ਹੈ ਇਰਾਕ ਇਰਾਕ ਨੈਕਸਟ ਕੁਐਸਚਨ ਹੈ 27 ਨੰਬਰ ਕੁਐਸਚਨ ਵਰਲਡ ਬੈਂਕ ਦਾ ਹੈੱਡਕੁਆਟਰ ਕਿੱਥੇ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ ਜਿੱਥੇ ਮੈਂ ਤੁਹਾਨੂੰ ਦੱਸਿਆ ਹੈ ਵਾਸ਼ਿੰਗਟਨ ਡੀਸੀ ਔਰ ਇੱਥੇ ਹੀ ਹੈਡਕੁਆਟਰ ਹੈ ਇੰਟਰਨੈਸ਼ਨਲ ਮੋਨਟਰੀ ਫੰਡ ਦਾ ਇੰ ਇਹਮ ਨਾ ਇਹ ਆਂਦਾ ਹੈ 22 ਅਪ੍ਰੈਲ ਨੂੰ ਅਰਥ ਦੇ 22 ਅਪ੍ਰੈਲ ਸੰਸਾਰ ਦੇ ਕਿਹੜੇ ਮਾਰੂਥਲ ਵਿੱਚ ਸਭ ਤੋਂ ਵੱਧ ਆਬਾਦੀ ਪਾਈ ਜਾਂਦੀ ਹੈ ਇਹ ਜੋ ਮਾਰੂਥਲ ਹੈ ਉਹ ਹੈ ਥਾਰ ਮਾਰੂਥਲ ਥਾਰ ਮਾਰੂਥਲ ਵਿਸ਼ਵ ਦੀ ਛੱਤ ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ ਵਿਸ਼ਵ ਦੀ ਜੋ ਛੱਤ ਹੈ ਕਿਸ ਦੇਸ਼ ਨੂੰ ਕਿਹਾ ਜਾਂਦਾ ਹੈ ਇਹ ਹੈ ਦੇਸ਼ ਤਿੱਬਤ ਤਿੱਬਤ ਥਾਰ ਦਾ ਮਾਰੂਥਲ ਕਿਹੜੇ ਦੇਸ਼ ਵਿੱਚ ਹੈ ਥਾਰ ਦਾ ਜੋ ਮਾਰੂਥਲ ਹੈ ਇਹ ਲੋਕੇਟਡ ਹੈ ਭਾਰਤ ਦੇ ਵਿੱਚ ਇੰਡੀਆ ਦੇ ਵਿੱਚ ਤੇਹਰੀ ਡੈਮ ਨਦੀ ਕਾਟੇ ਯੋਜਨਾ ਕਿਸ ਰਾਜ ਵਿੱਚ ਹੈ ਇਹ ਹੈ ਉੱਤਰਾਖੰਡ ਦੇ ਵਿੱਚ ਤੇਹਰੀ ਡੈਮ ਨਦੀ ਘਾਟੀ ਯੋਜਨਾ ਕਿੱਥੇ ਹੈ ਇਹ ਹੈ ਉੱਤਰਾਖੰਡ ਦੇ ਵਿੱਚ ਖੇਤਰਫਲ ਪੱਖੋਂ ਸੰਸਾਰ ਦਾ ਸਭ ਤੋਂ ਵੱਡਾ ਜੋ ਦੇਸ਼ ਹੈ ਉਹ ਕਿਹੜਾ ਹੈ ਉਹ ਹੈ ਰੂਸ਼ ਰਸ਼ੀਆ ਰਸ਼ੀਆ ਜੋ ਹੈ ਇਹ ਖੇਤਰਪਕ ਪੱਖੋਂ ਸਭ ਤੋਂ ਵੱਡਾ ਦੇਸ਼ ਹੈ ਰਸ਼ੀਆ ਅਗਰ ਪੁੱਛਿਆ ਜਾਵੇ ਪੋਪੂਲੇਸ਼ਨ ਬੇਸ ਦੇ ਉੱਪਰ ਇਹ ਸਭ ਤੋਂ ਵੱਡਾ ਦੇਸ਼ ਹੈ ਚਾਈਨਾ ਭਾਰਤ ਹੈ ਦੂਜੇ ਨੰਬਰ ਤੇ ਜਨਸੰਖਿਆ ਪੱਖੋਂ ਭਾਰਤ ਦੇ ਇੰਡੀਆ ਦਾ ਵਿਸ਼ਵ ਦਾ ਸਭ ਤੋਂ ਜੋ ਵੱਡਾ ਸ਼ਹਿਰ ਹੈ ਉਹ ਕਿਹੜਾ ਹੈ ਉਹ ਚੀਨਾ ਮੈਂ ਤੁਹਾਨੂੰ ਜਿਵੇਂ ਦੱਸਿਆ ਹੈ ਸੰਸਾਰ ਦੇ ਸਭ ਤੋਂ ਵੱਡੇ ਮਹਾਸਾਗਰ ਦਾ ਨਾਮ ਦੱਸੋ ਇਹ ਹੈ ਪ੍ਰਸ਼ਾਂਤ ਮਹਾਸਾਗਰ ਪ੍ਰਸ਼ਾਂਤ ਮਹਾਸાગਰ ਉਸ ਭਾਰਤੀ ਔਰਤ ਦਾ ਨਾਮ ਦੱਸੋ ਜੋ ਮਾਉਂਟ ਐਵਰੈਸਟ ਚੋਟੀ ਤੇ ਦੋ ਵਾਰ ਚੜੀ ਸੀ ਇਹ ਸੀ ਸੰਤੋਸ਼ ਯਾਦਵ ਸੰਤੋਸ਼ ਯਾਦਵ ਜੀ ਸੀ ਜੋ ਇਹ ਭਾਰਤ ਦੀ ਪਹਿਲੀ ਔਰਤ ਸੀ ਪਹਿਲੀ ਮਹਿਲਾ ਸੀ ਜੋ ਕਿ ਮਾਉਂਟ ਐਵਰੈਸਟ ਸਭ ਤੋਂ ਜੋ ਪੂਰੇ ਵਿਸ਼ਵ ਦੇ ਵਿੱਚ ਸਭ ਤੋਂ ਉੱਚੀ ਚੋਟੀ ਆ ਉਹ ਹੈ ਮਾਉਂਟ ਐਵਰੈਸਟ ਇਹ ਇੰਡੀਆ ਦੇ ਵਿੱਚ ਨਹੀਂ ਹੈਗੀ ਇਹ ਲੋਕੇਟਡ ਨੇਪਾਲ ਦੇ ਵਿੱਚ ਆ ਨੇਪਾਲ ਦੇ ਵਿੱਚ ਨੇਪਾਲ ਦੇ ਵਿੱਚ ਇਸ ਨੂੰ ਬੁਲਾਇਆ ਜਾਂਦਾ ਸਾਗਰ ਮੱਠ ਦੇ ਨਾਮ ਦੇ ਨਾਲ ਸਾਗਰ ਮੱਠ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਇਸ ਮਾਉਂਟ ਐਵਰੇਸਟ ਨੂੰ ਇਸ ਦੇ ਉੱਪਰ ਦੋ ਵਾਰ ਚੜਾਈ ਕਰਨ ਵਾਲੀ ਜੋ ਪਹਿਲੀ ਮਹਿਲਾ ਸੀ ਉਹ ਕਿਹੜੀ ਸੀ ਏਸੀ ਸੰਤੋਸ਼ ਯਾਦਵ 2018 ਵਿੱਚ ਫੁੱਟਬਾਲ ਦਾ ਫੀਫਾ ਵਿਸ਼ਵ ਕੱਪ ਜੋ ਹੋਇਆ ਸੀ ਇਹ ਕਿਸ ਦੇਸ਼ ਵਿੱਚ ਹੋਇਆ ਸੀ ਇਹ ਹੋਇਆ ਸੀ ਰਸ਼ੀਆ ਦੇ ਵਿੱਚ ਰਸ਼ੀਆ ਰੂਸ ਭਾਰਤ ਵਿੱਚ ਸਭ ਤੋਂ ਜ਼ਿਆਦਾ ਵਰਖਾ ਕਿਹੜੇ ਪ੍ਰਕਾਰ ਦੀ ਵਰਖਾਉਂਦੀ ਹੈ ਇਹ ਹੈ ਮਾਨਸੂਨੀ ਵਰਖਾ ਮਾਂਸੂਨੀ ਵਰਖਾ ਕਿਹੜੇ ਹਿਪਾਰ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ ਮਾਂਸੂਨ ਅ ਵਿਸ਼ਵ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਦਾ ਨਾਮ ਦੱਸੋ ਏ ਸੀ ਐਸ ਪੰਡਰ ਨਾਇਕੇ ਪਹਿਲੀ ਮਹਿਲਾ ਜੋ ਕਿਸੇ ਵੀ ਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸੀ ਏ ਸੀ ਐਸ ਬੰਦਰ ਨਾਇਕੇ ਇਹ ਪਹਿਲੀ ਮਹਿਲਾ ਬਣੀ ਸੀ ਪੂਰੇ ਵਿਸ਼ਵ ਦੇ ਵਿੱਚ ਜੋ ਪ੍ਰਧਾਨ ਮੰਤਰੀ ਬਣੀ ਸੀ ਪਿਰਾਮਿਡ ਕਿਸ ਦੇਸ਼ ਵਿੱਚ ਹਨ ਇਹ ਲੋਕ ਇਟ ਨੇ ਮਿਸਰ ਦੇਸ਼ ਦੇ ਵਿੱਚ ਮਿਸਰ ਨੈਕਸਟ ਅਸੀਂ ਡਿਸਕਸ ਕਰਦੇ ਹਾਂ ਖੋਜਾਂ ਦੇ ਬਾਰੇ ਯਾਨੀ ਇਨਵੈਂਸ਼ਨ ਦੇ ਬਾਰੇ ਡਿਸਕਵਰੀ ਦੇ ਬਾਰੇ ਡਿਸਕਸ ਕਰਦੇ ਹਾਂ ਫਰਸਟ ਕੁਸਚਨ ਹੈ ਆਪਣੇ ਕੋਲ પેટ્રોલ ਕਾਰ ਦੀ ਖੋਜਨ ਕਿਸ ਨੇ ਕੀਤੀ ਸੀ ਜੋ પેટ્રોલ ਕਾਰ ਹੈ ਇਸ ਨੂੰ ਇਨਵੈਂਟ ਕੀਤਾ ਸੀ ਕਾਰਲਸ ਬੈਂਜ਼ ਨੇ ਕਾਰਲਸ ਬੈਂਜ਼ ਰੇਡੀਓ ਦੀ ਖੋਜ ਕਿਸ ਨੇ ਕੀਤੀ ਸੀ ਜੀ ਮਾਰਕੋਨੀ ਨੇ ਜੀ ਮਾਰਕੋਨੀ ਨੇ ਡਿਸਕਵਰ ਕੀਤਾ ਸੀ ਰੋਡੀ ਰੇਡੀਓ ਨੂੰ ਰੇਡੀਓ ਜੀ ਮਾਰਕੋਨੀ ਫ੍ਰਿਜ ਦੀ ਖੋਜ ਕਿਸ ਨੇ ਕੀਤੀ ਸੀ ਜੇਮਸ ਹੈਰਿਸਨ ਅਤੇ ਅਲੈਗਜ਼ੈਂਡਰ ਕੈਟਲਿਨ ਨੇ ਜੇਮਸ ਹੈਰਸਨ ਐਂਡ ਅ ਅਲੈਗਜ਼ੈਂਡਰ ਕੈਟਲਿਨ ਨੇ ਸਿਲਾਈ ਮਸ਼ੀਨ ਦੀ ਖੋਜ ਕਿਸ ਨੇ ਕੀਤੀ ਸੀ ਬੀ ਥਿਮੋਨਿਅਰ ਨੇ ਬੀ ਥਿਮੋਨਿਅਰ ਜੋ ਥੀ ਇਹਨਾਂ ਦੇ ਦੁਆਰਾ ਡਿਸਕਵਰ ਕੀਤਾ ਗਿਆ ਸੀ ਸਿਲਾਈ ਮਸ਼ੀਨ ਨੂੰ ਬੀ ਥਿਮੋਨਿਅਰ ਬਿਜਲੀ ਦੇ ਪੱਖੇ ਦੀ ਖੋਜ ਨਾਲ ਕਿਸ ਨੇ ਕੀਤੀ ਸੀ ਜੋ ਬਿਜਲੀ ਦਾ ਪੱਖਾ ਹੈ ਇਸ ਨੂੰ ਡਿਸਕਵਰ ਕੀਤਾ ਸੀ ਵਹਲਰ ਨੇ ਵਹਲਰ ਫਾਉਂਟੇਨ ਪੈਨ ਜੋ ਹੈ ਇਸ ਨੂੰ ਕਿਸ ਨੇ ਡਿਸਕਵਰ ਕੀਤਾ ਸੀ ਇਸ ਨੂੰ ਡਿਸਕਵਰ ਕੀਤਾ ਸੀ ਐਲਈ ਵਾਟਰਮੈਨ ਨੇ ਐਲਈ ਵਾਟਰਮੈਨ ਟੈਲੀਫੋਨ ਦੀ ਖੋਜ ਕਿਸ ਨੇ ਕੀਤੀ ਸੀ ਇਹ ਕੀਤੀ ਸੀ ਅਲੈਗਜ਼ੈਂਡਰ ਗ੍ਰਾਮ ਬੈਲ ਨੇ ਅਲੈਗਜ਼ੈਂਡਰ ਗ੍ਰਾਹਮ ਬੈਲ ਟੈਲੀਵਿਜ਼ਨ ਦੀ ਖੋਜ ਕਿਸ ਨੇ ਕੀਤੀ ਸੀ ਜੀ ਐਲ ਬੈਯਾਰ ਨੇ ਜੀ ਐਲ ਬੈਯਾਰ ਹੱਥ ਦੀ ਹੱਥ ਦੀ ਘੜੀ ਜੋ ਯਾਨੀ ਜੋ ਹੱਥ ਦੇ ਵਿੱਚ ਕੜੀ ਪਹਿਨੀ ਜਾਂਦੀ ਹੈ ਵਾਚ ਇਸ ਨੂੰ ਡਿਸਕਵਰ ਕਿਸ ਨੇ ਕੀਤਾ ਸੀ ਇਸ ਨੂੰ ਕੀਤਾ ਸੀ ਏ ਐਲ ਬ੍ਰੈਗੋਇਡ ਨੇ ਏ ਐਲ ਬ੍ਰੈਗੋਇਡ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਆਪਣੇ ਕੋਲ 10th ਨੰਬਰ ਕੁਐਸਚਨ ਪ੍ਰੈਸ ਜੋ ਕੱਪੜਿਆਂ ਦੇ ਉੱਤੇ ਪ੍ਰੈਸ ਕੀਤੀ ਜਾਂਦੀ ਹੈ ਇਸ ਨੂੰ ਡਿਸਕਵਰ ਕਿਸ ਨੇ ਕੀਤਾ ਸੀ ਐਚ ਡਬਲਯੂ ਸਿਲੀ ਨੇ ਐਚ ਡਬਲਯੂ ਸਿਲੀ ਕੰਪਿਊਟਰ ਦੀ ਜੋ ਖੋਜ ਕੀਤੀ ਸੀ ਕਿਸ ਨੇ ਕੀਤੀ ਸੀ ਚਾਰਲਸ ਬੈਬੇਜ਼ ਨੇ ਚਾਰਲਸ ਬੈਬੇਜ਼ ਡੀਜ਼ਲ ਜੋ ਇੰਜਨ ਹੁੰਦੇ ਨੇ ਗੱਡੀਆਂ ਦੇ ਵਿੱਚ ਡੀਜ਼ਲ ਇੰਜਨ ਯੂਜ਼ ਕੀਤੇ ਜਾਂਦੇ ਨੇ ਇਸ ਨੂੰ ਡਿਸਕਵਰ ਕਿਸ ਨੇ ਕੀਤਾ ਸੀ ਇਸ ਨੂੰ ਡਿਸਕਵਰ ਕੀਤਾ ਸੀ ਰੁਡੋਫ ਡੀਜ਼ਲ ਨੇ ਰੁਡੋਫ ਡੀਜ਼ਲ ਫਿਲਮਾਂ ਵਿੱਚ ਆਵਾਜ਼ ਦੀ ਖੋਜਣਾ ਖੋਜ ਕਿਸ ਨੇ ਕੀਤੀ ਸੀ ਫਿਲਮਾਂ ਵਿੱਚ ਜੋ ਆਵਾਜ਼ ਹੈ ਇਸ ਦੀ ਖੋਜ ਕਿਸ ਨੇ ਕੀਤੀ ਸੀ ਡਾਕਟਰ ਲੀ ਡੇ ਫੋਰੈਸਟ ਨੇ ਡਾਕਟਰ ਲੀ ਡੇ ਫੋਰੈਸਟ ਲਿਫਟ ਦੀ ਖੋਜ ਕਿਸ ਨੇ ਕੀਤੀ ਸੀ ਜੋ ਮਾਲ ਵਗੈਰਾ ਦੇ ਵਿੱਚ ਯੂਜ਼ ਹੁੰਦੀਆਂ ਨੇ ਲਿਫਟਾਂ ਉਸ ਨੂੰ ਡਿਸਕਵਰ ਕੀਤਾ ਸੀ ਐਲੀਸ਼ਾ ਗਰੇਵਜ਼ ਆਟਿਸ ਨੇ ਅਲੀਸ਼ਾ ਗਰੇਵਜ਼ ਆਟਿਸ ਹਵਾਈ ਜਹਾਜ਼ ਦੀ ਖੋਜ ਕਿਸ ਨੇ ਕੀਤੀ ਸੀ ਰਾਈਟ ਬ੍ਰਦਰਸ ਰਾਈਟ ਬ੍ਰਦਰਸ ਇਹ ਦੋ ਬ੍ਰਦਰਸ ਸੀ ਬੇਸਿਕਲੀ ਇਹਨਾਂ ਦੇ ਦੁਆਰਾ ਡਿਸਕਵਰ ਕੀਤਾ ਗਿਆ ਸੀ ਹਵਾਈ ਜਹਾਜ਼ ਨੂੰ ਹਵਾਈ ਜਹਾਜ਼ ਰੇਲਵੇ ਇੰਜਨ ਦੀ ਖੋਜ ਕਿਸ ਨੇ ਕੀਤੀ ਸੀ ਸਟੀਫਨਸਨ ਨੇ ਸਟੀਫਨਸਨ ਜੋ ਨੇ ਇਹਨਾਂ ਦੇ ਦੁਆਰਾ ਡਿਸਕਵਰ ਕੀਤਾ ਗਿਆ ਸੀ ਰੇਲਵੇ ਇੰਜਨ ਨੂੰ ਮੋਬਾਈਲ ਦੀ ਖੋਜ ਕਿਸ ਨੇ ਕੀਤੀ ਸੀ ਜੋ ਮੋਬਾਈਲ ਫੋਨ ਯੂਜ਼ ਕਰਦੇ ਆਪਾਂ ਇਸ ਨੂੰ ਡਿਸਕਵਰ ਕੀਤਾ ਸੀ ਮਾਰਟਿਨ ਕੋਪਰ ਨੇ ਮਾਰਟਿਨ ਕੋਪਰ एसी यानी एयर कंडीशनर जो है इसको किसने इन्वेंट ਕੀਤਾ ਸੀ ਇਸ ਨੂੰ ਡਿਸਕਵਰ ਕੀਤਾ ਸੀ ਵਿਲਜ਼ ਕਰੀਅਰ ਨੇ ਵਿਲਜ਼ ਕਰੀਅਰ ਇੰਟਰਨੈਟ ਜੋ ਹੈ ਇਸ ਨੂੰ ਡਿਸਕਵਰ ਕਿਸ ਨੇ ਕੀਤਾ ਸੀ ਇਸ ਨੂੰ ਡਿਸਕਵਰ ਕੀਤਾ ਸੀ ਵਿੰਟ ਸਰਫ ਨੇ ਵਿੰਟ ਸਰਫ ਈਮੇਲ ਦੀ ਖੋਜ ਕਿਸ ਨੇ ਕੀਤੀ ਸੀ ਸ਼ਿਵਾ ਆਯਾਦੁਰਾਈ ਨੇ ਸ਼ਿਵਾ ਆਯਾਦੁਰਾਈ ਨੇ ਜੋ ਨੇ ਇਹਨਾਂ ਦੇ ਦੁਆਰਾ ਡਿਸਕਵਰ ਕੀਤਾ ਗਿਆ ਸੀ ਈਮੇਲ ਦੀ ਖੋਜ ਕੈਮਰੇ ਦੀ ਖੋਜ ਕਿਸ ਨੇ ਕੀਤੀ ਸੀ ਸਟੀਵਨ ਸੈਸਨ ਨੇ ਸਟੀਵਨ ਸੈਸਨ ਐਕਸ-ਰੇ एक्सरे जो यूज होंगे एक्सरेज़ डिस्कवर किसने किया इस डिस्कवर किया वेलम रोंटगन ने वेलम रोंटगन नैक्सट क्वेश्चन है अपने कोई नंबर क्वेश्चन बिजली बैटरी जो है उसको डिस्कवर किसने किया किया वोल्टा ने वोल्टा लैपटॉप की खोज किसने की एडम ऑसबरन ने एडम ऑसबरना बिजली बल्ब जो है इस डिस्कवर किसने की इसनों डिस्कवर किया थम्स एडिसन ने थम्स एडिसन जीरो जो है सिफर इसमें डिस्कवर किसने डिस्कवर किया आरिया भट्ट आरिया भट्ट ने गेह की खोज किसने की कैपलर ने कैपलर नैक्सट क्वेश्चन है अपने को अठाई नंबर क्वेश्चन फेसबुक की खोज किसने की मार्क जकरबर्ग ने मार्क जकरबर्ग कैलकुलेटर की खोज किसने की बलेस पास्कल ने बलेस पासकल सिमिट की खोज किसने की सीमिट की खोज की जोसफ एसपीडन ने जोसफ एसपीडन ਨਕਸ਼ਿਆਂ ਦੀ ਖੋਜ ਕਿਸ ਨੇ ਕੀਤੀ ਸੀ ਯਾਨੀ ਜੋ ਮੈਪ ਹੁੰਦੇ ਨੇ ਉਹਨਾਂ ਨੂੰ ਡਿਸਕਵਰ ਕਿਸ ਨੇ ਕੀਤਾ ਸੀ ਐਨ ਐਕਸੀ ਮੈਂਡਰ ਨੇ ਐਨ ਐਕਸੀ ਮੈਂਡਰ ਨੈਕਸਟ ਕੁਐਸਚਨ ਹੈ ਸਿਨੇਮਾ ਸਿਨੇਮਾ ਜਿਸ ਦੇ ਵਿੱਚ ਫਿਲਮਾਂ ਵਗੈਰਾ ਦਿਖਾਈ ਜਾਂਦੀਆਂ ਨੇ ਇਸ ਨੂੰ ਡਿਸਕਵਰ ਕੀਤਾ ਸੀ ਵਿਲੀਅਮ ਫ੍ਰੀਸ਼ ਗ੍ਰੀਨ ਨੇ ਵਿਲੀਅਮ ਫ੍ਰੀਸ਼ ਗ੍ਰੀਨ ਪਲਾਸਟਿਕ ਜੋ ਹੈ ਪਲਾਸਟਿਕ ਯੂ ਯੂਜ਼ ਕਰਦੇ ਆਪਾਂ ਡੇਲੀ ਰੂਟੀਨ ਦੇ ਵਿੱਚ ਇਸ ਨੂੰ ਡਿਸਕਵਰ ਕਿਸ ਨੇ ਕੀਤਾ ਸੀ ਇਸ ਨੂੰ ਡਿਸਕਵਰ ਕੀਤਾ ਸੀ ਅਲੈਗਜ਼ੈਂਡਰ ਪਾਰਕਸ ਨੇ ਅਲੈਗਜ਼ੈਂਡਰ ਪਾਰਕਸ ਨੈਕਸਟ ਕੁਐਸਚਨ ਹੈ ਆਪਣੇ ਕੋਲ 34 ਨੰਬਰ ਕੁਐਸਚਨ ਵਾਸ਼ਿੰਗ ਮਸ਼ੀਨ ਜੋ ਆਪਾਂ ਕਪੜੇ ਧੋਣ ਲਈ ਯੂਜ਼ ਕਰਦੇ ਹਾਂ ਇਹ ਕਿਸ ਨੇ ਡਿਸਕਵਰ ਕੀਤੀ ਸੀ ਇਸ ਨੂੰ ਡਿਸਕਵਰ ਕੀਤਾ ਸੀ ਆਲਫਜ਼ ਫਿਸ਼ਰ ਨੇ ਆਲਫਜ਼ ਫਿਸ਼ਰ ਸਿਲਾਈ ਮਸ਼ੀਨ ਦੀ ਖੋਜ ਕਿਸ ਨੇ ਕੀਤੀ ਸੀ ਇਹ ਕਿਤੀ ਸੀ ਸਿਲਾਈ ਜੋ ਮਸ਼ੀਨ ਹੁੰਦੀ ਹੈ ਇਸ ਨੂੰ ਡਿਸਕਵਰ ਕੀਤਾ ਸੀ ਬਾਰਥੈਲਮੀ ਥਿਮੋਨੀਅਰ ਨੇ ਬਾਰਥੈਲਮੀ ਥਿਮੋਨੀਅਰ ਰਿਬੇਲਾ ਵੈਕਸੀਨ ਰਿਬੇਲਾ ਵੈਕਸੀਨ ਜੋ ਸੀ ਇਸ ਨੂੰ ਕਿਸ ਨੇ ਬਣਾਇਆ ਸੀ ਇਸ ਨੂੰ ਬਣਾਇਆ ਸੀ ਮੌਰਿਸ ਹਿਲਮੈਨ ਨੇ ਮੌਰਿਸ ਹਿਲਮੈਨ ਗੂਗਲ ਦੀ ਖੋਜ ਕਿਸ ਨੇ ਕੀਤੀ ਸੀ ਲੈਰੀ ਪੇਜ ਨੇ ਲੈਰੀ ਪੇਜ ਨੇ ਡਿਸਕਵਰ ਕੀਤਾ ਸੀ ਗੂਗਲ ਨੂੰ ਆਈਫੋਨ ਆਈਫੋਨ ਨੂੰ ਬਣਾਇਆ ਸੀ ਡਿਸਕਵਰ ਕੀਤਾ ਸੀ ਯਾਨੀ ਇਸ ਇਨਵੈਂਸ਼ਨ ਕੀਤੀ ਸੀ ਸਟੀਵ ਜੌਬਸ ਨੇ ਸਟੀਵ ਜੌਬਸ ਜਿਹਨੂੰ ਆਪਾਂ ਐਪਲ ਦਾ ਫੋਨ ਵੀ ਬੋਲਦੇ ਆਂ ਆਈਫੋਨ ਵੀਡੀਓ ਗੇਮਸ ਦੀ ਖੋਜ ਕਿਸ ਨੇ ਕੀਤੀ ਸੀ ਇਹ ਕੀਤੀ ਸੀ ਰਾਲਫ ਐਚ ਬੇਅਰ ਨੇ ਰਾਲਫ ਐਚ ਬੇਅਰ ਏਟੀਐਮ ਏਟੀਐਮ ਜਿਹਨੂੰ ਆਪਾਂ ਪੈਸਾ ਕਢਵਾਉਣ ਦੇ ਲਈ ਯੂਜ਼ ਕਰਦੇ ਆਂ ਬੈਂਕ ਦੇ ਵਿੱਚ ਲੱਗਿਆ ਹੁੰਦਾ ਹੈ ਜੋ ਏਟੀਐਮ ਉਸ ਨੂੰ ਕਿਸ ਨੇ ਬਣਾਇਆ ਸੀ ਇਸ ਨੂੰ ਬਣਾਇਆ ਸੀ ਜੌਨ ਸ਼ੈਫਰਡ ਬੈਰਨ ਨੇ ਜੌਨ ਸ਼ੈਫਰਡ ਬੈਰਨ ਨੈਕਸਟ ਕੁਐਸਚਨ ਹੈ ਆਪਣੇ ਕੋਲ ਨੈਕਸਟ ਆਪਣੇ ਕੋਲ ਆਂਦਾ ਹੈ ਪ੍ਰithvi ਦੇ ਬਾਰੇ ਹੁਣ ਆਪਾਂ ਕਲਾਸ 6ਵੀਂ ਤੋਂ ਸਟਾਰਟ ਕਰਦੇ ਹਾਂ ਜਮਾਤ 6ਵੀਂ ਤੋਂ ਸਟਾਰਟ ਕਰਦੇ ਆਪਾਂ ਸਭ ਤੋਂ ਪਹਿਲਾ ਪਾਠ ਆਂਦਾ ਹੈ ਆਪਣੇ ਕੋਲ ਫਰਸਟ ਪਾਠ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪ੍ਰithvi ਸੂਰਜ ਪਰਿਵਾਰ ਦਾ ਅੰਗ ਸਭ ਤੋਂ ਪਹਿਲਾ ਕੁਐਸਚਨ ਹੈ ਆਪਣੇ ਕੋਲ ਤਾਰਿਆਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਤਾਰਿਆਂ ਦੇ ਸਮੂਹ ਨੂੰ ਕਿਹਾ ਜਾਂਦਾ ਹੈ ਤਾਰਾ ਮੰਡਲ ਤਾਰਾ ਮੰਡਲ ਸੂਰਜ ਪਰਿਵਾਰ ਵਿੱਚ ਕਿੰਨੇ ਗ੍ਰਹਿ ਹਨ ਇਹਨੇ 8 ਟੋਟਲ 8 ਗ੍ਰਹਿ ਨੇ ਸੂਰਜ ਦੇ ਪਰਿਵਾਰ ਦੇ ਵਿੱਚ ਧਰਤੀ ਆਪਣੇ ਤੁਰੇ ਦੁਆਲੇ ਕਿਹੜੀ ਦਿਸ਼ਾ ਵਿੱਚ ਘੁੰਮਦੀ ਹੈ ਜੋ ਧਰਤੀ ਹੈ ਇਹ ਘੁੰਮਦੀ ਹੈ ਪੱਛਮ ਤੋਂ ਪੂਰਬ ਵੱਲ ਪੱਛਮ ਤੋਂ ਪੂਰਬ ਵੱਲ ਕਿਹੜੀ ਕਲਪਿਤ ਰੇਖਾ ਧਰਤੀ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ਇਹ ਹੈ ਭੂਮਧ ਰੇਖਾ ਭੂਮਧ ਰੇਖਾ ਜੋ ਹੈ ਇਹ ਜੋ ਧਰਤੀ ਹੈ ਅਰਥ ਹੈ ਇਸ ਨੂੰ ਦੋ ਕਲਪਿਤ ਦੋ ਬਰਾਬਰ ਭਾਗਾਂ ਦੇ ਵਿੱਚ ਵੰਡਦੀ ਹੈ ਭੂਮਧ ਰੇਖਾ ਜਦੋਂ ਧਰਤੀ ਸੂਰਜ ਤੇ ਚੰਨ ਦੇ ਵਿਚਕਾਰ ਆਂਦੀ ਹੈ ਤਾਂ ਉਸ ਵੇਲੇ ਕਿਹੜਾ ਗ੍ਰਹਿਣ ਲੱਗਦਾ ਹੈ ਇਹ ਹੁੰਦਾ ਹੈ ਚੰਨ ਗ੍ਰਹਿਣ ਚੰਨ ਗ੍ਰਹਿ ਹਨ ਸੂਰਜ ਦੇ ਸਭ ਤੋਂ ਨੇੜੇਲੀ ਗ੍ਰਹਿ ਦਾ ਨਾਮ ਦੱਸੋ ਯਾਨੀ ਸੂਰਜ ਦੇ ਸਭ ਤੋਂ ਨਜ਼ਦੀਕ ਜੋ ਗ੍ਰਹਿ ਹੈ ਉਹ ਕਿਹੜਾ ਹੈ ਇਹ ਹੈ ਬੁੱਧ ਗ੍ਰਹਿ ਬੁੱਧ ਗ੍ਰਹਿ ਆਕਾਸ਼ ਗੰਗਾ ਦਾ ਹਿੱਸਾ ਜਿਹੜਾ ਅੱਠ ਗ੍ਰਹਾਂ ਅਤੇ ਸੂਰਜ ਤੋਂ ਬਣਿਆ ਹੈ ਉਸ ਨੂੰ ਕੀ ਕਹਿੰਦੇ ਹਨ ਉਸ ਨੂੰ ਕਿਹਾ ਜਾਂਦਾ ਹੈ ਸੌਰ ਮੰਡਲ ਜਾਂ ਫਿਰ ਸੂਰਜੀ ਪਰਵਾੜ ਸੌਰ ਮੰਡਲ ਜਾਂ ਫਿਰ ਸੂਰਜੀ ਪਰਵਾੜ ਧਰਤੀ ਦੇ ਉਪਗ੍ਰਹਾਂ ਦਾ ਨਾਮ ਦੱਸੋ ਇਹ ਹੈ ਚੰਨ ਯਾਨੀ ਜੋ ਧਰਤੀ ਦਾ ਉਪਗ੍ਰਹਿ ਹੈ ਉਹ ਕਿਹੜਾ ਹੈ ਇਹ ਹੈ ਚੰਨ ਸੂਰਜ ਗ੍ਰਹਿ ਅਤੇ ਉਪਗ੍ਰਹਿ ਦੀ ਖਿੱਚ ਦੀ ਸ਼ਕਤੀ ਨੂੰ ਕੀ ਕਿਹਾ ਜਾਂਦਾ ਹੈ ਇਹ ਕਹਿੰਦੇ ਆਪਾਂ ਗੁਰੂਤਾ ਸ਼ਕਤੀ ਯਾਨੀ ਗੁਰਤਾ ਅਕਰਸ਼ਨ ਜੋ ਹੁੰਦਾ ਹੈ ਇਹ ਆਪਾਂ ਵਰ ਯੂਜ਼ ਕਰਦੇ ਹਾਂ ਸੂਰਜ ਗ੍ਰਹਿ ਅਤੇ ਉਪਗ੍ਰਹਾਂ ਦੀ ਖਿੱਚ ਦੀ ਸ਼ਕਤੀ ਨੂੰ ਆਪਾਂ ਕਹਿੰਦੇ ਆ ਗੁਰੂਤਾ ਸ਼ਕਤੀ ਗੁਰੂਤਾ ਸ਼ਕਤੀ ਨੈਕਸਟ ਆਪਾਂ ਪਾਠ ਸੈਕੰਡ ਡਿਸਕਸ ਕਰਦੇ ਹਾਂ ਜਿਸ ਦੇ ਵਿੱਚ ਆਪਾਂ ਗਲੋਬਲ ਧਰਤੀ ਦਾ ਮਾਡਲ ਡਿਸਕਸ ਕਰਾਂਗੇ ਪਹਿਲਾ ਕੁਸ਼ਨ ਹੈ ਆਪਣਾ ਧਰਤੀ ਨੂੰ ਪੂਰਾ ਵੇਖਣ ਅਤੇ ਪਰਖਣ ਲਈ ਜੋ ਧਰਤੀ ਦਾ ਮਾਡਲ ਬਣਿਆ ਬਣਾਇਆ ਗਿਆ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਇਹ ਹੈ ਗਲੋਬ ਯਾਨੀ ਜੋ ਪੂਰੀ ਧਰਤੀ ਹੈ ਇਸ ਨੂੰ ਦੇਖਣ ਅਤੇ ਪਰਖਣ ਲਈ ਜੋ ਆਪਣੇ ਕੋਲ ਮਾਡਲ ਬਣਿਆ ਹੋਇਆ ਹੈ ਉਸ ਨੂੰ ਆਪਾਂ ਕੀ ਬੋਲਦੇ ਹਾਂ ਉਸ ਨੂੰ ਆਪਾਂ ਬੋਲਦੇ ਹਾਂ ਗਲੋਬ ਜਿਸ ਦੇ ਉੱਪਰ ਆਪਾਂ ਸਾਰੇ ਦੇਸ਼ਾਂ ਨੂੰ ਆ ਜਿਹੜਾ ਜੱਜ ਕਰ ਸਕਦੇ ਹਾਂ ਦੇਖ ਸਕਦੇ ਹਾਂ ਵੇਖ ਸਕਦੇ ਹਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ ਸੈਕੰਡ ਨੰਬਰ ਦਾ ਕੁਐਸਚਨ ਗਲੋਬ ਦੇ ਉੱਪਰਲੇ ਅਤੇ ਹੇਠਲੇ ਚਾਪਟੇ ਜਿਹੇ ਸਿਰਿਆਂ ਨੂੰ ਦੇ ਕੀ ਨਾਮ ਹਨ ਯਾਨੀ ਜੋ ਗਲੋਬ ਹੁੰਦਾ ਹੈ ਇਸ ਦਾ ਉੱਪਰਲਾ ਅਤੇ ਹੇਠਲੇ ਚਪਟੇ ਜਿਹੇ ਸਿਰੇ ਹੁੰਦੇ ਨੇ ਜਿਹੜੇ ਇਹਨਾਂ ਨੂੰ ਕੀ ਨਾਮ ਦਿੱਤੇ ਜਾਂਦੇ ਨੇ ਇਹਨਾਂ ਨੂੰ ਨਾਮ ਦਿੱਤੇ ਜਾਂਦੇ ਨੇ ਉੱਤਰੀ ਅਤੇ ਦੱਖਣੀ ਧਰੁਵਾ ਉਹ ਉੱਤਰੀ ਅਤੇ ਦੱਖਣੀ ਧਰੁਵਾ ਧਰਤੀ ਗੋਲੇ ਦੇ ਅੱਧੇ ਭਾਗ ਨੂੰ ਕੀ ਕਹਿੰਦੇ ਹਨ ਉਸ ਨੂੰ ਬੋਲਦੇ ਆਪਾਂ ਅਰਧ ਗੋਲਾ ਯਾਨੀ ਇੱਕ ਮੰਨ ਲਓ ਇਹ ਧਰਤੀ ਹੈ ਇਸ ਦਾ ਜਿਹੜਾ ਅੱਧਾ ਭਾਗ ਹੋਊਗਾ ਹਰ ਇੱਕ ਨੂੰ ਕੀ ਕਾਂਗੇ ਆਪਾਂ ਅਰਧ ਗੋਲਾ ਅਰਧ ਗੋਲਾ 0 ਡਿਗਰੀ ਲੰਬਕਾਰਨ ਨੂੰ ਕੀ ਨਾਮ ਦਿੱਤਾ ਗਿਆ ਹੈ 0 ਡਿਗਰੀ ਲੰਬਕਾਰਨ ਨੂੰ ਨਾਮ ਦਿੱਤਾ ਗਿਆ ਹੈ ਮੁੱਖ ਮਧਿਆਨ ਰੇਖਾ ਮੁੱਖ ਮੱਧਯਨ ਰੇਖਾ 0 ਤੋਂ ਲੈ ਕੇ 23 ਸਹੀ 1/2 ਡਿਗਰੀ ਉੱਤਰ ਵਿੱਚ ਖਿੱਚੀ ਅਕਸ਼ਾਂਸ਼ ਅਕਸ਼ਾਂਸ਼ ਰੇਖਾ ਨੂੰ ਕੀ ਕਹਿੰਦੇ ਹਨ ਇਸ ਨੂੰ ਆਪਾਂ ਬੋਲਦੇ ਹਾਂ ਕਰਕ ਰੇਖਾ ਕਰਕ ਰੇਖਾ 0 ਤੋਂ ਲੈ ਕੇ 23 ਸਹੀ 1/2 ਡਿਗਰੀ ਦੱਖਣ ਵਿੱਚ ਖਿੱਚੀ ਅਕਸ਼ਾਂਸ਼ ਰੇਖਾ ਨੂੰ ਕੀ ਕਹਿੰਦੇ ਆਪਾਂ ਇਸ ਨੂੰ ਬੋਲਦੇ ਹਾਂ ਮਕਰ ਰੇਖਾ ਮਕਰ ਰੇਖਾ ਜਿਉਂ-ਜਿਉਂ ਪੋਮਦ ਰੇਖਾ ਤੋਂ ਦੂਰ ਜਾਈਏ ਤਾਂ ਤਾਪਮਾਨ ਵੱਧਦਾ ਹੈ ਜਾਂ ਘਟਦਾ ਹੈ ਜਦੋਂ ਆਪਾਂ ਉੱਪਰ ਜਾਂਦੇ ਹਾਂ ਉਹ ਪੂ ਮਾਦਰੇਖਾ ਦੇ ਵੱਲ ਉਸ ਵਿੱਚ ਜੋ ਤਾਪਮਨ ਹੈ ਉਹ ਕੀ ਕਰਦਾ ਹੈ ਘਟਦਾ ਡਿਕਰੀਸ ਹੁੰਦਾ ਹੈ ਘਟਦਾ ਹੈ ਕਿਹੜੀਆਂ ਰੇਖਾਵਾਂ ਤਾਪ ਖੰਡ ਬਣਾਉਣ ਵਿੱਚ ਸਹਾਇਤਾ ਕਰਦੀਆਂ ਹਨ ਯਾਨੀ ਕਿਹੜੀਆਂ ਰੇਖਾਵਾਂ ਨੇ ਜੋ ਤਾਪ ਖੰਡ ਬਣਾਉਣ ਵਿੱਚ ਆਪਣੀ ਹੈਲਪ ਕਰਦੀਆਂ ਨੇ ਇਹ ਨੇ ਅਕਸ਼ਾਂਸ਼ ਰੇਖਾਵਾਂ ਅਕਸ਼ਾਂਸ਼ ਰੇਖਾਵਾਂ ਮੁੱਖ ਮਧਿਆਨ ਰੇਖਾ ਇੰਗਲੈਂਡ ਦੇ ਕਿਹੜੇ ਸ਼ਹਿਰ ਸ਼ਹਿਰ ਵਿੱਚੋਂ ਲੰਘਦੀ ਹੈ ਯਾਨੀ ਮੁੱਖ ਮਧਿਆਨ ਰੇਖਾ ਜੋ ਹੈ ਇਹ ਇੰਗਲੈਂਡ ਦਾ ਕਿਹੜਾ ਸਿਟੀ ਹੈ ਜਿਸ ਦੇ ਵਿੱਚੋਂ ਨਹੀਂ ਲੰਘਦੀ ਹੈ ਇਹ ਜੋ ਸਿਟੀ ਹੈ ਉਹ ਹੈ ਲੰਡਨ ਲੰਡਨ ਭਾਰਤ ਵਿੱਚ ਕਿਹੜੇ ਦਿਸ਼ਾਂਤਰ ਦੇ ਸਮੇਂ ਨੂੰ ਭਾਰਤੀ ਪ੍ਰਮਾਣਿਕ ਸਮਾਂ ਮੰਨਿਆ ਗਿਆ ਹੈ ਇਹ ਹੈ 82.5 ਡਿਗਰੀ ਪੂਰਬੀ ਦਿਸ਼ਾਂਤਰ ਯਾਨੀ ਭਾਰਤ ਜੋ ਹੈ ਇਹ ਕਿਹੜੇ ਦਿਸ਼ਾਂਤਰੀ ਦੇ ਰੂਪ ਵਿੱਚ ਪ੍ਰਮਾਣਿਕ ਹੈਗਾ ਸਮਾਂ ਮੰਨਿਆ ਗਿਆ ਹੈ ਇਹ ਮੰਨਿਆ ਗਿਆ ਹੈ 82.5 ਡਿਗਰੀ ਪੂਰਬੀ ਦਿਸ਼ਾਂਤਰ ਨੈਕਸਟ ਚੈਪਟਰ ਆਉਂਦਾ ਆਪਣਾ 3rd ਚੈਪਟਰ ਧਰਤੀ ਦੀਆਂ ਗਤੀਆਂ ਪਹਿਲਾ ਕੁਸ਼ਨ ਹੈ ਧਰਤੀ ਦੀਆਂ ਗਤੀਆਂ ਤੋਂ ਧਰਤੀ ਆਪਣੇ ਤੁਰੇ ਦੁਆਲੇ ਕਿਸ ਦਿਸ਼ਾ ਵੱਲ ਘੁੰਮਦੀ ਹੈ ਇਹ ਹੈ ਪੱਛਮ ਤੋਂ ਪੂਰਬ ਵਾਲਾ ਪੱਛਮ ਤੋਂ ਪੂਰਬ ਵਾਲਾ ਧਰਤੀ ਆਪਣੇ ਤੁਰੇ ਦਵਾਲੇ ਪੱਛਮ ਤੋਂ ਪੂਰਬ ਵਾਲਾ 24 ਘੰਟੇ ਅੰਦਰ ਇੱਕ ਚੱਕਰ ਕੱਟਦੀ ਹੈ ਧਰਤੀ ਦੀ ਇਸ ਗਤੀ ਨੂੰ ਕੀ ਕਿਹਾ ਜਾਂਦਾ ਹੈ ਇਸ ਗਤੀ ਨੂੰ ਬੋਲਦੇ ਆਪਾਂ ਧਰਤੀ ਦੀ ਦਿਨਿਕ ਗਤੀ ਧਰਤੀ ਦੀ ਦਿਨਿਕ ਗਤੀ ਸੂਰਜ ਦੀ ਧਰਤੀ ਤੋਂ ਕਿੰਨੀ ਦੂਰੀ ਹੈ ਜੋ ਸੂਰਜ ਦੀ ਧਰਤੀ ਤੋਂ ਦੂਰੀ ਹੈ ਉਹ ਹੈ 15 ਕਰੋੜ ਕਿਲੋਮੀਟਰ 15 ਕਰੋੜ ਕਿਲੋਮੀਟਰ ਸਾਲ 2016 ਤੋਂ ਬਾਅਦ ਅਗਲਾ ਲੀਪਵਾਰਾ ਕਿਹੜਾ ਹੋਵੇਗਾ 2016 ਤੋਂ ਬਾਅਦ 2020 ਹੋਏਗਾ 2020 ਤੋਂ ਬਾਅਦ 2024 ਹੋਏਗਾ 4-4 ਸਾਲਾਂ ਤੋਂ ਇੱਕ ਗੈਪ ਤੋਂ ਬਾਅਦ ਜੋ ਵੀ ਇਹ ਆਉਂਦਾ ਹੈ ਉਸ ਨੂੰ ਬੋਲਦੇ ਆਪਾਂ ਲੀਪ ਵਰਾ ਲੀਪ ਵਰਾ 21 ਜੂਨ ਨੂੰ ਸੂਰਜ ਦੀਆਂ ਕਿਹੜੀਆਂ ਕਿਰਨਾਂ ਰੇਖਾਂ ਸਿੱਧੀਆਂ ਪੈਂਦੀਆਂ ਹਨ ਕਿਹੜੀਆਂ ਕਿੰਨਾਂ ਨੇ ਜਿਹੜੀਆਂ ਜਿਹੜੀਆਂ ਕਿ ਸਿੱਧੀਆਂ ਪੈਂਦੀਆਂ ਹਨ 21 ਜੂਨ ਨੂੰ 21st ਜੂਨ ਨੂੰ ਇਹ ਜੋ ਰੇਖਾਂ ਨੇ ਉਹ ਹੈ ਕਰਕ ਰੇਖਾ ਯਾਨੀ ਜੋ ਵੀ ਕਰਕ ਰੇਖਾ ਹੈ ਇਸ ਦੇ ਉੱਪਰ ਜਿਹੜੀਆਂ ਸੂਰਜ ਦੀਆਂ ਰੇਖਾਵਾਂ ਨੇ ਉਹ ਸਿੱਧੀਆਂ ਪੈਂਦੀਆਂ ਨੇ ਤਿਰੰਗਾ ਸਿੱਧੀਆਂ ਪੈਂਦੀਆਂ ਨੇ ਕਰਕ ਰੇਖਾ ਤੇ ਨੈਕਸਟ ਕੁਐਸਚਨ ਹੈ 6 ਨੰਬਰ ਕੁਐਸਚਨ ਬਾਈ ਡਿਸੰਬਰ ਨੂੰ ਸੂਰਜ ਦੀਆਂ ਕਿਰਨਾਂ ਕਿਹੜੀਆਂ ਕਿਹੜੀ ਰੇਖਾ ਤੇ ਸਿੱਧੀਆਂ ਪੈਂਦੀਆਂ ਹਨ ਬਾਈ ਡਿਸੰਬਰ ਤੋਂ ਪੈਂਦੀਆਂ ਨੇ ਮਕਰ ਰੇਖਾ ਤੇ ਸਿੱਧੀਆਂ ਮਕਰ ਰੇਖਾ ਤੇ ਕਿਹੜੇ ਖੇਤਰਾਂ ਵਿੱਚ 6 ਮਹੀਨੇ ਦਾ ਦਿਨ ਅਤੇ 6 ਮਹੀਨੇ ਦੀ ਰਾਤ ਹੁੰਦੀ ਹੈ ਇਹ ਹੁੰਦੀ ਹੈ ਤ੍ਰੂਵੀ ਖੇਤਰਾਂ ਵਿੱਚ ਜੋ ਵੀ ਤ੍ਰੂਵੀ ਖੇਤਰ ਨੇ ਇਹਨਾਂ ਦੇ ਵਿੱਚ 6 ਮਹੀਨੇ ਦਿਨ ਰਹਿੰਦਾ ਔਰ 6 ਮਹੀਨੇ ਕੀ ਰਹਿੰਦੀ ਹੈ ਰਾਤ ਤ੍ਰੂਵੀ ਖੇਤਰਾਂ ਵਿੱਚ ਦਿਨ ਅਤੇ ਰਾਤ ਧਰਤੀ ਦੀ ਕਿਹੜੀ ਗਤੀਕਰਨ ਪਾਉਂਦੇ ਹਨ ਦਿਨ ਅਤੇ ਰਾਤ ਨੇ ਜਿਹੜੇ ਇਹ ਕਿਹੜੀ ਗਤੀਕਰਨ ਪਾਉਂਦੇ ਨੇ ਇਹ ਹੈ ਦੈਨਿਕ ਗਤੀ ਦੈਨਿਕ ਗਤੀ ਰੁੱਤਾਂ ਵਿੱਚ ਤਬਦੀਲੀ ਧਰਤੀ ਦੀ ਕਿਹੜੀ ਗਤੀਕਰਨ ਹੁੰਦੀ ਹੈ ਰੁੱਤਾਂ ਵਿੱਚ ਜੋ ਤਬਦੀਲੀ ਹੁੰਦੀ ਹੈ ਉਸ ਨੂੰ ਬੋਲਦੇ ਆਂ ਵਾਰਸ਼ਿਕ ਗਤੀ ਵਾਰਸ਼ਿਕ ਗਤੀ ਨੈਕਸਟ ਕੁਐਸਚਨ ਹੈ ਆਪਣੇ ਕੋਲ 4ਥ ਨੰਬਰ ਕੁਐਸਚਨ 4ਥ ਨੰਬਰ ਚੈਪਟਰ ਨਕਸ਼ੇ ਸਾਡੇ ਕਿਵੇਂ ਮਦਦਗਾਰ ਯਾਨੀ ਜੋ ਨਕਸ਼ੇ ਨੇ ਆਪਣੇ ਉਹ ਆਪਣੀ ਕਿਵੇਂ ਹੈਲਪ ਕਰਦੇ ਨੇ ਉਹ ਹੈ ਪਾਰਟ 4ਥ ਦੇ ਵਿੱਚ ਪਹਿਲਾ ਕੁਐਸਚਨ ਹੈ ਆਪਣੇ ਕੋਲ ਗਲੋਬ ਕਿਸ ਨੂੰ ਕਹਿੰਦੇ ਹਨ ਗਲੋਬ ਦਾ ਅਰਥ ਕੀ ਹੈ ਧਰਤੀ ਦੇ ਹੂਬੂ ਅਹ ਪ੍ਰਤੀਕ ਜਾਂ ਮਾਡਲ ਨੂੰ ਗਲੋਬ ਕਿਹਾ ਜਾਂਦਾ ਹੈ ਯਾਨੀ ਜੋ ਧਰਤੀ ਦੀ ਸਾਰੀ ਸੀਮਾ ਉਸ ਨੂੰ ਬਣਾਇਆ ਜਾਂਦਾ ਹੈ ਇੱਕ ਛਾਪਿਆ ਜਾਂਦਾ ਹੈ ਡਰਾ ਕਰਿਆ ਜਾਂਦਾ ਹੈ ਉਸ ਨੂੰ ਆਪਾਂ ਕੀ ਬੋਲਦੇ ਹਾਂ ਗਲੋਬਲ ਥੈਟ ਇਜ਼ ਗਲੋਬ ਕਿਹੜੇ ਨਕਸ਼ੇ ਵਿੱਚ ਕਿਹੜੇ ਨਕਸ਼ੇ ਕਿਸੇ ਵੀ ਦੇਸ਼ ਦੇ ਪਹਾੜ ਪਠਾਰ ਅਤੇ ਮੈਦਾਨਾਂ ਬਾਰੇ ਜਾਣਕਾਰੀ ਦਿੰਦੇ ਹਨ ਇਹ ਕਿਹੜੇ ਨਕਸ਼ੇ ਹੁੰਦੇ ਹਨ ਇਹ ਭੂਤਿਕ ਨਕਸ਼ੇ ਹੁੰਦੇ ਹਨ ਜੋ ਕਿ ਆਪਾਂ ਨੂੰ ਦੇਸ਼ ਦੇ ਪਹਾੜ ਵਿਥਾਰ ਅਤੇ ਮਦਾਨਾ ਬਾਰੇ ਜਾਣਕਾਰੀ ਦਿੰਦੇ ਨੇ ਇਹ ਹੈ ਪੋਥਿਕ ਨਕਸ਼ੇ ਵੈਰੀ ਵੈਰੀ ਇੰਪੋਰਟੈਂਟ ਕੁਸ਼ਨ ਨੈਕਸਟ ਕੁਸ਼ਨ ਹੈ 3 ਨੰਬਰ ਕੁਸ਼ਨ ਹੈ ਕਿਹੜੇ ਨਕਸ਼ੇ ਸੱਭਿਆਚਾਰ ਦਾ ਵਿਸਥਾਰ ਮਹੱਤਵਪੂਰਨ ਯਾਤਰਾਵਾਂ ਅਤੇ ਲੜਾਈਆਂ ਦਾ ਅਧਿਐਨ ਕਰਨ ਲਈ ਵਰਤੇ ਜਾਂਦੇ ਹਨ ਇਹ ਨਕਸ਼ੇ ਹਨ ਇਤਿਹਾਸਿਕ ਨਕਸ਼ੇ ਇਤਿਹਾਸਿਕ ਨਕਸ਼ੇ ਨੇ ਜਿਹੜੇ ਇਹ ਯੂਜ਼ ਕਰਦੇ ਆਪਾਂ ਜਿਹੜੇ ਪੁਰਾਣੇ ਟਾਈਮ ਦੇ ਚੀਜ਼ਾਂ ਨੂੰ ਦੇਖਣ ਦੇ ਲਈ ਯੂਜ਼ ਕਰਦੇ ਆ ਇਤਿਹਾਸਿਕ ਨਕਸ਼ੇ ਨਕਸ਼ੇ ਦੇ ਤਿੰਨ ਜ਼ਰੂਰੀ ਤੱਤਤ ਅਸੋ ਨਕਸ਼ੇ ਦੇ ਜੋ ਤਿੰਨ ਜ਼ਰੂਰੀ ਤੱਤ ਨੇ ਉਹ ਨੇ ਕਿਹੜੇ ਨੇ ਦੂਰੀ ਦਿਸ਼ਾ ਅਤੇ ਪਰਮਾਨਿਕ ਚਿੰਨ ਦੂਰੀ ਦਿਸ਼ਾ ਅਤੇ ਪਰਮਾਨਿਕ ਚਿੰਨ ਨਕਸ਼ੇ ਵਿੱਚ ਦਿਸ਼ਾਵਾਂ ਕਿਸ ਨਿਸ਼ਾਨ ਨਾਲ ਦਿਖਾਈਆਂ ਜਾਂਦੀਆਂ ਹਨ ਨਕਸ਼ੇ ਵਿੱਚ ਦਿਸ਼ਾਵਾਂ ਨੇ ਜਿਹੜੀਆਂ ਇਹ ਦਿਖਾਈਆਂ ਜਾਂਦੀਆਂ ਹਨ ਤੀਰ ਦੇ ਨਿਸ਼ਾਨ ਨਾਲ ਤੀਰ ਦੇ ਨਿਸ਼ਾਨ ਨਾਲ ਚਾਰ ਦਿਸ਼ਾਵਾਂ ਦਾ ਨਾਮ ਦੱਸੋ ਉੱਤਰ ਦੱਖਣ ਪੂਰਬ ਪੱਛਮ ਉੱਤਰ ਦੱਖਣ ਪੂਰਬ ਪੱਛਮ ਭਾਰਤ ਵਿੱਚ ਨਕਸ਼ੇ ਕਿਸ ਵਿਭਾਗ ਦੁਆਰਾ ਬਣਾਏ ਜਾਂਦੇ ਹਨ ਜੋ ਭਾਰਤ ਵਿੱਚ ਨਕਸ਼ੇ ਨੇ ਮੈਪਸ ਨੇ ਇਹ ਬਣਾਏ ਜਾਂਦੇ ਨੇ ਸਰਵੇਖਣ ਵਿਭਾਗ ਦੇ ਦੁਆਰਾ ਸਰਵੇਖਣ ਵਿਭਾਗ ਮਹਾਸਾਗਰਾਂ ਨੂੰ ਕਿਸਤਰੰਗ ਨਾਲ ਦਰਸਾਇਆ ਜਾਂਦਾ ਹੈ ਜੋ ਮਹਾਸਾਗਰ ਹੁੰਦੇ ਨੇ ਇਹਨਾਂ ਨੂੰ ਆਪਾਂ ਕਿਸ ਕਲਰ ਦੇ ਨਾਲ ਦਰਸਾਉਣੀਆ ਇਹ ਰੰਗ ਹੁੰਦਾ ਇਹਨਾਂ ਦਾ ਨੀਲੇ ਰੰਗ ਨੀਲੇ ਰੰਗ ਨਾਲ ਦਰਸਾਇਆ ਜਾਂਦਾ ਹੈ ਜੋ ਮਹਾਸਾਗਰ ਹੁੰਦੇ ਨੇ ਨਕਸ਼ਾ ਕੀ ਹੈ ਨਕਸ਼ਾ ਪੂਰੀ ਧਰਤੀ ਦਾ ਕੁਝ ਭਾਗ ਦਾ ਪੈਮਾਨੇ ਅਨੁਸਾਰ ਪੱਧਰੀ ਸਤਾ ਤੇ ਖਿੱਚਿਆ ਗਿਆ ਰੂਪ ਹੈ ਇਹ ਹੁੰਦਾ ਹੈ ਨਕਸ਼ੇ ਦਾ ਅਰਥ ਨਕਸ਼ਾ ਪੂਰੀ ਧਰਤੀ ਦਾ ਕੁਝ ਭਾਗ ਦਾ ਪੈਮਾਨੇ ਅਨੁਸਾਰ ਪਦਰੀ ਸਤਾ ਦੇ ਖਿੱਚਿਆ ਹੋਇਆ ਰੂਪ ਹੈ ਇਹ ਹੈ اکਵਾਉਂਦਾ ਹੈ ਨਕਸ਼ਾ ਨਕਸ਼ੇ ਵਿੱਚ ਮੈਦਾਨਾਂ ਨੂੰ ਕਿਸ ਰੂਪ ਨਾਲ ਦਰਸਾਇਆ ਜਾਂਦਾ ਹੈ ਨਕਸ਼ੇ ਵਿੱਚ ਜੋ ਮੈਦਾਨ ਹੁੰਦੇ ਨੇ ਇਹਨਾਂ ਨੂੰ ਆਪਾਂ ਹਰੇ ਰੰਗ ਨਾਲ ਦਰਸਾਉਂਿਆ ਗ੍ਰੀਨ ਕਲਰ ਨਾਲ ਨੈਕਸਟ ਚੈਪਟਰ ਹੁੰਦਾ ਆਪਣਾ ਧਰਤੀ ਦੇ ਪਰਿਮੰਡਲ ਥੈਟ ਇਜ਼ ਅ 5th ਨੰਬਰ ਚੈਪਟਰ ਪਹਿਲਾ ਕੁਸ਼ਣ ਹੈ ਆਪਣਾ ਸੰਸਾਰ ਦੀ ਸਭ ਤੋਂ ਉੱਚੀ ਚੋਟੀ ਦਾ ਨਾਮ ਦੱਸੋ ਇਹ ਹੈ ਮਾਉਂਟ ਐਵਰੈਸਟ ਇਸ ਦੀ ਜਿਹੜੀ ਹਾਈਟ ਹੈ ਉਹ ਕਿੰਨੀ ਹੈ 8848 ਮੀਟਰ ਕਿੱਥੇ ਲੋਕੇਟਡ ਹੈ ਨੇਪਾਲ ਦੇ ਵਿੱਚ ਨੇਪਾਲ ਦੇ ਵਿੱਚ ਇਸ ਨੂੰ ਨਾਮ ਦਿੱਤਾ ਜਾਂਦਾ ਸਗਰਮਠ ਸાગਰ ਮਠ ਇਹ ਵੀ ਤੁਸੀ ਯਾਦ ਰੱਖਣਾ ਹੈ ਭਾਰਤ ਦੀ ਸਭ ਤੋਂ ਨੀਵੀਂ ਖਾਈ ਕਿਹੜੀ ਹੈ ਇਹ ਹੈ ਮਰੀਨਾ ਖਾਈ ਇਸ ਦੀ ਜਿਹੜੀ ਡੂੰਘਾਈ ਹੈ ਉਹ ਹੈ 10911 ਮੀਟਰ ਦੀ ਡੂੰਘਾਈ ਪੂਰਪਨ ਨੂੰ ਕਿਹੜੇ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਨਾ ਦੱਸੋ ਯਾਨੀ ਪੂਰਪਜੋ ਹੁੰਦੇ ਨੇ ਇਹਨਾਂ ਨੂੰ ਆਪਾਂ ਕਿਹੜੇ ਤਿੰਨ ਭਾਗਾਂ 'ਚ ਵੰਡਦੇ ਆ ਉਹਨਾਂ ਦੇ ਨਾਮ ਕੀ ਨੇ ਇਹ ਹੈ ਪਠਾਰ ਆ ਪਹਾੜ ਪਠਾਰ ਤੇ ਮੈਦਾਨ ਪਹਾੜ ਪਠਾਰ ਤੇ ਮੈਦਾਨ ਏਸ਼ੀਆ ਦੀ ਸਭ ਤੋਂ ਪ੍ਰਸਿੱਧ ਪर्वत ਸ਼੍ਰੇਣੀ ਦਾ ਨਾਮ ਦੱਸੋ ਯਾਨੀ ਏਸ਼ੀਆ ਦਾ ਸਭ ਤੋਂ ਜੋ ਪ੍ਰਸਿੱਧ ਪर्वत ਸ਼੍ਰੇਣੀਆ ਉਹਦਾ ਨਾਮ ਕੀ ਹੈ ਇਹ ਹੈ ਹਿਮਾਲਾ ਹਿਮਾਲਾ ਸੰਸਾਰ ਵਿੱਚ ਕੁੱਲ ਕਿੰਨੇ ਮਹਾਦੀਪ ਹਨ ਇਹ ਨੇ 7 7 ਸੱਤ ਕੰਟੀਨੈਂਟ ਨੇ ਸੰਸਾਰ ਦੇ ਵਿੱਚ ਵਿਸ਼ਵ ਦੇ ਵਿੱਚ ਸੰਸਾਰ ਦਾ ਸਭ ਤੋਂ ਵੱਡਾ ਮਹਾਦੀਪ ਕਿਹੜਾ ਹੈ ਇਹ ਹੈ ਏਸ਼ੀਆ ਸੰਸਾਰ ਦੇ ਸਭ ਤੋਂ ਛੋਟੇ ਮਹਾਦੀਪ ਦਾ ਨਾਮ ਦੱਸੋ ਇਹ ਹੈ ਆਸਟ੍ਰੇਲੀਆ ਆਸਟ੍ਰੇਲੀਆ ਨੈਕਸਟ ਕੁਐਸਚਨ ਹੈ ਆਪਣੇ ਕੋਲ 8th ਨੰਬਰ ਕੁਐਸਚਨ ਉਸ ਮਹਾਦੀਪ ਦਾ ਨਾਮ ਦੱਸੋ ਜਿਸ ਦੇ ਵਿਚਕਾਰ ਉਹ ਭੂਮੱਧ ਰੇਖਾ ਗੁਜ਼ਰਦੀ ਹੈ ਯਾਨੀ ਉਸ ਮਹਾਦੀਪ ਦਾ ਨਾਮ ਦੱਸੋ ਜਿਸ ਦੇ ਵਿੱਚ ਉਹਦੀ ਭੂਮੱਧ ਰੇਖਾ ਜਿਹੜੀ ਇਹ ਗੁਜ਼ਰ ਕੇ ਜਾਂਦੀ ਹੈ ਇਹ ਹੈ ਅਫਰੀਕਾ ਕੰਟੀਨੈਂਟ ਅਫਰੀਕਾ ਮਹਾਦੀਪ ਸੰਸਾਰ ਦਾ ਸਭ ਤੋਂ ਵੱਡਾ ਦੇਸ਼ ਕਿਹੜਾ ਹੈ ਇਹ ਹੈ ਰਸ਼ੀਆ ਰੂਸ ਸੰਸਾਰ ਦੇ ਸਭ ਤੋਂ ਛੋਟੇ ਦੇਸ਼ ਦਾ ਨਾਮ ਦੱਸੋ ਵੈਟਿਕਨ ਸਿਟੀ ਹੈ ਵੈਟਿਕਨ ਸਿਟੀ ਧਰਤੀ ਦੇ ਕੁੱਲ ਕਿੰਨੇ ਮਹਾਸਾਗਰ ਹਨ ਧਰਤੀ ਦੇ ਕੁੱਲ ਕਿੰਨੇ ਮਹਾਸਾਗਰ ਨੇ ਚਾਰ ਨੇ ਕਿਹੜੇ ਕਿਹੜੇ ਨੇ ਸ਼ਾਂਤ ਮਹਾਸਾਗਰ ਅੰਤ ਮਹਾਸਾਗਰ ਹਿੰਦ ਮਹਾਸਾਗਰ ਔਰ ਆਰਕਟਿਕ ਮਹਾਸਾਗਰ ਇਹਨੇ ਚਾਰ ਮਹਾਸਾਗਰ जो कि धरती देप लोकेट ने शांत महासागर अंध महासागर हिंद और आर्कटिक नैक्सट क्वेश्चन है बारह नंबर क्वेश्चन संसार का सब तो छोटा महासागर कि मार आर्कटिक महासागर यानी संसार का सब तो जोड़ा छोटा महासागर है उसका नाम की है यह है आर्कटिक महासागर आर्कटिक नैक्सट चैप्ट आता अपने कोंबर चैप्टर जिससे आपकस करा सा भारत ਸੰਸਾਰ ਵਿੱਚ ਯਾਨੀ ਸਾਡੇ ਭਾਰਤ ਦਾ ਜੋ ਸੰਸਾਰ ਦੇ ਵਿੱਚ ਕੀ ਸਥਾਨ ਹੈ ਉਹ ਵਗੈਰਾ ਆਪਾਂ ਇਹਦੇ ਵਿੱਚ ਡਿਸਕਸ ਕਰਾਂਗੇ ਸਭ ਤੋਂ ਪਹਿਲਾ ਕੁਸ਼ਣ ਹੈ ਆਪਣਾ ਭਾਰਤ ਦਾ ਖੇਤਰਫਲ ਪੱਖੋਂ ਸੰਸਾਰ ਵਿੱਚ ਕਿਹੜਾ ਸਥਾਨ ਹੈ ਭਾਰਤ ਦਾ ਜੋ ਸਥਾਨ ਹੈ ਉਹ ਹੈ 7ਵਾਂ ਸਭ ਤੋਂ ਵੱਡਾ ਜੋ ਦੇਸ਼ ਹੈ ਉਹ ਹੈ ਰੂਸ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਰਸ਼ੀਆ ਬੁਲਾਉਂਦੇ ਆ ਰੂਸ ਯਾਨੀ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਬੋਲਦੇ ਆ ਰਸ਼ੀਆ ਇਹ ਤੁਸੀ ਯਾਦ ਰੱਖਣਾ ਹੈ ਜਨਸੰਖਿਆ ਯਾਨੀ ਪੋਪੂਲੇਸ਼ਨ ਦੇ ਬੇਸ ਤੇ ਉੱਪਰ ਸਭ ਤੋਂ ਜੋ ਵੱਡਾ ਦੇਸ਼ ਹੈ ਵਰਲਡ ਦਾ ਉਹ ਕਿਹੜਾ ਹੈ ਭਾਰਤ ਦਾ ਸਥਾਨ ਕੀ ਹੈ ਇਹ ਹੈ ਦੂਸਰਾ ਪਹਿਲੇ ਨੰਬਰ ਤੇ ਹੈ ਚੀਨਾ ਚਾਈਨਾ ਉਸ ਰੇਖਾ ਦਾ ਨਾਮ ਦੱਸੋ ਜੋ ਭਾਰਤ ਨੂੰ ਦੋ ਬਰਾਬਰੀ ਭਾਗਾਂ ਵਿੱਚ ਵੰਡਦੀ ਹੈ ਇਹ ਹੈ ਕਰਕਰੇਖਾ ਕਰਕਰੇਖਾ ਜੋ ਹੈ ਇਹ ਭਾਰਤ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡਦੀ ਹੈ ਥੈਟ ਇਜ਼ ਕਰਕਰੇਖਾ ਕਸ਼ਮੀਰ ਤੋਂ ਕਨਿਆ ਕੁਮਾਰੀ ਤੱਕ ਦੀ ਦੂਰੀ ਦੱਸੋ ਇਹ ਹੈ 3214 ਕਿਲੋਮੀਟਰ ਦੀ ਕਸ਼ਮੀਰ ਤੋਂ ਕਨਿਆ ਕੁਮਾਰੀ ਦੀ ਜੋ ਦੂਰੀ ਹੈ ਇਹ ਹੈ ਲਗਭਗ 3214 ਕਿਲੋਮੀਟਰ ਦੀ ਭਾਰਤ ਵਿੱਚ ਸੂਰਜ ਸਭ ਤੋਂ ਪਹਿਲਾਂ ਕਿਸ ਰਾਜ ਵਿੱਚ ਨਿਕਲਦਾ ਹੈ ਸਭ ਤੋਂ ਪਹਿਲਾਂ ਜੋ ਸੂਰਜ ਨਿਕਲਦਾ ਹੈ ਇਹ ਨਿਕਲਦਾ ਹੈ ਅਰੁਣਾਚਲ ਪ੍ਰਦੇਸ਼ ਦੇ ਵਿੱਚ ਅਰੁਣਾਚਲ ਪ੍ਰਦੇਸ਼ ਭਾਰਤ ਦੇ ਕੋਈ ਪੰਜ ਗੁਆਂਢੀ ਦੇਸ਼ਾਂ ਦੇ ਨਾਮ ਦੱਸੋ ਯਾਨੀ ਭਾਰਤ ਦੇ ਜਿਹੜੇ ਗੁਆਂਢੀ ਦੇਸ਼ ਨੇ ਉਹਨਾਂ ਦੇ ਨਾਮ ਦੱਸੋ ਪਾਕਿਸਤਾਨ ਚੀਨ ਬੰਗਲਾਦੇਸ਼ ਸ਼੍ਰੀਲੰਕਾ ਔਰ ਨੇਪਾਲ ਇਹ ਪੰਜ ਗੁਆਂਢੀ ਦੇਸ਼ ਨੇ ਭਾਰਤ ਦੇ ਜੋ ਕਿ ਪਾਕਿਸਤਾਨ ਚਾਇਨਾ ਬੰਗਲਾਦੇਸ਼ ਔਰ ਨੇਪਾਲ ਇਹ ਇੰਡੀਆ ਦੇ ਨਾਲ ਬਾਉਂਡਰੀ ਵੀ ਆਪਣੀ ਸ਼ੇਅਰ ਕਰਦੇ ਨੇ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ ਸੈਵਨਥ ਨੰਬਰ ਕੁਐਸਚਨ ਖੇਤਰਫਲ ਪੱਖੋਂ ਪਾਰਤ ਦਾ ਸਭ ਤੋਂ ਵੱਡੇ ਅਤੇ ਛੋਟੇ ਰਾਜ ਦਾ ਨਾਮ ਦੱਸੋ ਖੇਤਰਫਲ ਦੇ ਪੱਖੋਂ ਸਭ ਤੋਂ ਵੱਡਾ ਰਾਜ ਹੈ ਉਹ ਹੈ ਰਾਜਸਥਾਨ ਪਪੂਲੇਸ਼ਨ ਦੇ ਬੇਸ ਤੇ ਉੱਪਰ ਦੇਖਿਆ ਜਾਵੇ ਤਾਂ ਆਪਣਾ ਸਭ ਤੋਂ ਜ਼ਿਆਦਾ ਪਪੂਲੇਸ਼ਨ ਕਿਹੜੀ ਹੈ ਆਪਣੇ ਉਹ ਹੈ ਯੂਪੀ ਦੇ ਵਿੱਚ ਔਰ ਸਭ ਤੋਂ ਜੋ ਛੋਟਾ ਰਾਜ ਹੈ ਉਹ ਹੈ ਗੋਆ ਗੋਆ ਭਾਰਤ ਦੀ ਰਾਜਧਾਨੀ ਕਿਹੜੀ ਹੈ ਨਿਊ ਦਿੱਲੀ ਔਰ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਚੰਡੀਗੜ੍ਹ ਇਹ ਤੁਸੀਂ ਯਾਦ ਰੱਖਣਾ ਹੈ ਭਾਰਤ ਵਿੱਚ ਸਤ ਮਾਰੂਥਲ ਦਾ ਨਾਮ ਦੱਸੋ ਭਾਰਤ ਵਿੱਚ ਸਤ ਮਾਰੂਥਲ ਦਾ ਨਾਮ ਕਿਹੜਾ ਹੈ ਇਹ ਹੈ ਥਾਰ ਦਾ ਮਾਰੂਥਲ ਥਾਰ ਦਾ ਮਾਰੂਥਲ ਨੈਕਸਟ ਹੈ ਆਪਣੇ ਕੋਲ 10ਥ ਨੰਬਰ ਕੁਐਸਚਨ ਭਾਰਤ ਦੀ ਦੱਖਣੀ ਸਿਮਾ ਬਿੰਦੂ ਦਾ ਨਾਮ ਦੱਸੋ ਦੱਖਣੀ ਸਿਮਾ ਬਿੰਦੂ ਦਾ ਨਾਮ ਕੀ ਹੈ ਇੰਦਰਾ ਪੁਆਇੰਟ ਇੰਦਰਾ ਪੁਆਇੰਟ ਨੈਕਸਟ ਚੈਪਟਰ ਆਪਣੇ ਕੋਲ 7ਥ ਨੰਬਰ ਚੈਪਟਰ ਪਾਠ 7 ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਭਾਰਤ ਦਾ ਜਲਵਾਯੂ ਬਨਸਪਤੀ ਅਤੇ ਜੰਗਲੀ ਜੀਵਨ ਪਹਿਲਾ ਕੁਐਸਚਨ ਹੈ ਭਾਰਤ ਵਿੱਚ ਤਾਪਮਾਨ ਅਤੇ ਮੌਨਸੂਨ ਦੀ ਪਿੰਨਤਾ ਦੇ ਆਧਾਰ ਤੇ ਕਿੰਨੀਆਂ ਰੁੱਤਾਂ ਪਾਈਆਂ ਜਾਂਦੀਆਂ ਹਨ ਨਾਮ ਦੱਸੋ ਯਾਨੀ ਭਾਰਤ ਵਿੱਚ ਤਾਪਮਨ ਅਤੇ ਮਾਨਸੂਨ ਦਾ ਦੀਪਨ ਦਾ ਅਨਸਾਰ ਭਾਰਤ ਵਿੱਚ ਟੋਟਲ ਕਿੰਨੀਆਂ ਰੁੱਤਾਂ ਨੇ ਔਰ ਕਿਹੜੀਆਂ-ਕਿਹੜੀਆਂ ਨੇ ਇਹ ਨੇ ਚਾਰ ਰੁੱਤਾਂ ਸਰਦੀ ਦੀ ਰੁੱਤ ਗਰਮੀ ਦੀ ਰੁੱਤ ਮਾਨਸੂਨ ਦੀ ਰੁੱਤ ਔਰ ਪਰਤਦੀ ਮਾਨਸੂਨ ਦੀ ਰੁੱਤ ਇਹ ਚਾਰ ਰੁੱਤਾਂ ਨੇ ਜੋ ਕਿ ਭਾਰਤ ਦੇ ਵਿੱਚ ਬੇਸਿਕਲੀ ਹੁੰਦੀਆਂ ਨੇ ਤਾਪਮਨ ਤੇ ਮਾਨਸੂਨ ਦੇ ਬੇਸਟ ਦੇ ਉੱਪਰ ਚਾਰ ਭਾਰਤ ਵਿੱਚ ਗਰਮੀ ਦੀ ਰੁੱਤ ਦੌਰਾਨ ਸੂਰਜ ਦੀਆਂ ਕਿਰਨਾਂ ਕਿਸ ਰੇਖਾ ਤੇ ਲਗਭਗ ਸਿੱਧੀਆਂ ਪੈਂਦੀਆਂ ਹਨ ਯਾਨੀ ਗਰਮੀ ਦੀ ਰੁੱਤ ਦੇ ਵਿੱਚ ਜੋ ਸੂਰਜ ਦੀਆਂ ਜੋ ਰੇਖਾਵਾਂ ਨੇ ਕਿਰਨਾਂਵਾਂ ਨੇ ਇਹ ਕਿਸਰੇ ਖਾਦੇ ਉਪਰ ਸਿੱਧੀਆਂ ਪੈਂਦੀਆਂ ਨੇ ਇਹ ਹੈ ਕਰਕਰੇਖਾ ਕਰਕਰੇਖਾ ਭਾਰਤ ਦੀ ਬਨਸਪਤੀ ਨੂੰ ਮੁੱਖ ਤੌਰ ਤੇ ਕਿੰਨੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਹ ਹੈ ਪੰਜ ਭਾਗਾਂ ਦੇ ਵਿੱਚ ਯਾਨੀ ਭਾਰਤ ਦੀ ਜਿਹੜੀ ਬਨਸਪਤੀ ਹੈ ਇਸ ਨੂੰ ਆਪਾਂ ਮੁੱਖ ਰੂਪ ਦੇ ਪੰਜ ਭਾਗਾਂ ਦੇ ਵਿੱਚ ਡਿਵਾਈਡ ਕਰਦੇ ਹਾਂ ਫਾਈਵ ਰੂਪ ਦੇ ਵਿੱਚ ਨੈਕਸਟ ਕੁਐਸਚਨ ਹੈ ਆਪਣੇ ਕੋਲ ਫੋਰਥ ਨੰਬਰ ਕੁਐਸਚਨ ਚਾਰ ਨੰਬਰ ਕੁਐਸਚਨ ਨੈਕਸਟ ਕੁਐਸਚਨ ਹੈ ਆਪਣੇ ਕੋਲ ਫੋਰਥ ਨੰਬਰ ਕੁਐਸਚਨ ਓਸ਼ਨ ਸਦਾ ਬਹਾਰ ਵਨਾਂ ਦੀਆਂ ਪ੍ਰਮੁੱਖ ਰੂਖਾਂ ਦਿਆਂ ਬਣ ਗਿਆ ਦੇ ਨਾਮ ਦੱਸੋ ਇਹ ਨੇ ਮਹਗਨੀ ਰੋਜਵੁੱਡ ਅਤੇ ਬਾਸ ਮਹਗਨੀ ਰੋਜਵੁੱਡ ਅਤੇ ਬਾਸ ਸੋ ਚੱਜੇ ਪਰਸਥਿਤੀ ਸੰਤੁਲਨ ਉਭਨਾਏ ਰੱਖਣ ਲਈ ਕਿੰਨਾ ਹਿੱਸਾ ਜੰਗਲਾਂ ਹੇਠਾ ਹੋਣਾ ਚਾਹੀਦਾ ਹੈ ਯਾਨੀ ਪਰਸਥਿਤੀ ਹੁੰਦੀ ਹੈ ਜਿਹੜੀ ਸੰਤੁਲਨ ਦੀ ਉਹਨੂੰ ਬਣਾਈ ਰੱਖਣ ਦੇ ਲਈ ਉਸ ਦੇ ਲਈ ਕਿੰਨਾ ਜਿਹੜਾ ਹਿੱਸਾ ਹੈ ਪੂਰੇ ਵਰਲਡ ਦਾ ਉਹ ਕਿੰਨੇ ਤਿਹਾਈ ਹਿੱਸਾ ਹੈ ਜਿਹੜਾ ਕਿ ਜੰਗਲਾਂ ਦੇ ਹੇਠ ਹੋਣਾ ਚਾਹੀਦਾ ਹੈ ਇਹ ਹੈ 1/3 ਯਾਨੀ 1/3 ਇੱਕ ਤਿਹਾਈ ਜੰਗਲ ਖੋਜ ਸੰਸਥਾਵਾਂ ਭਾਰਤ ਵਿੱਚ ਕਿੱਥੇ ਕਿੱਥੇ ਹਨ ਜੋ ਭਾਰਤ ਵਿੱਚ ਜੰਗਲ ਖੋਜ ਸੰਸਥਾਵਾਂ ਨੇ ਇਹ ਦੋ ਪਲੇਸ ਦੇ ਵਿੱਚ ਲੋਕੇਟਰ ਨੇ ਇੱਕ ਦਾ ਹੈ ਦੇਹਰਾਦੂਨ ਜੋ ਕਿ ਉੱਤਰਾਖੰਡ ਦੇ ਵਿੱਚ ਹੈ ਇੱਕ ਹੈ ਕੋਇੰਬਟੂਰ ਕੋਇੰਬਟੂਰ ਅਤੇ ਦੇਹਰਾਦੂਨ ਭਾਰਤ ਦੇ ਰਾਸ਼ਟਰੀ ਪੰਛੀ ਦਾ ਨਾਮ ਦੱਸੋ ਇਹ ਹੈ ਮੋਰ ਮੋਰ ਹੈ ਰਾਸ਼ਟਰੀ ਜੋ ਪੰਛੀ ਹੈ ਭਾਰਤ ਦਾ ਮੋਰ ਜੰਗਲੀ ਜੀਵ ਹਫਤਾ ਹਰ ਸਾਲ ਕਿਸ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਜੰਗਲੀ ਜੀਵ ਹਫਤਾ ਜੋ ਹੈ ਇਹ ਹਰ ਸਾਲ ਵਿੱਚ ਅਕਤੂਬਰ ਵਿੱਚ ਮਨਾਇਆ ਜਾਂਦਾ ਹੈ ਅਕਤੂਬਰ ਦੇ ਵਿੱਚ ਨੈਕਸਟ ਕੁਐਸਚਨ ਹੈ 9ਥ ਨੰਬਰ ਕੁਐਸਚਨ ਆਪਣੇ ਕੋਲ ਡੈਲਟਾ ਦੇ ਸੁੰਦਰਬਨ ਵਿੱਚ ਮਿਲਣ ਵਾਲੀ ਵੰਸਪਤੀ ਦਾ ਨਾਮ ਦੱਸੋ ਡੈਲਟਾ ਦੇ ਸੁੰਦਰਬਨ ਜੋ ਡੈਲਟਾ ਹੈ ਇਸ ਦੇ ਵਿੱਚ ਜੋ ਵੰਸਪਤੀ ਮਿਲਦੀ ਹੈ ਉਸ ਦਾ ਨਾਮ ਕੀ ਹੈ ਇਹ ਹੈ ਜਵਾਰੀ ਵੰਸਪਤੀ ਜਵਾਰੀ ਵੰਸਪਤੀ ਭਾਰਤ ਵਿੱਚ ਮੌਨਸੂਨ ਰੁੱਤ ਕਿਹੜੇ ਤੋਂ ਕਿਹੜੇ ਮਹੀਨੇ ਤੱਕ ਹੁੰਦੀ ਹੈ ਜੋ ਭਾਰਤ ਵਿੱਚ ਮੌਨਸੂਨ ਦੀ ਰੁੱਤ ਹੁੰਦੀ ਹੈ ਇਹ ਮੱਧ ਜੂਨ ਤੋਂ ਲੈ ਕੇ ਸਤੰਬਰ ਤੱਕ ਹੁੰਦੀ ਹੈ ਮੱਧ ਜੂਨ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਨੈਕਸਟ ਕੁਐਸਚਨ ਹੈ ਆਪਣੇ ਕੋਲ ਨੈਕਸਟ ਚੈਪਟਰ ਹੈ ਆਪਣੇ ਕੋਲ 8ਥ ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪ੍ਰਾਚੀਨ ਇਤਿਹਾਸ ਦਾ ਅਧਿਐਨ ਤੇ ਸਰੋਤ ਪਹਿਲਾ ਕੁਸ਼ਨ ਹੈ ਇਤਿਹਾਸ ਦਾ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ ਫਾਦਰ ਆਫ ਹਿਸਟਰੀ ਕਿਹਾ ਜਾਂਦਾ ਹੈ ਹੈਰੋਡੋਟਸ ਨੂੰ ਹੈਰੋਡੋਟਸ ਜਿਸ ਕਾਲ ਦਾ ਸਾਡੇ ਕੋਲ ਲਿਖਤੀ ਵੇਰਵਾ ਨਹੀਂ ਹੈ ਉਸ ਕਾਲ ਨੂੰ ਆਪਾਂ ਕੀ ਕਹਿੰਦੇ ਹਾਂ ਇਸ ਨੂੰ ਬੋਲਿਆ ਜਾਂਦਾ ਹੈ ਪੂਰਵ ਇਤਿਹਾਸ ਕਾਲ ਪੂਰਵ ਇਤਿਹਾਸ ਕਾਲ ਜਿਨ੍ਹਾਂ ਤੱਥਾਂ ਤੋਂ ਸਾਨੂੰ ਪ੍ਰਾਚੀਨ ਮਨੁੱਖ ਦੀ ਕਹਾਣੀ ਜਾਣਨ ਵਿੱਚ ਸਹਾਇਤਾ ਮਿਲਦੀ ਹੈ ਉਸ ਨੂੰ ਆਪਾਂ ਕੀ ਕਹਿੰਦੇ ਹਾਂ ਉਸ ਨੂੰ ਬੋਲਦੇ ਆਪਾਂ ਇਤਿਹਾਸ ਦਾ ਸਰੋਤ ਇਤਿਹਾਸ ਦੇ ਸਰੋਤ ਬੋਲਿਆ ਜਾਂਦਾ ਹੈ ਜਿਨ੍ਹਾਂ ਤੱਥਾਂ ਵਿੱਚ ਜਿੱਤ ਤੱਥਾਂ ਤੋਂ ਆਪਾਂ ਨੂੰ ਆ ਪਰਾਚੀਨ ਮਨੁੱਖ ਦੀ ਜਿਹੜੀ ਕਹਾਣੀ ਆ ਉਸ ਦੇ ਵਿੱਚ ਜਾਣਨ ਦੇ ਲਈ ਸਹਾਇਤਾ ਮਿਲਦੀ ਹੈ ਉਸ ਨੂੰ ਬੋਲਦੇ ਆ ਇਤਿਹਾਸ ਦੇ ਸਰੋਤ ਨੈਕਸਟ ਕੁਐਸਚਨ ਹੈ ਆਪਣੇ ਕੋਲ 4th ਨੰਬਰ ਕੁਐਸਚਨ ਪੁਸਤਕਾਂ ਸਾਹਿਤਿਕ ਸਰੋਤ ਤੇ ਪ੍ਰਾਚੀਨ ਖੰਡਰਵਸਤਾਂ ਆਦਿ ਕਿਹੜੇ ਸਰੋਤ ਅਖਵਾਉਂਦੇ ਹਨ ਇਹ ਸਰੋਤ ਹੈ ਪੁਰਾਤੱਤਵ ਸਰੋਤ ਪੁਰਾਤੱਤਵ ਸਰੋਤ ਰਮਾਇਣ ਦੀ ਰਚਨਾ ਕਿਸ ਨੇ ਕੀਤੀ ਸੀ ਰਮਾਇਣ ਦੀ ਰਚਨਾ ਕੀਤੀ ਸੀ ਮਹਾਰਿਸ਼ੀ ਵਾਲਮੀਕ ਜੀ ਨੇ ਮਹਾਰਿਸ਼ੀ ਵਾਲਮੀਕ ਨੇ ਨੈਕਸਟ ਕੁਐਸਚਨ ਹੈ ਸੈਕਸ਼ਨ ਨੰਬਰ ਕੁਐਸਚਨ ਪ੍ਰਾਚੀਨ ਕਾਲ ਵਿੱਚ ਮਨੁੱਖ ਕਿੱਥੇ ਰਹਿੰਦਾ ਸੀ ਜੋ ਮਨੁੱਖ ਸੀ ਇਹ ਗੁਫਾਵਾਂ ਦੇ ਵਿੱਚ ਰਹਿੰਦਾ ਸੀ ਜੋ ਪ੍ਰਾਚੀਨ ਕਾਲ ਦੇ ਵਿੱਚ ਰਹਿੰਦਾ ਸੀ ਮਨੁੱਖ ਗੁਫਾਵਾਂ ਦੇ ਵਿੱਚ ਇਤਿਹਾਸ ਕਿਸ ਦਾ ਅਧਿਐਨ ਹੈ ਜੋ ਇਤਿਹਾਸ ਹੈ ਇਹ ਕਿਸ ਦਾ ਅਧਿਐਨ ਹੈ ਇਹ ਹੈ ਪੂਤ ਕਾਲ ਦਾ ਜਿਸ ਨੂੰ ਆਪਾਂ ਬੋਲਦੇ ਆਂ ਅਤੀਤ ਦਾ ਅਤੀਤ ਕਟਲਿਆ ਨੇ ਕਿਹੜੀ ਕਿਤਾਬ ਲਿਖੀ ਸੀ ਜੋ ਕਟਲਿਆ ਸੀ ਇਹਨਾਂ ਦੇ ਦੁਆਰਾ ਕਿਤਾਬ ਲਿਖੀ ਗਈ ਸੀ ਜਿਸ ਦਾ ਨਾਮ ਸੀ ਅਰਥਸ਼ਾਸਤਰ ਅਰਥ ਸ਼ਾਸਤਰਾ ਸਿੱਕਿਆਂ ਦੇ ਅਧਿਐਨ ਨੂੰ ਕੀ ਕਿਹਾ ਜਾਂਦਾ ਹੈ ਸਿੱਕਿਆਂ ਦੇ ਅਧਿਐਨ ਨੂੰ ਆਪਾਂ ਬੋਲਦੇ ਹਾਂ ਸਿੱਕਿਆਂ ਦੀ ਵਿਤਿਆ ਸਿੱਕਿਆਂ ਦੀ ਵਿਤਿਆ ਸਾਂਚੀ ਚ ਇਸ ਦਾ ਸਤੂਪ ਸਾਡੇ ਦੇਸ਼ ਦੇ ਕਿਸ ਰਾਜ ਵਿੱਚ ਹੈ ਸਾਂਚੀ ਸਤੂਪ ਜੋ ਹੈ ਇਹ ਲੋਕੇਟਿਡ ਹੈ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਨੈਕਸਟ ਚੈਪਟਰ ਹੁੰਦਾ ਆਪਣੇ ਕੋਲ 9th ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਦਮ ਮਨੁੱਖ ਪੱਥਰ ਯੁੱਗ ਦੇ ਬਾਰੇ ਪਹਿਲਾ ਕੁਸ਼ਨ ਹੈ ਆਪਣੇ ਕੋਲ ਆਦਮ ਮਾਨਵ ਦਾ ਰਹਿਣ ਸਹਿਣ ਕਿਸ ਤਰ੍ਹਾਂ ਦਾ ਸੀ ਜੋ ਆਦਮ ਮਾਨਵ ਸੀ ਇਸ ਦਾ ਜੋ ਰਹਿਣ ਸਹਿਣ ਸੀ ਉਹ ਕਿਸ ਪ੍ਰਕਾਰ ਦਾ ਸੀ ਇਹ ਜਾਨਵਰਾਂ ਵਰਗਾ ਸੀ ਜਾਨਵਰਾਂ ਵਰਗਾ ਨੈਕਸਟ ਹੈ ਸੈਕੰਡ ਨੰਬਰ ਆਦਮ ਮਾਨਵ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਢੱਕਦਾ ਸੀ ਜੋ ਆਦਮ ਮਾਨਵ ਸੀ ਇਹ ਆਪਣੇ ਸਰੀਰ ਨੂੰ ਕਿਸ ਨਾਲ ਢੱਕਦਾ ਸੀ ਜਾਨਵਰਾਂ ਦੀਆਂ ਖੱਲਾਂ ਨਾਲ ਯਾਨੀ ਜਾਨਵਰਾਂ ਨੂੰ ਮਾਰ ਕੇ ਉਹਨਾਂ ਦੀਆਂ ਖੱਲਾਂ ਜਿਹੜੀਆਂ ਦੀ ਉਹਦੇੜੀਆਂ ਜਾਂਦੀਆਂ ਸੀ ਉਹਨਾਂ ਨਾਲ ਦਰਖਤਾਂ ਦੇ ਪੱਤਿਆਂ ਨਾਲ ਅਤੇ ਛਿਲਕਿਆਂ ਨਾਲ ਇਹਨਾਂ ਦੇ ਨਾਲ ਢੱਕਿਆ ਜਾਂਦਾ ਸੀ ਆਦਮ ਮਾਨਵ ਦਾ ਜਿਹੜਾ ਸ਼ਰੀਰ ਸੀ ਆਦਮ ਮਨੁੱਖ ਨੇ ਆਵਾਜਾਈ ਦੀ ਸਹੂਲਤ ਲਈ ਕਿਸ ਚੀਜ਼ ਦੀ ਖੋਜ ਕੀਤੀ ਸੀ ਜੋ ਆਦਮ ਮਨੁੱਖ ਸੀ ਇਹਨਾਂ ਨੇ ਆਵਾਜਾਈ ਦੇ ਲਈ ਆਨ ਜਾਣ ਦੇ ਲਈ ਇਹਨਾਂ ਦੇ ਦੁਆਰਾ ਸਹੂਲਤ ਜਿਹੜੀ ਬਣਾਈ ਗਈ ਸੀ ਆਵਾਜਾਈ ਦੇ ਲਈ ਉਸ ਦਾ ਨਾਮ ਕੀ ਸੀ ਖੋਜ ਕੀਤੀ ਸੀ ਇਹਨਾਂ ਨੇ ਥੈਟ ਇਜ਼ ਪਹੀਏ ਥੀ ਜੋ ਪਹੀਏ ਦੀ ਇਹਨਾਂ ਦੇ ਨਾਲ ਇਹ ਗੱਡਾ ਵਗੈਰਾ ਜਿਹੜਾ ਯੂਜ਼ ਕਰਨ ਲੱਗੇ ਸੀ ਜੋ ਆਦਮ ਮਨੁੱਖ ਸੀ ਇਸ ਲਈ ਇਹਨਾਂ ਨੇ ਖੋਜ ਕੀਤੀ ਸੀ ਥੈਟ ਇਜ਼ ਪਹੀਆ ਪੱਥਰ ਯੁੱਗ ਦਾ ਮਨੁੱਖ ਜੋ ਹੈ ਇਸ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਇਸ ਨੂੰ ਨਾਮ ਦਿੱਤਾ ਜਾਂਦਾ ਸੀ ਸ਼ਿਕਾਰੀ ਅਤੇ ਖਾਦ ਸੰਗ੍ਰਹਿਕ ਸ਼ିକਾਰੀ ਅਤੇ ਖਾਦ ਸੰਗ੍ਰਹਿਕ ਪੁਰਾਤਨ ਪੱਥਰ ਯੁੱਗ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਹੈ ਪਲੀਥਿਕ ਪੀਰੀਅਡ ਪਲੀਥਿਕ ਪੀਰੀਅਡ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਜੋ ਪੁਰਾਤਨ ਪੱਥਰ ਯੁੱਗ ਸੀ ਨੈਕਸਟ ਕੁਐਸਚਨ ਹੈ ਆਪਣੇ ਕੋਲ 6th ਨੰਬਰ ਕੁਐਸਚਨ ਧਰਤੀ ਉੱਪਰ ਮਨੁੱਖ ਦੀ ਹੋਂਦ ਲਗਭਗ ਕਿੰਨੇ ਸਾਲ ਪਹਿਲਾਂ ਹੋਈ ਸੀ ਧਰਤੀ ਉੱਪਰ ਮਨੁੱਖ ਦੀ ਜਿਹੜੀ ਲਗਭਗ ਹੋਂਦ ਹੋਈ ਸੀ ਇਹ ਹੋਈ ਸੀ 40 ਲੱਖ ਸਾਲ ਪਹਿਲਾਂ 40 ਲੱਖ ਸਾਲ ਪਹਿਲਾਂ ਮੱਧਕਾਲ ਵਿੱਚ ਪੀਮ ਬੈਟਕਾ ਨਾਮੀ ਸਥਾਨਾਂ ਤੇ ਬਣੀ ਚਿੱਤਰਕਾਰੀ ਕਿਸ ਰਾਜ ਵਿੱਚ ਹੈ ਇਹ ਲੋਕੇਟਡ ਹੈ ਮੱਧ ਪ੍ਰਦੇਸ਼ ਦੇ ਵਿੱਚ ਮੱਧ ਪ੍ਰਦੇਸ਼ ਜਿਸ ਦੀ ਕੈਪੀਟਲ ਹੈ ਪੋਪਲ ਪੋਪਲ ਪਹੀਏ ਦੀ ਖੋਜ ਨੇ ਮਨੁੱਖ ਨੂੰ ਕਿਸ ਤਰ੍ਹਾਂ ਦੀ ਸਹਾਇਤਾ ਦਿੱਤੀ ਇਹ ਦਿੱਤੀ ਸੀ ਇੱਕ ਥਾਂ ਤੋਂ ਦੂਜੀ ਥਾਂ ਤੇ ਆਉਣ ਜਾਣ ਵਿੱਚ ਸਮਾਨ ਲਿਆਉਣ ਅਤੇ ਲੈ ਜਾਣ ਵਿੱਚ ਇਹ ਹੈਲਪ ਕੀਤੀ ਸੀ ਜੋ ਪਹੀਏ ਦੀ ਖੋਜ ਕੀਤੀ ਗਈ ਸੀ ਮੱਧ ਪੱਥਰ ਯੁੱਗ ਨੂੰ ਕਿਸ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਹੈ ਮੈਜ਼ੋਲੀਥਿਕ ਕਾਲ ਮੈਜ਼ੋਲੀਥਿਕ ਇਸ ਨੈਕਸਟ ਚੈਪਟਰ ਆਉਂਦਾ ਆਪਣੇ ਕੋਲ 10ਥ ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਹੜੱਪਾ ਸਭਿਅਤਾ ਹੜੱਪਾ ਸਭਿਅਤਾ ਪਹਿਲਾ ਕੁਐਸਚਨ ਹੈ ਆਪਣੇ ਕੋਲ ਭਾਰਤ ਦੀ ਸਭ ਤੋਂ ਪੁਰਾਣੀ ਸਭਿਅਤਾ ਜਿਹੜੀ ਸਿੰਧ ਨਦੀ ਦੇ ਕੰਢੇ ਉੱਤੇ ਵਿਕਸਿਤ ਹੋਈ ਉਸ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਬੋਲਿਆ ਜਾਂਦਾ ਹੈ ਸਿੰਧ ਘਾਟੀ ਸਭਿਅਤਾ ਸਿੰਧ ਘਾਟੀ ਸਭਿਅਤਾ ਸਿੰਧ ਘਾਟੀ ਸਭਿਅਤਾ ਦੇ ਲੋਕ ਕਿਸ ਦੇਵੀ ਦੀ ਪੂਜਾ ਕਰਦੇ ਸਨ ਇਹੇ ਦੇਵੀ ਸੀ ਮਾਤਾ ਦੇਵੀ ਜੀ ਮਾਤਾ ਦੇਵੀ ਜੋ ਸੀ ਇਸ ਦੀ ਪੂਜਾ ਕੀਤੀ ਜਾਂਦੀ ਸੀ ਸਿੰਧ ਘਾਟੀ ਸਭਿਅਤਾ ਦੇ ਲੋਕਾਂ ਦੇ ਦੁਆਰਾ ਮਾਤਾ ਦੇਵੀ ਦੀ ਹੜੱਪਾ ਸਭਿਅਤਾ ਦੇ ਮਕਾਨ ਕਿਸ ਚੀਜ਼ ਦੇ ਬਣੇ ਹੁੰਦੇ ਸਨ ਜੋ ਹੜੱਪਾ ਸਭਿਅਤਾ ਦੇ ਮਕਾਨ ਸੀ ਇਹ ਬਣਾਉਂਦੇ ਸੀ ਪੱਕੀਆਂ ਇੱਟਾਂ ਤੇ ਲੱਕੜੀ ਦੀ ਪੱਕੀਆਂ ਇੱਟਾਂ ਅਤੇ ਲੱਕੜੀ ਦੀ ਹੜੱਪਾ ਸਭਿਅਤਾ ਨਾਲ ਸੰਬੰਧਿਤ ਇਸ਼ਨਾਨ ਘਰ ਕਿਸ ਜਗ੍ਹਾ ਤੋਂ ਖੁਦ ਖੁਦਾਈ ਦੌਰਾਨ ਪ੍ਰਾਪਤ ਹੋਇਆ ਸੀ ਇਹ ਸੀ ਮੋਹਨਜੋਦੜੋ ਯਾਨੀ ਹੜੱਪਾ ਸਭਿਅਤਾ ਨਾਲ ਜੋ ਵੀ ਇਸ਼ਨਾਨਕਰ ਬਣਾਏ ਜਾਂਦੇ ਸੀ ਇਹਨਾਂ ਦੇ ਦੁਆਰਾ ਇਹਨਾਂ ਦੀ ਖੋਜ ਹੋਈ ਸੀ ਜਿਹੜੀ ਖੁਦਾਈ ਕੀਤੀ ਗਈ ਸੀ ਮੋਹਨਜੋਦੜੋ ਦੀ ਖੁਦਾਈ ਦੇ ਸਮੇਂ ਇਹ ਇਹ ਆਪਾਂ ਨੂੰ ਪਤਾ ਲੱਗਿਆ ਸੀ ਹੜੱਪਾ ਸਭਿਅਤਾ ਨਾਲ ਸੰਬੰਧਿਤ ਇਸ਼ਨਾਨਕਰਾਂ ਦੇ ਬਾਰੇ ਮੋਹਨਜੋਦੜੋ ਹੜੱਪਾ ਸਭਿਅਤਾ ਨਾਲ ਸੰਬੰਧਿਤ ਸਥਾਨ ਸੰਗੋਲ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਸਥਿਤ ਹਨ ਇਹ ਸੰਗੋਲ ਜੋ ਹੈ ਸੰਗੋਲ ਸਾਈਟ ਇਹ ਲੋਕੇਟਡ ਹੈ ਫਤੇਗੜ ਸਾਹਿਬ ਦੇ ਵਿੱਚ ਫਤੇਗੜ ਸਾਹਿਬ ਨੈਕਸਟ ਸੈਕਸ਼ਨ ਨੰਬਰ ਹੜੱਪਾ ਸਭਿਅਤਾ ਮਿਸਰ ਦੀ ਸਭਿਅਤਾ ਨਾਲੋਂ ਲਗਭਗ ਕਿੰਨੇ ਗੁਣਾ ਵੱਡੀ ਸੀ? ਯਾਨੀ ਹੜੱਪਾ ਸਭਿਅਤਾ ਜੋ ਸੀ ਇਹ ਮਿਸਰ ਦੀ ਸਭਿਅਤਾ ਜੋ ਸੀ ਇਸ ਤੋਂ ਕਿੰਨੇ ਗੁਣਾ ਵੱਡੀ ਸੀ? ਇਹ ਸੀ 20 ਗੁਣਾ ਵੱਡੀ। 20 ਗੁਣਾ ਵੱਡੀ। ਸਿੰਧ ਘਾਟੀ ਦੀ ਸਭਿਅਤਾ ਦਾ ਪਤਨ ਕਦੋਂ ਹੋਇਆ? ਇਹ ਹੋਇਆ 1500 ਈਸਵੀ ਪੂਰਵ ਦੇ ਵਿੱਚ। 1500 ਈਸਵੀ ਪੂਰਵ ਦੇ ਵਿੱਚ ਸਿੰਧ ਘਾਟੀ ਸਭਿਅਤਾ ਜੋ ਸੀ ਇਸ ਦਾ ਪਤਨ ਹੋਣਾ ਸਟਾਰਟ ਹੋ ਗਿਆ ਸੀ 1500 ਈਸਵੀ ਪੂਰਵ ਵਿੱਚ। ਸਿੰਧ ਘਾਟੀ ਸਭਿਅਤਾ ਵਿੱਚ ਪਸ਼ੂਪਤੀ ਭਗਵਾਨ ਕਿਸ ਨੂੰ ਕਿਹਾ ਜਾਂਦਾ ਸੀ? ਇਸ ਵਿੱਚ ਕਿਹਾ ਜਾਂਦਾ ਦੀ ਭਗਵਾਨ ਸ਼ਿਵ ਨੂੰ। ਜੋ ਭਗਵਾਨ ਸ਼ਿਵ ਸੀ ਇਹਨਾਂ ਨੂੰ ਕਿਹਾ ਜਾਂਦਾ ਸੀ ਪਸ਼ੂਪਤੀ ਭਗਵਾਨ ਸਿੰਧਗਾਠੀ ਸਭਿਅਤਾ ਦੇ ਵਿੱਚ ਨੈਕਸਟ ਚੈਪਟਰ ਆਂਦੇ ਆਪਣੇ ਕੋਲ ਵੈਦਿਕ ਕਾਲ 11 ਨੰਬਰ ਚੈਪਟਰ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਕਿਹੜੀ ਹੈ ਸਭ ਤੋਂ ਜਿਹੜੀ ਪੁਰਾਣੀ ਪੁਸਤਕ ਹੈ ਉਹ ਹੈ ਰਿਗਵੇਦਾ ਰਿਗਵੇਦਾ ਚਾਰ ਵੇਦਾਂ ਦੇ ਨਾਮ ਦੱਸੋ ਰਿਗਵੇਦ ਸਾਮਵੇਦ ਯਜੁਰਵੇਦ ਔਰ ਅਥਰਵੇਦ ਸਭ ਤੋਂ ਪੁਰਾਣਾ ਵੇਦਾ ਕਿਹੜਾ ਹੈ ਉਹ ਹੈ ਰਿਗਵੇਦਾ ਅਗੇਨ ਇਹ ਵੀ ਯਾਦ ਰੱਖਣਾ ਹੈ ਵੈਦਿਕ ਸਭਿਅਤਾ ਦੇ ਲੋਕਾਂ ਨੂੰ ਕੀ ਕਿਹਾ ਜਾਂਦਾ ਸੀ ਵੈਦਿਕ ਸਭਿਅਤਾ ਦੇ ਜਿਹੜੇ ਲੋਕ ਹੁੰਦੇ ਸੀ ਉਹਨਾਂ ਨੂੰ ਬੋਲਦੇ ਸੀ ਆਰੀਆ ਆਰੀਆ ਸप्त ਸਿੰਧੂ ਜਾਂ ਫਿਰ ਸੱਤ ਨਦੀਆਂ ਦਾ ਪ੍ਰਦੇਸ਼ ਕਿਸ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਪੰਜਾਬ ਨੂੰ ਪੰਜਾਬ ਬਹੁਤ ਜਿਆਦਾ ਸ਼ਕਤੀਸ਼ਾਲੀ ਰਾਜਿਆਂ ਨੂੰ ਕੀ ਕਿਹਾ ਜਾਂਦਾ ਸੀ ਯਾਨੀ ਜੋ ਜਿਆਦਾ ਸ਼ਕਤੀਸ਼ਾਲੀ ਰਾਜੇ ਹੁੰਦੇ ਸੀ ਉਹਨਾਂ ਨੂੰ ਇੱਕ ਨਾਮ ਦਿੱਤਾ ਜਾਂਦਾ ਸੀ ਟਾਈਟਲ ਦਿੱਤਾ ਜਾਂਦਾ ਸੀ ਉਹ ਕੀ ਸੀ ਇਹ ਸੀ ਸਮਰਾਟ ਸਮਰਾਟ ਪ੍ਰਾਚੀਨ ਕਾਲ ਵਿੱਚ ਸਮਾਜ ਜਿਹੜੇ ਦੋ ਜਿਹੜੇ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ ਉਸ ਨੂੰ ਕੀ ਕਿਹਾ ਜਾਂਦਾ ਸੀ ਉਸ ਨੂੰ ਕਿਹਾ ਜਾਂਦਾ ਹੈ ਵਰਣ ਵੰਡ ਵਰਣ ਵੰਡ ਵੈਦਿਕ ਲੋਕਾਂ ਦਾ ਮੁੱਖ ਭੋਜਨ ਕੀ ਸੀ ਕਣਕ ਚਾਵਲ ਤੇ ਦਾਲਾਂ ਕਣਕ ਚਾਵਲ ਤੇ ਦਾਲਾਂ Vedic ਕਾਲ ਵਿੱਚ ਅਪਲਾ ਕੁਸ਼ਾਂ ਅਤੇ ਵਿਸ਼ਾਵਰਾ ਵਿਸ਼ਵਾਰਾ ਕੌਣ ਸਨ? ਯਾਨੀ Vedic ਕਾਲ ਵਿੱਚ ਜੋ ਅਪਲਾ ਕੁਸ਼ਾ ਔਰ ਵਿਸ਼ਵਾਰਾ ਸੀ ਉਹ ਕੌਣ ਸੀ? ਪੜੀਆਂ ਲੇਖੀਆਂ ਪ੍ਰਸਿੱਧ ਇਸਤਰੀਆਂ ਪੜੀਆਂ ਲੇਖੀਆਂ ਪ੍ਰਸਿੱਧ ਇਸਤਰੀਆਂ Vedic ਕਾਲ ਵਿੱਚ ਪਿੰਡ ਦੇ ਮੁਖੀ ਨੂੰ ਕੀ ਕਹਿੰਦੇ ਸੀ? ਉਸ ਨੂੰ ਕਿਹਾ ਜਾਂਦਾ ਸੀ ਗ੍ਰਾਮਣੀ ਗ੍ਰਾਮਣੀ Vedic ਕਾਲ ਵਿੱਚ ਸਮਾਜ ਕਿਹੜੇ ਚਾਰ ਭਾਗਾਂ ਵਿੱਚ ਵੰਡਿਆ ਹੋਇਆ ਸੀ ਵੈਦਿਕal ਵਿੱਚ ਜੋ ਸਮਾਜ ਹੈ ਇਹ ਚਾਰ ਭਾਗਾਂ ਦੇ ਵਿੱਚ ਵੰਡਿਆ ਗਿਆ ਸੀ ਬ੍ਰਾਹਮਣ ਖੱਤਰੀ ਵੈਸ਼ ਔਰ ਸ਼ੁਦਰ ਬ੍ਰਾਹਮਣ ਖੱਤਰੀ ਵੈਸ਼ ਔਰ ਸ਼ੁਦਰ ਨੈਕਸਟ ਚੈਪਟਰ ਆਉਂਦਾ ਆਪਣੇ ਕੋਲ 12 ਨੰਬਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਭਾਰਤ 600 600 ਇਸਵੀ ਪੂਰਵ ਤੋਂ ਲੈ ਕੇ 400 ਇਸਵੀ ਪੂਰਵ ਤੱਕ ਦਾ ਪਹਿਲਾ ਕੁਐਸਚਨ ਹੈ ਉਤਰੀ ਭਾਰਤ ਵਿੱਚ 600 ਇਸਵੀ ਪੂਰਵ ਦੇ ਲਗਭਗ ਕਈ ਗਣਤੰਤਰ ਰਾਜਾਂ ਦੀ ਸਥਾਪਨਾ ਹੋਈ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਇਹਨਾਂ ਦੀ ਗਿਣਤੀ ਵੀ ਦੱਸੋ ਇਹ ਇਹਨਾਂ ਨੂੰ ਕਿਹਾ ਜਾਂਦਾ ਸੀ ਇਹਨਾਂ ਦੀ ਗਿਣਤੀ ਜੋ ਹੈ 16 ਇਹਨਾਂ ਨੂੰ ਕਿਹਾ ਜਾਂਦਾ ਸੀ ਮਹਾਂਜਨਪਦ ਮਹਾਨ ਅ ਪਦ ਮਹਾਜਨਪਦ ਯਾਨੀ ਇਹਨਾਂ ਦੀ ਗਿਣਤੀ ਕਿੰਨੀ ਸੀ 16 ਇਹਨਾਂ ਨੂੰ ਟਾਈਟਲ ਦਿੱਤਾ ਜਾਂਦਾ ਸੀ ਨਾਮ ਦਿੱਤਾ ਜਾਂਦਾ ਸੀ ਦੈਟ ਇਜ਼ ਅ ਮਹਾਜਨਪਦ ਇਹ ਸੀ ਜੋ 600 ਤੋਂ 600 ਈਸਵੀ ਦੇ ਵਿੱਚ ਜੋ ਗਣਤੰਤਰ ਰਾਜ ਸੀ ਇਹਨਾਂ ਨੂੰ ਕਿਹਾ ਜਾਂਦਾ ਸੀ ਮਹਾਜਨਪਦ ਇਹਨਾਂ ਦੀ ਸੰਖਿਆ ਸੀ 16 ਬਿੰਬੀਸਾਰਾ ਨੇ ਮਗਧ ਦੀ ਰਾਜਧਾਨੀ ਕਿਸ ਜਗ੍ਹਾ ਨੂੰ ਬਣਾਇਆ ਸੀ ਜੋ ਬਿੰਬੀਸਾਰਾ ਸੀ ਇਸ ਨੇ ਆਪਣੀ ਜੋ ਮਗਧ ਦੀ ਰਾਜਧਾਨੀ ਸੀ ਇਸ ਨੂੰ ਬਣਾਇਆ ਸੀ ਨਲੰਦਾ ਦੇ ਨੇੜੇ ਰਾਜਗ੍ਰਹਿਨ ਨਲੰਦਾ ਦੇ ਨੇੜੇ ਰਾਜਗ੍ਰਹਿਨ ਨਗਰੀਕਰਨ ਕਾਲ ਤੋਂ ਕੀ ਭਾਵ ਹੈ ਨਗਰੀਕਰਨ ਕਾਲ ਤੋਂ ਭਾਵ ਹੈ ਜਿਸ ਕਾਲ ਵਿੱਚ ਬਹੁਤ ਸਾਰੇ ਵੱਡੇ ਸ਼ਹਿਰਾਂ ਦੀ ਸਥਾਪਨਾ ਹੋਈ ਉਸ ਨੂੰ ਆਪਾਂ ਬੋਲਦੇ ਹਾਂ ਨਗਰੀਕਰਨ ਕਾਲ ਨੈਕਸਟ ਕੁਐਸਚਨ ਹੈ ਆਪਣੇ ਕੋਲ ਜੈਨ ਧਰਮ ਦੇ ਪਹਿਲੇ ਸੰਸਥਾਪਕ ਕੌਣ ਸਨ ਇਹ ਸੀ ਭਗਵਾਨ ਰਿਸ਼ਭ ਦੇਵ ਭਗਵਾਨ ਰਿਸ਼ਭ ਦੇਵ ਪਟਨਾ ਦਾ ਪੁਰਾਣਾ ਨਾਮ ਕੀ ਸੀ ਪਾਟਲੀ ਪੁੱਤਰ ਜੈਨ ਧਰਮ ਦੇ 24ਵੇਂ ਤੀਰਥਕਾਰ ਦਾ ਨਾਮ ਦੱਸੋ ਜੋ ਜੈਨ ਤਰਮ ਵਿੱਚ 24ਵੇਂ 13ਵਾਂ ਤਕਾਰ ਸੀ ਉਹਨਾਂ ਦਾ ਨਾਮ ਸੀ ਮਹਾਵੀਰ ਸਵਾਮੀ ਮਹਾਵੀਰ ਸਵਾਮੀ ਜੋ ਜੈਨ ਤਰਮ ਇਸ ਦੇ ਵਿੱਚ ਟੋਟਲ ਕਿੰਨੇ ਤੀਰਥਕਾਰ ਹੋਏ ਨੇ ਇਹ ਹੋਏ ਨੇ 24 24 ਅਹਿੰਸਾ ਤੋਂ ਕੀ ਪਾਵ ਹੈ ਕਿਸੇ ਜੀਵ ਦੀ ਹੱਤਿਆ ਕਰਨਾ ਨਾ ਕਰਨਾ ਯਾਨੀ ਅਹਿੰਸਾ ਯਾਨੀ ਸ਼ਾਂਤੀ ਬਣਾਈ ਰੱਖਣਾ ਇਹ ਇਹ ਅਡਾਪਟ ਕੀਤਾ ਸੀ ਮਹਾਤਮਾ ਗਾਂਧੀ ਜੀ ਦੇ ਦੁਆਰਾ ਯਾਨੀ ਅਹਿੰਸਾ ਨਹੀਂ ਜਿਹੜੀ ਆਪਾਂ ਨੇ ਕਰਨੀ ਸੀ ਉਹ ਜਿਹੜਾ ਸਲੋਗਨ ਸੀ ਉਸ ਹੀ ਮਹਾਤਮਾ ਗਾਂਧੀ ਜੀ ਦਾ ਔਰ ਇਸ ਦਾ ਮਤਲਬ ਕੀ ਹੁੰਦਾ ਹੈ ਕਿਸੇ ਜੀਵ ਦੀ ਹੱਤਿਆ ਨਾ ਕਰਨਾ ਬੁੱਧਧਰਮ ਦੇ ਸੰਸਥਾਪਕ ਕੌਣ ਸਨ ਮੋਗੋਤਮ ਬੁੱਧ ਗੌਤਮ ਬੁੱਧ ਮਹਾਤਮਾ ਬੁੱਧ ਨੂੰ ਜੋ ਗਿਆਨ ਦੀ ਪ੍ਰਾਪਤੀ ਹੋਈ ਸੀ ਉਹ ਕਿੱਥੋਂ ਹੋਈ ਸੀ ਬਿਹਾਰ ਵਿੱਚ ਬੋਧਗਯਾ ਜੋ ਹੈ ਇਸ ਦੇ ਉੱਪਰ ਇਸ ਦੇ ਵਿੱਚ ਇੱਕ ਪੀਪਲ ਦਾ ਦਰਖਤ ਹੈ ਇੱਥੇ ਬੈਠ ਕੇ ਇਹਨਾਂ ਨੂੰ ਜਿਹੜੀ ਗਿਆਨ ਦੀ ਪ੍ਰਾਪਤੀ ਹੋਈ ਸੀ ਮਹਾਤਮਾ ਬੁੱਧ ਨੂੰ ਬਿਹਾਰ ਵਿੱਚ ਬੋਧਗਯਾ ਦੇ ਸਥਾਨ ਤੇ ਪੀਪਲ ਦੇ ਦਰਖਤ ਹੇਠਾਂ ਹੋਈ ਬੁੱਧਧਰਮ ਨੂੰ ਕਿਹੜੇ ਕਿਹੜੇ ਮਹਾਰਾਜਾਂ ਨੇ ਅਪਣਾਇਆ ਜੋ ਬੁੱਧਧਰਮ ਸੀਸ ਨੂੰ ਅਪਣਾਇਆ ਸੀ ਅਸ਼ੋਕ ਕਨਿਸ਼ਕ ਔਰ ਹਰਸ਼ਵਰਧਨ ਨੇ ਅਸ਼ੋਕ ਕਨਿਸ਼ਕ ਔਰ ਹਰਸ਼ਵਰਧਨ ਬੁੱਧ ਧਰਮ ਦਾ ਪ੍ਰਚਾਰ ਕਿਹੜੇ ਤਿੰਨ ਗੁਆਂਢੀ ਦੇਸ਼ਾਂ ਵਿੱਚ ਹੋਇਆ ਜੋ ਬੁੱਧ ਧਰਮ ਦਾ ਜੋ ਪ੍ਰਚਾਰ ਹੋਇਆ ਸੀ ਕਿਹੜੇ ਤਿੰਨ ਗੁਆਂਢੀ ਦੇਸ਼ ਸੀ ਇਹ ਸੀ ਚੀਨ ਮਿਆਂਮਾਰ ਔਰ ਸ਼੍ਰੀਲੰਕਾ ਚੀਨ ਮਿਆਂਮਾਰ ਔਰ ਸ਼੍ਰੀਲੰਕਾ ਮਹਾਤਮਾ ਬੁੱਧ ਸਮੇ ਸਮਾਜ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ਜਦੋਂ ਮਹਾਤਮਾ ਬੁੱਧ ਦਾ ਸਮਾਜ ਸੀ ਉਸ ਸਮੇ ਜੋ ਸਮਾਜ ਸੀ ਉਹ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ਚਾਰ ਸੀ ਕਿਹੜੇ-ਕਿਹੜੇ ਸੀ ਬ੍ਰਾਹਮਣ ਖੱਤਰੀ ਵੈਸ਼ ਔਰ ਸ਼ੁੱਦਰ ਬ੍ਰਾਹਮਣ ਖੱਤਰੀ ਵੈਸ਼ ਔਰ ਸ਼ੁੱਤਰ ਨੈਕਸਟ ਚੈਪਟਰ ਆਉਂਦਾ ਆਪਣੇ ਕੋਲ 13th ਨੰਬਰ ਚੈਪਟਰ 13 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮੌਰੀਆ ਅਤੇ ਸ਼ੌਂਗ ਕਾਲ ਮੌਰੀਆ ਅਤੇ ਸ਼ੌਂਗ ਕਾਲ ਪਹਿਲਾ ਕੁਐਸਚਨ ਹੈ ਸਿਕੰਦਰ ਕੌਣ ਸੀ ਸਿਕੰਦਰ ਮਕਦੂਨੀਆ ਦਾ ਇੱਕ ਮਹਾਨ ਯੂਨਾਨੀ ਜੇਤੂ ਸੀ ਜਿਸ ਦਾ ਨਾਮ ਸੀ ਸਿਕੰਦਰ ਰਾਜਾ ਪੋਰਸ ਨੇ ਕਿਸ ਨਾਲ ਡਟ ਕੇ ਮੁਕਾਬਲਾ ਕੀਤਾ ਸੀ ਜੋ ਰਾਜਾ ਪੋਰਸ ਸੀ ਇਸ ਨੇ ਡਟ ਕੇ ਮੁਕਾਬਲਾ ਕੀਤਾ ਸੀ ਸਿਕੰਦਰ ਨਾਲ ਸਿਕੰਦਰ ਨਾਲ ਚੰਦਰਗੁਪਤ ਮੌਰੀਆ ਦੇ ਗੁਰੂ ਦਾ ਨਾਮ ਕੀ ਸੀ ਚੰਦਰਗੁਪਤ ਮੌਰੀਆ ਜੋ ਸੀਸ ਦੇ ਜੋ ਗੁਰੂ ਦਾ ਨਾਮ ਸੀ ਉਹ ਸੀ ਚਾਨਕਿਆ 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 ਦਾ ਦੂਜਾ ਨਾਮ ਕੀ ਸੀ ਪਟਲਿਆ 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 ਦੁਆਰਾ ਲਿਖੀ ਗਈ ਪੁਸਤਕ ਦਾ ਨਾਮ ਦੱਸੋ ਇਹ ਸੀ ਅਰਥਸ਼ਾਸਤਰ ਅਰਥਸ਼ਾਸਤਰ ਅਸ਼ੋਕਾ ਨੇ ਕਿਸ ਯੁੱਧ ਤੋਂ ਬਾਅਦ ਹਮੇਸ਼ਾ ਲਈ ਯੁੱਧ ਕਰਨ ਦਾ ਤ્યાਗ ਕੀਤਾ ਯਾਨੀ ਅਸ਼ੋਕ ਜੋ ਸੀ ਮਹਾਨ ਰਾਜਾ ਇਹਨਾਂ ਦੇ ਦੁਆਰਾ ਕਿਸ ਯੁੱਧ ਤੋਂ ਬਾਅਦ ਆਪਣਾ ਜਿਹੜਾ ਆ ਇਨਾਂ ਦੇ ਦੁਆਰਾ ਰਟਾਇਰਮੈਂਟ ਐੜੀ ਕੋਸ਼ਿਸ਼ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਇਹਨਾਂ ਨੇ ਡਿਕਲੇਅਰ ਕੀਤਾ ਸੀ ਕਿ ਇਸ ਤੋਂ ਬਾਅਦ ਕੋਈ ਵੀ ਯੁੱਧ ਨਹੀਂ ਲੜਿਆ ਜਾਏਗਾ ਅਸ਼ੋਕਾ ਦੇ ਦੁਆਰਾ ਇਹ ਕਿਸ ਯੁੱਧ ਤੋਂ ਬਾਅਦ ਕੀਤਾ ਗਿਆ ਸੀ ਇਸ ਯੁੱਧ ਦਾ ਨਾਮ ਹੈ ਕਲਿੰਗ ਯੁੱਧ ਤੋਂ ਬਾਅਦ ਕਲਿੰਗ ਯੁੱਧਾ ਅਸ਼ੋਕ ਦੇ ਅਸ਼ੋਕ ਨੇ ਕਿਸ ਧਰਮ ਨੂੰ ਅਪਣਾਇਆ ਅਸ਼ੋਕ ਦਾ ਜੋ ਧਰਮ ਸੀ ਉਹ ਸੀ ਬੁੱਧ ਧਰਮ ਬੁੱਧ ਧਰਮ ਸਾਡੇ ਦੇਸ਼ ਦੇ ਰਾਸ਼ਟਰੀ ਚਿੰਨ ਅਸ਼ੋਕ ਸਤੰਭਾਂ ਨੂੰ ਮੰਨਿਆ ਗਿਆ ਹੈ ਇਹ ਤੇ ਇਹ ਕਿੱਥੇ ਸਥਿਤ ਹੈ ਯਾਨੀ ਜੋ ਭਾਰਤ ਦੇਸ਼ ਹੈ ਇਸ ਦੇ ਦੁਆਰਾ ਜੋ ਰਾਸ਼ਟਰੀ ਚਿੰਨ ਅਸ਼ੋਕ ਸਤੰਭ ਨੂੰ ਮੰਨਿਆ ਗਿਆ ਹੈ ਇਹ ਕਿੱਥੇ ਲੋਕੇਟਡ ਹੈ ਇਹ ਸਾਰਨਾਥ ਦੇ ਵਿੱਚ ਹੈ ਇਹ ਲੋਕੇਟ ਹੈ ਉੱਤਰ ਪ੍ਰਦੇਸ਼ ਦੇ ਵਿੱਚ ਸਾਰਨਾਥ ਯੂਪੀ ਮੋਰੀਆ ਵੰਸ਼ ਦੇ ਮਹਾਨ ਸ਼ਾਸਕ ਦਾ ਨਾਮ ਦੱਸੋ ਜਿਸ ਦੀ ਗਿਣਤੀ ਸੰਸਾਰ ਦੇ ਮਹਾਨ ਰਾਜਿਆਂ ਵਿੱਚ ਕੀਤੀ ਗਈ ਇਹ ਹੈ ਅਸ਼ੋਕ ਮਹਾਨ ਅਸ਼ੋਕ ਨੈਕਸਟ ਹੈ ਆਪਣੇ ਕੋਲ 10th ਨੰਬਰ ਕੁਐਸਚਨ ਅੰਤਿਮ ਮੋਰੀਆ ਸਮਰਾਟ ਕੌਣ ਸੀ ਉਸ ਨੂੰ ਕਿਸ ਨੇ ਮਾਰਿਆ ਬ੍ਰਿਹਦਰਥ ਜੋ ਸੀ ਅੰਤਿਮ ਮੋਰੀਆ ਸਮਰਾਟ ਸੀ ਜਿਸ ਨੂੰ ਉਸ ਦੇ ਸੈਨਾਪਤੀ ਪੁਸ਼ਯ ਮਿਤ੍ਰ ਸੰਗਾ ਨੇ ਕਤਲ ਕਰ ਦਿੱਤਾ ਗਿਆ ਸੀ ਯਾਨੀ ਪੁਸ਼ਯ ਮਤਰੀ ਸੰਗਾ ਜੋ ਸੀ ਏਸੀ ਸੈਨਾਪਤੀ ਇਸ ਦੇ ਦੁਆਰਾ ਮਾਰਿਆ ਗਿਆ ਸੀ ਬ੍ਰਿਹ ਅਰਥ ਜੋ ਸੀ ਅੰਤਿਮ ਮੌਰੀਆ ਸਮਰਾਟ ਨੈਕਸਟ ਆਪਣੇ ਕੋਲ ਆਂਦਾ ਹੈ 14th ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਭਾਰਤ 200 ਈਸਵੀ ਤੋਂ ਲੈ ਕੇ 300 ਈਸਵੀ ਪੂਰਬ ਤੱਕ ਦਾ ਪਹਿਲਾ ਕੁਐਸਚਨ ਹੈ ਵਿੰਦਿਆਚਲ ਪर्वਤ ਅਤੇ ਨਰਮਦਾ ਨਦੀ ਦੇ ਦੱਖਣੀ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਬੋਲਿਆ ਜਾਂਦਾ ਦक्कਨ ਦक्कਨ ਸਤਵਹਨਾ ਨੇ ਦक्कਨ ਵਿੱਚ ਕਿੰਨਾ ਸਮਾਂ ਰਾਜ ਕੀਤਾ ਜੋ ਸਤਵਹੰਗ ਡਾਇਨੇਸਟੀ ਸੀ ਇਸ ਦੇ ਦੁਆਰਾ ਕਿੰਨਾ ਸਮਾਂ ਜਿਹੜਾ ਰਾਜ ਕੀਤਾ ਗਿਆ ਸੀ ਇਹਨਾਂ ਦੇ ਦੁਆਰਾ ਲਗਭਗ 300 ਸਾਲ ਜਿਹੜਾ ਇਹਨਾਂ ਦੇ ਦੁਆਰਾ ਰਾਜ ਕੀਤਾ ਗਿਆ ਸੀ ਸਤਵਹਨ ਰਾਜੇ ਕਿਸ ਧਰਮ ਨੂੰ ਮੰਨਦੇ ਸਨ ਇਹਨਾਂ ਦਾ ਜਿਹੜਾ ਧਰਮ ਸੀ ਉਹ ਸੀ Hindu ਧਰਮ Hindu ਧਰਮ ਮਹਾ ਪਸ਼ਾਨ ਕਿਸ ਨੂੰ ਕਿਹਾ ਜਾਂਦਾ ਹੈ ਮਹਾ ਪਸ਼ਾਨ ਜੋ ਹੈ ਇਸ ਇਹ ਕਿਹਾ ਜਾਂਦਾ ਹੈ ਕਿਸੇ ਵਿਸ਼ਾਲ ਪੱਥਰ ਨੂੰ ਮਹਾ ਪਸ਼ਾਨ ਕਿਹਾ ਜਾਂਦਾ ਸੀ ਕਿਸੇ ਵਿਸ਼ਾਲ ਪੱਥਰ ਨੂੰ ਇੱਕ ਪ੍ਰਸਿੱਧ ਚੋਲ ਰਾਜੇ ਦਾ ਨਾਮ ਦੱਸੋ ਜੋ ਪ੍ਰਸਿੱਧ ਚੋਲ ਰਾਜਾ ਸੀ ਉਸ ਦਾ ਨਾਮ ਹੈ ਰਾਜਾ ਕਾਰਿਕਲ ਰਾਜਾ ਕਾਰਿਕਲ ਨੈਕਸਟ ਕੁਐਸਚਨ ਹੈ ਆਪਣੇ ਕੋਲ 6th ਨੰਬਰ ਕੁਐਸਚਨ ਭਾਰਤ ਦਾ ਖੇਤਰਫਲ ਪੱਖੋਂ ਸਤਨ ਹੈ ਸੱਤਵਾਂ ਟੌਪ ਤੇ ਹੈ ਜੋ ਖੇਤਰਫਲ ਪੱਖੋਂ ਦੇਖਿਆ ਜਾਵੇ ਉਹ ਸਭ ਤੋਂ ਜ਼ਿਆਦਾ ਵੱਡਾ ਦੇਸ਼ ਹੈ ਰਸ਼ੀਆ ਰਸ਼ੀਆ ਪਾਂਡਯਾ ਅਹ ਰਾਜਧੀ ਰਾਜਧਾਨੀ ਦਾ ਨਾਮ ਦੱਸੋ ਯਾਨੀ ਪਾਂਡਯਾ ਦੇ ਟਾਈਮ ਦੇ ਉੱਪਰ ਜਿਹੜੀ ਰਾਜਧਾਨੀ ਸੀ ਭਾਰਤ ਦੀ ਉਹ ਕਿਹੜੀ ਸੀ ਇਹ ਸੀ ਮਧੂਰਾ ਮਧੂਰਾ ਪਾਂਡੇ ਰਾਜੀਵ ਕਿਸ ਦੇ ਵਪਾਰ ਲਈ ਪ੍ਰਸਿੱਧ ਸੀ ਇਹ ਸੀ ਮੋਤੀਆਂ ਦੇ ਵਪਾਰ ਲਈ ਮੋਤੀਆਂ ਭਾਰਤ ਵਿੱਚ ਈਸਾਈ ਧਰਮ ਦਾ ਪ੍ਰਚਾਰ ਸਭ ਤੋਂ ਪਹਿਲਾਂ ਕਿੱਥੇ ਹੋਇਆ ਸੀ ਭਾਰਤ ਵਿੱਚ ਈਸਾਈ ਧਰਮ ਦਾ ਜੋ ਪ੍ਰਚਾਰ ਹੋਇਆ ਸੀ ਸਭ ਤੋਂ ਪਹਿਲਾਂ ਇਹ ਮਾਲਾਬਾਰ ਤੱਟ ਅਤੇ ਚਨਈ ਦੇ ਵਿੱਚ ਹੋਇਆ ਸੀ ਮਦਰਾਸ ਦੇ ਲੋਕਾਂ ਦੁਆਰਾ ਕੀਤਾ ਗਿਆ ਸੀ ਮਾਲਾਬਾਰ ਤੱਟ ਅਤੇ ਚਨਈ ਨੈਕਸਟ ਹੈ 10th ਨੰਬਰ ਕਿਸੇ ਵਿਦੇਸ਼ੀ ਕਬੀਲੇ ਨੂੰ ਅੰਗਰੇਜ਼ੀ ਵਿੱਚ ਪਾਰਥੀਅਨ ਕਿਹਾ ਜਾਂਦਾ ਹੈ ਯਾਨੀ ਕਿਸੇ ਵਿਦੇਸ਼ੀ ਕਬੀਲੇ ਨੂੰ ਅੰਗਰੇਜ਼ੀ ਵਿੱਚ ਕੀ ਕਿਹਾ ਜਾਂਦਾ ਹੈ ਆਪਾਂ ਇਹਨੂੰ ਕਿਹਾ ਜਾਂਦਾ ਹੈ ਪੱਲਵਾਂ ਨੂੰ ਪੱਲਵਾਂ ਨੂੰ ਕਿਹਾ ਜਾਂਦਾ ਹੈ ਵਿਦੇਸ਼ੀ ਕਬੀਲੇ ਜੀ ਇਹਨਾਂ ਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਹੈ 파ਰਥੀਅਨ ਪੱਲਵਾਂ ਨੂੰ ਕੁਸ਼ਾਨ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਕੌਣ ਸੀ ਰਾਜਾ ਕਨਿਸ਼ਕ ਰਾਜਾ ਕਨਿਸ਼ਕ ਨੈਕਸਟ ਚੈਪਟਰ ਆਪਣੇ ਕੋਲ 15 ਨੰਬਰ ਚੈਪਟਰ ਪਾਠ 15 ਇਸ ਦੇ ਵਿੱਚ ਡਿਸਕਸ ਕਰਾਂਗੇ ਗੁਪਤ ਸਮਰਾਜ ਦੇ ਬਾਰੇ ਗੁਪਤ ਸਮਰਾਜ ਤੋਂ ਪਹਿਲਾ ਕੁਸ਼ਣ ਹੈ ਆਪਣੇ ਕੋਲ ਗੁਪਤ ਸਮਰਾਜ ਦਾ ਸਭ ਤੋਂ ਮਹਾਨ ਜੇਤੂ ਕੌਣ ਸੀ ਏਸੀ ਸਮੁੰਦਰ ਗੁਪਤ ਸਮੁੰਦਰ ਗੁਪਤ ਜੋ ਸੀ ਏਸੀ ਸਭ ਤੋਂ ਮਹਾਨ ਜੇਤੂ ਸਮੁੰਦਰ ਗੁਪਤ ਗੁਪਤ ਕਾਲ ਵੇਲੇ ਉੱਤਰੀ ਭਾਰਤ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਉਸ ਸਮੇਂ ਜੋ ਭਾਰਤ ਦਾ ਨਾਮ ਸੀ ਉਹ ਸੀ ਆਰਿਆਵਰਤ ਆਰਿਆਵਰਤ ਸਮੁੰਦਰ ਗੁਪਤ ਦੇ ਪੁੱਤਰ ਦਾ ਨਾਮ ਦੱਸੋ ਸਮੁੰਦਰ ਗੁਪਤ ਜੋ ਹੈ ਇਸ ਦੇ ਪੁੱਤਰ ਦਾ ਨਾਮ ਸੀ ਚੰਦਰ ਗੁਪਤ ਦੂਜਾ ਚੰਦਰ ਗੁਪਤ ਦੂਜਾ ਚੰਦਰ ਗੁਪਤ ਦੂਜਾ ਕਿਸ ਧਰਮ ਨੂੰ ਮੰਨਦਾ ਸੀ ਇਸ ਦਾ ਜਿਹੜਾ ਧਰਮ ਸੀ ਉਹ ਸੀ ਹਿੰਦੂ ਧਰਮ ਹਿੰਦੂ ਧਰਮ ਵਿਕਰਮਦੱਤਿਆ ਦੀ ਉਪਾਦੀ ਕਿਸ ਗੁਪਤ ਰਾਜੇ ਨੇ ਤਾਰਨ ਕੀਤੀ ਹੈ ਯਾਨੀ ਵਿਕਰਮਦਤਿਆਜਿਤ ਦੀ ਜੋ ਉਪਾਧੀ ਹੈ ਟਾਈਟਲ ਹੈ ਉਹ ਕਿਸ ਰਾਜੇ ਨੇ ਤਾਰਨ ਕੀਤਾ ਹੈ ਇਹ ਹੈ ਚੰਦਰਗੁਪਤ ਦੂਜੇ ਨੇ ਚੰਦਰਗੁਪਤ ਦੂਜੇ ਨੇ ਨੈਕਸਟ ਸੈਕਸ਼ਨ ਨੰਬਰ 6 ਨੰਬਰ ਗੁਪਤ ਕਾਲ ਵੇਲੇ ਜਿਲਿਆਂ ਨੂੰ ਕਿਸ ਨਾਮ ਨਾਲ ਪੁਕਾਰਿਆ ਜਾਂਦਾ ਸੀ ਯਾਨੀ ਜੋ ਜ਼ਿਲੇ ਹੁੰਦੇ ਸੀ ਇਹਨਾਂ ਨੂੰ ਕੀ ਨਾਮ ਦਿੱਤਾ ਜਾਂਦਾ ਸੀ ਇਹਨਾਂ ਨੂੰ ਨਾਮਤ ਜਾਂਦਾ ਸੀ ਵਿਸ਼ਯ ਵਿਸ਼ਯ ਚੰਦਰਗੁਪਤ ਦੂਜੇ ਸਮੇਂ ਕਿਹੜਾ ਚਿਨੀ ਯਾਤਰੀ ਭਾਰਤ ਵਿੱਚ ਆਇਆ ਏ ਸੀ ਫਾਈਆਂ ਫਾਹੀਨ ਗੁਪਤ ਕਾਲੇ ਵੇਲੇ ਲੋਕਾਂ ਦਾ ਮੁੱਖ ਕੀਤਾ ਕੀ ਸੀ ਗੁਪਤ ਕਾਲੇ ਵੇਲੇ ਜੋ ਲੋਕਾਂ ਦਾ ਮੁੱਖ ਕੀਤਾ ਸੀ ਉਸ ਦਾ ਨਾਮ ਸੀ ਖੇਤੀਬਾੜੀ ਐਗਰੀਕਲਚਰ ਨਾਟਕ ਸ਼ਕੁੰਤਲਾ ਅਤੇ ਕਵੀ ਮੇਘਦੂਤ ਕਿਸ ਦੁਆਰਾ ਲਿਖੇ ਗਏ ਯਾਨੀ ਨਾਟਕ ਸ਼ਕੁੰਤਲਾ ਅਤੇ ਕਾਵ ਮੇਘਦੂਤ ਕਿਸ ਦੁਆਰਾ ਲਿਖੇ ਗਏ ਇਹ ਲਿਖੇ ਗਏ ਕਾਲੀਦਾਸ ਦੁਆਰਾ ਕਾਲੀਦਾਸ ਪ੍ਰithvi ਸੂਰਜ ਦੇ ਆਲੇ ਦੁਆਲੇ ਚੱਕਰ ਕੱਟਦੀ ਹੈ ਇਸ ਬਾਰੇ ਪਹਿਲਾ ਜੋ ਜਾਣਕਾਰੀ ਸੀ ਉਹ ਕਿਸ ਨੇ ਦਿੱਤੀ ਸੀ ਇਹ ਦਿੱਤੀ ਸੀ ਆਰਿਆ ਭਟ ਨੇ ਆਰਿਆ ਭਟ ਗੁਪਤ ਕਾਲ ਵਿੱਚ ਸੋਨੇ ਦੇ ਸਿੱਕਿਆਂ ਨੂੰ ਕੀ ਕਹਿੰਦੇ ਹਨ ਗੁਪਤ ਕਾਲ ਵਿੱਚ ਸੋਨੇ ਦੇ ਸਿੱਕੇ ਨੂੰ ਕਿਹਾ ਜਾਂਦਾ ਦਿਨਾਰ ਦਿਨਾਰ ਲੋਹ ਸਤੰਭ ਕਿਸ ਸਥਾਨ ਤੇ ਸਥਿਤ ਹੈ ਜੋ ਲੋਹ ਸਤੰਭ ਹੈ ਇਹ ਲੋਕਟ ਹੈ ਮਹਿਰੋਲੀ ਦੇ ਵਿੱਚ ਮਹਿਰੋਲੀ ਨੈਕਸਟ ਕੁਐਸਚਨ ਹੈ ਆਪਣੇ ਕੋਲ 13 ਨੰਬਰ ਕੁਐਸਚਨ ਕਿਸ ਕਾਲ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਭਾਰਤ ਦਾ ਸੁਨਹਿਰੀ ਯੁੱਗ ਨੂੰ ਕਿਹਾ ਜਾਂਦਾ ਹੈ ਗੁਪਤ ਕਾਲ ਨੂੰ ਗੁਪਤ ਕਾਲ ਨੂੰ ਹਰਸ਼ਵਰਧਨ ਕਾਲ ਡਿਸਕਸ ਕਰਦੇ ਹਾਂ 16 ਨੰਬਰ ਚੈਪਟਰ ਦੇ ਵਿੱਚ 600 ਈਸਵੀ ਤੋਂ ਲੈ ਕੇ 650 ਈਸਵੀ ਤੱਕ ਆ ਹਰਸ਼ਵਰਧਨ ਕਾਲ ਕਿੰਨੇ ਤੋਂ ਕਿੰਨੇ ਸਮੇਂ ਤੱਕ ਰਿਹਾ ਇਹ ਰਿਹਾ 600 ਤੋਂ ਲੈ ਕੇ 650 ਈਸਵੀ ਤੱਕ ਦਾ 600 ਈਸਵੀ ਤੋਂ ਲੈ ਕੇ 650 ਈਸਵੀ ਤੱਕ ਦਾ ਰਾਜਾ ਹਰਸ਼ਵਰਧਨ ਨੇ ਰਾਜਗਦੀ ਤੇ ਕਦੋਂ ਬੈਠਾ ਜੋ ਰਾਜਾ ਹਰਸ਼ਵਰਧਨ ਸੀ ਇਹ ਇਹ ਰਾਜਗਦੀ ਉੱਪਰ ਬੈਠਾ ਸੀ 606 ਈਸਵੀ ਦੇ ਵਿੱਚ 606 ਈਸਵੀ ਦੇ ਵਿੱਚ ਹਰਸ਼ਵਰਧਨ ਦੇ ਪੁਰਾ ਦਾ ਨਾਮ ਕੀ ਸੀ ਹਰਸ਼ਵਰਧਨ ਦੇ ਜੋਪਰਾ ਦਾ ਨਾਮ ਸੀ ਉਹ ਸੀ ਰਾਜਵਰਤਨ ਰਾਜਵਰਤਨ ਹਰਸ਼ਵਰਧਨ ਦੀ ਮੌਤ ਕਦੋਂ ਹੋਈ ਸੀ ਹਰਸ਼ਵਰਧਨ ਦੀ ਮੌਤ ਹੋਈ ਸੀ 647 ਈਸਵੀ ਵਿੱਚ ਇਹ ਲਗਭਗ 647ਵੀਂ ਵਿੱਚ ਹੋਈ ਸੀ ਗ੍ਰਹਿਵਰ ਮੰਨ ਦੇ ਵਿੱਚ ਹੋਈ ਸੀ ਇਹ ਹੋਈ ਸੀ 647ਵੀਂ ਦੇ ਵਿੱਚ ਰਾਜਾ ਸ਼ਸ਼ਾਂਕ ਕਿੱਥੋਂ ਦਾ ਰਾਜਾ ਸੀ ਰਾਜਾ ਸ਼ਸ਼ਾਂਕ ਜੋ ਸੀ ਇਹ ਬੰਗਾਲ ਦਾ ਰਾਜਾ ਸੀ ਬੰਗਾਲ ਹਰਸ਼ਵਰਧਨ ਕਾਲ ਦੇ ਪ੍ਰਸਿੱਧ ਵਿਸ਼ਵ ਵਿਦਿਆਲੇ ਦਾ ਨਾਂ ਦੱਸੋ ਜੋ ਵਿਹਾਰ ਵਿੱਚ ਸਥਿਤ ਹੈ ਇਹ ਵਿਸ਼ਵ ਵਿਦਿਆਲਾ ਹੈ ਨਾਲੰਦਾ ਵਿਸ਼ਵ ਵਿਦਿਆਲਾ ਨਾਲੰਦਾ ਵਿਸ਼ਵ ਵਿਦਿਆਲਾ ਹਰਸ਼ਵਰਧਨ ਕਿਸ ਸਮੇਂ ਕਿਸ ਕਾਲ ਉਸ ਸਮੇਂ ਲੋਕਾਂ ਦਾ ਮੁੱਖ ਤੰਦਕ ਸੀ ਯਾਨੀ ਹਰਸ਼ਵਰਧਨ ਕਾਲਜੋ ਸੀ ਉਸ ਸਮੇਂ ਜੋ ਲੋਕਾਂ ਦਾ ਮੁੱਖ ਤੰਦਕ ਸੀ ਉਹ ਕਿਹੜਾ ਸੀ ਇਹ ਸੀ ਐਗਰੀਕਲਚਰ ਅਗੇਨ ਖੇਤੀਬਾੜੀ ਹਰਸ਼ਵਰਧਨ ਨੇ ਸੰਸਕ੍ਰਿਤ ਵਿੱਚ ਕਿੰਨੇ ਨਾਟਕ ਲਿਖੇ ਸੰਸਕ੍ਰਿਤ ਵਿੱਚ ਇਹਨਾਂ ਦੇ ਦੁਆਰਾ ਟੋਟਲ ਤਿੰਨ ਨਾਟਕ ਲਿਖੇ ਗਏ ਸੀ ਇਹ ਕਿਹੜੇ-ਕਿਹੜੇ ਸੀ ਰਤਨਾਵਲੀ ਪ੍ਰੇਦਰਸ਼ਿਕਾ ਨਾਗਨੰਦ ਰਤਨਾਵਲੀ ਪ੍ਰੇਦਰਸ਼ਿਕਾ ਨਾਗਨੰਦ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹਰਸ਼ਵਰਧਨ ਦਾ ਜੀਜਾ ਕਿਹੜੇ ਵੰਸ਼ ਦਾ ਰਾਜਾ ਸੀ ਹਰਸ਼ਵਰਧਨ ਦਾ ਜੋ ਜੀਜਾ ਸੀ ਇਹ ਕਿਸਰ ਵੰਸ਼ ਦਾ ਰਾਜਾ ਸੀ ਏਸੀ ਮੋਖਰੀ ਵੰਸ਼ ਦਾ ਮੋਖਰੀ ਵੰਸ਼ ਰਾਜਾ ਸ਼ੰਸ਼ਾਕ ਨੂੰ ਕਿਸ ਨੇ ਮਾਰਿਆ ਰਾਜਾ ਸ਼ੰਸ਼ਾਕ ਨੂੰ ਮਾਰਿਆ ਸੀ ਹਰਸ਼ਵਰਧਨ ਨੇ ਹਰਸ਼ਵਰਧਨ ਹਰਸ਼ਵਰਧਨ ਦੀਆਂ ਸਫਲਤਾਵਾਂ ਦਾ ਵਰਣਨ ਉਸ ਦੇ ਦਰਬਾਰੀ ਕਵੀ ਵਨਭਟ ਨੇ ਕਿਸ ਪੁਸਤਕ ਵਿੱਚ ਕੀਤਾ ਇਹ ਸੀ ਹਰਚరిత్ర ਹਰਸ਼ਚరిత్ర ਇੱਕ ਬੁੱਕ ਸੀ ਜਿਸ ਵਿੱਚ ਹਰਸ਼ਵਰਧਨ ਦੀਆਂ ਸਫਲਤਾਵਾਂ ਬਾਰੇ ਵਰਣਨ ਕੀਤਾ ਸੀ ਕਿਸ ਦੇ ਦੁਆਰਾ ਉਸ ਦੇ ਦਰਬਾਰੀ ਕਵੀ ਵਨਪੱਟ ਦੇ ਦੁਆਰਾ ਵਨਪੱਟ ਹਰਿਸ਼ ਚరిత్ర ਵਿੱਚ ਆ ਹਰਸ਼ਵਰਧਨ ਦੇ ਰਾਜਕਾਲ ਵਿੱਚ ਕਿਸ ਪ੍ਰਸਿੱਧ ਚੀਨੀ ਯਾਤਰੀ ਨੇ ਆਪਾਰਤ ਵਿਦਿ ਦੀ ਯਾਤਰਾ ਕੀਤੀ? ਯਾਨੀ ਹਰਸ਼ਵਰਧਨ ਦੇ ਰਾਜਕਾਲ ਵਿੱਚ ਜੋ ਪ੍ਰਸਿੱਧ ਚੀਨੀ ਯਾਤਰੀ ਆਇਆ ਸੀ ਭਾਰਤ ਦੇ ਵਿੱਚ ਉਹ ਕੌਣ ਸੀ? ਉਹ ਸੀ ਹਿਊਨ ਸਵਾਂਗ। ਹਿਊਨ ਸਵਾਂਗ। ਨੈਕਸਟ ਚੈਪਟਰ ਆਉਂਦਾ ਹੈ ਆਪਣੇ ਕੋਲ 17 ਨੰਬਰ ਚੈਪਟਰ ਚਾਲੁਕਿਆ ਅਤੇ ਪੱਲਵ। ਚਾਲੁਕਿਆ ਅਤੇ ਪੱਲਵ। ਪਹਿਲਾ ਕੁਐਸਚਨ ਹੈ ਆਪਣਾ ਕਿਹੜੇ ਸ਼ਾਸਕਾਂ ਨੇ ਅਹੋਲ, ਵਤਾਪੀ ਅਤੇ ਪਟਦਕਲਵ ਵਿੱਚ ਕਈ ਪ੍ਰਸਿੱਧ ਮੰਦਰ ਬਣਾਏ? ਇਹ ਬਣਾਏ ਚਾਲੁਕਿਆ ਸ਼ਾਸਕਾਂ ਨੇ। ਚਾਲੁਕਿਆ ਸ਼ਾਸਕਾਂ ਨੇ। ਸਿੰਘ ਵਰਮਨ ਨੇ ਕਦੋਂ ਪੱਲਵ ਵੰਸ਼ ਦੀ ਨੀ ਰੱਖੀ ਸਿੰਘ ਵਰਮਨ ਜੋ ਸੀ ਇਸ ਦੇ ਦੁਆਰਾ ਪੱਲਵ ਵੰਸ਼ ਦੀ ਨੀ ਰੱਖੀ ਗਈ ਸੀ ਕਦੋਂ ਰੱਖੀ ਗਈ ਸੀ ਇਹ ਰੱਖੀ ਗਈ ਸੀ 6ਵੀਂ ਸਦੀ ਵਿੱਚ 6th ਸੈਂਚਰੀ ਦੇ ਵਿੱਚ ਪੁਲੇਸਿਕਨ ਦੂਜਾ ਕਿਸ ਵੰਸ਼ ਦਾ ਸਭ ਤੋਂ ਪ੍ਰਸਿੱਧ ਰਾਜਾ ਸੀ ਇਹ ਸੀ ਚਲੁਕਿਆ ਵੰਸ਼ ਦਾ ਚਲੁਕਿਆ ਵੰਸ਼ ਦਾ ਸਭ ਤੋਂ ਪ੍ਰਸਿੱਧ ਜੋ ਰਾਜਾ ਸੀ ਉਹ ਸੀ ਪੁਲੇਸਿਕਨ 2 ਚੀਨੀ ਯਾਤਰੀ ਹੋਏ ਸਵਾਂਗ ਭਾਰਤ ਵਿੱਚ ਕਿਸ ਰਾਜੇ ਦੇ ਰਾਜਕਾਲ ਵਿੱਚ ਆਇਆ ਸੀ ਇਹ ਸੀ ਪੁਲੇਕਿਸਨ 2 ਪੁਲੇਕਿਸਨ ਦੂਜਾ ਚਾਲੁਕਿਆ ਵੰਸ਼ ਦਾ ਅੰਤ ਕਦੋਂ ਹੋਇਆ ਚਾਲੁਕਿਆ ਵੰਸ਼ ਦਾ ਜੋ ਅੰਤ ਹੋਇਆ ਸੀ ਇਹ ਹੋਇਆ ਸੀ 800 ਈਸਵੀ ਦੇ ਮੱਧ ਵਿੱਚ 800 ਈਸਵੀ ਦੇ ਮੱਧ ਵਿੱਚ ਨੈਕਸਟ ਹੈ ਆਪਣੇ ਕੋਲ 6th ਨੰਬਰ ਕੁਐਸਚਨ 6ਵੀਂ ਸਦੀ ਦੇ ਅੰਤ ਵਿੱਚ ਪੱਲਵ ਵੰਸ਼ ਦੀ ਨਹੀਂ ਕਿਸ ਨੇ ਰੱਖੀ 6ਵੀਂ ਸਦੀ ਦੇ ਅੰਤ ਵਿੱਚ ਪੱਲਵ ਵੰਸ਼ ਦੀ ਜੋ ਨਹੀਂ ਸੀ ਉਸ ਨੂੰ ਰੱਖਿਆ ਸੀ ਸਿੰਘ ਵਰਮਨ ਨੇ ਸਿੰਘ ਵਰਮਨ ਪੱਲਵ ਮੁੱਖ ਤੌਰ ਤੇ ਕਿਹੜੇ ਧਰਮ ਨੂੰ ਮੰਨਦੇ ਸਨ ਇਹ ਮੰਨਦੇ ਸੀ ਜੈਨ ਅਤੇ ਸ਼ੈਵ ਧਰਮ ਨੂੰ ਜੈਨ ਅਤੇ ਸ਼ੈਵ ਧਰਮ ਨੂੰ ਪੱਲਵ ਰਾਜਵਿਆਂ ਦੁਆਰਾ ਮਹਾਬਲੀਪੁਰਮ ਵਿੱਚ ਬਣਾਇਆ ਗਿਆ ਪ੍ਰਸਿੱਧ ਮੰਦਿਰ 파ਰਤ ਦੇ ਕਿਸ ਰਾਜ ਵਿੱਚ ਸਥਿਤ ਹੈ ਇਹ ਸਥਿਤ ਹੈ ਤਾਮਿਲਨਾਡੂ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਮਹਾਬਲੀਪੁਰਮ ਦੇ ਵਿੱਚ ਇਹਨਾਂ ਦੇ ਦੁਆਰਾ ਇੱਕ ਟੈਂਪਲ ਬਣਾਇਆ ਗਿਆ ਸੀ ਜੋ ਕਿ ਪੱਲਵ ਰਾਜਿਆਂ ਦੇ ਦੁਆਰਾ ਬਣਾਇਆ ਗਿਆ ਸੀ ਜੋ ਕਿ ਤਾਮਿਲਨਾਡੂ ਦੇ ਵਿੱਚ ਲੋਕੇਟਡ ਹੈ ਪੱਲਵ ਸ਼ਾਸਨ ਸਮੇਂ ਕਾਂਚੀ ਵਿਖੇ ਵਿਦਵਾਨਾਂ ਦੁਆਰਾ ਲਿਖੀਆਂ ਦੋ ਮਹੱਤਵਪੂਰਨ ਪੁਸਤਕਾਂ ਦੇ ਨਾਮ ਦੱਸੋ ਇਹ ਦੋ ਪੁਸਤਕਾਂ ਕਿਹੜੇ-ਕਿਹੜੇ ਲਿਖੇ ਗਏ ਸੀ ਇਹ ਦੋ ਪੁਸਤਕਾਂ ਦੇ ਜੋ ਨਾਮ ਨੇ ਉਹ ਨੇ ਮਨੀ ਮੇਖਲਾਈ ਅਤੇ ਸ਼ਿਲਪਾ ਦਿਕਰਮ ਮਣੀ ਮੇਖਲਾਈ ਅਤੇ ਸ਼ਿਲਪਾ ਤਿਕਰਮ ਚਲੁਕਿਆਂ ਨੂੰ ਹਰਾ ਕੇ ਆਪਣੇ ਪਿਤਾ ਦੀ ਹਾਰ ਦਾ ਬਦਲਾ ਕਿਸ ਸ਼ਾਸਕ ਨੇ ਲਿਆ ਸੀ ਇਹ ਸੀ ਨਰਸਿੰਘ ਵਰਮਨ ਪਹਿਲਾ ਨਰਸਿੰਘ ਵਰਮਨ ਪਹਿਲਾ ਨੈਕਸਟ ਚੈਪਟਰ ਆਉਂਦਾ ਹੈ ਆਪਣੇ ਕੋਲ 18 ਨੰਬਰ ਚੈਪਟਰ ਭਾਰਤ ਅਤੇ ਸੰਸਾਰ 7 ਵਹਨਾ ਦੇ ਸਮੇਂ ਦੂਜੀ ਸਦੀ ਦੂਜੀ ਸਦੀ ਈਸਵੀ ਪੂਰਬ ਤੋਂ ਰੋਮ ਅਤੇ ਦੱਖਣੀ ਭਾਰਤ ਵਿੱਚ ਕਿਹੜਾ ਮਾਰਗ ਰਹੀਂ ਵਪਾਰ ਹੁੰਦਾ ਸੀ ਇਹ ਹੁੰਦਾ ਸੀ ਸਮੁੰਦਰੀ ਮਾਰਗ ਦੇ ਨਾਲ ਸਮੁੰਦਰੀ ਮਾਰਗ ਦੇ ਨਾਲ ਪੁਰਾਤਨ ਸਮੇਂ ਵਿੱਚ ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਕੀ ਕਿਹਾ ਜਾਂਦਾ ਸੀ ਉਸ ਮਾਰਗ ਦਾ ਜੋ ਨਾਮ ਸੀ ਉਹ ਕੀ ਸੀ ਇਸ ਨੂੰ ਬੋਲਿਆ ਜਾਂਦਾ ਸੀ ਰੇਸ਼ਮੀ ਮਾਰਗ ਰੇਸ਼ਮੀ ਮਾਰਗ 600 ਈਸਵੀ ਪੂਰਵ ਵਿੱਚ ਈਰਾਨ ਦੇ ਕਿਸ ਵੰਸ਼ ਦੇ ਸ਼ਾਸਕਾਂ ਨੇ ਭਾਰਤ ਦੇ ਉੱਤਰ ਪੱਛਮੀ ਭਾਗਾਂ ਤੇ ਕਬਜ਼ਾ ਕੀਤਾ ਇਹ ਕੌਣ ਸੀ ਇਹ ਸੀ ਐਚਏ ਮਿਨਰਡ ਵੰਸ਼ ਐਚਨਿਡ ਵੰਸ਼ੀਓਸੀ ਦੇ ਦੁਆਰਾ ਕਬਜ਼ਾ ਕੀਤਾ ਗਿਆ ਸੀ ਭਾਰਤ ਦੇ ਉੱਤਰ ਪੱਛਮੀ ਪਾਗਾਂ ਦੇ ਉਪਰ ਅਰਬਾਂ ਨੇ ਸਿੰਧ ਤੇ ਕਬਜ਼ਾ ਕਦੋਂ ਕੀਤਾ ਇਹਨਾਂ ਦੇ ਦੁਆਰਾ ਕਬਜ਼ਾ ਕੀਤਾ ਗਿਆ ਸੀ 712 ਈਸਵੀ ਦੇ ਵਿੱਚ 712 ਅਰਬਾਂ ਨੇ ਪਾਰਤੀ ਸਿੱਖਿਆ ਪ੍ਰਣਾਲੀ ਦੀ ਕਿਸ ਸੰਖਿਆ ਦਾ ਕਿਸ ਸੰਖਿਆ ਦਾ ਦੁਨੀਆ ਵਿੱਚ ਪ੍ਰਸਾਰ ਕੀਤਾ ਏਸੀ 00 ਇੰਡੋ ਇਸਲਾਮਿਕ ਸੰਸਕ੍ਰਿਤੀ ਦਾ ਆਰੰਭ ਕਿਸ ਦੇ ਹਮਲੇ ਨਾਲ ਹੋਇਆ ਇਹ ਹੋਇਆ ਅਰਬਾਂ ਦੇ ਹਮਲੇ ਦੇ ਨਾਲ ਅਰਬਾਂ ਦੇ ਹਮਲੇ ਚੰਪਾ ਅਤੇ ਕੰਬੋਜ ਦੇ ਸ਼ਾਸਕਾਂ ਨੇ ਕਿਸ ਧਰਮ ਦਾ ਪ੍ਰਚਾਰ ਕੀਤਾ ਏਸੀ ਧਰਮ Hindu ਧਰਮ ਹਿੰਦੂ ਨੈਕਸਟ ਕੁਐਸਚਨ ਹੈ 7ਥ ਰੰਬੋ ਕੁਐਸਚਨ ਕਿਹੜੀ ਲਿਪੀ ਦੱਖਣੀ ਪੂਰਬ ਏਸ਼ੀਆਈ ਏਸ਼ੀਆ ਦੀਆਂ ਦੂਜੀਆਂ ਲਿਪੀਆਂ ਨਾਲ ਮਿਲਦੀ ਹੈ ਇਹ ਹੈ ਇੰਡੋਨੇਸ਼ੀਆ ਲਿਪੀ ਇੰਡੋਨੇਸ਼ੀਆ ਲਿਪੀ ਰੋਮ ਦੇ ਕਿਸ ਪ੍ਰਸਿੱਧ ਲੇਖਕ ਨੇ ਰੋਮ ਦਾ ਸੋਨਾ ਭਾਰਤ ਜਾਣ ਤੇ ਦੁੱਖ ਪ੍ਰਗਟ ਕੀਤਾ ਸੀ ਇਹ ਸੀ ਪਲੀਨੀ ਪਲੀਨੀ ਨੈਕਸਟ ਕੁਐਸਚਨ ਹੈ 9ਥ ਰੰਬੋ ਕੁਐਸਚਨ ਅਸ਼ੋਕ ਅਤੇ ਕਨਿਸ਼ਕ ਸ਼ਾਸਕਾਂ ਦੇ ਰਾਜਕਾਲ ਸਮੇਂ ਬੋਧੀ ਭਿਖਸ਼ੂਆਂ ਨੂੰ ਕਿਸ ਧਰਮ ਦਾ ਪ੍ਰਚਾਰ ਕਰਨ ਲਈ ਦੂਜੇ ਦੇਸ਼ਾਂ ਵਿੱਚ ਭੇਜਿਆ ਗਿਆ ਇਹ ਸੀ ਬੁੱਧ ਧਰਮ ਦਾ ਬੁੱਧ ਧਰਮ afghanistan ਵਿੱਚ ਬੁੱਧ ਧਰਮ ਦੇ ਪ੍ਰਸਿੱਧ ਸਮਾਰਕ ਕਿਸ ਦੇ ਰਾਜਕਾਲ ਦੌਰਾਨ 2021 ਵਿੱਚ ਤਬਾਹ ਹੋ ਗਏ ਸੀ ਇਹ ਸੀ Taliban ਦੇ ਸਮੇਂ ਦੇ ਉਪਰ Taliban ਨੈਕਸਟ ਟੌਪਿਕ ਹੁੰਦਾ ਆਪਣੇ ਕੋਲ ਸਮੁਦਾਇ ਅਤੇ ਮਨੁੱਖੀ ਲੋੜਾਂ ਪਹਿਲਾ ਕੁਐਸਚਨ ਹੈ ਇਸ ਦਾ ਬੱਚੇ ਦਾ ਪਹਿਲਾ ਅਤੇ ਮੁੱਢਲਾ ਸਮਾਜ ਕਿਹੜਾ ਹੈ ਇਹ ਹੈ ਪਰਿਵਾਰ ਪਰਿਵਾਰ ਜੋ ਹੈ ਇਹ ਕਿਸੇ ਵੀ ਬੱਚੇ ਦਾ ਸਭ ਤੋਂ ਪਹਿਲਾ ਤੇ ਮੁੱਢਲਾ ਸਮਾਜ ਹੁੰਦਾ ਹੈ ਉਸ ਨੂੰ ਬੋਲਦੇ ਆਪਾਂ that is a ਪਰਿਵਾਰ ਫੈਮਿਲੀ ਸਮਾਰਦੀ ਮੁਰਲੀ ਸਮਾਜਿਕੀ ਕਈ ਕਿਹੜੀ ਹੈ ਇਹ ਵੀ ਹੈ ਪਰਿਵਾਰ ਮੁਰਲੇ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਕਿਹੜੇ ਪਦਾਰਥ ਦੇ ਹਥਿਆਰ ਬਣਾਏ ਇਹ ਸੀ ਪੱਥਰ ਦੇ ਪੱਥਰ ਦੇ ਹਥਿਆਰ ਬਣਾਏ ਗਏ ਸੀ ਜੋ ਕਿ ਮੁਰਲੇ ਮਨੁੱਖ ਨੇ ਪ੍ਰਾਚੀਨ ਸਮੇਂ ਵਿੱਚ ਬਣਾਏ ਸੀ ਪੱਥਰ ਦੇ ਹਥਿਆਰ ਸਟੋਨ ਦੇ ਜੋ ਹਥਿਆਰ ਸੀ ਫੋਰਥ ਨੰਬਰ ਕੁਐਸਚਨ ਦੇਖੋ ਪ੍ਰਾਚੀਨ ਸਮੇਂ ਵਿੱਚ ਕਿੰਨੇ ਪ੍ਰਤੀਸ਼ਤ ਭਾਰਤੀ ਵਸੋਂ ਪਿੰਡਾਂ ਵਿੱਚ ਰਹਿੰਦੀ ਸੀ ਜਾਨੀ ਜੋ ਪੁਰਾਣਾ ਟਾਈਮ ਸੀ ਉਸ ਸਮੇਂ ਜੋ ਭਾਰਤ ਦੀ ਵਸੋਂ ਸੀ ਪਪੂਲੇਸ਼ਨ ਦੇ ਉਹ ਕਿੰਨੇ ਪਰਸੈਂਟ ਪਿੰਡਾਂ ਵਿੱਚ ਰਹਿੰਦੀ ਸੀ ਏਸੀ 90% 19% ਇੱਕ ਥਾਂ ਤੇ ਰਹਿਣ ਵਾਲੇ ਸਾਂਝੇ ਉਦੇਸ਼ ਵਾਲੇ ਸੰਗਠਿਤ ਸਮੂਹ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਬੋਲਿਆ ਜਾਂਦਾ ਸਮੁਦਾਇ ਸਮੁਦਾਇ ਮਨੁੱਖ ਦਾ ਮਨੁੱਖ ਦਾ ਜੀਵਨ ਕਿਸ ਵਰਗਾ ਹੈ ਜੋ ਮਨੁੱਖ ਦਾ ਮਨੁੱਖ ਦਾ ਜੀਵਨ ਸੀ ਇਹ ਜਾਨਵਰਾਂ ਵਰਗਾ ਸੀ ਬਿਲਕੁਲ ਜਾਨਵਰਾਂ ਸੱਭਿਆਚਾਰਕ ਸਾਂਝ ਨਾਲ ਕਿਸ ਦੀ ਭਾਵਨਾ ਪੈਦਾ ਹੁੰਦੀ ਹੈ ਸੱਭਿਆਚਾਰਕ ਸਾਂਝ ਨਾਲ ਜੋ ਆਵਨਾ ਪੈਦਾ ਹੁੰਦੀ ਹੈ ਉਹ ਹੈ ਦੇਸ਼ ਪਿਆਰ ਅਤੇ ਦੇਸ਼ ਭਗਤੀ ਦੀ ਦੇਸ਼ ਪਿਆਰ ਅਤੇ ਦੇਸ਼ ਭਗਤੀ ਦੀ ਕਰ ਸੁਰੱਖਿਆ ਕੱਪੜਾ ਪੋਜਨ ਆਦ ਵਰਕੀਆਂ ਲੋੜਾ ਮਨੁੱਖ ਕਿੱਥੇ ਰਹਿ ਕੇ ਪੂਰੀਆਂ ਕਰ ਸਕਦਾ ਹੈ ਸਮਾਜ ਜਾਂ ਸਮੁਦਾਏ ਵਿੱਚ ਸਮਾਜ ਜਾਂ ਸਮੁਦਾਏ ਵਿੱਚ ਨੈਕਸਟ ਚੈਪਟਰ ਆਉਂਦਾ ਆਪਣੇ ਕੋਲ 20th ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਪਿੰਡੋਂ ਵਿਕਾਸ ਅਤੇ ਸਥਾਨਕ ਸਰਕਾਰਾਂ ਪਹਿਲਾ ਕੁਐਸਚਨ ਹੈ ਭਾਰਤ ਵਿੱਚ ਪਿੰਡਾਂ ਦੀ ਗਿਣਤੀ ਕਿੰਨੀ ਹੈ ਭਾਰਤ ਦੇ ਵਿੱਚ ਟੋਟਲ ਜੋ ਵਿਲੇਜ ਨੇ ਪਿੰਡ ਨੇ ਉਹਨੇ ਲਗਭਗ 6 ਲੱਖ ਲਗਭਗ 6 ਲੱਖ ਭਾਰਤ ਵਿੱਚ ਜੋ ਸਟੇਟਸ ਨੇ ਉਹ ਕਿੰਨੀਆਂ ਨੇ ਇਹ ਪੁਰਾਣਾ ਡਾਟਾ ਹੈ ਇਸ ਦੇ ਵਿੱਚ ਜੋ ਸਟੇਟ ਨੇ ਉਹ 28 ਨੇ ਔਰ 8 ਕੀ ਨੇ ਯੂਟਿਸ ਨੇ ਕੇਂਦਰ ਸ਼ਾਸਤ ਪ੍ਰਦੇਸ਼ ਇਹਨਾਂ ਨੂੰ ਆਪਾਂ ਬੋਲਦੇ ਹਾਂ 28 8 ਸਾਡੇ ਪੰਜਾਬ ਰਾਜ ਵਿੱਚ ਕਿੰਨੇ ਜ਼ਿਲ੍ਹੇ ਹਨ ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਨੇ 22 ਪੰਚਾਇਤੀ ਰਾਜ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ ਗram ਪੰਚਾਇਤ ਪੰਜਾਬ ਵਿੱਚ ਕੁੱਲ ਕਿੰਨੀਆਂ ਪੰਚਾਇਤਾਂ ਹਨ 13080 ਗ੍ਰਾਮ ਪੰਚਾਇਤ ਕਿੱਥੇ ਸਥਾਪਿਤ ਕੀਤੀ ਗਈ ਹੈ ਇਹ ਕਿੱਤੀ ਜਾਂਦੀ ਹੈ 200 ਤੋਂ ਵੱਧ ਵੱਸੋ ਵਾਲੇ ਪਿੰਡ ਵਿੱਚ ਯਾਨੀ ਜੋ ਗ੍ਰਾਮ ਪੰਚਾਇਤ ਹੁੰਦੀ ਹੈ ਕਿੱਥੇ ਸੈਟ ਅਪ ਕੀਤੀ ਜਾਂਦੀ ਹੈ ਕਿੱਤੀ ਜਾਂਦੀ ਹੈ ਜਿਸ ਵਿਲੇਜ ਦੀ ਜਦੋਂ ਪੋਪੂਲੇਸ਼ਨ 200 ਤੋਂ ਵੱਧ ਹੋਵੇ ਉੱਥੇ ਸੈਟ ਅਪ ਕੀਤੀ ਜਾ ਸਕਦੀ ਹੈ ਜੋ ਗ੍ਰਾਮ ਪੰਚਾਇਤ ਹੁੰਦੀ ਆ ਪਿੰਡੂ ਸੰਗਠਨ ਪ੍ਰਬੰਧ ਦੀ ਵਿਚਾਰਲੀ ਇਕਾਈ ਦਾ ਨਾਮ ਦੱਸੋ ਇਸ ਨੂੰ ਬੋਲਦੇ ਨੇ ਪੰਚਾਇਤ ਸੰਮਤੀ ਪੰਚਾਇਤ ਸੰਮਤੀ ਪੰਜਾਬ ਵਿੱਚ ਕੁੱਲ ਕਿੰਨੀਆਂ ਬਲਾਕ ਸੰਮਤੀਆਂ ਹਨ ਇਹ ਨੇ 146 ਨੈਕਸਟ ਚੈਪਟਰ ਆਉਂਦਾ ਹੈ ਆਪਣੇ ਕੋਲ 21 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸ਼ਹਿਰੀ ਵਿਕਾਸ ਤੇ ਸਥਾਨਕ ਸਰਕਾਰ। ਇਸ ਤੋਂ ਪਹਿਲਾਂ ਆਪਾਂ ਨੇ ਪਿੰਡੂ ਵਿਕਾਸ ਤੇ ਸਥਾਨਕ ਸਰਕਾਰ ਡਿਸਕਸ ਕੀਤਾ ਸੀ ਚੈਪਟਰ ਨੰਬਰ 20 ਦੇ ਵਿੱਚ ਇਹ ਹੈ 21 ਨੰਬਰ ਸ਼ਹਿਰੀ ਵਿਕਾਸ ਤੇ ਸਥਾਨਕ ਸਰਕਾਰ। ਪਹਿਲਾ ਕੁਸ਼ਣ ਹੈ ਸ਼ਹਿਰੀ ਸਥਾਨਕ ਪ੍ਰਬੰਧ ਕਿੰਨੇ ਪੱਧਰ ਦਾ ਹੈ? ਇਹ ਹੈ ਤਿੰਨ ਪੱਧਰ ਦਾ ਨਗਰ ਪੰਚਾਇਤ, ਨਗਰਪਾਲਿਕਾ ਔਰ ਨਗਰਨੇਕਮਾ। ਨਗਰ ਪੰਚਾਇਤ, ਨਗਰਪਾਲਿਕਾ ਔਰ ਨਗਰਨੇਕਮਾ ਤਿੰਨ ਪੱਧਰ। ਪਿੰਡ ਤੋਂ ਸ਼ਹਿਰੀ ਖੇਤਰ ਤੋਂ ਬਦਲ ਰਹੀਆਂ ਥਾਵਾਂ ਤੋਂ ਸ਼ਹਿਰੀ ਸਥਾਨਕ ਪ੍ਰਬੰਧ ਦੀ ਕਿਹੜੀ ਇਕਾਈ ਸਥਾਪਿਤ ਕੀਤੀ ਜਾਂਦੀ ਹੈ ਇਹ ਹੈ ਨਗਰਪੰਚਾਇਤ ਨਗਰਪੰਚਾਇਤ ਸਭ ਤੋਂ ਪਹਿਲੀ ਨਗਰਪਾਲਿਕਾ ਦੀ ਸਥਾਪਨਾ ਕਿੱਥੇ ਕੀਤੀ ਗਈ ਸੀ ਇਹ ਕੀਤੀ ਗਈ ਸੀ ਮ드ਰਾਸ ਚੇਨਈ ਦੇ ਵਿੱਚ ਮ드ਰਾਸ ਚੇਨਈ ਭਾਰਤ ਆਜ਼ਾਦ ਹੋਣ ਵੇਲੇ ਕਿੰਨੇ ਸ਼ਹਿਰਾਂ ਵਿੱਚ ਨਗਰਪਾਲਿਕਾਵਾਂ ਸਨ ਤਿੰਨ ਸ਼ਹਿਰਾਂ ਵਿੱਚ ਮ드ਰਾਸ ਮੁੰਬਈ ਤੇ ਕੋਲਕਾਤਾ ਮ드ਰਾਸ ਮੁੰਬਈ ਤੇ ਕੋਲਕਾਤਾ ਨਗਰਪਾਲਿਕਾ ਦੇ ਮੈਂਬਰਾਂ ਦੀ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਗਿਣਤੀ ਕਿੰਨੀ ਹੁੰਦੀ ਹੈ ਨਗਰਪਾਲਿਕਾ ਦੇ ਜੋ ਮੈਂਬਰ ਹੁੰਦੇ ਨੇ ਘੱਟ ਤੋਂ ਘੱਟ 9 ਮੈਂਬਰ ਤੇ ਜਿਆਦਾ ਤੋਂ ਜਿਆਦਾ ਮੈਂਬਰ ਹੁੰਦੇ ਨੇ 29 ਮੈਂਬਰ ਇਸ ਨਗਰਪਾਲਿਕਾ ਦੇ ਮੈਂਬਰ ਜ਼ਿਲ੍ਹੇ ਦੀ ਸਭ ਤੋਂ ਉੱਚੀ ਅਦਾਲਤ ਦਾ ਨਾਮ ਦੱਸੋ ਉਸ ਨੂੰ ਬੋਲਦੇ ਆਪਾਂ ਜ਼ਿਲ੍ਹੇ ਦੀ ਸਭ ਤੋਂ ਜਿਹੜੀ ਉੱਚੀ ਕੋਰਟ ਹੁੰਦੀ ਹੈ ਉਸ ਨੂੰ ਬੋਲਦੇ ਆਪਾਂ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ ਅਗਰ ਸਟੇਟ ਦੀ ਗੱਲ ਕਰੀਏ ਤਾਂ ਉੱਥੇ ਹਾਈ ਕੋਰਟ ਹਾਈ ਕੋਰਟ ਅਗਰ ਆਪਾਂ ਦੇਸ਼ ਦੀ ਗੱਲ ਕਰੀਏ ਤਾਂ ਉੱਥੇ ਹੁੰਦਾ ਸੁਪਰੀਮ ਕੋਰਟ ਆ ਸਾਰੇ ਯਾਦ ਰੱਖਣੇ ਨੇ ਸੁਪਰੀਮ ਕੋਰਟ ਅਗਰ ਜ਼ਿਲ੍ਹੇ ਦੀ ਗੱਲ ਕਰੀਏ ਜੀਲਾ ਸੈਸ਼ਨ ਜੱਜ ਦੀ ਅਦਾਲਤ ਸਟੇਟ ਦੀ ਹਾਈ ਕੋਰਟ ਔਰ ਇੰਡੀਆ ਦੀ ਯਾਨੀ ਭਾਰਤ ਦੀ ਇਹ ਹੁਆ ਸੁਪਰੀਮ ਕੋਰਟ ਜੋ ਕਿ ਦਿੱਲੀ ਦੇ ਵਿੱਚ ਆ ਅ ਨੈਕਸਟ ਕੁਐਸਚਨ ਹੈ 7 ਨੰਬਰ ਕੁਐਸਚਨ ਮੁਕਦਮੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਦੋ ਤਰ੍ਹਾਂ ਦੇ دیਵਾਨੀ ਤੇ ਫੌਜਦਾਰੀ دیਵਾਨੀ ਤੇ ਫੌਜਦਾਰੀ ਸ਼ਹਿਰਾਂ ਵਿੱਚ ਬਿਜਲੀ ਪਾਣੀ ਸਿਹਤ ਕੇਂਦਰ ਸਿਹਤ ਕੇਂਦਰ ਸ਼ਹਿਰਾਂ ਦੀ ਸਫਾਈ ਦਾ ਪ੍ਰਬੰਧ ਕੌਣ ਕਰਦਾ ਹੈ ਇਹ ਕਰਦਾ ਹੈ ਨਗਰਪਾਲਿਕਾ ਨਗਰਪੰਚਾਇਤ ਨਗਰਪਾਲਿਕਾ ਨਗਰ ਨਿਗਮ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਇਹਨਾਂ ਦਾ ਸਭਾ ਸਾਰਿਆਂ ਦਾ ਜਿਹੜਾ ਕਾਰਜਕਾਲ ਹੁੰਦਾ ਉਹ 5 ਸਾਲਾਂ ਦਾ ਹੁੰਦਾ ਹੈ 5 ਇਅਰਸ ਦਾ ਜ਼ਿਲ੍ਹੇ ਵਿੱਚ ਕਾਨੂੰਨ ਅਤੇ ਸ਼ਾਂਤੀ ਬਣਾਉਣ ਦੀ ਜ਼ਿੰਮੇਵਾਰੀ ਕਿਸ ਅਧਿਕਾਰੀ ਦੀ ਹੁੰਦੀ ਹੈ ਇਹ ਹੁੰਦੀ ਹੈ ਜ਼ਿਲ੍ਹਾ ਪੁਲਿਸ ਮੁਖੀ ਦੀ ਜਿਹਨੂੰ ਆਪਾਂ ਐਸਐਸਪੀ ਬੋਲਦੇ ਹਾਂ ਐਸਐਸਪੀ ਨੈਕਸਟ ਚੈਪਟਰ ਹੁੰਦਾ 22 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸਰਵਜਨਕ ਸੰਪਤੀ ਦੀ ਸੰਭਾਲ ਪਹਿਲਾ ਕੁਸ਼ਨ ਹੈ ਸਰਵ ਸਾਂਝੀ ਸੰਪਤੀ ਤੋਂ ਕੀ ਪਾ ਸਰਵ ਸਾਂਝੀ ਸੰਪਤੀ ਤੋਂ ਭਾਵ ਹੈ ਸਾਰਿਆਂ ਦੀ ਸਾਂਝੀ ਸੰਪਤੀ ਸਾਰਿਆਂ ਦੀ ਸਾਂਝੀ ਸੰਪਤੀ ਨੈਕਸਟ ਕੁਐਸਚਨ ਹੈ ਸੈਕੰਡ ਨੰਬਰ ਕੁਐਸਚਨ ਸਰਵਜਾਨਕ ਸੰਪਤੀ ਕਿੰਨੇ ਤਰ੍ਹਾਂ ਦੀ ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਸਰਵਜਾਨਕ ਸੰਸਥਾਾਂ ਮਾ ਔਰ ਇਤਿਹਾਸਿਕ ਯਾਦਗਾਰਾਂ ਸਰਵਜਾਨਕ ਸੰਸਥਾਾਂ ਮਾ ਔਰ ਇਤਿਹਾਸਿਕ ਯਾਦਗਾਰਾਂ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਕਿਹੜਾ ਹੈ ਭਾਰਤ ਲੋਕਤੰਤਰੀ ਦੇ ਪੱਖੋਂ ਜੇ ਭਾਰਤ ਹੈ ਇਹਦਾ ਸਭ ਤੋਂ ਪਹਿਲਾ ਰੈਂਕ ਹੈ ਸਭ ਤੋਂ ਵੱਡਾ ਦੇਸ਼ ਹੈ ਨੈਕਸਟ ਕੁਐਸਚਨ ਹੈ 4ਥ ਨੰਬਰ ਕੁਐਸਚਨ ਪਾਰਕਾਂ ਚਿੜੀਆ ਘਰਾਂ ਜਾਨਵਰਾਂ ਅਤੇ ਜੰਗਲਾਂ ਨੂੰ ਨੁਕਸਾਨ ਕੀ ਨੁਕਸਾਨ ਹੋਵੇਗਾ ਮਨੁੱਖ ਤੇ ਕੁਦਰਤ ਵਾਤਾਵਰਨ ਦਾ ਸੰਤੁਲਨ ਵਿਗੜ ਜਾਵੇਗਾ ਮਨੁੱਖ ਤੇ ਕੁਦਰਤੀ ਵਾਤਾਵਰਨ ਦਾ ਜਿਹੜਾ ਸੰਤੁਲਨ ਹੈ ਇਹ ਖਤਮ ਹੋ ਜਾਏਗਾ ਕੰਟਰੋਲ ਨਹੀਂ ਹੋਏਗਾ ਸੰਤੁਲਨ ਵਿਗੜ ਜਾਏਗਾ ਇਸੇ ਆਈਟਮ ਸਾਈਸ ਕੁਸ਼ਚਨ ਦਾ ਮਨੁੱਖ ਤੇ ਭਾਰਤ ਮਨੁੱਖ ਅਤੇ ਕੁਦਰਤੀ ਵਾਤਾਵਰਨ ਦਾ ਸੰਤੁਲਨ ਵਿਗੜ ਜਾਏਗਾ ਦਿੱਲੀ ਦਾ ਲਾਲ ਕਿਲਾ ਕੁਤਬ ਮੀਨਾਰ ਤੇ ਆਗਰੇ ਦਾ ਤਾਜ ਮਹਿਲ ਕਿਹੜੀਆਂ ਇਮਾਰਤਾਂ ਹਨ ਇਹ ਇਤਿਹਾਸਿਕ ਇਮਾਰਤਾਂ ਹਨ ਇਤਿਹਾਸਿਕ ਨੈਕਸਟ ਕੁਸ਼ਚਨ ਹੈ ਸੈਕਸ਼ਨ ਨੰਬਰ ਕੁਸ਼ਚਨ ਪ੍ਰਾਚੀਨ ਸਮਾਰਕਾਂ ਦੀ ਸੰਭਾਲ ਲਈ ਭਾਰਤ ਸਰਕਾਰ ਨੇ ਕਦੋਂ ਕਾਨੂੰਨ ਬਣਾਇਆ ਇਹ ਬਣਾਇਆ ਸੀ 1958 ਦੇ ਵਿੱਚ 1958 ਦੇ ਵਿੱਚ ਸਰਕਾਰ ਨੇ ਤਿੰਨ ਅੰਗਾਂ ਦੇ ਨਾਮ ਦੱਸੋ ਯਾਨੀ ਸਰਕਾਰ ਦੇ ਤਿੰਨ ਅੰਗੋਂ ਦੇ ਉਹਨਾਂ ਦੇ ਨਾਮ ਕੀ ਨੇ ਵਿਧਾਨਪਾਲਿਕਾ ਕਾਰਜਪਾਲਿਕਾ ਔਰ ਨਿਆਂਪਾਲਿਕਾ ਵਿਧਾਨਪਾਲਿਕਾ ਕਾਰਜਪਾਲਿਕਾ ਔਰ ਨਿਆਂਪਾਲਿਕਾ ਪਰਿਵਾਰ ਦੀਆਂ ਸਾਰੀਆਂ ਚੀਜ਼ਾਂ ਕਿਹੜੀ ਸੰਪਤੀ ਹੈ ਇਹ ਹੁੰਦੀਆਂ ਨਿੱਜੀ ਸੰਪਤੀ ਨਿੱਜੀ ਸੰਪਤੀ ਬੋਲਦੇ ਆਪਾਂ ਜੋ ਕਿ ਪਰਿਵਾਰ ਦੀ ਆਪਣੀ ਖੁਦ ਦੀ ਸੰਪਤੀ ਹੁੰਦੀ ਹੈ ਉਹਨੂੰ ਬੋਲਦੇ ਆਪਾਂ ਨਿੱਜੀ ਸੰਪਤੀ ਪ੍ਰਾਈਵੇਟ ਸੰਪਤੀ ਨੈਕਸਟ ਕੁਐਸਚਨ 9 ਨੰਬਰ ਕੁਐਸਚਨ ਲੋਕੋ ਉਪਯੋਗੀ ਸੇਵਾਵਾਂ ਮੈਂ ਕਿਸ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਇਹ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਸਰਕਾਰ ਦੁਆਰਾ ਗਵਰਨਮੈਂਟ ਦੁਆਰਾ ਨੈਕਸਟ ਆਂਦੀ ਹੈ ਗੱਲ 7ਵੀਂ ਕਲਾਸ ਦੀ ਇਸ ਤੋਂ ਪਹਿਲਾਂ ਆਪਾਂ ਨੇ 6ਵੀਂ ਕਲਾਸ ਦੇ ਜੋ ਵੀ ਚੈਪਟਰ ਸੀ ਉਹਨਾਂ ਨੂੰ ਡਿਸਕਸ ਕੀਤਾ ਹੁਣ ਆਪਾਂ ਡਿਸਕਸ ਕਰਦੇ ਹਾਂ 7ਥ ਨੰਬਰ ਜਮਾਤ ਦੇ ਚੈਪਟਰਸ ਜਮਾਤ 7 ਦਾ ਜਿਹੜਾ ਪਹਿਲਾ ਚੈਪਟਰ ਆਂਦਾ ਆਪਣੇ ਕੋਲ ਉਹ ਹੈ ਵਾਤਾਵਰਣ ਵਾਤਾਵਰਣ ਯਾਨੀ এনवायरमेंट ਪਹਿਲਾ ਕੁਐਸਚਨ ਹੈ ਆਪਣੇ ਕੋਲ ਧਰਤੀ ਦੇ ਆਲੇ ਦੁਆਲੇ ਬਣੇ ਹੋਏ ਹਵਾ ਦੇ ਗਿਲਾਫ ਨੂੰ ਕੀ ਕਹਾ ਜਾਂਦਾ ਹੈ ਇਸ ਨੂੰ ਕਹਿੰਦਾ ਵਾਯੂ ਮੰਡਲ ਵਾਯੂ ਮੰਡਲ ਧਰਤੀ ਦੀ ਸਤਾ ਉੱਤੇ ਵਾਤਾਵਰਣ ਵਿੱਚ ਤਬਦੀਲੀਆਂ ਕਿਸ ਕਾਰਨ ਹੁੰਦੀਆਂ ਹਨ ਇਹ ਹੁੰਦੀਆਂ ਨੇ ਅਪਰਦਨ ਕਾਰਨਾ ਕਰਕੇ ਅਪਰਦਨ ਕਾਰਕਾਂ ਕਰਕੇ ਜੋ ਤਬਦੀਲੀਆਂ ਹੁੰਦੀਆਂ ਨੇ ਵਾਤਾਵਰਣ ਦੇ ਵਿੱਚ ਉਹ ਹੁੰਦੀਆਂ ਨੇ ਧਰਤੀ ਦੀ ਸਤਾ ਦੇ ਉੱਪਰ ਅਪਰਦਨ ਕਾਰਕਾਂ ਕਰਕੇ ਭਾਵੇਂ ਧਰਤੀ ਦੇ ਦੁਆਲੇ ਹਵਾ ਦਾ ਗਿਲਾਫ 1600 ਕਿਲੋਮੀਟਰ ਤੱਕ ਹੈ ਪਰ 99% ਹਵਾ ਡੈਸ਼ ਪਰਸੈਂਟ ਡੈਸ਼ ਕਿਲੋਮੀਟਰ ਤੱਕ ਦੇ ਘੇਰੇ ਵਿੱਚ ਹੈ ਇਹ ਹੈ 32 ਕਿਲੋਮੀਟਰ ਕੇਰੇ ਤੱਕ 32 ਕਿਲੋਮੀਟਰ ਕੇਰੇ ਤੱਕ 5ਵਾਂ ਨੰਬਰ ਕੁਐਸਚਨ ਹੈ ਆਪਣੇ ਕੋਲ ਜੀਵ ਮੰਡਲ ਵਿੱਚ ਅਨੇਕ ਕਿਸਮ ਦੇ ਜੀਵ ਜੰਤੂਆਂ ਅਤੇ ਪੇੜ ਪੌਦਿਆਂ ਨੂੰ ਕੀ ਆਖਦੇ ਹਨ ਜੀਵ ਮੰਡਲ ਅਤੇ ਜੀਵ ਜੰਤੂਆਂ ਤੇ ਪੇੜ ਪੌਦਿਆਂ ਨੂੰ ਕੀ ਕਹਿੰਦੇ ਨੇ ਜੀਵ ਜਗਤ ਜੀਵ ਚਕਤਾ ਵਾਤਾਵਰਣ ਦਿਵਸ ਕਦੋਂ ਮਨਾਇਆ ਜਾਂਦਾ ਹੈ 5 ਜੂਨ ਨੂੰ 5th ਆਫ ਜੂਨ ਵਾਤਾਵਰਣ ਦੇ ਮੰਡਲਾਂ ਵਿੱਚੋਂ ਕਿਸ ਮੰਡਲ ਵਿੱਚ ਸਭ ਤੋਂ ਵੱਧ ਅਦਲਾ ਬਦਲੀ ਹੁੰਦੀ ਹੈ ਸਭ ਤੋਂ ਵੱਧ ਜੋ ਅਦਲਾ ਬਦਲੀ ਹੁੰਦੀ ਹੈ ਉਹ ਹੁੰਦੀ ਹੈ ਵਾਯੂ ਮੰਡਲ ਦੇ ਵਿੱਚ ਵਾਯੂ ਮੰਡਲ ਦੇ ਵਿੱਚ ਕਿਸ ਥਾਂ ਦੇ ਜੀਵ ਮੰਡਲ ਅਤੇ ਉੱਥੋਂ ਦੇ ਭੌਤਿਕ ਆਲੇ ਦੁਆਲੇ ਨੂੰ ਕੀ ਆਖਦੇ ਹਨ ਇਸ ਨੂੰ ਬੋਲਿਆ ਜਾਂਦਾ ਹੈ ਪਰਸਤਿਤੀ ਮੰਡਲ ਪਰਸਤਿਤੀ ਮੰਡਲ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਨੂੰ ਕੀ ਆਖਦੇ ਨੇ ਸਭ ਤੋਂ ਜੋ ਉੱਪਰਲੀ ਪਰਤ ਹੈ ਉਸ ਨੂੰ ਬੋਲਦੇ ਨੇ ਸਿਆਲ ਜਿਸ ਨੂੰ ਆਪਾਂ ਬੋਲਦੇ ਹਾਂ ਚਾਪੜ ਚਾਪੜ ਜਾਂ ਫਿਰ ਸਿਆਲ ਧਰਤੀ ਦੀ ਸਤਾਤੇ ਕਿੰਨੇ ਪਰਸੈਂਟ ਪਾਣੀ ਹੈ ਇਹ ਹੈ 73% ਔਰ ਲੈਂਡ ਜੋ ਹੈ ਇਹ ਹੈ 29% 29% ਨੈਕਸਟ ਕੁਐਸਚਨ ਹੈ ਸੈਕੰਡ ਪਾਠ ਜਿਸ ਵਿੱਚ ਆਪਾਂ ਡਿਸਕਸ ਕਰਾਂਗੇ ਧਰਤੀ ਦਾ ਅੰਦਰੂਨੀ ਅਤੇ ਬਾਹਰੀ ਰੂਪ ਪਹਿਲਾ ਕੁਐਸਚਨ ਹੈ ਧਰਤੀ ਦੇ ਸਭ ਤੋਂ ਅੰਦਰੂਨੀ ਭਾਗ ਨੂੰ ਕੀ ਆਖਦੇ ਨੇ ਸਭ ਤੋਂ ਜੋ ਅੰਦਰੂਨੀ ਭਾਗ ਹੈ ਧਰਤੀ ਦਾ ਉਸ ਨੂੰ ਬੋਲਦੇ ਨੇ ਨਾਈਸ ਨਾਈਫ ਜਦੋਂ ਲਾਵਾ ਜ਼ਮੀਨੀ ਭਾਗ ਤੇ ਬਾਹਰ ਨਿਕਲਦਾ ਹੈ ਤਾਂ ਠੰਡਾ ਹੋ ਕੇ ਕਿਸ ਦਾ ਰੂਪ ਧਨ ਕਰ ਲੈਂਦਾ ਹੈ ਇਹ ਰੂਪ ਧਨ ਕਰ ਲੈਂਦਾ ਹੈ ਪਹਾੜ ਦਾ ਪਰਬਤ ਦਾ ਪਹਾੜ ਦਾ ਧਰਤੀ ਦੇ ਅੰਦਰੂਨੀ ਭਾਗ ਵਿੱਚ ਮਿਲਦੇ ਅਤੇ અત્યੰਤ ਗਰਮ ਅਤੇ ਪਿਗਲੇ ਤਰਲ ਨੂੰ ਆਪਾਂ ਕੀ ਕਹਿੰਦੇ ਹਾਂ ਇਸ ਨੂੰ ਬੋਲਿਆ ਜਾਂਦਾ ਮੈਗਮਾ ਮੈਗਮਾ ਜੋ ਹੁੰਦਾ ਹੈ ਇਹ ਜੋ ਤਰਲ ਨਿਕਲਦਾ ਹੈ ਗਰਮ-ਗਰਮ ਉਸ ਨੂੰ ਬੋਲਦੇ ਨੇ ਆਪਾਂ ਮੈਗਮਾ ਮੈਗਮਾ ਚੁੰਨਾ ਪੱਥਰ ਤੋਂ ਰੂਪਾਂਤਰਿਤ ਚਟਾਨ ਦਾ ਨਾਮ ਦੱਸੋ ਚੁੰਨਾ ਪੱਥਰ ਤੋਂ ਰੂਪਾਂਤਰਿਤ ਜਿਹੜੀ ਚਟਾਨ ਹੁੰਦੀ ਹੈ ਉਸ ਨੂੰ ਬੋਲਦੇ ਨੇ ਸੰਗਮਰਮਰ ਸੰਗਮਰਮਰ ਨੈਕਸਟ ਕੁਐਸਚਨ ਹੈ 6 ਨੰਬਰ ਕੁਐਸਚਨ 6 ਨੰਬਰ ਕੁਐਸਚਨ ਜਦੋਂ ਪ੍ਰਿਥਵੀ ਅੰਦਰਲਾ ਗਰਮ ਤਰਲ ਪਦਾਰਥ ਧਰਤੀ ਦੀ ਸਤ੍ਹਾ ਉੱਤੇ ਆ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਨੇ ਉਸ ਨੂੰ ਬੋਲਦੇ ਨੇ ਲਾਵਾ ਲਾਵਾ ਤਰਲ ਸੋਨਾ ਕਿਸ ਨੂੰ ਆਇਂਦੇ ਹਨ ਤਰਲ ਸੋਨਾ ਕਿਹਾ ਜਾਂਦਾ ਹੈ ਪੈਟਰੋਲੀਅਮ ਨੂੰ ਪੈਟਰੋਲੀਅਮ ਐਲੂਮੀਨੀਅਮ ਦੀ ਕੱਚੀਤਾ ਦਾ ਨਾਮ ਦੱਸੋ ਜੋ ਐਲੂਮੀਨੀਅਮ ਹੁੰਦਾ ਹੈ ਇਸ ਦੀ ਕੱਚੀਤਾ ਦਾ ਨਾਮ ਕੀ ਹੈ ਬਾਕਸਾਈਟ ਬਾਕਸਾਈਟ ਉੱਤਰੀ ਅਮਰੀਕਾ ਦੇ ਘਾਦੇ ਮੈਦਾਨ ਦਾ ਨਾਮ ਦੱਸੋ ਕਿਸ ਦਾ ਨਾਮ ਹੈ ਪ੍ਰੈਰੀਜ਼ 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 ਨੈਕਸਟ ਹੈ ਆਪਣੇ ਕੋਲ 5 ਨੰਬਰ 3 ਤਰਤੀ ਦੀ ਬਦਲਦਾ ਰੂਪ ਅਤੇ ਤਰਾਤਲੀ ਆਕ੍ਰਿਤੀਆਂ ਪਹਿਲਾ ਕਵਚਨ ਹੈ ਤਰਤੀ ਦੀ ਸਤ੍ਹਾ ਉੱਤੇ ਲਗਾਤਾਰ ਹੋਣ ਵਾਲੀਆਂ ਤਬਦੀਲੀਆਂ ਦਾ ਕੀ ਕਾਰਨ ਹੁੰਦਾ ਹੈ ਇਸ ਦਾ ਕਾਰਨ ਹੁੰਦਾ ਹੈ ਤਰਤੀ ਦੀ ਅੰਦਰਲੀ ਅੰਜਵ ਬਾਹਰਲੀ ਹਿਲਜੁਲ ਤਰਤੀ ਦੀ ਅੰਦਰਲੀ ਜਾਂ ਬਾਹਰਲੀ ਹਿਲਜੁਲ ਪਰਬਤਾਂ ਦੀਆਂ ਚਾਰ ਕਿਸਮਾਂ ਦੇ ਨਾਮ ਦੱਸੋ ਪਰਬਤਾਂ ਦੀਆਂ ਚਾਰ ਕਿਸਮਾਂ ਕਿਹੜੀਆਂ-ਕਿਹੜੀਆਂ ਨੇ ਵਲਨ ਬਲਾਕ ਬਚੇ ਖੁਚੇ ਅਤੇ ਜਵਾਲਾਮੁਖੀ ਇਹ ਚਾਰ ਪਰਬਤ ਹੁੰਦੇ ਨੇ ਜੋ ਕਿ ਪਰਬਤਾਂ ਦੀਆਂ ਚਾਰ ਕਿਸਮਾਂ ਨੇ ਮੈਦਾਨ ਕਿਹੜੀਆਂ ਦੋ ਕਿਰਿਆਵਾਂ ਰਾਹੀਂ ਬੰਦੇ ਹਨ ਜੋ ਮੈਦਾਨ ਬੰਦੇ ਨੇ ਇਹ ਬੰਦੇ ਨੇ ਮਿੱਟੀ ਦੇ ਅਪਵਰਧਨ ਅਤੇ ਨਿਕੇਪਨ ਦੁਆਰਾ ਮਿੱਟੀ ਦੇ ਅਪਵਰਧਨ ਅਤੇ ਨਿਕੇਪਣ ਦੁਆਰਾ ਪੋਚਾਲ ਦੀ ਤੀਬਰਤਾ ਕਿਸ ਤਰ੍ਹਾਂ ਮਾਪੀ ਜਾਂਦੀ ਹੈ ਪੋਚਾਲ ਦੀ ਤੀਬਰਤਾ ਨੂੰ ਮਾਪਿਆ ਜਾਂਦਾ ਹੈ ਰਿਕਟਰ ਸਕੇਲ ਦੁਆਰਾ ਰਿਕਟਰ ਸਕੇਲਾ ਸੰਸਾਰ ਦੀ ਸਭ ਤੋਂ ਉੱਚੀ ਪਠਾਰ ਹਵ ਦਾ ਨਾਮ ਕੀ ਹੈ ਸਭ ਤੋਂ ਉੱਚੀ ਪਠਾਰ ਦਾ ਨਾਮ ਹੈ ਤਿੱਬਤ ਦੀ ਪਠਾਰ ਤਿੱਬਤ ਦੀ ਪਠਾਰ ਮੇਜ਼ ਦੀ ਸ਼ਕਲ ਵਰਗੀ ਪੂ ਆਕਰਤੀ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਕਹਿੰਦਾ ਹੈ ਪਠਾਰ ਪਠਾਰ ਭਾਰਤ ਦੀਆਂ ਕਿਹੜੀਆਂ ਨਦੀਆਂ ਅੰਦਰਾਂ ਦੇ ਘਾਟੀ ਵਿੱਚ ਵਹਿੰਦੀਆਂ ਹਨ ਇਹ ਦੋ ਨਦੀਆਂ ਨੇ ਦੈਟ ਇਜ਼ ਨਰਮਦਾ ਔਰ ਤਾਪਤੀ ਨਰਮਦਾ ਔਰ ਤਾਪਤੀ ਭਾਰਤ ਵਿੱਚ ਲੋਨਾਰਚੀ ਕਿਸ ਰਾਜ ਵਿੱਚ ਹੈ ਲੋਨਾਰਚੀਲ ਜੋ ਹੈ ਇਹ ਮਹਾਰਾਸ਼ਟਰ ਦੇ ਵਿੱਚ ਹੈ ਮਹਾਰਾਸ਼ਟਰ ਪਚਾਲ ਕਰਨ ਹੋਏ ਨੁਕਸਾਨ ਨੂੰ ਮਾਪਣ ਲਈ ਕਿਹੜਾ ਪੈਮਾਨਾ ਵਰਤੇ ਜਾਂਦਾ ਹੈ ਇਸ ਨੂੰ ਬੋਲਿਆ ਜਾਂਦਾ ਹੈ ਮਾਰਕਾਲੀ ਪੈਮਾਨਾ ਮਾਰਕਾਲੀ ਪੈਮਾਨਾ ਫੋਰਥ ਚੈਪਟਰ ਆਪਣੇ ਕੋਲ ਵਾਜ਼ੂ ਮੰਡਲ ਅਤੇ ਤਾਪਮਾਨ ਪਹਿਲਾ ਕੁਐਸਚਨ ਹੈ ਹਵਾ ਵਿੱਚ ਸਭ ਤੋਂ ਜਿਹੜੀ ਜ਼ਿਆਦਾ ਗੈਸ ਹੈ ਉਹ ਕਿਹੜੀ ਹੈ ਇਹ ਹੈ ਨਾਈਟ੍ਰੋਜਨ ਨਾਈਟ੍ਰੋਜਨ ਵਾਜ਼ੂ ਮੰਡਲ ਦੀਆਂ ਤਹਿਿਆਂ ਦਾ ਨਾਮ ਦੱਸੋ ਵਾਜ਼ੂ ਮੰਡਲ ਦੀਆਂ ਤਹਿਿਆਂ ਦਾ ਨਾਮ ਨੇ ਅਸ਼ਾਂਤ ਮੰਡਲ ਸਮਤਾਪ ਟ ਮੰਡਲ ਮੱਧ ਵਰਤੀ ਮੰਡਲ ਔਰ ਤਾਪ ਮੰਡਲ ਅਸ਼ਾਂਤ ਮੰਡਲ ਸਮਤਾਪ ਮੰਡਲ ਮੱਧ ਵਰਤੀ ਮੰਡਲ ਔਰ ਤਾਪ ਮੰਡਲ ਦਰਤੀ ਦੇ ਹਾਲੇਦ ਵਾਲੇ ਹਵਾ ਦੇ ਖਿਲਾਫ ਨੂੰ ਕੀ ਕਿਹਾ ਜਾਂਦਾ ਹੈ ਵਾਯੂ ਮੰਡਲ ਵਾਤਾਵਰਣ ਦੇ ਕਿਸ ਅੰਸ਼ ਨੂੰ ਅੰਸ਼ ਵਿੱਚ ਸਭ ਤੋਂ ਵੱਧ ਅਧਰਾਬਦਲੀ ਹੁੰਦੀ ਹੈ ਉਹ ਹੈ ਵਾਯੂ ਮੰਡਲ ਸਮੋਗ ਕਿਸ ਨੂੰ ਕਹਿੰਦੇ ਹਨ ਤੁੰਦ ਅਤੇ ਧੂਆਂ ਦੇ ਮਿਸ਼ਰਣ ਨੂੰ ਤੁੰਦ ਅਤੇ ਧੂਆਂ ਦੇ ਮਿਸ਼ਰਣ ਨੂੰ ਆਪਾਂ ਕੀ ਕਹਿੰਦੇ ਆਪਾਂ ਸਮੋਗ ਨੈਕਸਟ ਕੁਐਸਚਨ ਹੈ 7th ਵਾਯੂ ਮੰਡਲ ਦੀ ਸਭ ਤੋਂ ਹੇਠਲੀ ਪਰਤ ਦਾ ਨਾਮ ਦੱਸੋ ਅਸ਼ਾਂਤ ਮੰਡਲ ਅਸ਼ਾਂਤ ਮੰਡਲ ਵਾਯੂ ਮੰਡਲ ਦਾ ਕਿਹੜਾ ਭਾਗ ਹਵਾਈ ਜਹਾਜ਼ਾਂ ਦੀ ਉਡਾਨ ਲਈ ਯੋਗ ਹੈ ਇਹ ਹੈ ਸਮਤਾਪ ਮੰਡਲ ਸਮਤਾਪ ਮੰਡਲ ਓਜ਼ੋਨ ਪਰਤ ਕਿਹੜੀਆਂ ਹਾਨੀਕਾਰਕ ਕਿਰਨਾਂ ਨੂੰ ਧਰਤੀ ਤੇ ਆਉਣ ਤੋਂ ਰੋਕਦੀ ਹੈ ਇਹ ਹੈ ਪੈਰਾਵੰਗਣੀ ਗੱਨਾ ਪੈਰਾਵੰਗਣੀ ਗੱਨਾ ਚ ਹੁੰਦੀਆਂ ਨੇ ਇਹਨਾਂ ਨੂੰ ਰੋਕਿਆ ਜਾਂਦਾ ਹੈ ਓਜ਼ੋਨ ਪਰਤ ਦੇ ਦੁਆਰਾ ਧਰਤੀ ਤੱਕ ਪਹੁੰਚਣ ਦੀ ਤਾਪਮੰਡਲ ਦੀ ਹੇਠਲੀ ਤਹਿ ਨੂੰ ਕੀ ਕਹਿੰਦੇ ਹਨ ਤਾਪਮੰਡਲ ਦੀ ਜੋ ਹੇਠਲੀ ਤਹਿ ਹੁੰਦੀ ਹੈ ਉਸ ਨੂੰ ਬੋਲਿਆ ਜਾਂਦਾ ਹੈ ਆਇਨ ਮੰਡਲ ਆਇਨ ਮੰਡਲ ਪਾਣੀ ਦਾ ਜਮਾਓ ਅਤੇ ਉਬਾਲ ਦਰਜਾ ਕਿੰਨਾ ਹੈ ਇਹ ਪਾਣੀ ਦਾ ਜਮਾਓ ਦਰਜਾ 0 ਡਿਗਰੀ ਸੈਂਟੀਗ੍ਰੇਡ ਅਤੇ ਉਬਾਲ ਦਰਜਾ ਹੈ 100 ਡਿਗਰੀ ਸੈਂਟੀਗ੍ਰੇਡ ਨੈਕਸਟ ਕੁਐਸਚਨ ਹੈ 5 ਨੰਬਰ ਚੈਪਟਰ ਵాయుਦਾਬ ਅਤੇ ਪੌਣਾ ਪਹਿਲਾ ਕੁਐਸਚਨ ਹੈ ਤ੍ਰੂਵਾਂ ਵੱਲ ਚੱਲਣ ਵਾਲੀਆਂ ਪੌਣਾ ਨੂੰ ਕੀ ਕਹਿੰਦੇ ਹਨ ਉਸ ਨੂੰ ਬੋਲਿਆ ਜਾਂਦਾ ਹੈ ਪੱਛਮੀ ਪੌਣਾ ਪੱਛਮੀ ਪੌਣਾ ਵਪਾਰਕ ਪੌਣਾ ਪੱਛਮੀ ਪੌਣਾ ਨੂੰ ਹੋਰ ਕੀ ਨਾਮ ਦਿੱਤਾ ਜਾਂਦਾ ਹੈ ਵਪਾਰਕ ਪੌਣਾ ਪੱਛਮੀ ਪੌਣਾ ਨੂੰ ਕੀ ਹੋਰ ਨਾਮ ਦਿੱਤਾ ਜਾਂਦਾ ਹੈ ਇਹ ਹੈ ਸਥਾਈ ਪੌਣਾ ਸਥਾਈ ਪੌਣਾ ਤ੍ਰੂਵ ਵੱਲ 60 ਤੋਂ ਲੈ ਕੇ 65 ਅਕਸ਼ਾਂਸ਼ਾਂ ਵੱਲ ਚੱਲਣ ਵਾਲੀਆਂ ਪੌਣਾ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਬੋਲਿਆ ਜਾਂਦਾ ਹੈ ਤ੍ਰੂਵੀ ਪੌਣਾ ਤ੍ਰੂਵੀ ਪੌਣਾ ਕੋੜੇ ਦੇ ਅਕਸ਼ਾਂਸ਼ ਕਿਸ ਨੂੰ ਕਿਹਾ ਜਾਂਦਾ ਹੈ ਕੋੜੇ ਦੇ ਜੋ ਅਕਸ਼ਾਂਸ਼ ਹੈ ਇਸ ਨੂੰ ਕਿਹਾ ਜਾਂਦਾ ਹੈ ਸ਼ਾਂਤ ਮੰਡਲ ਪੇਟੀਆਂ ਨੂੰ ਸ਼ਾਂਤ ਮੰਡਲ ਪੇਟੀਆਂ ਨੂੰ ਚੱਕਰਵਾਤਾਂ ਦੇ ਆਨ ਕਾਰਨ ਹੋਣ ਵਾਲੀ ਵਰਖਾ ਨੂੰ ਕੀ ਕਹਿੰਦੇ ਹਨ ਇਸ ਨੂੰ ਬੋਲਿਆ ਜਾਂਦਾ ਚੱਕਰਵਰਤੀ ਵਰਖਾ ਚੱਕਰਵਰਤੀ ਵਰਖਾ ਇੱਕੋ ਜਿਹੇ ਬਾਜੂ ਦਾਬ ਕੇਂਦਰਾਂ ਨੂੰ ਮਿਲਾਉਣ ਵਾਲੀ ਰੇਖਾ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਬੋਲਿਆ ਜਾਂਦਾ ਹੈ ਸਮ वायु ਦਾਬ ਰੇਖਾ ਜਾਂ ਫਿਰ ਆਈਸੋਬਾਰ ਪੌਣਾ ਕਿਹੜੇ ਖੇਤਰ ਤੋਂ ਕਿਹੜੇ ਖੇਤਰ ਵੱਲ ਨੂੰ ਚਲਦੀਆਂ ਹਨ ਇਹ ਚਲਦੀਆਂ ਨੇ ਵੱਧ ਦਾਵਤੋਂ ਘੱਟ ਦਾਵ ਵਾਲੇ ਖੇਤਰਾਂ ਵੱਲ ਪੂਮਧ ਰੇਖਾ ਵੱਲ ਨੂੰ ਚੱਲਣ ਵਾਲੀਆਂ ਪੌੜਾਂ ਨੂੰ ਕੀ ਕਹਿੰਦੇ ਹਨ ਜੋ ਪੂਮਧ ਰੇਖਾ ਵੱਲ ਚਲਦੀਆਂ ਨੇ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ ਉਹਨਾਂ ਨੂੰ ਬੋਲਿਆ ਜਾਂਦਾ ਵਪਾਰਕ ਪੌਣਾ ਵਪਾਰਕ ਪੌਣਾ ਪੂਮਧ ਰੇਖਾ 5 ਡਿਗਰੀ ਉੱਤਰ ਤੋਂ 5 ਡਿਗਰੀ ਦੱਖਣ ਅਕਸ਼ਾਂਸ਼ ਤੱਕ ਘੱਟ ਵੱਧ ਦਾਵ ਦੀ ਪੇਟੀ ਬਣ ਜਾਂਦੀ ਹੈ ਉਸਨੂੰ ਕੀ ਕਹਿੰਦੇ ਨੇ ਉਸਨੂੰ ਬੋਲਿਆ ਜਾਂਦਾ ਡੋਲਡ ਡੋਲਡਰਮਜ਼ ਡੋਲਡਰਮਜ਼ ਬੋਲਿਆ ਜਾਂਦਾ ਉਸਨੂੰ ਜੋ ਕਿ 5 ਡਿਗਰੀ ਉੱਤਰ ਤੋਂ ਲੈ ਕੇ 5 ਡਿਗਰੀ ਦੱਖਣ ਅਕਸ਼ਾਂਸ਼ ਤੱਕ ਚੱਲਦੀ ਹੈ ਉਸ ਪੇਟੀ ਨੂੰ ਬੋਲਦੇ ਆਪਾਂ ਡੋਲਡਰਮਜ਼ 10 ਨੰਬਰ ਕੁਸ਼ਨ ਹੈ ਆਪਣੇ ਕੋਲ ਹਵਾ ਵਿੱਚ ਹਰ ਸਮੇਂ ਥੋੜੀ ਮਾਤਰਾ ਵਿੱਚ ਥੋੜੀ ਬਹੁਤ ਮਾਤਰਾ ਵਿੱਚ ਪਾਣੀ ਦੇ ਜੋ ਕਣ ਹੁੰਦੇ ਨੇ ਉਹਨਾਂ ਨੂੰ ਕੀ ਬੋਲਦੇ ਨੇ ਉਹਨਾਂ ਨੂੰ ਕੀਹਾ ਜਾਂਦਾ ਹੈ ਪੌਣਾ ਦੀ ਨਮੀ ਪੌਣਾ ਦੀ ਨਮੀ ਨੈਕਸਟ ਚੈਪਟਰ ਹੈ ਆਪਣੇ ਕੋਲ ਮਹਾਸਾਗਰ ਮਹਾਸਾਗਰ ਦੇ ਵਿੱਚ ਪਹਿਲਾ ਕੁਸ਼ਨ ਹੈ ਆਪਣੇ ਕੋਲ ਧਰਤੀ ਉੱਤੇ ਕਿੰਨੇ ਪਰਸੈਂਟ ਜਲ ਹੈ ਔਰ ਥਲ ਹੈ ਇਹ ਹੈ 71% ਜਲ ਔਰ 29% ਥਲ ਵਿਸ਼ਾਲ ਜਲ ਭਾਗ ਨੂੰ ਕੀ ਕਹੇ ਜਾਂਦਾ ਹੈ ਇਸ ਨੂੰ ਬੋਲਿਆ ਜਾਂਦਾ ਹੈ ਮਹਾਸ਼ਾਗਰ ਮਹਾਸਾਗਰ ਬੋਲੇ ਜਾਂਦਾ ਹੈ ਜੋ ਕਿ ਵਿਸ਼ਾਲ ਜਲ ਦਾ ਜਿਹੜਾ ਭਾਗ ਹੁੰਦਾ ਉਸ ਨੂੰ ਬੋਲਦੇ ਹਨ ਮਹਾਸਾਗਰ ਭਾਰਤ ਦੇ ਦੱਖਣੀ ਦੱਖਣ ਵਿੱਚ ਜੋ ਲੱਗਦਟ ਮਹਾਸਾਗਰ ਹੈ ਉਸ ਦਾ ਨਾਮ ਕੀ ਹੈ ਇਸ ਦਾ ਨਾਮ ਹੈ ਹਿੰਦ ਮਹਾਸਾਗਰ ਹਿੰਦ ਮਹਾਸਾਗਰ ਸਭ ਤੋਂ ਵੱਡੇ ਤੇ ਤੋਂ ਛੋਟੇ ਮਹਾਸਾਗਰ ਦਾ ਨਾਮ ਦੱਸੋ ਸਭ ਤੋਂ ਵੱਡਾ ਮਹਾਸਾਗਰ ਹੈ ਸ਼ਾਂਤ ਮਹਾਸਾਗਰ ਸਭ ਤੋਂ ਛੋਟਾ ਹੈ ਆਰਕਟਿਕਾ ਸਭ ਤੋਂ ਵੱਡਾ ਕਿਹੜਾ ਹੈ ਸ਼ਾਂਤ ਮਹਾਸਾਗਰ ਔਰ ਛੋਟਾ ਹੈ ਆਰਕਟਿਕ ਮਹਾਸਾਗਰ ਮਹਾਸਾਗਰੀ ਜਲ ਦੀਆਂ ਕਿੰਨੀਆਂ ਗਤੀਆਂ ਹੁੰਦੀਆਂ ਹਨ ਜੋ ਮਹਾਸਾਗਰੀ ਜਲਦੀਆਂ ਗਤੀਆਂ ਹੁੰਦੀਆਂ ਨੇ ਉਹਨੇ ਤਿੰਨ ਕਿਹੜੀਆਂ ਕਿੜੀਆਂ ਲਹਿਰਾ ਸਾਗਰੀ ਤਰਾਮਾ ਜਵਾਰ ਪੱਟਾ ਲਹਿਰਾ ਸਾਗਰੀ ਤਰਾਮਾ ਔਰ ਜਵਾਰ ਪੱਟਾ ਲੰਡਨ ਦੀ ਬੰਦਰਗਾਹ ਕਿਸ ਨਦੀ ਦੇ ਕੰਢੇ ਉੱਪਰ ਹੈ ਇਹ ਹੈ ਟੇਮਜ਼ ਨਦੀ ਟੇਮਜ਼ ਨਦੀ ਲਹਿਰ ਦੀ ਵੱਧ ਤੋਂ ਵੱਧ ਉਚਾਈ ਤੇ ਵੱਧ ਤੋਂ ਵੱਧ ਡੂੰਘਾਈ ਨੂੰ ਕੀ ਕਿਹਾ ਜਾਂਦਾ ਉਸ ਨੂੰ ਬੋਲਿਆ ਜਾਂਦਾ ਲਹਿਰ ਦੀ ਉਚਾਈ ਲਹਿਰ ਦਾ ਸ਼ਿਖਰ ਅਤੇ ਡੂੰਘਾਈ ਲਹਿਰ ਦਾ ਗਰਤਾ ਕਿਹੜੇ ਸਾਗਰ ਦਾ ਨਾਮ ਪਾਰਤ ਦੇਸ਼ ਦੇ ਨਾਂ ਤੇ ਉੱਪਰ ਪਿਆ ਇਹ ਹੈ ਹਿੰਦ ਮਹਾਸਾਗਰ ਹਿੰਦ ਮਹਾਸਾਗਰ ਦਾ ਨਾਮ ਹੈ ਜਿਹੜਾ ਇਹ ਇੰਡੀਆ ਦੇ ਨਾਮ ਦੇ ਉੱਪਰ ਪਿਆ ਹਿੰਦ ਮਹਾਸਾਗਰ ਸਭ ਤੋਂ ਵੱਧ ਲੋਣ ਦੀ ਮਾਤਰਾ ਕਿਹੜੇ ਸਾਗਰ ਵਿੱਚ ਹੈ ਇਹ ਹੈ ਮ੍ਰਿਤ ਸਾਗਰ ਦੇ ਵਿੱਚ ਮ੍ਰਿਤ ਸਾਗਰ ਜਦੋਂ ਸਾਗਰੀ ਜਲ ਕਿਸੇ ਨਿਸ਼ਚਿਤ ਦਿਸ਼ਾ ਵੱਲ ਚੱਲ ਪੈਂਦਾ ਹੈ ਤਾਂ ਉਸ ਨੂੰ ਕਿਹੜੀ ਧਾਰਾ ਕਿਹਾ ਜਾਂਦਾ ਹੈ ਉਸ ਨੂੰ ਬੁਲਾਇਆ ਜਾਂਦਾ ਹੈ ਮਹਾਸਾਗਰੀ ਧਾਰਾ ਮਹਾਸਾਗਰੀ ਧਾਰਾ ਨੈਕਸਟ ਚੈਪਟਰ ਆਉਂਦਾ ਆਪਣੇ ਕੋਲ ਕੁਦਰਤੀ ਵਨਸਪਤੀ ਅਤੇ ਜੰਗਲੀ ਜੀਵ ਪਹਿਲਾ ਕੁਸ਼ਨ ਹੈ ਸੰਸਾਰ ਵਿੱਚ ਲਗਭਗ ਕਿੰਨੇ ਪ੍ਰਤੀਸ਼ਤ ਥਲ ਖੇਤਰ ਵਣਾ ਹੈਠਾ ਹੈ ਯਾਨੀ ਸੰਸਾਰ ਵਿੱਚ ਕਿੰਨੇ ਪਰਸੈਂਟ ਜਿਹੜਾ ਖੇਤਰ ਹੈ ਜੋ ਕਿ ਥਲਾਂ ਦੇ ਹੈਠਾ ਹੈ ਇਹ ਹੈ 30% 30% ਵਣਾ ਦੀਆਂ ਕਿਸਮਾਂ ਦੇ ਨਾਮ ਦੱਸੋ ਵਣਾ ਦੀਆਂ ਕਿਸਮਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਨੇ ਪੋਮਦ ਰੇਖੀ ਵਣ ਮੌਨਸੂਨੀ ਜਾਂ ਫਿਰ ਪਤਛੜੀ ਵਣ ਜਾਂ ਫਿਰ ਨੌਕਿੱਲੇ ਪੱਤਿਆਂ ਵਾਲੇ ਵਣ ਇਹ ਤਿੰਨ ਪ੍ਰਕਾਰ ਦੇ ਵਣ ਦੀਆਂ ਕਿਸਮਾਂ ਨੇ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ ਮਨੁੱਖ ਇਤਿਹਾਸਿਕ ਕਾਲ ਤੋਂ ਹੀ ਵਣਾ ਦੀ ਕਟਾਈ ਕਿਉਂ ਕਰ ਰਿਹਾ ਹੈ ਯਾਨੀ ਜੋ ਮਨੁੱਖੀ ਇਤਿਹਾਸਿਕ ਗਲਤੋਹੀ ਵਣਾਂ ਦੀ ਕਟਾਈ ਕਰ ਰਿਹਾ ਹੈ ਜੰਗਲਾਂ ਦੀ ਕਟਾਈ ਕਰ ਰਿਹਾ ਹੈ ਇਸ ਦਾ ਕਾਰਨ ਕੀ ਹੈ ਖੇਤੀ ਜੋਗ ਭੂਮੀ ਪ੍ਰਾਪਤ ਕਰਨ ਲਈ ਖੇਤੀ ਜੋਗ ਭੂਮੀ ਨੂੰ ਪ੍ਰਾਪਤ ਕਰਨ ਲਈ ਪੂਮੱਦ ਰੇਖਾ ਵਣਾਂ ਨੂੰ ਦੱਖਣੀ ਅਮਰੀਕਾ ਵਿੱਚ ਕੀ ਕਿਹਾ ਜਾਂਦਾ ਹੈ ਇਸ ਨੂੰ ਬੋਲਿਆ ਜਾਂਦਾ ਹੈ ਸਲਵਸ ਸਲਵਸ ਮਨੁੱਖ ਮਾਨਸੂਨੀ ਵਣਾਂ ਨੂੰ ਕਿਹੜੇ ਹੋਰ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਹੈ ਪਤਚੜੀ ਵਣ ਪਤਚੜੀ ਵਣ ਨੌਕਿੱਲੇ ਪੱਤਿਆਂ ਵਾਲੇ ਵਣ ਕਿਹੜੇ ਖੇਤਰਾਂ ਵਿੱਚ ਪੈਦਾ ਹੁੰਦੇ ਹਨ ਇਹ ਜੋ ਖੇਤਰ ਹੈ ਉਹ ਕਿਹੜਾ ਹੈ ਇਹ ਹੈ ਸ਼ੀਤ ਓਸ਼ਣ ਖੇਤਰਾ ਵਿੱਚ ਜੋ ਸ਼ੀਤ Oਸ਼ਨ ਖੇਤਰਾ ਵਿੱਚ ਆ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਸਰਕਾਰ ਨੇ ਕੀ ਕਦਮ ਚੁੱਕੇ ਹਨ ਜੰਗਲੀ ਜੀਵਾਂ ਦੀ ਸੁਰੱਖਿਆ ਦੇ ਲਈ ਸਰਕਾਰ ਨੇ ਕੀ ਕਦਮ ਚੁੱਕੇ ਹਨ ਨੈਸ਼ਨਲ ਪਾਰਕ ਬਣਾਏ ਨੇ ਜਿਨ੍ਹਾਂ ਨੂੰ ਆਪਾਂ ਰਾਸ਼ਟਰੀ ਪਾਰਕ ਬੋਲਦੇ ਹਾਂ ਸ਼ਿਕਾਰ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ ਇਹ ਦੋ ਕੰਮ ਕੀਤੇ ਗਏ ਨੇ ਸਰਕਾਰ ਦੇ ਦੁਆਰਾ ਜੰਗਲੀ ਜੀਵਾ ਦੀ ਸੁਰੱਖਿਆ ਦੇ ਲਈ 8ਵਾਂ ਨੰਬਰ ਕੁਐਸਚਨ ਹੈ ਆਪਣੇ ਕੋਲ ਆਫਰੀਕਾ ਮਹਾਦੀਪ ਵਿੱਚ ਪਾਏ ਜਾਣ ਵਾਲੇ ਮਾਰੂਥਲਾਂ ਦੇ ਨਾਮ ਦੱਸੋ ਆਫਰੀਕਾ ਦੇ ਵਿੱਚ ਜਿਹੜੇ ਮਾਰੂਥਲ ਪਾਏ ਜਾਂਦੇ ਨੇ ਮਹਾਦੀਪ ਦੇ ਵਿੱਚੋਂ ਕਿਹੜੇ-ਕਿਹੜੇ ਨੇ ਇਹ ਨੇ ਸਹਾਰਾ ਔਰ ਕਾਲਹਾਰੀ ਸਹਾਰਾ ਔਰ ਕਾਰਾਥਲੀ ਅਮਰਥਲ ਆਸਟ੍ਰੇਲੀਆ ਵਿੱਚ ਸ਼ੀਤ ਓਸ਼ਣ ਕਾ ਦੇ ਮੈਦਾਨਾਂ ਨੂੰ ਕੀ ਕਹਿੰਦੇ ਹਨ ਉਸ ਨੂੰ ਬੋਲਿਆ ਜਾਂਦਾ ਡਾਊਨਸ ਡਾਊਨਸ ਸ਼ੀਤ ਓਸ਼ਣ ਕਾ ਦੇ ਮੈਦਾਨ ਨੂੰ ਦੱਖਣੀ ਅਮਰੀਕਾ ਵਿੱਚ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਹੋਰ ਨਾਮ ਦਿੱਤਾ ਜਾਂਦਾ ਹੈ ਪੰਪਾਸ ਪੰਪਾਸ ਨੈਕਸਟ ਚੈਪਟਰ ਆਪਣੇ ਕੋਲ 8 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਮਨੁੱਖੀ ਵਾਤਾਵਰਨ ਵਨਸਪਤੀਆਂ ਔਰ ਆਵਾਜਾਈ ਤੇ ਸੰਚਾਰ ਦੇ ਸਾਧਨ ਪਹਿਲਾ ਕੁਐਸਚਨ ਹੈ ਆਪਣੇ ਕੋਲ ਸਭ ਤੋਂ ਪਹਿਲਾ ਮਨੁੱਖ ਨੇ ਕਿਹੜਾ ਕਿੱਥੇ ਰਹਿਣਾ ਸ਼ੁਰੂ ਕੀਤਾ ਸਭ ਤੋਂ ਪਹਿਲਾ ਜੋ ਮਨੁੱਖ ਸੀ ਉਹ ਕਿੱਥੇ ਰਹਿੰਦਾ ਸੀ ਦਰਿਆਵਾਂ ਦੀਆਂ ਘਾਟੀਆਂ ਵਿੱਚ ਦਰਿਆਵਾਂ ਦੀਆਂ ਘਾਟੀਆਂ ਵਿੱਚ ਜਾਪਾਨ ਦੀ ਬੁਲੇਟ ਟ੍ਰੇਨ ਜੋ ਹੇਰ ਰੇਲ ਕੱਢੀ ਦੀ ਰਫ਼ਤਾਰ ਕਿੰਨੀ ਹੈ ਇਸੀ ਰਫ਼ਤਾਰ ਹੈ 500 ਕਿਲੋਮੀਟਰ ਪ੍ਰਤੀ ਘੰਟਾ 500 ਕਿਲੋਮੀਟਰ ਪ੍ਰਤੀ ਘੰਟਾ ਭਾਰਤ ਵਿੱਚ ਕਿਹੜੇ ਦਰਿਆ ਅੰਦਰੂਨੀ ਜਲ ਮਾਰਗ ਦਾ ਕੰਮ ਕਰਦੇ ਹਨ ਭਾਰਤ ਵਿੱਚ ਕਿਹੜੇ ਅੰਦਰੂਨੀ ਜਲ ਮਾਰਗ ਨੇ ਜਿਹੜੇ ਕਿ ਜਲ ਮਾਰਗ ਦਾ ਕੰਮ ਕਰਦੇ ਨੇ ਕਿਹੜੇ ਦਰਿਆ ਨੇ ਇਹ ਹੈ ਗੰਗਾ ਉਤੇ ਬ੍ਰਹਮਪੁੱਤਰ ਦਰਿਆ गंगा ਅਤੇ ਬ੍ਰਹਮਪੁੱਤਰ ਦਰਿਆ ਨੈਕਸਟ ਕੁਐਸਚਨ ਹੈ 4 ਨੰਬਰ ਕੁਐਸਚਨ ਸਵੇਜ ਨਹਿਰ ਕਿਹੜੇ ਸਾਗਰ ਨੂੰ ਮਿਲਾਉਂਦੀ ਹੈ ਇਹ ਮਿਲਾਉਂਦੀ ਹੈ ਪੋਮਦ ਸਾਗਰ ਨੂੰ ਲਾਲ ਸਾਗਰ ਨਾਲ ਜਿਸ ਨੂੰ ਆਪਾਂ ਰੂਮ ਸਾਗਰ ਵੀ ਬੋਲਦੇ ਹਾਂ ਪੋਮਦ ਸਾਗਰ ਨੂੰ ਲਾਲ ਸਾਗਰ ਦੇ ਨਾਲ ਕਿਸ ਦੇ ਵਿਕਾਸ ਕਾਰਨ ਪੂਰਾ ਸੰਸਾਰ ਹੀ ਇੱਕ ਗਲੋਬਲ ਪਿੰਡ ਬਣ ਗਿਆ ਹੈ ਇਹ ਬਣ ਗਿਆ ਹੈ ਆਵਾਜਾਈ ਅਤੇ ਸੰਚਾਰ ਦੇ ਸਾਧਨਾ ਕਰਨ ਆਵਾਜਾਈ ਅਤੇ ਸੰਚਾਰ ਦੇ ਸਾਧਨਾ ਕਰਨ ਕਿਹੜੇ ਮਾਰਗ ਤੇ ਸੰਸਾਰ ਦਾ ਸਭ ਤੋਂ ਵੱਧ ਵਪਾਰ ਹੁੰਦਾ ਹੈ ਇਹ ਹੈ ਉੱਤਰੀ ਅੰਧ ਮਹਾਸਾਗਰ ਮਾਰਗ ਉਤਰੀ ਅੰਧ ਮਹਾਸਾਗਰ ਮਾਰਗ ਤੇ ਜਿਹੜਾ ਰੇਲ ਮਾਰਗ ਲੈਨਿਨ ਗਰਾਦ ਨੂੰ ਵਲਾਦੀਵਾਸਟਕ ਨਾਲ ਜੋੜਦਾ ਹੈ ਉਸ ਨੂੰ ਕੀ ਬੋਲਦੇ ਨੇ ਉਸ ਨੂੰ ਬੋਲਿਆ ਜਾਂਦਾ ਹੈ ਟ੍ਰਾਂਸ ਸਾਈਬੀਰੀਅਨ ਰੇਲਵੇ ਟ੍ਰਾਂਸ ਸਾਈਬੀਰੀਅਨ ਰੇਲਵੇ ਨੈਕਸਟ ਕੁਐਸਚਨ ਹੈ 8ਵਾਂ ਨੰਬਰ ਕੁਐਸਚਨ ਕਿਹੜਾ ਜਲ ਮਾਰਗ ਪੱਛਮੀ ਯੂਰਪ ਸੰਯੁਕਤ ਰਾਜ ਅਮਰੀਕਾ ਅਤੇ ਕੈਨੇਡਾ ਨੂੰ ਮਿਲਾਉਂਦਾ ਹੈ ਇਹ ਹੈ ਉਤਰੀ ਅੰਧ ਮਹਾਸਾਗਰ ਮਾਰਗ ਉਤਰੀ ਅੰਧ ਮਹਾਸਾਗਰ ਮਾਰਗ ਕਿਹੜਾ ਜਲਮਾਰਗ ਉੱਤਰੀ ਅਮਰੀਕਾ ਤੇ ਦੱਖਣੀ ਅਮਰੀਕਾ ਨੂੰ ਏਸ਼ੀਆ ਤੇ ਆਸਟ੍ਰੇਲੀਆ ਨੂੰ ਮਿਲਾਉਂਦਾ ਹੈ ਇਹ ਹੈ ਸ਼ਾਂਤ ਮਹਾਸਾਗਰ ਮਾਰਗ ਸ਼ਾਂਤ ਮਹਾਸਾਗਰ ਕਿਹੜੀ ਪ੍ਰਸਿੱਧ ਨਹਿਰ ਪਨਾਮਾ ਗਣਰਾਜ ਵਿੱਚੋਂ ਬਣਾਈ ਗਈ ਹੈ ਇਹ ਹੈ ਪਨਾਮਾ ਨਹਿਰ ਪਨਾਮਾ ਨਹਿਰ ਨੈਕਸਟ ਜੋ ਆਪਣਾ ਚੈਪਟਰ ਆਉਂਦਾ ਹੈ 9th ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਮਨੁੱਖ ਅਤੇ ਵਾਤਾਵਰਣ ਆਪਸੀ ਪ੍ਰਭਾਵ ਪਹਿਲਾ ਕੁਸ਼ਨ ਹੈ ਸੰਸਾਰ ਦਾ ਉਚਤਮ ਤਾਪਮਨ 58 ਡਿਗਰੀ ਸੈਲਸੀਅਸ ਕਿਹੜੇ ਸਥਾਨ ਤੇ ਮਾਪਿਆ ਗਿਆ ਹੈ ਸਭ ਤੋਂ ਜ਼ਿਆਦਾ ਜਿਹੜਾ ਤਾਪਮਾਨ ਹੈ 58 ਡਿਗਰੀ ਮਾਪਿਆ ਗਿਆ ਹੈ ਕਿੱਥੇ ਮਾਪਿਆ ਗਿਆ ਇਹ ਮਾਪਿਆ ਗਿਆ ਹੈ ਸਹਾਰਾ ਦੇ ਅ ਅਜੀਜੀਆ ਸਥਾਨ ਤੇ ਸਹਾਰਾ ਜੋ ਹੈ ਇਸ ਦੇ ਇੱਕ ਸਥਾਨ ਜਿਸ ਦਾ ਨਾਮ ਹੈ ਅਜੀਜੀਆ ਇੱਥੇ ਮਾਪਿਆ ਗਿਆ ਹੈ 58 ਡਿਗਰੀ ਜੋ ਸਭ ਤੋਂ ਜ਼ਿਆਦਾ ਉਚਤਮ ਤਾਪਮਾਨ ਹੈ ਪੂਰੇ ਵਿਸ਼ਵ ਦਾ ਸੰਸਾਰ ਦਾ ਲਦਾਖ ਨੂੰ ਚੰਨ ਧਰਤੀ ਕਿਉਂ ਕਿਹਾ ਜਾਂਦਾ ਹੈ ਜੋ ਲਦਾਖ ਹੈ ਇਸ ਨੂੰ ਚੰਨ ਧਰਤੀ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਉੱਥੇ ਪਹੁੰਚਣਾ ਬਹੁਤ ਆਸਾਨ ਨਹੀਂ ਹੈ ਇਸ ਲਈ ਕਿਹਾ ਜਾਂਦਾ ਇਸ ਨੂੰ ਚੰਨ ਧਰਤੀ ਸਹਾਰਾ ਮਾਰੂਥਲ ਲੰਬੇ ਸਫਰ ਲਈ ਲੋਕ ਪਾਣੀ ਕਿਸ ਚੀਜ਼ ਦਾ ਪ੍ਰਯੋਗ ਕਰਦੇ ਹਨ? ਯਾਨੀ ਸਹਾਰਾ ਮਾਰੂਥਲ ਲੰਬੇ ਸਫਰ ਲਈ ਲੋਕ ਨੇੜੇ ਕਿਸ ਅ ਪ੍ਰਕਾਰ ਦਾ ਜਿਹੜਾ ਪਾਣੀ ਆ ਉਸ ਨੂੰ ਕਿਸ ਚੀਜ਼ ਦੀ ਜਿਹੜੀ ਯੂਜ਼ ਕਰਦੇ ਨੇ? ਇਹ ਕਰਦੇ ਨੇ ਕੁੰਨਾ ਨਾ ਦੀ ਛੋਟੀ ਮਸ਼ਕ ਨੂੰ। ਕੁੰਨਾ ਨਾ ਦੀ ਛੋਟੀ ਮਸ਼ਕ ਨੂੰ। ਲਦਾਖ ਨੂੰ ਜਾਣ ਲਈ ਕਿਹੜੇ ਮੁੱਖ ਦਰੇ ਹਨ? ਇਹ ਨੇ ਦੋ ਜਿਹਦਾ ਨਾਮ ਹੈ ਕਾਰਾਕੋਰਮ ਅਤੇ ਜੋਜਿਲਾ। ਕਾਰਾਕੋਰਮ ਅਤੇ ਜੋਜਿਲਾ। ਦੱਖਣੀ ਅਫਰੀਕਾ ਦੇ ਜੋਹਨਸਬਰਗ ਦੇ ਨੇੜੇ ਖਾਨਾ ਵਿੱਚੋਂ ਕੀ ਕੱਢਿਆ ਜਾਂਦਾ ਹੈ ਇੱਥੋਂ ਕੱਢਿਆ ਜਾਂਦਾ ਹੈ ਸੋਨਾ ਦੱਖਣੀ ਅਫਰੀਕਾ ਤੇ ਜੋਹਨਸਬਰਗ ਜਿਹੜੇ ਨੇੜੇ ਖਾਨਾ ਨੇ ਇਹਨਾਂ ਵਿੱਚੋਂ ਕੱਢਿਆ ਜਾਂਦਾ ਹੈ ਸੋਨਾ 골ਡ ਦੁਨੀਆ ਦਾ ਸਭ ਤੋਂ ਵੱਡਾ ਦਰਿਆ ਕਿਹੜਾ ਹੈ ਨੀਲ ਦਰਿਆ ਨੀਲ ਦਰਿਆ ਸਹਾਰਾ ਮਾਰੂਥਲ ਦੀ ਲੰਬਾਈ ਕਿੰਨੀ ਹੈ ਇਹਦੀ ਜੋ ਲੰਬਾਈ ਹੈ ਉਹ ਹੈ 5600 ਕਿਲੋਮੀਟਰ ਦੀ 5600 ਕਿਲੋਮੀਟਰ ਉਤਰੀ ਮਾਰਗ ਉਤਰੀ ਅਮਰੀਕਾ ਦੇ ਕਾਂ ਦੇ ਮੈਦਾਨਾਂ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਬੁਲੈਂਦਾ ਹੈ ਪ੍ਰੇਰੀਜ਼ ਪ੍ਰੇਰੀਜ਼ ਨੈਕਸਟ ਕੁਐਸ਼ਨ ਹੈ ਆਪਣੇ ਕੋਲ 10ਥ ਨੰਬਰ ਕੁਐਸ਼ਨ 10 ਨੰਬਰ ਕੁਐਸ਼ਨ ਗੰਗਾ ਬ੍ਰਹਮਪੁੱਤਰ ਦੇ ਦਰਿਆ ਜੋ ਸਾਂਝਾ ਡੈਲਟਾ ਬਣਾਉਂਦੇ ਨੇ ਉਸ ਨੂੰ ਕੀ ਬੋਲਿਆ ਜਾਂਦਾ ਹੈ ਉਸ ਨੂੰ ਬੋਲਿਆ ਜਾਂਦਾ ਹੈ ਸੁੰਦਰਬਨ ਡੈਲਟਾ ਨੈਕਸਟ ਚੈਪਟਰ ਆਉਂਦਾ ਆਪਣੇ ਕੋਲ 10ਥ ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਭਾਰਤ ਅਤੇ ਸੰਸਾਰ ਕਦੋਂ ਕਿੱਥੇ ਅਤੇ ਕਿਵੇਂ ਪਹਿਲਾ ਕੁਐਸ਼ਨ ਹੈ ਇਸ ਦਾ ਭਾਰਤੀ ਉਪਮਹਾਦੀਪ ਨੂੰ ਪੂਰਵ ਕਾਲ ਵਿੱਚ ਕੀ ਕਿਹਾ ਜਾਂਦਾ ਸੀ ਭਾਰਤੀ ਉਪਮਹਾਦੀਪ ਜੋ ਹੈ ਇਸ ਨੂੰ ਪੂਰਵ ਕਾਲ ਵਿੱਚ ਕੀ ਨਾਮ ਦਿੱਤਾ ਜਾਂਦਾ ਸੀ ਏਸੀ ਹਿੰਦੁਸਤਾਨ ਜਾਂ ਫਿਰ ਭਾਰਤਵਰਸ਼ ਹਿੰਦੁਸਤਾਨ ਜਾਂ ਫਿਰ ਭਾਰਤ ਵਰਸ਼ਾ ਉਹ ਭਾਰਤ ਉਪਮਹਾਦੀਪ ਵਿੱਚ ਕਿਹੜੇ-ਕਿਹੜੇ ਦੇਸ਼ ਸ਼ਾਮਿਲ ਹਨ ਜੋ ਭਾਰਤ ਉਪਮਹਾਦੀਪ ਹੈ ਇਸ ਦੇ ਵਿੱਚ ਕਿਹੜੇ-ਕਿਹੜੇ ਦੇਸ਼ ਆਉਂਦੇ ਹਨ ਪਾਕਿਸਤਾਨ ਅਫਗਾਨਿਸਤਾਨ ਨੇਪਾਲ ਭੂਟਾਨ ਬੰਗਲਾਦੇਸ਼ ਅਤੇ ਭਾਰਤ ਇਹ ਛੇ ਦੇਸ਼ ਆਉਂਦੇ ਨੇ ਭਾਰਤ ਉਪਮਹਾਦੀਪ ਦੇ ਵਿੱਚ ਇਤਿਹਾਸ ਦੇ ਪ੍ਰਾਚੀਨ ਯੁੱਗ ਤੇ ਆਧੁਨਿਕ ਯੁੱਗ ਦੇ ਵਿਚਕਾਰਲੇ ਸਮੇਂ ਨੂੰ ਕੀ ਕਹਿੰਦੇ ਨੇ ਇਸ ਨੂੰ ਬੁਲਾਇਆ ਜਾਂਦਾ ਹੈ ਮੱਧਕਾਲੀਨ ਯੁੱਗ ਮੱਧਕਾਲੀਨ ਯੁੱਗ ਭਾਰਤ ਵਿੱਚ ਕਿਸ ਸਦੀ ਨੂੰ ਪਰਿਵਰਤਨ ਦੀ ਸਦੀ ਮੰਨਿਆ ਗਿਆ ਹੈ ਇਹ ਹੈ 8ਵੀਂ ਸਦੀ 8ਵੀਂ ਸਦੀ ਜੋ ਹੈ ਇਸ ਨੂੰ ਪਰिवर्तन ਦੀ ਸਦੀ ਮੰਨਿਆ ਗਿਆ ਹੈ ਭਾਰਤ ਵਿੱਚ 8ਵੀਂ ਸਦੀ ਚੀਨੀਆਂ ਨੇ ਭਾਰਤ ਨੂੰ ਕਿਹਨਾ ਦਿੱਤਾ ਇਹਨਾਂ ਨੇ ਜੋ ਭਾਰਤ ਨੂੰ ਨਾਮ ਦਿੱਤਾ ਤਾਇਨ ਚੋ ਦਿੱਤਾ ਸੀ ਤਾਇਨ ਚੋ ਨੈਕਸਟ ਕੁਐਸਚਨ ਹੈ 97 ਕੁਐਸਚਨ ਪ੍ਰਾਚੀਨ ਸਮਾਰਕ ਮੰਦਰ ਸ਼ਿਲਾਲੇਖ ਸਿੱਕੇ ਬਰਤਨ ਗਹਿਣੇ ਆਦ ਕਿਹੜੇ ਸਰੋਤ ਹਨ ਇਹ ਸਰੋਤ ਹਨ ਪੁਰਾਤੱਤਵ ਸਰੋਤ ਪੁਰਾਤੱਤਵ ਸਰੋਤ ਬਾਈਬਲ ਵਿੱਚ ਭਾਰਤ ਨੂੰ ਕੀ ਨਾਮ ਦਿੱਤਾ ਗਿਆ ਭਾਰਤ ਨੂੰ ਨਾਮ ਦਿੱਤਾ ਗਿਆ ਹੋਡੂ ਹੋਡੂ ਵੈਦਿਕ ਕਾਲ ਵਿੱਚ ਭਰਤ ਨੂੰ ਕੀ ਨਾਮ ਦਿੱਤਾ ਗਿਆ ਆਰੀਆ ਵਰਤਾਂ ਆਰੀਆ ਵਰਤਾਂ ਨੈਕਸਟ ਚੈਪਟਰ ਹੁੰਦਾ ਆਪਣੇ ਕੋਲ 11 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਨਵੇਂ ਰਾਜ ਅਤੇ ਰਾਜੇ ਪਹਿਲਾ ਕੁਸ਼ਣ ਹੈ ਗੁਰਜਰ ਪ੍ਰਤੀਹਾਰ ਸ਼ਾਸਕ ਵਰਤਮਾਨ ਦੇ ਵਰਤਮਾਨ ਕਿਹੜੇ ਦੋ ਰਾਜਾਂ ਵਿੱਚ ਰਾਜ ਕਰਦੇ ਸਨ ਇਹੇ ਕਰਦੇ ਸਨ ਰਾਜਸਥਾਨ ਅਤੇ ਗੁਜਰਾਤ ਜੋ ਗੁਰਜਰ ਪ੍ਰਤੀਹਾਰਸੀ ਸ਼ਾਸਕ ਇਹਨਾਂ ਦੇ ਦੁਆਰਾ ਰਾਜ ਕੀਤਾ ਗਿਆ ਹੈ ਰਾਜਸਥਾਨ ਤੇ ਗੁਜਰਾਤ ਦੇ ਵਿੱਚ ਰਾਜਸਥਾਨ ਔਰ ਗੁਜਰਾਤ ਗੁਰਜਰ ਪ੍ਰਤੀਹਾਰ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਜੋ ਸ਼ਾਸਕ ਸੀ ਉਹਦਾ ਕੀ ਨਾਮ ਸੀ ਇਸ ਨਾਮ ਸੀ ਮਹਿਰਬੋਸ ਮਹਿਰਬੋਜ਼ਾ 755 ਈਸਵੀ ਦੇ ਵਿੱਚ ਕਿਸ ਨੇ ਬੰਗਾਲ ਅਤੇ ਬਿਹਾਰ ਵਿੱਚ ਪਾਲ ਵੰਸ਼ ਦੀ ਸਥਾਪਨਾ ਕੀਤੀ ਸੀ ਇਹ ਕੀਤੀ ਸੀ ਗੋਪਾਲ ਨੇ ਗੋਪਾਲ ਨੇ ਪਾਲ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਜੋ ਰਾਜਾ ਸੀ ਉਹ ਕਿਹੜਾ ਸੀ ਇਹ ਸੀ ਧਰਮਪਾਲ ਧਰਮਪਾਲ ਨੈਕਸਟ ਕੁਐਸਚਨ ਹੈ 6 ਨੰਬਰ ਕੁਐਸਚਨ 742 ਈਸਵੀ ਵਿੱਚ ਵਰਤਮਾਨ ਮਹਾਰਾਸ਼ਟਰ ਵਿੱਚ ਕਿਸ ਨੇ ਰਾਸ਼ਟ ਕੋਟ ਜੋ ਵੰਸ਼ ਦੀ ਉਸ ਦੀ ਸਥਾਪਨਾ ਕੀਤੀ ਸੀ ਇੱਕ ਇਤੀਸੀ ਦੰਤੀ ਦੁਰਗ ਨੇ ਦੰਤੀ ਦੁਰਗਾ ਪਾਲ ਵੰਸ਼ ਦੇ ਸ਼ਾਸਕਾਂ ਨੇ ਵਰਤਮਾਨ ਭਾਰਤ ਦੇ ਕਿਹੜੇ ਖੇਤਰਾਂ ਤੇ ਰਾਜ ਕੀਤਾ ਇਹ ਸੀ ਬੰਗਾਲ ਬਿਹਾਰ ਤੇ ਝਾਰਖੰਡ ਬੰਗਾਲ ਬਿਹਾਰ ਤੇ ਝਾਰਖੰਡ ਰਾਸ਼ਟ੍ਰਕੂਟ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਇਸੀ ਰਾਸ਼ਟ੍ਰਕੂਟ ਵੰਸ਼ ਦੀ ਸਥਾਪਨਾ ਕਿਸ ਨੇ ਕੀਤੀ ਦੰਤੀ ਦੁਰਗ ਨੇ ਦੰਤੀ ਦੁਰਗਾ 9 ਨੰਬਰ ਕੁਸ਼ਨ ਹੈ ਆਪਣੇ ਕੋਲ ਪ੍ਰithvi ਰਾਜ ਚੋਹਾਨ ਨੇ ਕਿਸ ਸ਼ਾਸਕ ਨੂੰ 1191 ਦੇ ਵਿੱਚ ਤਰਾਇਨ ਦੀ ਪਹਿਲੀ ਲੜਾਈ ਵਿੱਚ ਹਰਾਇਆ ਇਹ ਹੈ ਰਾਇ ਮੁਹੰਮਦ ਗੋਰੀ ਨੂੰ ਮੁਹੰਮਦ ਗੋਰੀ चौहान ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਕੌਣ ਸੀ ਐਸੀ ਪ੍ਰਥਵੀਰਾਜ ਚੋਹਨ ਪ੍ਰਥਵੀਰਾਜ ਚੋਹਨ ਨੈਕਸਟ ਪਾਠ ਹਾਂ ਦਾ ਆਪਣਾ ਕੋਲ 12 ਨੰਬਰ ਪਾਠ ਜਿਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਦੱਖਣੀ ਭਾਰਤ ਵਿੱਚ ਰਾਜਨੀਤਿਕ ਪ੍ਰਗਤੀਆਂ ਪੱਲਵ ਪਾਂਡਿਆ ਅਤੇ ਚੋਲ ਰਾਜੇ ਭਾਰਤ ਦੇ ਕਿਹੜੇ ਭਾਗ ਵਿੱਚ ਰਾਜ ਕਰਦੇ ਸਨ ਇਹ ਕਰਦੇ ਸਨ ਦੱਖਣੀ ਭਾਰਤ ਵਿੱਚ ਦੱਖਣੀ ਭਾਰਤ ਵਿੱਚ ਪੱਲਵ ਵੰਸ਼ ਦੇ ਦੋ ਪ੍ਰਮੁੱਖ ਸ਼ਾਸਕਾਂ ਦੇ ਨਾਮ ਦੱਸੋ ਇਹ ਦੋ ਜੋ ਸ਼ਾਸਕ ਸੀ ਕੌਣ ਸੀ ਮਹਿੰਦਰ ਵਰਮਨ ਪਹਿਲਾ ਅਤੇ ਨਰਸਿੰਘ ਵਰਮਨ ਪਹਿਲਾ ਮਹਿੰਦਰ ਵਰਮਨ ਪਹਿਲਾ ਔਰ ਨਰਸਿੰਘ ਵਰਮਨ ਪਹਿਲਾ ਪਾਂਡੇ ਸ਼ਾਸਕਾਂ ਦੀ ਯਾਤਰਾ ਨੇ ਕਿਹੜੀ ਸੀ ਏ ਸੀ ਮਦੁਰਈ ਜਾਂ ਫਿਰ ਮਦੂਰਾ ਵੀ ਆਪਾਂ ਇਸ ਨੂੰ ਬੋਲ ਦਿੰਦੇ ਆ ਮਦੁਰਈ ਮਾਰਕੋ ਪੋਲੋ ਨੇ ਕਿਹੜੇ ਰਾਜ ਦੀ ਯਾਤਰਾ ਕੀਤੀ ਏ ਸੀ ਪਾਂਡੇ ਰਾਜਾ ਪਾਂਡੇ ਰਾਜੋ ਸੀ ਇਸ ਦੀ ਜੋ ਯਾਤਰਾ ਸੀ ਉਹ ਕੀਤੀ ਸੀ ਮਾਰਕੋ ਪੋਲੋ ਨੇ ਪਾਂਡੇ ਰਾਜ ਚੋਲ ਰਾਜ ਦਾ ਪਹਿਲਾ ਮਹਾਨ ਸ਼ਾਸਕ ਕੌਣ ਸੀ ਏ ਸੀ ਵਿਜਯਲਯ ਵਿਜਲਿਆ ਜੋ ਸੀ ਏਸੀ ਚੋਲ ਰਾਜ ਦਾ ਪਹਿਲਾ ਮਹਾਨ ਸ਼ਾਸਕ ਵਿਜਲਿਆ ਕਿਹੜੇ ਚੋਲ ਸ਼ਾਸਕ ਨੂੰ ਗੰਗਈ ਕੋਡਾ ਚੋਲਾਪੁਰਮ ਦੀ ਉਪਾਧੀ ਦਿੱਤੀ ਗਈ ਏਸੀ ਰਜੇਂਦਰ ਚੋਲ ਰਜੇਂਦਰ ਚੋਲ ਕਿਸ ਵਿਦਵਾਨ ਨੇ ਰਮਾਇਣ ਦਾ ਤਾਮਿਲ ਪਾਸ਼ਾ ਵਿੱਚ ਅਨਵਾਦ ਕੀਤਾ ਏਸੀ ਕੰਬਨ ਵਿਦਵਾਨ ਨੇ ਕੰਬਨ ਵਿਦਵਾਨ 7 ਨੰਬਰ ਚੈਪਟਰ ਆਪਣਾ ਆਂਦਾ ਹੈ ਉਹ ਆਂਦਾ ਹੈ ਜੋ ਕਲਾਸ 7 ਦਾ ਹੈ ਉਹ ਹੈ 13ਵਾਂ ਚੈਪਟਰ ਦਿੱਲੀ ਸਲਤਨਤ ਦਿੱਲੀ ਸਲਤਨਤ ਪਹਿਲਾ ਕੁਐਸਚਨ ਹੈ ਪਾਰਤਿ ਇਤਿਹਾਸ ਵਿੱਚ ਕਿਸ ਕਾਲ ਨੂੰ ਦਿੱਲੀ ਸਲਤਨਤ ਦਾ ਕਾਲ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ 1206 ਈਸਵੀ ਤੋਂ ਲੈ ਕੇ 1526 ਈਸਵੀ ਤੱਕ ਇਸ ਨੂੰ ਕਿਹਾ ਜਾਂਦਾ ਦਿੱਲੀ ਸਲਤਨਤ ਦਾ ਕਾਲ ਪੀਰੀਅਡ 10 ਵੰਸ਼ ਦਾ ਸੰਸਥਾਪਕ ਕੌਣ ਸੀ ਜੋ 10 ਵੰਸੀ ਯਾਨੀ ਸਲੇਵਡ ਨੈਸ ਸੀ ਜਿਹੜਾ ਫਾਊਂਡਰ ਸੀ ਕੌਣ ਸੀ ਉਹ ਸੀ ਕੁਤਬਦੀਨ ਐਬਕ ਕੁਤਬਦੀਨ ਐਬਕ ਕੁਤਬ ਮੀਨਾਰ ਦੀ ਉਸਾਰੀ ਕਿਸ ਨੇ ਸ਼ੁਰੂ ਕਰਵਾਈ ਸੀ ਕੁਤਬ ਮੀਨਾਰ ਦੀ ਜੋ ਉਸਾਰੀ ਸੀ ਇਹ ਸ਼ੁਰੂ ਕਰਵਾਈ ਸੀ ਕੁਤਬਦੀਨ ਐਬਕ ਨੇ ਕੁਤਬউদ্দিন ਐਬਕ ਨੇ ਕੁਤਬউদ্দিন ਐਬਕ ਦਾ ਦਾਸ ਕੌਣ ਸੀ ਇਲਤੁਤਮਿਸ਼ਾ ਇਲਤੁਤਮਿਸ਼ਾ ਇਲਤੁਤਮਿਸ਼ ਦੀ ਪੁੱਤਰੀ ਦਾ ਨਾਮ ਕੀ ਸੀ ਰਜੀਆ ਸੁਲਤਾਨ ਰਜੀਆ ਸੁਲਤਾਨ ਖਿਲਜੀ ਵੰਸ਼ ਦਾ ਸੰਸਥਾਪਕ ਕੌਣ ਸੀ ਜਲਾਲউদ্দিন ਖਿਲਜੀ ਜਲਾਲউদ্দিন ਖਿਲਜੀ ਗਿਆਸੂਦੀਨ ਬਲਬਨ ਨੇ ਮੰਗੋਲਾ ਵਿਰੁੱਧ ਕਿਹੜੀ ਨੀਤੀ ਅਪਣਾਈ ਇਹ ਸੀ ਲਹੂ ਅਤੇ ਲੋਹ ਦੀ ਲਹੂ ਅਤੇ ਲੋਹੇ ਦੀ ਇਹ ਨੀਤੀ ਅਪਣਾਈ ਗਈ ਸੀ ਗਿਆਸੂਦੀਨ ਬਲਬਨ ਦੇ ਦੁਆਰਾ ਮੰਗੋਲਾ ਦੇ ਵਿਰੁੱਧ ਲੋਹੇ ਲੋਹੇ ਅਤੇ ਲਹੂ ਦੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਨੈਕਸਟ ਚੈਪਟਰ ਹੁੰਦਾ ਆਪਣੇ ਕੋਲ 14th ਨੰਬਰ ਚੈਪਟਰ 14 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮੋਗਲ ਸਮਰਾਜ ਦੇ ਬਾਰੇ ਪਹਿਲਾ ਕੁਸ਼ਨ ਹੈ ਮੋਗਲ ਸਮਰਾਜ ਤੋਂ ਮੋਗਲ ਸਮਰਾਜ ਦਾ ਪਹਿਲਾ ਸ਼ਾਸਕ ਕੌਣ ਸੀ ਏ ਸੀ ਬਾਬਰ ਬਾਬਰ ਜੋ ਸੀ ਏ ਸੀ ਪਹਿਲਾ ਸ਼ਾਸਕ ਮੋਗਲ ਸਮਰਾਜ ਦਾ ਬਾਬਰ ਬਾਬਰ ਦੇ ਦਾ ਪੁੱਤਰ ਕੌਣ ਸੀ ਬਾਬਰ ਦੇ ਪੁੱਤ ਦਾ ਨਾਮ ਸੀ ਹੁਮਾਯੂ ਹੁਮਾਯੂ ਬਾਬਰ ਨੇ 1527 ਵਿੱਚ ਕਾਨਵਾਦੀ ਲੜਾਈ ਵਿੱਚ ਕਿਸ ਨੂੰ ਹਰਾਇਆ ਇਸ ਦੇ ਵਿੱਚ ਹਰਾਇਆ ਸੀ ਇਸ ਦੇ ਦੁਆਰਾ ਰਾਨਾ ਸੰਗਾਨ ਰਾਨਾ ਸੰਗਾ ਜੋਸੀ ਇਹਨਾਂ ਨੂੰ ਹਰਾਇਆ ਗਿਆ ਸੀ ਬਾਬਰ ਦੇ ਦੁਆਰਾ 1527 ਦੀ ਕਾਨਵਾ ਦੀ ਲੜਾਈ ਦੇ ਵਿੱਚ 1527 ਦੇ ਵਿੱਚ ਰਾਨਾ ਸੰਗਾਨ ਨੂੰ ਨੈਕਸਟ ਕੁਐਸਚਨ ਹੈ ਆਪਣੇ ਕੋਲ 5ਥ ਨੰਬਰ ਕੁਐਸਚਨ ਸ਼ਾਹਜਹਾਂ ਨੇ ਕਦੋਂ ਤੇ ਕਦੋਂ ਤੋਂ ਕਦੋਂ ਤੱਕ ਰਾਜ ਕੀਤਾ ਸ਼ਾਹਜਹਾਂ ਨੇ 1628 ਤੋਂ ਲੈ ਕੇ 1657 ਤੱਕ ਰਾਜ ਕੀਤਾ ਸ਼ਾਹਜਹਾਂ ਨੇ 1628 ਤੋਂ ਲੈ ਕੇ 1657 ਤੱਕ ਮੋਗਲ ਕਾਲ ਵਿੱਚ ਪ੍ਰਾਂਤ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਹੈ ਪ੍ਰਾਂਤ ਦੇ ਮੁਖੀ ਨੂੰ ਕਿਹਾ ਜਾਂਦਾ ਸੂਬੇਦਾਰ ਸੂਬੇਦਾਰ ਮੁਗਲ ਸਾਮਰਾਜ ਦਾ ਆਖਰੀ ਪ੍ਰਸਿੱਧ ਸ਼ਾਸਕ ਕੌਣ ਸੀ? ਏ ਸੀ ਔਰੰਗਜ਼ੇਬ। ਔਰੰਗਜ਼ੇਬ। ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੁਆਰਾ ਕਦੋਂ ਸ਼ਹੀਦ ਕੀਤਾ ਗਿਆ? ਇਹਨਾਂ ਦੇ ਦੁਆਰਾ ਸ਼ਹੀਦ ਕੀਤਾ ਗਿਆ ਸੀ 11 ਨਵੰਬਰ 1675ਵੀਂ ਨੂੰ। ਗੁਰੂ ਤੇਗ ਬਹਾਦਰ ਜੀ ਨੂੰ ਔਰੰਗਜ਼ੇਬ ਦੁਆਰਾ 11 ਨਵੰਬਰ 1675ਵੀਂ ਨੂੰ। ਸ਼ਿਵਾਜੀ ਦੀ ਮੌਤ ਕਦੋਂ ਹੋਈ? ਸ਼ਿਵਾਜੀ ਦੀ ਮੌਤ ਹੋਈ ਸੀ 1680 ਦੇ ਵਿੱਚ। ਨੈਕਸਟ ਚੈਪਟਰ ਆਉਂਦਾ ਆਪਣੇ ਕੋਲ 15 ਨੰਬਰ ਚੈਪਟਰ ਸਮਾਰਕ ਨਿਰਮਾਣ ਕਲਾ ਦੇ ਬਾਰੇ। ਸਮਾਰਕ ਨਿਰਮਾਣ ਕਲਾ ਦੇ ਬਾਰੇ ਪਹਿਲਾ ਕੁਸ਼ਨ ਹੈ ਭਾਰਤ ਵਿੱਚ ਸੂਰਜ ਮੰਦਿਰ ਕਿੱਥੇ ਹੈ ਭਾਰਤ ਦੇ ਵਿੱਚ ਜੋ ਸੂਰਜ ਮੰਦਿਰ ਹੈ ਜਿਹਨੂੰ ਸਨ ਐਂਪਲ ਬੋਲਦੇ ਆਪਾਂ ਇੰਗਲਿਸ਼ ਦੇ ਵਿੱਚ ਇਹ ਕੋਨਾਰਕ ਦੇ ਵਿੱਚ ਲੋਕੇਟਡ ਹੈ ਉੜੀਸ਼ਾ ਦੇ ਵਿੱਚ ਉੜੀਸ਼ਾ ਦੇ ਵਿੱਚ ਕੋਨਾਰਕ ਟੈਂਪਲ ਹੈ ਨੈਕਸਟ ਕੁਸ਼ਨ ਹੈ ਆਪਣੇ ਕੋਲ ਸੈਕੰਡ ਉੱਤਰੀ ਭਾਰਤ ਦੇ ਮੰਦਿਰ ਨਿਰਮਾਣ ਲਈ ਕਿਹੜੀ ਸ਼ੈਲੀ ਯੂਜ਼ ਕੀਤੀ ਜਾਂਦੀ ਹੈ ਇਹ ਹੈ ਨਾਗਰ ਸ਼ੈਲੀ ਨਾਗਰ ਸ਼ੈਲੀ ਭਾਰਤ ਦੀ ਸਭ ਤੋਂ ਵੱਡੀ ਮੂਰਤੀ ਕਿਹੜੀ ਹੈ ਅਤੇ ਕਿੱਥੇ ਸਥਿਤ ਹੈ ਭਾਰਤ ਦੀ ਸਭ ਤੋਂ ਜਿਹੜੀ ਵੱਡੀ ਮੂਰਤੀ ਹੈ ਇਹ ਗੁੰਮ ਤੇਸ਼ਵਰ ਦੀ ਮੂਰਤੀ ਹੈ ਔਰ ਇਹ ਕਰਨਾਟਕ ਦੇ ਵਿੱਚ ਹੈ ਗੋਮਤੇਸ਼ਵਰ ਕਰਨਾਟਕ ਵਿੱਚ ਦੱਖਣ ਭਾਰਤ ਦੇ ਮੰਦਿਰ ਨਿਰਮਾਣ ਲਈ ਕਿਹੜੀ ਸ਼ੈਲੀ ਆਡੀ ਯੂਜ਼ ਕੀਤੀ ਜਾਂਦੀ ਹੈ ਇਹ ਹੈ ਦravidi ਸ਼ੈਲੀ ਦravidi ਸ਼ੈਲੀ ਰਾਜੇ ਰਾਸ਼ੇਸ਼ਮਰ ਮੰਦਿਰ ਕਿੱਥੇ ਕਿਸ ਨੇ ਬਣਵਾਇਆ ਸੀ ਰਾਜ ਰਾਜੇਸ਼ਵਰ ਟੈਂਪਲ ਜੋ ਹੈ ਇਸ ਨੂੰ ਕਿਸ ਨੇ ਬਣਾਇਆ ਸੀ ਇਸ ਨੂੰ ਬਣਾਇਆ ਸੀ ਚੋਲ ਸ਼ਾਸਕ ਰਾਜਾ ਰਾਜਾ ਨੇ ਯਾਨੀ ਚੋਲ ਸ਼ਾਸਕ ਰਾਜ ਰਾਜਾ ਨੇ ਬਣਾਇਆ ਸੀ ਇਸ ਨੂੰ ਜੋ ਰਾਜ ਰਾਜੇਸ਼ਵਰ ਟੈਂਪਲ ਬਣਾਇਆ ਗਿਆ ਸੀ 22 ਦਿਨ ਦਾ ਛੋਪੜਾ ਕਿੱਥੇ ਸਿਤਤਾ ਹੈ ਇਹ ਬਣਿਆ ਹੋਇਆ ਹੈ ਅਜਮੇਰ ਦੇ ਵਿੱਚ ਅਜਮੇਰ ਚਾਰ ਮੀਨਾਰਾ ਜਿਹੜਾ ਇਹ ਕਿੱਥੇ ਹੈ ਇਹ ਹੈ ਹైదరాబాద్ ਦੇ ਵਿੱਚ ਹైదరాబాద్ ਪਵਨ ਨਿਰਮਾਤਾ ਦਾ ਸ਼ਹਿਜਾਦਾ ਕਿਸ ਮੁਗਲ ਬਾਦਸ਼ਾਹ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਸ਼ਾਹਜਹਾਂ ਨੂੰ ਸ਼ਾਹਜਹਾਂ ਲਾਲ ਕਿਲਾ ਸ਼ਾਹਜਹਾਂ ਦੌਰਾਨ ਕਦੋਂ ਬਣਾਇਆ ਗਿਆ ਇਹ ਬਣਾਇਆ ਗਿਆ 1639 ਈਸਵੀ ਦੇ ਵਿੱਚ 1639 ਈਸਵੀ ਦੇ ਵਿੱਚ ਅਲਾਉਦੀਨ ਖਿਲਜੀ ਦੁਆਰਾ ਕਿਹੜੀ ਪ੍ਰਸਿੱਧ ਇਮਾਰਤ ਬਣਵਾਈ ਗਈ ਇਹ ਇਮਾਰਤ ਦਾ ਨਾਮ ਸੀ ਅਲਾਹੀ ਦਰਵਾਜ਼ਾ ਅਲਾਹੀ ਦਰਵਾਜ਼ਾ ਨੈਕਸਟ ਚੈਪਟਰ ਆਉਂਦਾ ਹੈ ਆਪਣੇ ਕੋਲ 16 ਨੰਬਰ ਚੈਪਟਰ ਨਗਰ ਵਪਾਰੀ ਅਤੇ ਕਾਰੀਗਰ ਦੇ ਬਾਰੇ ਨਗਰ ਵਪਾਰੀ ਅਤੇ ਕਾਰੀਗਰ ਦੇ ਬਾਰੇ ਪਹਿਲਾ ਕੁਸ਼ਣ ਹੈ ਆਪਣੇ ਕੋਲ ਸਿੰਧੂ ਘਾਟੀ ਆ ਲੋਕਾਂ ਦੇ ਰਾਜਸਤਾਨੀ ਨਗਰ ਕਿਹੜੇ ਸਨ ਜੋ ਸਿੰਧੂ ਘਾਟੀ ਲੋਕ ਸੀ ਇਹਨਾਂ ਦੇ ਰਾਜਧਾਨੀ ਦੇ ਨਗਰ ਕਿਹੜੇ ਸੀ ਹੜੱਪਾ ਅਤੇ ਮੋਹਨਜੋਦੜੋ ਸੈਕਿੰਡ ਨੰਬਰ ਕੁਸ਼ਣ ਹੈ ਦਿੱਲੀ ਸਲਤਨਤ ਦੇ ਰਾਜਕਾਲ ਸਮੇਂ ਕਿਹੜੇ ਨਗਰਾਂ ਦਾ ਰਾਜਸਤਾਨੀ ਨਗਰਾਂ ਵੱਜੋਂ ਵਿਕਾਸ ਹੋਇਆ ਇਹ ਹੋਇਆ ਸੀ ਲਾਹੌਰ ਤੇ ਦਿੱਲੀ ਦਾ ਲਾਹੌਰ ਤੇ ਦਿੱਲੀ ਮੁਗਲ ਕਾਲ ਸਮੇਂ ਕਿਹੜੇ ਨਗਰ ਮੁਗਲਾਂ ਦੀ ਰਾਜਧਾਨੀ ਨਗਰ ਸਨ ਇਹ ਸੀ ਦਿੱਲੀ ਆਗਰਾ ਫਤਿਹਪੁਰ ਸਿਕਰੀ ਦਿੱਲੀ ਆਗਰਾ ਫਤਿਹਪੁਰ ਸਿਕਰੀ ਕੋਈ ਦੋ ਬੰਦਰਗਾ ਨਗਰਾਂ ਦੇ ਨਾਮ ਦੱਸੋ ਇਹ ਨੇ ਗੋਆ ਕੋਚਿੰਦੇ ਸੂਰਤ ਗੋਆ ਕੋਚਿੰਦੇ ਸੂਰਤ ਮੱਧਕਾਲ ਯੁੱਗ ਵਿੱਚ ਆ ਭਾਰਤ ਦੇ ਵਪਾਰੀਆਂ ਤੇ ਕਾਰੀਗਰਾਂ ਦੇ ਸੰਗ ਨੂੰ ਕੀ ਕਹਿੰਦੇ ਨੇ ਇਹਨਾਂ ਨੂੰ ਬੋਲਿਆ ਜਾਂਦਾ ਗਿੱਲੜ ਗਿੱਲੜ ਲਾਹੌਰ ਕਿੰਨੇ ਸਮੇਂ ਕਿੰਨੇ ਤੋਂ ਕਿੰਨੇ ਸਮੇਂ ਤੱਕ ਪੰਜਾਬ ਰਾਜ ਦੀ ਰਾਜਧਾਨੀ ਰਿਹਾ ਇਹ ਰਿਹਾ 1859 ਤੋਂ ਲੈ ਕੇ 1947 ਤੱਕ ਲਾਹੌਰ ਰਹਾ ਪੰਜਾਬ ਦੀ ਰਾਸਾਨੀ 1849 ਈਸਵੀ ਤੋਂ ਲੈ ਕੇ 1947 ਤੱਕ ਦਾ ਅਕਾਲ ਤਖਤ ਸਾਹਿਬ ਦੀ ਉਸਾਰੀ ਕਿਹੜੇ ਗੁਰੂ ਜੀ ਨੇ ਕਰਵਾਈ ਇਹ ਗੁਰੂ ਜੀ ਸੀ ਜਿਸ ਦਾ ਨਾਮ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੀ ਜੋ ਇਹਨਾਂ ਦੇ ਦੌਰਾਨ ਉਸਾਰੀ ਕਰਵਾਈ ਗਈ ਸੀ ਅਕਾਲ ਤਖਤ ਸਾਹਿਬ ਦੀ ਮੱਧਕਾਲੀਨ ਕਾਲ ਦੇ ਕੋਈ ਦੋ ਵਪਾਰਕ ਨਗਰਾਂ ਦੇ ਨਾਮ ਲਿਖੋ ਇਹ ਹੈ ਦਿੱਲੀ ਆਗਰਾ ਸੂਰਤਾ ਦਿੱਲੀ ਆਗਰਾ ਸੂਰਤਾ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰਾ ਵਿਚ ਕਿਹੜੇ ਦੋ ਸਰੋਵਰਾਂ ਦੀ ਖੁਦਾਈ ਕਰਵਾਈ ਏ ਸੀ ਦੋ ਸਰੋਵਰ ਅੰਮ੍ਰਿਤਸਰ ਤੇ ਸੰਤੋਖ ਸਰ ਅੰਮ੍ਰਿਤਸਰ ਔਰ ਸੰਤੋਖ ਸਰ ਸੂਰਤ ਉੱਤੇ 1512 ਈਸਵੀ ਵਿੱਚ ਕਿਸ ਨੇ ਕਬਜ਼ਾ ਕੀਤਾ ਪੁਰਤਗਾਲੀਆਂ ਨੇ ਪੁਰਤਗਾਲੀਆਂ ਨੇ ਕਬਜ਼ਾ ਕੀਤਾ ਸੀ 1512 ਦੇ ਵਿੱਚ ਸੂਰਤ ਉੱਤੇ ਪੁਰਤਗਾਲੀਆਂ ਨੇ ਨੈਕਸਟ ਆਂਦਾ ਹੈ ਪਾਠ ਨੰਬਰ 17 ਕਬੀਲੇ ਖਾਨਾ ਵਿਦੋਸ਼ ਅਤੇ ਸਿਰਪਾਈ ਚਾਰੇ ਬਾਰੇ ਪਹਿਲਾ ਕੁਛ ਨੇ ਆਪਣੇ ਕੋਲ ਮੱਧਕਾਲੀਨ ਕਾਲ ਦੌਰਾਨ ਸਮਾਜ ਕਿਹੜੀਆਂ ਜਾਤਾਂ ਵਿੱਚ ਵੰਡਿਆ ਹੋਇਆ ਸੀ ਏ ਸੀ ਬ੍ਰਾਹਮਣ ਕਸ਼ਤਰੀ ਵੈਸ਼ ਅਤੇ ਸ਼ੁੱਧਰ ਦੁਰਗਾਵਤੀ ਨੇ ਕਿਹੜੇ ਮੁਗਲ ਸ਼ਾਸਕਾ ਦੀ ਈਨ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਏ ਸੀ ਮੁਗਲ ਸ਼ਾਸਕ ਅਕਬਰ ਅਕਬਰ ਅਜੋਕੇ ਬਿਹਾਰ ਦੇ ਚਾਰਖੰਡ ਦੇ ਇਲਾਕੇ ਵਿੱਚ 12ਵੀਂ ਸਦੀ ਵਿੱਚ ਕਿਸ ਵੰਸ਼ ਦਾ ਉਥਾਨ ਹੋਇਆ ਏ ਸੀ ਚੇਰ ਚੇਰ ਜੋ ਵੰਸ਼ ਸੀ ਇਸ ਦਾ ਜੋ ਉਥਾਨ ਸੀ ਹੋਇਆ ਸੀ ਅਜੋਕੇ ਬਿਹਾਰ ਤੇ ਚਾਰਖੰਡ ਦੇ ਵਿੱਚ ਚੇਰ ਵੰਸ਼ ਨੈਕਸਟ ਕੁਐਸਚਨ ਹੈ ਆਪਣੇ ਕੋਲ 4ਥੰਬ ਕੁਐਸਚਨ ਸਤੀ ਪ੍ਰਥਾ ਤੋਂ ਕੀ ਭਾਵ ਹੈ ਜਦੋਂ ਪਤੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਜੋ ਪਤਨੀ ਹੁੰਦੀ ਹੈ ਇਸ ਨੂੰ ਜਿਉਂਦਿਆਂ ਹੀ ਸਾੜਿਆ ਜਾਂਦਾ ਹੈ ਚਿਤਾ ਦੇ ਵਿੱਚ ਇਸ ਨੂੰ ਬੋਲਿਆ ਜਾਂਦਾ ਹੈ ਸਤੀ ਪ੍ਰਥਾ ਸਤੀ ਪ੍ਰਥਾ ਆਹਮ ਵੰਸ਼ ਦਾ ਪਹਿਲਾ ਸ਼ਾਸਕ ਕੌਣ ਸੀ ਏ ਸੀ ਸੁਫਾਕਾ ਸੁਫਾਕਾ ਨੈਕਸਟ ਕੁਐਸਚਨ ਹੈ ਗੋੜ ਕਬੀਲੇ ਦਾ ਦੀ ਜ਼ਿਆਦਾ ਗਿਣਤੀ ਕਿਹੜੇ ਭਾਗ ਵਿੱਚ ਸੀ ਜੋ ਗੋੜ ਕਬੀਲੇ ਦੀ ਜ਼ਿਆਦਾ ਜੋ ਸੰਖਿਆ ਸੀ ਉਸੀ ਮੱਧ ਭਾਰਤ ਵਿੱਚ ਮੱਧ ਭਾਰਤ ਦੇ ਵਿੱਚ ਗੋਰਖਵਿਲੇ ਦੀ ਮਸ਼ਹੂਰ ਇਸਤਰੀ ਸ਼ਾਸਕ ਦਾ ਨਾਮ ਦੱਸੋ ਏ ਸੀ ਰਾਣੀ ਦੁਰਗਾਵਤੀ ਰਾਣੀ ਦੁਰਗਾਵਤੀ ਕਿਹੜੇ ਕਾਲ ਦੌਰਾਨ ਹਿੰਦੂ ਧਰਮ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ ਏ ਸੀ ਕਾਲ 800 ਈਸਵੀ ਤੋਂ ਲੈ ਕੇ 1200 ਈਸਵੀ ਤੱਕ 800 ਤੋਂ ਲੈ ਕੇ 1200 ਈਸਵੀ ਤੱਕ ਅਹੋਮ ਕਿਬਿਲੇ ਦੇ ਲੋਕ 13ਵੀਂ ਸਦੀ ਵਿੱਚ ਕਿਹੜੇ ਦੇਸ਼ ਤੋਂ ਅਸਾਮ ਆਏ ਇਸ ਆਏ ਸੀ ਚੀਨ ਤੋਂ ਚੀਨ ਤੋਂ ਅਸਾਮ ਆਏ ਸੀ ਨੈਕਸਟ ਕੁਐਸਚਨ ਹੈ 10ਥ ਨੰਬਰ ਕੁਐਸਚਨ ਭਗਤੀ ਲਹਿਰਾਂ ਦੇ ਸੰਤਾਨ ਨੇ ਕਿਸ ਬੁਰਾਈ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਬਹੁਤ ਸਾਰੇ ਕਦਮ ਚੁੱਕੇ ਇਹ ਸੀ ਜਾਤੀ ਪ੍ਰਥਾ ਨੂੰ ਜਾਤੀ ਪ੍ਰਥਾ ਨੂੰ ਖਤਮ ਕਰਨ ਦੇ ਲਈ ਨੈਕਸਟ ਆਉਂਦਾ ਆਪਣੇ ਕੋਲ 18 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਧਾਰਮਿਕ ਵਿਕਾਸ ਦੇ ਪਾਰੇ ਪਹਿਲਾ ਕੁਐਸਚਨ ਹੈ ਉੱਤਰੀ ਭਾਰਤ ਵਿੱਚ ਕਿਹੜੇ ਦੋ ಮತ ਬਹੁਤ ਲੋਕਪ੍ਰੇਤ ਸਨ ਇਹ ਸੀ ਸ਼ੈਵਮਤ ਅਤੇ ਵੈਸ਼ਨਮਤ ਸ਼ੈਵਮਤ ਅਤੇ ਵੈਸ਼ਨਮਤ ਅਦਵੈਤ ਤੁਕੀ ਭਾਵ ਹੈ ਅਦਵੈਤ ਤੁਕੀ ਭਾਵ ਹੈ ਪਰਮਾਤਮਾ ਅਤੇ ਆਤਮਾ ਵਿੱਚ ਕੋਈ ਅੰਤਰ ਨਹੀਂ ਯਾਨੀ ਪਰਮਾਤਮਾ ਅਤੇ ਆਤਮਾ ਦੇ ਵਿੱਚ ਕੋਈ ਅੰਤਰ ਨਹੀਂ ਉਸ ਦੇ ਲਈ ਆਪਾਂ ਇੱਕ ਵਰਡ ਯੂਜ਼ ਕਰਦੇ ਆ ਦੈਟ ਇਜ਼ ਅਦਵੈਤ ਅਦਵੈਤ ਇਸਲਾਮ ਧਰਮ ਦੇ ਮੋਢੀ ਕੌਣ ਸਨ ਅਤੇ ਇਹਨਾਂ ਦਾ ਜਨਮ ਕਦੋਂ ਹੋਇਆ ਇਸਲਾਮ ਧਰਮ ਦੇ ਜੋ ਮੋਢੀ ਸਨ ਉਹ ਕੌਣ ਸੀ ਇਹ ਸੀ ਹਜ਼ਰਤ ਮੁਹੰਮਦ ਹਜ਼ਰਤ ਮੁਹੰਮਦ ਇਹਨਾਂ ਦਾ ਜਨਮ 1500 570 ਵਿੱਚ ਮੱਕੇ ਵਿੱਚ ਹੋਇਆ ਸੀ ਮੱਕੇ ਵਿੱਚ ਹੋਇਆ ਸੀ ਅਕਬਰ ਬਾਦਸ਼ਾਹ ਨੂੰ ਨੇ ਫਾਤੇਪੁਰ ਸਿਕਰੀ ਵਿੱਚ ਕੀ ਬਣਵਾਇਆ ਇਹਨਾਂ ਦੇ ਦੁਆਰਾ ਬਣਵਾਇਆ ਗਿਆ ਸੀ ਇਬਾਦਖਾਨਾ ਇਬਾਦਤਖਾਨਾ ਨੈਕਸਟ ਕੁਐਸਚਨ ਹੈ 5 ਨੰਬਰ ਕੁਐਸਚਨ ਅਕਬਰ ਨੇ ਸਾਰੇ ਧਰਮਾਂ ਦੇ ਮੂਰਲੇ ਸਿਧਾਂਤਾਂ ਨੂੰ ਇਕੱਠਾ ਕਰਕੇ ਕਿਸੇ ਧਰਮ ਦੀ ਨੀ ਰੱਖੀ ਇਹਨਾਂ ਦੇ ਦੁਆਰਾ ਇੱਕ ਧਰਮ ਬਣਾਇਆ ਗਿਆ ਸੀ ਨਵਾਂ ਧਰਮ ਜਿਸ ਨੂੰ ਨਾਮ ਦਿੱਤਾ ਸੀ ਦਿਨ-ਏ-ਇਲਾਹੀ ਧਨ-ਏ-ਇਲਾਹੀ ਸਿੱਖਾਂ ਦੇ ਪਹਿਲੇ ਪਹਿਲੇ ਗੁਰੂ ਕੌਣ ਸੀ ਇਹ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ Hindu ਧਰਮ ਦੀ ਰੱਖਿਆ ਲਈ ਕਿਸ ਗੁਰੂ ਨੇ ਦਿੱਲੀ ਵਿਖੇ ਕੁਰਬਾਨੀ ਦਿੱਤੀ ਇਹ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਪੰਜ ਪਿਆਰਿਆਂ ਦੀ ਚੋਣ ਕਿਸ ਗੁਰੂ ਨੇ ਆਰੰਭ ਕੀਤੀ ਇਹ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਤ ਰਵਿਦਾਸ ਜੀ ਦਾ ਜਨਮ ਕਿੱਥੇ ਹੋਇਆ ਇਹਨਾਂ ਦਾ ਜਨਮ ਹੋਇਆ ਸੀ ਬਨਾਰਸ ਦੇ ਵਿੱਚ ਬਨਾਰਸ ਸੂਫੀ ਸੰਤਾਂ ਵਿੱਚੋਂ ਵਿੱਚ ਸਭ ਤੋਂ ਪ੍ਰਸਿੱਧ ਸੰਤਾਂ ਦਾ ਨਾਮ ਦੱਸੋ ਸਭ ਤੋਂ ਪ੍ਰਸਿੱਧ ਜੋ ਸੰਤ ਸੀ ਉਹਨਾਂ ਦਾ ਨਾਂ ਸੀ ਹਜ਼ਰਤ ਖਵਾਜ਼ਾ ਚਿਸਤੀ ਇਹਨਾਂ ਦਾ ਨਾਮ ਸੀ ਇਹ ਸੀ ਸਭ ਤੋਂ ਜਿਆਦਾ ਫੇਮਸ ਜੋ ਸੰਤ ਬਣੇ ਸੀ ਸੂਫੀ ਸੰਤ ਹਜਤ ਖਵਾਜਾ ਨੈਕਸਟ ਚੈਪਟਰ ਆਉਂਦਾ ਆਪਣੇ ਕੋਲ 19 ਨੰਬਰ ਚੈਪਟਰ ਖੇਤਰੀ ਸੱਭਿਆਚਾਰ ਦੇ ਵਿਕਾਸ ਦੇ ਬਾਰੇ ਪਹਿਲਾ ਕੁਸ਼ਣ ਹੈ ਆਪਣੇ ਕੋਲ ਭਾਰਤ ਵਿੱਚ ਤੁਰਕਾਂ ਦੁਆਰਾ ਕਿਹੜੀ ਭਾਸ਼ਾ ਸ਼ੁਰੂ ਕੀਤੀ ਗਈ ਜੋ ਤੁਰਕੀ ਤੋਂ ਆਈ ਸੀ ਉਹਨਾਂ ਦੇ ਦੁਆਰਾ ਭਾਰਤ ਵਿੱਚ ਇੱਕ ਲੈਂਗੁਏਜ ਜੋ ਸੀ ਉਹ ਬਣਾਈ ਗਈ ਸੀ ਇਹ ਕਿਹੜੀ ਸੀ ਇਹ ਸੀ ਫਾਰਸੀ ਭਾਸ਼ਾ ਫਾਰਸੀ ਭਾਸ਼ਾ ਕਿਸ ਕਾਲ ਨੂੰ ਫਾਰਸੀ ਭਾਸ਼ਾ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਇਹ ਹੈ ਕਾਲ ਹੈ ਮੁਗਲ ਕਾਲ ਨੂੰ ਮੁਗਲ ਕਾਲ ਨੂੰ ਕਿਹਾ ਜਾਂਦਾ ਹੈ ਫਾਰਸੀ ਭਾਸ਼ਾ ਦਾ ਸੁਨਹਿਰੀ ਯੁੱਗ ਮੁਗਲਤਾਲ ਨੂੰ ਕਿਸ ਬਾਦਸ਼ਾਹ ਨੇ ਰਮਾਇਣ ਤੇ ਮਹਾਭਾਰਤ ਦਾ ਸੰਸਕ੍ਰਿਤ ਭਾਸ਼ਾ ਤੋਂ ਫਾਰਸੀ ਭਾਸ਼ਾ ਵਿੱਚ ਅਨੁਵਾਦ ਕਰਵਾਇਆ ਏ ਸੀ ਅਕਬਰ ਬਾਦਸ਼ਾਹ ਅਕਬਰ ਬਾਦਸ਼ਾਹ ਬਾਬਰ ਦੀ ਪ੍ਰਸਿੱਧ ਆਤਮ ਕਥਾ ਦਾ ਨਾਮ ਦੱਸੋ ਬਾਬਰ ਬਾਬਰਨਾਮਾ ਜਾਂ ਫਿਰ ਤਜੁਕ ਬਾਬਰੀ ਤਜੁਕ ਬਾਬਰੀ ਜਾਂ ਫਿਰ ਬਾਬਰਨਾਮਾ ਇਹ ਹੈ ਆਤਮ ਕਥਾ ਬਾਬਰ ਦੀ ਨੈਕਸਟ ਕੁਐਸਚਨ ਹੈ 6 ਨੰਬਰ ਕੁਐਸਚਨ ਮੁਗਲ ਕਾਲ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰਾਗ ਗਰਮੀਆਂ ਦੇ ਅਨੁਸਾਰ ਕਿਸ ਦੀ ਰਚਨਾ ਕੀਤੀ ਇਹਨਾਂ ਦੇ ਦੁਆਰਾ ਰਚਨਾ ਕੀਤੀ ਗਈ ਸੀ ਆਦਿ ਗ੍ਰੰਥ ਸਾਹਿਬ ਦੀ ਆਦਿ ਗ੍ਰੰਥ ਸਾਹਿਬ ਦੀ ਨੈਕਸਟ ਕੁਐਸਚਨ ਹੈ ਆਪਣੇ ਕੋਲ 7th ਨੰਬਰ ਕੁਐਸਚਨ ਇਸ ਦੇ ਵਿੱਚ ਪੁੱਛਿਆ ਗਿਆ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਰਚੀਆਂ ਗਈਆਂ ਮਹੱਤਵਪੂਰਨ ਬਾਣੀਆਂ ਦੇ ਨਾਮ ਦੱਸੋ ਇਹਨਾਂ ਦੀਆਂ ਰਚਨਾਵਾਂ ਦੇ ਨਾਮ ਨੇ ਜੋ ਪੁਜੀ ਸਾਹਿਬ ਅਸਾਂ ਦੀ ਵਾਰ ਸਿੱਧ ਗੋਸ਼ਟ ਬਾਬਰ ਬਾਣੀ ਇਹ ਲਿਖਿਆ ਗਿਆ ਹੈ ਰਚਨਾ ਮਾਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਚੰਡੀ ਦੀ ਵਾਰ ਕਿਸ ਸਿੱਖ ਗੁਰੂ ਦੀ ਰਚਨਾ ਹੈ ਚੰਡੀ ਦੀ ਵਾਰ ਜੋ ਰਚਨਾ ਹੈ ਇਹ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਾਰ ਹੈ ਜੋ ਰਚਨਾ ਹੈ ਉਸ ਦਾ ਨਾਮ ਹੈ ਚੰਡੀ ਦੀ ਵਾਰ ਹੀਰ ਨਾਂ ਦੇ ਪ੍ਰਸਿੱਧ ਪੰਜਾਬੀ ਕਿਸੇ ਦੀ ਰਚਨਾ ਕਿਸ ਨੇ ਕੀਤੀ ਇਹ ਰਚਨਾ ਕੀਤੀ ਸੀ ਵਾਰਿਸ ਸ਼ਾਹ ਨੇ ਵਾਰਿਸ ਸ਼ਾਹ ਨੇ ਨੈਕਸਟ ਕੁਐਸਚਨ ਹੈ 10th ਨੰਬਰ ਕੁਐਸਚਨ ਮੰਜੀ ਪ੍ਰਥਾ ਕਿਸ ਗੁਰੂ ਸਾਹਿਬ ਦੁਆਰਾ ਸ਼ੁਰੂ ਕੀਤੀ ਗਈ ਮੰਜੀ ਪ੍ਰਥਾ ਨੂੰ ਸਟਾਰਟ ਕੀਤਾ ਸੀ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਨੈਕਸਟ ਚੈਪਟਰ ਆਉਂਦਾ ਆਪਣੇ ਕੋਲ ਅ uh, 20th ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ 18ਵੀਂ ਸਦੀ ਅ ਸਦੀ ਵਿੱਚ ਭਾਰਤ 18th ਸੈਂਚਰੀ ਵਿੱਚ ਇੰਡੀਆ ਪਹਿਲਾ ਕੁਐਸਚਨ ਹੈ 18ਵੀਂ ਸਦੀ ਵਿੱਚ ਮੁਗਲਾਂ ਤੋਂ ਸੁਤੰਤਰ ਭਾਰਤ ਹੋਣ ਵਾਲਾ ਭਾਰਤ ਅ ਪਹਿਲਾ ਰਾਜ ਕਿਹੜਾ ਸੀ ਇਹ ਸੀ ਬੰਗਾਲ ਬੰਗਾਲ ਦੇ ਵਿੱਚ ਬੰਗਾਲ ਜੋ ਸੀ ਇਹ ਪਹਿਲਾ ਰਾਜ ਬਣਿਆ ਸੀ ਜੋ ਕਿ ਸੁਤੰਤਰ ਹੋਇਆ ਸੀ 18ਵੀਂ ਸਦੀ ਦੇ ਵਿੱਚ ਮੁਗਲਾਂ ਤੋਂ ਇਹ ਸੀ ਬੰਗਾਲ ਪਹਿਲਾ ਕੁਐਸਚਨ ਸੀ ਇਹ ਸੈਕੰਡ ਕੁਐਸਚਨ ਹੈ ਆਪਣੇ ਕੋਲ ਬਹਾਦਰ ਸ਼ਾ ਪਹਿਲੇ ਨੇ दिल्ली सल्तनत कि समा राज बहादुर शाह पहला जो इस द्वारा दिल्ली सल्तनत उपर छः साल राज गया जहांदार की मौत तो बाद दिल्ली सल्तनत किसने राजरुखशियार फरुख श्यार दिल्ली सल्तनत सतारा सौ उन्नी ईस्वी तो लैके सतारा सौ अड़ताली तक जो राजने किया राजम्मद शाह ने मुहम्मद शाह मुगल सम्राज का आखिरी जो शासक से वह कौन स ਮੁਗਲ ਰਾਜ ਦਾ ਜੋ ਆਖਰੀ ਸ਼ਾਸਕ ਸੀ ਉਸ ਦਾ ਨਾਮ ਸੀ ਬਹਾਦਰ ਸ਼ਾ ਜਫਰ ਬਹਾਦਰ ਸ਼ਾ ਜਫਰ ਅਲੀ ਵਰਦੀ ਖਾਨ ਤੋਂ ਬਾਅਦ 1756 ਵਿੱਚ ਬੰਗਾਲ ਦਾ ਸ਼ਾਸਕ ਕੌਣ ਬਣਿਆ ਇਹ ਬਣਿਆ ਸੀ ਸਿਰਾਜੁਦਦਲਾ ਸਿਰਾਜੁਦਦਲਾ ਨੈਕਸਟ ਕੁਐਸਚਨ ਹੈ 7 ਨੰਬਰ ਕੁਐਸਚਨ ਨਿਜ਼ਾਮੁਲ ਮੁਲਕ ਦਾ ਅਰੰਭਕ ਨਾਂ ਕੀ ਸੀ ਨਿਜ਼ਾਮੁਲ ਮੁਲਕ ਦਾ ਜੋ ਅਰੰਭਕ ਨਾਮ ਸੀ ਉਹ ਸੀ ਚੀਨ ਕਿਲਚ ਖਾਨ ਚੀਨ ਕਿਲਚ ਖਾਨ ਨੈਕਸਟ ਕੁਐਸਚਨ ਹੈ 8 ਨੰਬਰ ਕੁਐਸਚਨ ਹੈਦਰ ਅਲੀ ਦੇ ਪੁੱਤਰ ਦਾ ਨਾਮ ਕੀ ਸੀ हैदराली ਦੇ ਪੁੱਤਰ ਦਾ ਜੋ ਨਾਮ ਸੀ ਉਹ ਸੀ ਟੀਪੂ ਸੁਲਤਾਨ ਟੀਪੂ ਸੁਲਤਾਨ ਨੈਕਸਟ ਕੁਐਸਚਨ ਹੈ ਆਪਣੇ ਕੋਲ 9 ਨੰਬਰ ਕੁਐਸਚਨ ਅੰਗਰੇਜ਼ਾਂ ਨਾਲ ਮੈਸੂਰ ਦੇ ਚੌਥੇ ਯੁੱਧ ਵਿੱਚ ਟੀਪੂ ਸੁਲਤਾਨ ਦੀ ਮੌਤ ਕਦੋਂ ਹੋਈ ਇਸ ਦੀ ਮੌਤ ਹੋਈ ਸੀ 1799 ਈਸਵੀ ਦੇ ਵਿੱਚ 1799 ਈਸਵੀ ਦੇ ਵਿੱਚ ਮਰਾਠਿਆਂ ਦਾ ਪਹਿਲਾ ਪੇਸ਼ਵਾ ਕੌਣ ਬਣਿਆ ਮਰਾਠਿਆਂ ਦਾ ਪਹਿਲਾ ਜੋ ਪੇਸ਼ਵਾ ਬਣਿਆ ਸੀ ਉਹ ਸੀ ਬਾਲਾਜੀ ਵਿਸ਼ਵਨਾਥ ਬਾਲਾਜੀ ਵਿਸ਼ਵਨਾਥ ਨੈਕਸਟ ਚੈਪਟਰ ਆਉਂਦਾ ਆਪਣੇ ਕੋਲ ਲੋਕਤੰਤਰ ਅਤੇ ਸਮਾਨਤਾ 21 ਨੰਬਰ ਚੈਪਟਰ ਇਸ ਦੇ ਵਿੱਚ ਪਹਿਲਾ ਕੁਐਸਚਨ ਹੈ ਆਪਣੇ ਕੋਲ ਲੋਕਤੰਤਰ ਦਾ ਪਹਿਲਾ ਲੋਕਤੰਤਰ ਦਾ ਆਰੰਭ ਕਿਹੜੇ ਸ਼ਹਿਰ ਵਿੱਚ ਹੋਇਆ ਲੋਕਤੰਤਰ ਦਾ ਜੋ ਆਰੰਭ ਹੋਇਆ ਸੀ ਇਹ ਹੋਇਆ ਸੀ ਯੂਨਾਨ ਦੇ ਸ਼ਹਿਰ ਇਥਨਸ ਦੇ ਵਿੱਚ ਯੂਨਾਨ ਦੇ ਸ਼ਹਿਰ ਇਥਨਸ ਵਿੱਚ ਕਿਹੜੇ ਦੇਸ਼ ਵਿੱਚ ਅਜੇ ਵੀ ਸਿੱਧਾ ਲੋਕਤੰਤਰ ਹੈ ਅਜੇ ਵੀ ਜੋ ਸਿੱਧਾ ਲੋਕਤੰਤਰ ਹੈ ਉਹ ਹੈ ਸਵਿਟਜ਼ਰਲੈਂਡ ਦੇ ਵਿੱਚ ਸਵਿਟਜ਼ਰਲੈਂਡ ਭਾਰਤ ਇੱਕ ਡੈਸ਼ ਗਣਰਾਜ ਹੈ ਇਹ ਹੈ ਲੋਕਤੰਤਰੀ ਗਣਰਾਜ ਲੋਕਤੰਤਰੀ ਸਾਡੇ ਦੇਸ਼ ਦਾ ਅਸਲੀ ਮੁਖੀ ਕੌਣ ਹੁੰਦਾ ਹੈ ਇਹ ਹੁੰਦਾ ਹੈ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਸਾਡੇ ਦੇਸ਼ ਦਾ ਨਾ માત્ર ਮੁੱਖੀ ਕੌਣ ਹੁੰਦਾ ਹੈ ਰਾਸ਼ਟਰਪਤੀ ਜਿਹਨੂੰ ਆਪਾਂ ਪ੍ਰੈਜ਼ੀਡੈਂਟ ਬੋਲਦੇ ਆਂ ਇੰਗਲਿਸ਼ ਚ ਲੋਕਤੰਤਰੀ ਸਰਕਾਰ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਦੁਆਰਾ ਇਹ ਕਥ ਕਿਸ ਨੇ ਦਿੱਤਾ ਸੀ ਇਸ ਨੂੰ ਦਿੱਤਾ ਸੀ ਇਬਰਾਹਿਮ ਲਿੰਕਨ ਨੇ ਇਬਰਾਹਿਮ ਲਿੰਕਨ ਪ੍ਰਧਾਨਗੀ ਸਰਕਾਰ ਵਿੱਚ ਅਸਲ ਕਾਰਜਪਾਲਿਕਾ ਕੌਣ ਹੁੰਦਾ ਹੈ ਇਹ ਹੁੰਦਾ ਹੈ ਰਾਸ਼ਟਰਪਤੀ ਰਾਸ਼ਟਰਪਤੀ ਨੈਕਸਟ ਚੈਪਟਰ ਆਉਂਦਾ ਹੈ ਬਾਈ ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਲੋਕਤੰਤਰ ਸੰਗਾਤਮਕ ਪ੍ਰਤੀਨਿਧਤਾ ਦੇ ਬਾਰੇ ਪਹਿਲਾ ਕੁਸ਼ਨ ਹੈ ਲੋਕਤੰਤਰੀ ਰਾਜ ਵਿੱਚ ਸ਼ਾਸਨ ਸ਼ਕਤੀ ਕਿਸ ਕੋਲ ਹੁੰਦੀ ਹੈ ਲੋਕਤੰਤਰੀ ਰਾਜ ਵਿੱਚ ਜੋ ਸ਼ਾਸਨ ਸ਼ਕਤੀ ਹੁੰਦੀ ਹੈ ਇਹ ਹੁੰਦੀ ਹੈ ਲੋਕਾਂ ਦੇ ਪ੍ਰਤੀਨਿਧਤਾ ਕੋਲ ਲੋਕਾਂ ਦੇ ਪ੍ਰਤੀਨਿਧਤਾ ਕੋਲ ਹੁੰਦੀ ਹੈ ਜੋ ਲੋਕਤੰਤਰੀ ਰਾਜ ਵਿੱਚ ਸ਼ਾਸਨ ਸ਼ਕਤੀ ਹੁੰਦੀ ਹੈ ਸੈਕੰਡ ਨੰਬਰ ਕੁਐਸਚਨ ਹੈ ਆਪਣੇ ਕੋਲ ਜਿਸ ਲੋਕਤੰਤਰ ਵਿੱਚ ਲੋਕ ਆਪਣਾ ਸ਼ਾਸਨ ਆਪਣੇ ਦੁਆਰਾ ਚੁਣੇ ਗਏ ਪ੍ਰਤੀਨਿਧਾਂ ਰਾਹੀਂ ਚਲਾਉਂਦੇ ਹਨ ਉਹ ਕਿਹੜਾ ਲੋਕਤੰਤਰ ਹੁੰਦਾ ਹੈ ਉਹ ਹੁੰਦਾ ਹੈ ਅਸਿੱਧਾ ਜਾਂ ਫਿਰ ਪ੍ਰਤੀਨਿਧੀ ਲੋਕਤੰਤਰ ਅਸਿੱਧਾ ਜਾਂ ਫਿਰ ਪ੍ਰਤੀਨਿਧੀ ਲੋਕਤੰਤਰ ਨੈਕਸਟ ਕੁਐਸਚਨ ਹੈ ਆਪਣੇ ਕੋਲ 3 ਨੰਬਰ ਕੁਐਸਚਨ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ ਹੈ ਜੇ ਕਈ ਦਲਾਂ ਦੇ ਪ੍ਰਤੀਨਿਧੀਆਂ ਤੋਂ ਬਣਾਈ ਗਈ ਸਰਕਾਰ ਹੁੰਦੀ ਹੈ ਉਸ ਨੂੰ ਕਿਹੜੀ ਸਰਕਾਰ ਕਿਹਾ ਜਾਂਦਾ ਹੈ ਉਸ ਨੂੰ ਬੋਲਿਆ ਜਾਂਦਾ ਹੈ ਗਠਬੰਧਨ ਦੀ ਸਰਕਾਰ ਗਠਬੰਧਨ ਵਾਲੀ ਸਰਕਾਰ ਇੰਡੀਅਨ ਨੈਸ਼ਨਲ ਕਾਂਗਰਸੀ ਜੋ ਸਥਾਪਨਾ ਹੋਈ ਸੀ ਇੰਡੀਅਨ ਨੈਸ਼ਨਲ ਕਾਂਗਰਸੀ ਉਹ ਕਦੋਂ ਹੋਈ ਸੀ ਇਹ ਹੋਈ ਸੀ 1885 ਦੇ ਵਿੱਚ 1885 ਈਸਵੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜੋ ਸਥਾਪਨਾ ਹੋਈ ਸੀ ਇਹ ਕਦੋਂ ਹੋਈ ਸੀ ਇਹ ਹੋਈ ਸੀ 1920 ਦੇ ਵਿੱਚ 1920 ਈਸਵੀ ਦੇ ਵਿੱਚ ਭਾਰਤ ਵਿੱਚ ਚੋਣ ਪ੍ਰਕਿਰਿਆ ਲਈ ਬਣਾਈ ਗਈ ਸੰਸਥਾ ਦਾ ਨਾਂ ਦੱਸੋ ਇਸ ਚੋਣ ਪ੍ਰਕਿਰਿਆ ਦਾ ਜੋ ਸੰਸਥਾ ਦਾ ਨਾਮ ਹੈ ਉਹ ਹੈ ਚੋਣ ਕਮਿਸ਼ਨ ਚੋਣ ਕਮਿਸ਼ਨ ਨੈਕਸਟ ਚੈਪਟਰ ਆਦਾ ਆਪਣੇ ਕੋਲ 23 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਰਾਜ ਸਰਕਾਰ ਦੇ ਬਾਰੇ ਪਹਿਲਾ ਕੁਸ਼ਨ ਹੈ ਭਾਰਤ ਵਿੱਚ ਰਾਜੇ 28 ਨੇ ਔਰ ਕੇਂਦਰ ਸ਼ਾਸਤ ਪ੍ਰਦੇਸ਼ ਕਿਨੇ ਨੇ 8 ਇਹ ਯਾਦ ਰੱਖਣਾ ਹੈ ਇਹ ਹੈ ਪੁਰਾਣਾ ਡਾਟਾ 29 ਦੇ 7 ਵਾਲਾ ਇਹ ਹੈ ਨਿਊ 28 ਤੇ 8 ਨੈਕਸਟ ਕੁਸ਼ਨ ਹੈ ਸੈਕਿੰਡ ਨੰਬਰ ਕੁਸ਼ਨ ਸਰਕਾਰ ਦੇ ਤਿੰਨ ਅੰਗ ਕਿਹੜੇ-ਕਿਹੜੇ ਹਨ ਇਹ ਨੇ ਵਿਧਾਨਪਾਲਿਕਾ ਕਾਰਜਪਾਲਿਕਾ ਔਰ ਨਿਆਂਪਾਲਿਕਾ ਵਿਧਾਨਪਾਲਿਕਾ ਕਾਰਜਪਾਲਿਕਾ ਔਰ ਨਿਆਂਪਾਲਿਕਾ ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੈ ਇਹ ਹੈ 117 117 ਲੋਕ ਸਭਾ ਨੇ ਸੀਟਾਂ ਨੇ ਪੰਜਾਬ ਦੇ ਵਿੱਚ 13 ਔਰ ਰਾਜ ਸਭਾ ਦੇ ਵਿੱਚ ਸੀਟਾਂ ਨੇ 7 ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ ਆ 4ਥ ਨੰਬਰ ਕੁਐਸਚਨ ਮੰਤਰੀ ਪਰਿਸ਼ਦ ਵਿੱਚ ਕਿੰਨੇ ਤਰ੍ਹਾਂ ਦੇ ਮੰਤਰੀ ਹੁੰਦੇ ਹਨ ਮੰਤਰੀ ਪਰਿਸ਼ਦ ਵਿੱਚ ਜੋ ਮੰਤਰੀ ਦੀ ਜੋ ਪ੍ਰਕਾਰ ਹੁੰਦੇ ਨੇ ਉਹ ਹੁੰਦੇ ਨੇ ਤਿੰਨ ਪ੍ਰਕਾਰ ਦੇ ਕੈਬਨਟ ਮਿਨਿਸਟਰ ਰਾਜ ਮੰਤਰੀ ਔਰ ਉਪ ਮੰਤਰੀ ਕੈਬਨਟ ਮੰਤਰੀ ਰਾਜ ਮੰਤਰੀ ਔਰ ਉਪ ਮੰਤਰੀ ਵਿਧਾਨ ਪਰਿਸ਼ਦ ਦੇ ਮੈਂਬਰਾਂ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਇਨਾਂ ਦਾ ਕਾਰਜਕਾਲ ਹੁੰਦਾ 6 ਸਾਲ ਦਾ 6 ਸਾਲ ਦਾ ਰਾਜ ਦਾ ਸੰਵਿਧਾਨਿਕ ਮੁਖੀ ਕੌਣ ਹੁੰਦਾ ਹੈ ਇਹ ਹੁੰਦਾ ਰਾਜਪਾਲ ਰਾਜਪਾਲ ਜਾਨੀ ਗਵਰਨਰ ਰਾਜ ਦੇ ਮੁਖ ਦਫਤਰ ਨੂੰ ਕੀ ਕਹਿੰਦੇ ਹਨ ਰਾਜ ਦੇ ਮੁਖ ਦਫਤਰ ਨੂੰ ਕੀ ਆਹ ਹੁੰਦਾ ਸਕਤਰੇਤਾ ਸਕਤਰੇਤਾ ਨੈਕਸਟ ਕੁਐਸਚਨ ਹੈ 8 ਨੰਬਰ ਕੁਐਸਚਨ ਕਿੰਨੀ ਉਮਰ ਦੇ ਵਿਅਕਤੀ ਨੂੰ ਡਰਾਈਵਿੰਗ ਲਾਇਸੈਂਸ ਬਣਾਉਣ ਦੀ ਇਜਾਜ਼ਤ ਹੁੰਦੀ ਹੈ ਇਹ ਹੁੰਦੀ ਹੈ 18 ਸਾਲ ਦੇ ਵਿਅਕਤੀ ਨੂੰ ਨੈਕਸਟ ਕੁਐਸਚਨ ਹੈ ਆਪਣੇ ਕੋਲ 9th ਨੰਬਰ ਰਾਜਪਾਲ ਦਾ ਕਾਰਜਕਾਲ ਕਿੰਨਾ ਹੁੰਦਾ ਹੈ ਰਾਜਪਾਲ ਦਾ ਜੋ ਕਾਰਜਕਾਲ ਹੁੰਦਾ ਟਾਈਮ ਪੀਰੀਅਡ ਹੁੰਦਾ ਉਹ ਕਿੰਨਾ ਹੁੰਦਾ ਇਹਨਾਂ ਦਾ ਜੋ ਟਾਈਮ ਪੀਰੀਅਡ ਹੁੰਦਾ ਹੈ ਉਹ ਹੁੰਦਾ 5 ਸਾਲ ਦਾ 5 ইয়ারਸ ਦਾ ਰਾਜ ਵਿਧਾਨ ਸਭਾ ਦੇ ਮੈਂਬਰਾਂ ਨੂੰ ਕੀ ਕਿਹਾ ਜਾਂਦਾ ਹੈ ਇਹਨਾਂ ਨੂੰ ਬੁਲਾਇਆ ਜਾਂਦਾ ਹੈ ਐਮ ਐਲ ਏ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਐਮ ਐਲ ਏ ਨੈਕਸਟ ਚੈਪਟਰ ਹੁੰਦਾ ਆਪਣੇ ਕੋਲ 24 ਨੰਬਰ ਚੈਪਟਰ ਜਨਤਕ ਸੰਚਾਰ ਅਤੇ ਲੋਕਤੰਤਰ ਦੇ ਬਾਰੇ ਪਹਿਲਾ ਕੁਸ਼ਨ ਹੈ ਲੋਕਾਂ ਦੇ ਸਮੂਹ ਨੂੰ ਵਕ ਵਕ ਟੰਗ ਨਾਲ ਸੰਪਰਕ ਕਰਨ ਨੂੰ ਕੀ ਕਿਹਾ ਜਾਂਦਾ ਹੈ ਇਸ ਨੂੰ ਬੁਲਾਇਆ ਜਾਂਦਾ ਹੈ ਜਨਤਕ ਸੰਚਾਰ ਜਨਤਕ ਸੰਚਾਰ ਦੂਜਾ ਨੰਬਰ ਕੁਐਸਚਨ ਆਪਣੇ ਕੋਲ ਜਨਤਕ ਸੰਚਾਰ ਦਾ ਸਭ ਤੋਂ ਵੱਧ ਮਹੱਤਵਪੂਰਨ ਮਾਧਿਅਮ ਕਿਹੜਾ ਹੈ ਇਹ ਹੈ ਪ੍ਰੈਸ ਮੀਡੀਆ ਪ੍ਰੈਸ ਮੀਡੀਆ ਸੂਚਨਾ ਅਧਿਕਾਰ ਤੋਂ ਪਹਿਲੇ ਪਹਿਲਾਂ ਕਿੱਥੇ ਤੇ ਕਿਸ ਸਰਕਾਰ ਦੁਆਰਾ ਪਾਸ ਕੀਤਾ ਗਿਆ ਇਹ ਪਾਸ ਕੀਤਾ ਗਿਆ ਰਾਜਸਥਾਨ ਰਾਜਸਥਾਨ ਸਰਕਾਰ ਦੁਆਰਾ 2000 ਸਾਲ 2000 ਵਿੱਚ ਪਾਸ ਕੀਤਾ ਗਿਆ ਸੀ ਸੂਚਨਾ ਅਧਿਕਾਰ ਜੋ ਪਾਸ ਕੀਤਾ ਗਿਆ ਸੀ ਰਾਜਸਥਾਨ ਦੁਆਰਾ 2000 ਈਸਵੀ ਦੇ ਵਿੱਚ ਕੀਤਾ ਗਿਆ ਸੀ ਨੈਕਸਟ ਕੁਐਸਚਨ ਹੈ ਫੋਰਥ ਨੰਬਰ ਕੁਐਸਚਨ ਕਿਸੇ ਵੀ ਵਸਤੂ ਨੂੰ ਵੱਧ ਤੋਂ ਵੱਧ ਵੇਚਣ ਲਈ ਉਤਪਾਦਕ ਉਤਪਾਦਕ ਕਿਸੇ ਚੀਜ਼ ਦਾ ਸਹਾਰਾ ਲੈਂਦੇ ਹਨ ਇਹ ਲੈਂਦੇ ਨੇ ਵਿਗਿਆਪਨ ਦਾ ਸਹਾਰਾ ਵਿਗਿਆਪਨ ਜਨਤਕ ਸੰਚਾਰ ਦੀ ਸਾਰੀ ਕਾਰਵਾਈ ਕਿਸ ਪ੍ਰਤੀ ਹੋਣੀ ਚਾਹੀਦੀ ਹੈ ਇਹ ਹੋਣੀ ਚਾਹੀਦੀ ਹੈ ਲੋਕ ਭਲਾਈ ਹਿੱਤ ਯਾਨੀ ਜਨਤਕ ਸੰਚਾਰ ਦੀ ਸਾਰੀ ਕਾਰਵਾਈ ਕਿਸ ਪਰਤ ਤੇ ਹੋਣੀ ਚਾਹੀਦੀ ਹੈ ਇਹ ਹੋਣੀ ਚਾਹੀਦੀ ਹੈ ਲੋਕ ਭਲਾਈ ਹਿੱਤ ਦੇ ਲਈ ਇਸ ਲਈ ਰਾਈਟ ਹੈਂਡ ਸਾਈਡਸ ਕੁਸ਼ਨ ਦਾ ਲੋਕ ਭਲਾਈ ਹਿੱਤ ਨੈਕਸਟ ਕੁਸ਼ਨ ਹੈ 6 ਨੰਬਰ ਦਾ ਕੁਸ਼ਨ ਸਮਾਜਿਕ ਭਲਾਈ ਲਈ ਕਿਹੜੇ ਵਿਗਿਆਪਨ ਵਰਤੇ ਜਾਂਦੇ ਹਨ ਸਮਾਜਿਕ ਭਲਾਈ ਜਿਹੜਾ ਵਿਗਿਆਪਨ ਵਰਤੇ ਜਾਂਦਾ ਉਸ ਨੂੰ ਬੋਲਦੇ ਨੇ ਸਮਾਜਿਕ ਵਿਗਿਆਪਨ ਸਮਾਜਿਕ ਵਿਗਿਆਪਨ ਜਿਵੇਂ ਪਰ ਹੱਤਿਆ ਰੋਕਣ ਲਈ ਵਿਗਿਆਪਨ ਨੈਕਸਟ ਚੈਪਟਰ ਆਪਣਾ 25 ਨੰਬਰ ਚੈਪਟਰ ਲਿੰਗ ਅਸਮਾਨਤਾ ਦੇ ਬਾਰੇ ਪਹਿਲਾ ਕੁਐਸਚਨ ਹੈ ਆਪਣਾ ਲਿੰਗ ਅਸਮਾਨਤਾ ਤੋਂ ਸਮਾਜ ਵਿੱਚ ਪ੍ਰਚਲਿਤ ਸਮਾਜਿਕ ਬੁਰਾਈਆਂ ਦੇ ਨਾਮ ਦੱਸੋ ਜੋ ਪ੍ਰਚਲਿਤ ਸਮਾਜਿਕ ਬੁਰਾਈਆਂ ਦੇ ਨਾਂ ਨੇ ਉਹ ਕਿਹੜੇ-ਕਿਹੜੇ ਨੇ ਦਹੇਜ ਪ੍ਰਥਾ ਗਰੀਬੀ ਲਿੰਗ ਅਸਮਾਨਤਾ ਜਾਂ ਫਿਰ ਅਨਪੰਤਾ ਇਹ ਚਾਰ ਜੋ ਨੇ ਇਹ ਨੇ ਪਰਚਲਿਤ ਸਮਾਜਿਕ ਬੁਰਾਈਆਂ ਸਮਾਜ ਦੇ ਵਿੱਚ ਦਹੇਜ ਪ੍ਰਥਾ ਗਰੀਬੀ ਲਿੰਗ ਸਮਾਨਤਾ ਔਰ ਅਨਪੜਤਾ ਸਮਾਜ ਦੀ ਮੁੱਢਲੀ ਇਕਾਈ ਕੀ ਹੈ ਸਮਾਜ ਦੀ ਉਹ ਮੁੱਢਲੀ ਇਕਾਈ ਹੈ ਉਹ ਹੈ ਪਰਿਵਾਰ ਪਰਿਵਾਰ ਲਿੰਗ ਸਮਾਨਤਾ ਤੋਂ ਕੀ ਭਾਵ ਹੈ ਲਿੰਗ ਸਮਾਨਤਾ ਤੋਂ ਭਾਵ ਹੈ ਮੁੰਡੇ ਤੇ ਕੁੜੀ ਵਿੱਚ ਕਿਤੇ ਜਾਣ ਵਾਲੇ ਭੇਦ ਭਾਵ ਨੂੰ ਬੋਲਿਆ ਜਾਂਦਾ ਹੈ ਲਿੰਗ ਸਮਾਨਤਾ ਮੁੰਡੇ ਤੇ ਕੁੜੀ ਦੇ ਵਿੱਚ ਭੇਦ ਭਾਵ ਕਿਤੇ ਜਾਣ ਵਾਲੇ ਨੂੰ ਲਿੰਗ ਸਮਾਨਤਾ ਬੋਲਿਆ ਜਾਂਦਾ ਹੈ ਸਤੀ ਪ੍ਰਥਾ ਦਾ ਵਿਰੋਧ ਸਭ ਤੋਂ ਪਹਿਲਾਂ ਕਿਸ ਦੁਆਰਾ ਕੀਤਾ ਗਿਆ ਸੀ ਸਭ ਤੋਂ ਪਹਿਲਾ ਜੋ ਸਤੀ ਪ੍ਰਥਾ ਦਾ ਵਿਰੋਧ ਕੀਤਾ ਸੀ ਉਹ ਕੀਤਾ ਸੀ ਸਵਾਮੀ ਧਿਆਨੰਦ ਸਰਸਵਤੀ ਨੇ ਸਵਾਮੀ ਧਿਆਨੰਦ ਸਰਸਵਤੀ 2011 ਵਿੱਚ ਜਨਗਣਨਾ ਦੇ ਅਨੁਸਾਰ ਜੋ ਲੜਕੀਆਂ ਦੀ ਕੁੱਲ ਸੰਖਿਆ ਸੀ ਉਹ ਕਿੰਨੀ ਸੀ ਜਿਨ੍ਹਾਂ ਦੇ ਦੁਆਰਾ ਸਕੂਲ ਦੇ ਵਿੱਚ ਪੜਾਈ ਕੀਤੀ ਜਾਂਦੀ ਸੀ ਏਸੀ 43% 43% ਸਰਕਾਰ ਵੱਲੋਂ ਲੜਕੀਆਂ ਦੇ ਵਿਆਹ ਲਈ ਕਿੰਨੀ ਉਮਰ ਰੱਖੀ ਗਈ ਹੈ ਨਿਸ਼ਚਿਤ ਕੀਤੀ ਗਈ ਹੈ ਇਹ ਮਿਨੀਮਮ ਰੱਖੀ ਗਈ ਹੈ 18 ਸਾਲ ਦੀ 18 ਸਾਲ ਨੈਕਸਟ ਕੁਐਸ਼ਨ ਹੈ 7ਥ ਨੰਬਰ ਕੁਐਸ਼ਨ ਆਰੀਆ ਸਮਾਜ ਦੇ ਸੰਸਥਾਪਕ ਕੌਣ ਸਨ ਏ ਸੀ ਸਵਾਮੀ ਧਿਆਨੰਦ ਸਰਸਵਤੀ ਸਵਾਮੀ ਧਿਆਨੰਦ ਸਰਸਵਤੀ ਨੈਕਸਟ ਆਪਾਂ ਆਪਣੇ ਕੋਲ 26 ਨੰਬਰ ਚੈਪਟਰ ਮੰਡੀ ਬਾਜ਼ਾਰ ਦੀ ਭੂਮਿਕਾ ਮੰਡੀ ਬਾਜ਼ਾਰ ਦੀ ਭੂਮਿਕਾ ਦੇ ਬਾਰੇ ਪਹਿਲਾ ਕੁਐਸ਼ਨ ਹੈ ਵੱਡੇ ਪੱਧਰ ਤੇ ਚੀਜ਼ਾਂ ਖਰੀਦਣ ਅਤੇ ਵੇਚਣ ਦੇ ਧੰਦੇ ਨੂੰ ਕੀ ਕਹਿੰਦੇ ਹਨ ਇਸ ਨੂੰ ਬੋਲਿਆ ਜਾਂਦਾ ਵਪਾਰ ਵਪਾਰ ਥੋਕ ਦਾ ਕੰਮ ਕਰਨ ਵਾਲੇ ਦੁਕਾਨਦਾਰ ਨੂੰ ਕੀ ਕਿਹਾ ਜਾਂਦਾ ਹੈ ਥੋਕ ਵਿਕਰੇਤਾ ਥੋਕ ਵਿਕਰੇਤਾ ਵਿਕਰੇਤਾ ਕਿਸ ਨੂੰ ਕਹਿੰਦੇ ਹਨ ਜੋ ਚੀਜ਼ਾਂ ਵੇਚਣ ਵਾਲਾ ਹੁੰਦਾ ਹੈ ਉਸ ਨੂੰ ਬੋਲਦੇ ਨੇ ਵਿਕਰੇਤਾ ਵਿਕਰੇਤਾ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਇਹ ਹੁੰਦੇ ਨੇ ਦੋ ਤਰ੍ਹਾਂ ਦੇ ਇੱਕ ਹੁੰਦਾ ਹੈ ਪਰਚੂਨ ਵਿਕਰੇਤਾ ਇੱਕ ਹੁੰਦਾ ਹੈ ਥੋਕ ਵਿਕਰੇਤਾ ਯਾਨੀ ਜਿਸ ਨੂੰ ਆਪਾਂ ਜਿਹੜਾ ਸਾਮਾਨ ਖਰੀਦਿਆ ਉਸ ਨੂੰ ਬੋਲਦੇ ਨੇ ਪਰਚੂਨ ਵਿਕਰੇਤਾ ਔਰ ਜੋ ਪਰਚੂਨ ਵਿਕਰੇਤਾ ਸਾਮਾਨ ਖਰੀਦਦਾ ਇਹ ਥੋਕ ਵਿਕਰੇਤਾ ਤੋਂ ਪਰਚੇਸ ਕਰਦਾ ਹੈ ਥੈਟ ਇਜ਼ ਥੋਕ ਵਿਕਰੇਤਾ ਨੈਕਸਟ ਕੁਸ਼ਨ ਹੈ 5th ਨੰਬਰ ਕੁਸ਼ਨ ਇਸ ਦੇ ਵਿੱਚ ਪੁੱਛਿਆ ਗਿਆ ਹੈ ਜਿਹੜੇ ਵਿਕਰੇਤਾ ਆਪਣੀਆਂ ਚੀਜ਼ਾਂ ਜਗਾ ਜਗਾ ਕੁੰਮ ਕੇ ਫਿਰਕੇ ਵੇਚਣ ਉਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਬੋਲਿਆ ਜਾਂਦਾ ਹੈ ਅਸਥਿਰ ਪਰਚੂਨ ਵਿਕਰੇਤਾ ਅਸਥਿਰ ਪਰਚੂਨ ਵਿਕਰੇਤਾ ਨੈਕਸਟ ਕੁਐਸਚਨ ਇਜ਼ 6 ਨੰਬਰ ਕੁਐਸਚਨ ਜਿਹੜੇ ਵਿਕਰੇਤਾ ਕਰ ਨਾਲ ਸੰਬੰਧ ਹਰੇਕ ਚੀਜ਼ ਇੱਕ ਹੀ ਥਾਂ ਤੇ ਵੇਚਦੇ ਹਨ ਉਹਨਾਂ ਨੂੰ ਕੀ ਬੋਲਦੇ ਨੇ ਉਹਨਾਂ ਨੂੰ ਬੋਲਦੇ ਨੇ ਸੁਪਰ ਬਾਜ਼ਾਰ ਜਾਂ ਫਿਰ ਡਿਪਾਰਟਮੈਂਟਲ ਸਟੋਰ ਸੁਪਰ ਬਾਜ਼ਾਰ ਜਾਂ ਫਿਰ ਡਿਪਾਰਟਮੈਂਟਲ ਸਟੋਰ ਮੰਡੀ ਜਾਂ ਬਾਜ਼ਾਰ ਵਿੱਚ ਦਲਾਲ ਦਾ ਕੰਮ ਕੌਣ ਕਰਦਾ ਹੈ ਇਹ ਕਰਦਾ ਹੈ ਪਰਚੂਨ ਵਪਾਰੀ ਪਰਚੂਨ ਵਪਾਰੀ ਜਿਸ ਥਾਂ ਤੋਂ ਅਸੀਂ ਕਣਕ ਖਰੀਦਦੇ ਹਾਂ ਉਸ ਨੂੰ ਕਿਹੜੀ ਮੰਡੀ ਕਿਹਾ ਜਾਂਦਾ ਹੈ ਉਸ ਨੂੰ ਕਿਹਾ ਜਾਂਦਾ ਹੈ ਅਨਾਜ ਮੰਡੀ ਅਨਾਸਾ ਮੰਡੀ ਏਸੀ ਸਾਰਾ ਡਾਟਾ ਜੋ ਵੀ ਆਪਾਂ ਨੇ ਡਿਸਕਸ ਕਰਤਾ ਇਸ ਦੇ ਵਿੱਚ 26 ਚੈਪਟਰ ਡਿਸਕਸ ਕੀਤੇ ਸੱਤਵੀਂ ਜਮਾਤ ਤੱਕ ਦੇ ਇਸ ਤੋਂ ਬਾਅਦ ਨੈਕਸਟ ਆਉਂਦੀ ਹੈ ਅੱਠਵੀਂ ਜਮਾਤ ਦੀ ਗੱਲ ਅੱਠਵੀਂ ਜਮਾਤ ਦਾ ਜਿਹੜਾ ਪਹਿਲਾ ਚੈਪਟਰ ਹੈ ਉਹ ਆਂਦਾ ਹੈ ਸਭ ਤੋਂ ਪਹਿਲਾਂ ਸਾਧਨ ਹੁਣ ਆਪਾਂ ਸਾਰੇ ਦੇ ਸਾਰੇ ਜਿਹੜੇ ਚੈਪਟਰ ਨੇ ਉਹ ਡਿਸਕਸ ਕਰਾਂਗੇ ਅੱਠਵੀਂ ਕਲਾਸ ਦੇ ਪਹਿਲਾ ਚੈਪਟਰ ਹੈ ਸਾਧਨ ਸਾਧਨ ਚੈਪਟਰ ਦਾ ਪਹਿਲਾ ਕੁਐਸਚਨ ਹੈ ਕੁਦਰਤ ਜਾਂ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜੋ ਮਨੁੱਖ ਦੀਆਂ ਲੋੜਾਂ ਨੂੰ ਪੂਰੀਤੀ ਕਰਦੇ ਹਨ ਉਹਨਾਂ ਨੂੰ ਕੀ ਕਹਿੰਦੇ ਹਨ ਉਹਨਾਂ ਨੂੰ ਕਹਿੰਦੇ ਨੇ ਸਾਧਨ ਸਾਨੀ ਯਾਨੀ ਜੋ ਕੁਦਰਤ ਜਾਂ ਫਿਰ ਮਨੁੱਖ ਦੁਆਰਾ ਬਣਾਏ ਗਏ ਅਰਥਵਾਨ ਪਦਾਰਥ ਜੋ ਕਿ ਮਨੁੱਖ ਦੀਆਂ ਲੋੜਾਂ ਨੂੰ ਪੂਰਾ ਕਰਦੇ ਨੇ ਉਹਨਾਂ ਨੂੰ ਕੀ ਕਹਿੰਦੇ ਨੇ ਸਾਧਨ ਮਨੁੱਖ ਮਨੁੱਖੀ ਬੁੱਧੀ ਗਿਆਨ ਤੇ ਕੰਮ ਕਰਨ ਦੀ ਕੁਸ਼ਲਤਾ ਨੂੰ ਕੀ ਕਿਹਾ ਜਾਂਦਾ ਹੈ ਉਹਨੂੰ ਕਿਹਾ ਜਾਂਦਾ ਹੈ ਮਨੁੱਖੀ ਸਾਧਨ ਮਨੁੱਖੀ ਸਾਧਨ ਸਾਨੂੰ ਵੱਡੀ ਮਾਤਰਾ ਵਿੱਚ ਮੱਛੀਆਂ, ਮੋਤੀ, ਖੋਗੇ, ਸਿਪੀਆਂ ਅਤੇ ਹੀਰੇ ਜਵਾਹਰਾਤ ਆਦਿ ਕਿੱਥੋਂ ਪ੍ਰਾਪਤ ਹੁੰਦੇ ਹਨ ਇਹ ਆਪਾਂ ਨੂੰ ਪ੍ਰਾਪਤ ਹੁੰਦੇ ਨੇ ਸਮੁੰਦਰ ਵਿੱਚੋਂ ਸਮੁੰਦਰ ਵਿੱਚੋਂ ਕਿਹੜੇ ਦੇਸ਼ ਨੇ ਬਾਕੀ ਸਾਧਨਾਂ ਦੀ ਘਾਟ ਹੁੰਦਿਆਂ ਹੋਇਆਂ ਵੀ ਮਨੁੱਖੀ ਸਾਧਨ ਕਰਕੇ ਬਹੁਤ ਤਰੱਕੀ ਕੀਤੀ ਹੈ ਇਹ ਦੇਸ਼ ਕਿਹੜਾ ਹੈ ਇਹ ਹੈ ਜਾਪਾਨ ਜਾਪਾਨ ਕਿਹੜੇ ਸਾਧਨ ਮੌਜੂਦ ਤਾਂ ਹਨ ਪਰ ਹਾਲੇ ਤੱਕ ਉਹਨਾਂ ਦੀ ਕੋਈ ਵਰਤੋਂ ਨਹੀਂ ਹੋਈ ਕਿਹੜੇ ਸਾਧਨ ਖਾਉਂਦੇ ਹਨ ਉਹਨਾਂ ਨੂੰ ਕਹਿੰਦੇ ਨੇ ਸੰਭਾਵਿਤ ਸਾਧਨ ਸੰਭਾਵਿਤ ਸਾਧਨ ਪੈਟਰੋਲੀਅਮ ਕੋਲਾ ਅਬਰਕ ਮੈਗਨੀਜ਼ ਕਿਸ ਤਰ੍ਹਾਂ ਦੇ ਖਣਿਜ ਪਦਾਰਥ ਹਨ ਇਹ ਨੇ ਅਧਾਤੂ ਖਣਿਜ ਪਦਾਰਥ ਅਧਾਤੂ ਖਣਿਜ ਪਦਾਰਥ ਅਧਾਤੂ ਖਣਿਜ ਪਦਾਰਥ ਕਿਹੜੇ-ਕਿਹੜੇ ਹਨ ਲੋਹਾ ਤਾਂਬਾ ਚਾਂਦੀ ਸੋਨਾ ਐਲੂਮੀਨੀਅਮ ਇਹ ਸਾਰੇ ਕਿਹਨੇ ਤਾਂਤੂ ਖਣਿਜ ਪਦਾਰਥ ਔਰ ਦੋ ਪ੍ਰਕਾਰ ਦੇ ਹੁੰਦੇ ਨੇ ਤਾਂਤੂ ਤੇ ਅਧਾਤੂ ਧਰਤੀ ਦੀ ਸਭ ਤੋਂ ਉੱਪਰਲੀ ਪਰਤ ਜਿਹੜੀ ਮੂਲ ਚਟਾਨਾਂ ਦੇ ਟੁੱਟਣ ਭਜਨ ਜਲਵਾਯੂ ਜੀਵਾ ਅਤੇ ਰੁੱਖ ਬੁੱਟਿਆਂ ਆਦ ਦੇ ਗਲਣਾ ਸਾਡੇ ਨਾਲ ਬਣੀ ਕਰਨ ਬਣੀ ਹੈ ਉਸ ਨੂੰ ਕੀ ਕਹਿੰਦੇ ਨੇ ਉਸ ਨੂੰ ਬੋਲਦੇ ਨੇ ਮਿੱਟੀ ਮਿੱਟੀ ਨੈਕਸਟ ਕੁਐਸਚਨ ਹੈ 9ਥ ਨੰਬਰ ਕੁਐਸਚਨ ਜਿਹੜੇ ਸਾਧਨ ਜਿਨ੍ਹਾਂ ਦਾ ਭੰਡਾਰ ਨਿਸ਼ਚਿਤ ਹੈ ਅਤੇ ਇਹ ਇੱਕ ਵਾਰੀ ਖਤਮ ਹੋਣ ਤੋਂ ਬਾਅਦ ਪ੍ਰਾਪਤ ਦੁਬਾਰਾ ਪ੍ਰਾਪਤ ਨਹੀਂ ਹੋਣਗੇ ਉਹਨੂੰ ਕੀ ਬੋਲਦੇ ਨੇ ਉਹਨਾਂ ਨੂੰ ਬੋਲਦੇ ਨੇ ਮੁਕਨਯੋਗ ਸਾਧਨ ਮੁਕਨਯੋਗ ਸਾਧਨ ਮਨੁੱਖ ਆਪਣੀਆਂ ਆਰਥਿਕ ਜਾਂ ਹੋਰ ਗਤੀਵਿਧੀਆਂ ਕਿਸ ਸਾਧਨ ਦੇ ਉੱਪਰ ਅ ਕਰਦਾ ਹੈ ਇਹ ਕਰਦਾ ਹੈ ਭੂਮੀ ਉਪਰ ਭੂਮੀ ਉਪਰ ਨੈਕਸਟ ਆਪਣੇ ਕੋਲ ਚੈਪਟਰ ਹੈ ਕੁਦਰਤੀ ਸਾਧਨ ਸੈਕੰਡ ਨੰਬਰ ਚੈਪਟਰ ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਰਕਬਾ ਜੋ ਵਿਜਾਈ ਹੇਠ ਹੈ ਇਹ ਹੈ 46% 46% ਹੇਠ ਭਾਰਤ ਦਾ ਕਿੰਨੇ ਪ੍ਰਤੀਸ਼ਤ ਜੋ ਭਾਗ ਹੈ ਉਹ ਮੈਦਾਨੀ ਹੈ ਇਹ ਹੈ 43% 43% ਨੈਕਸਟ ਹੈ ਆਪਣੇ ਕੋਲ 3 ਨੰਬਰ ਕੁਐਸਚਨ ਫਸਲਾਂ ਦੇ ਪੌਦੇ اگਾਉਣ ਵਾਸਤੇ ਕਿਹੜਾ ਸਾਧਨ ਜ਼ਰੂਰੀ ਹੈ ਫਸਲਾਂ ਦੇ ਪੌਦੇ ਉਗਾਉਣ ਲਈ ਜਿਹੜਾ ਸਾਧਨ ਜੁੜੀ ਹੈ ਉਸ ਨੂੰ ਬੋਲਦੇ ਨੇ ਮਿੱਟੀ ਸਾਧਨਾ ਮਿੱਟੀ ਸਾਧਨਾ ਗੰਗਾ ਬ੍ਰਹਮਪੁੱਤਰ ਦੇ ਡੈਲਟੇ ਵਿੱਚ ਕਿਹੜਾ ਰੁੱਖ ਜ਼ਿਆਦਾ ਪਾਇਆ ਜਾਂਦਾ ਹੈ ਗੰਗਾ ਬ੍ਰਹਮਪੁੱਤਰ ਦੇ ਡੈਲਟੇ ਵਿੱਚ ਜਿਹੜਾ ਰੁੱਖ ਜ਼ਿਆਦਾ ਪਾਇਆ ਜਾਂਦਾ ਹੈ ਉਸ ਨੂੰ ਬੋਲਦੇ ਨੇ ਸੁੰਦਰੀ ਸੁੰਦਰੀ ਡੈਲਟਾ ਸੁੰਦਰੀ ਰੁੱਖ ਸੁੰਦਰੀ ਰੁੱਖ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਹੈ ਗੰਗਾ ਬ੍ਰਹਮਪੁੱਤਰਾਂ ਦੇ ਡੈਲਟੇ ਦੇ ਵਿੱਚ ਸੁੰਦਰੀ ਰੁੱਖ ਕਾਲੀ ਮਿੱਟੀ ਕਿਹੜੀ ਫਸਲ ਲਈ ਸਭ ਤੋਂ ਜ਼ਿਆਦਾ ਟੁਕਮੀ ਹੈ ਇਹ ਕਪਾਹ ਦੀ ਫਸਲ ਲਈ ਬਹੁਤ ਜ਼ਿਆਦਾ ਟੁਕਮੀ ਹੈ ਜਿਸ ਨੂੰ ਬੋਲਦੇ ਆਪਾਂ ਕਾਲੀ ਮਿੱਟੀ ਜੰਗਲੀ ਜੀਵਾਂ ਲਈ ਭਾਰਤੀ ਵੋੜੀ ਦੀ ਸਥਾਪਨਾ ਕਦੋਂ ਕੀਤੀ ਗਈ ਸੀ ਜੰਗਲੀ ਜੀਵਾਂ ਲਈ ਭਾਰਤੀ ਵੋੜੀ ਦੀ ਸਥਾਪਨਾ ਕੀਤੀ ਗਈ ਸੀ 1952 ਦੇ ਵਿੱਚ 1952 ਦੇ ਵਿੱਚ ਰੈਗੂਰ ਜਾ ਕਪਾ ਮਿੱਟੀ ਦੇਸ਼ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਹੈ ਇਹ ਹੈ 16.6% 16.6% ਭਾਰਤ ਦੇ ਕੁੱਲ ਖੇਤਰਫਲ ਦਾ ਕਿੰਨੇ ਪ੍ਰਤੀਸ਼ਤ ਭਾਗ ਜੰਗਲਾਂ ਹੇਠ ਹੈ ਇਹ ਹੈ ਲਗਭਗ 22.3% ਲਗਭਗ 22.3% ਨੈਕਸਟ ਕੁਐਸਚਨ ਹੈ ਆਪਣੇ ਕੋਲ ਅ ਨੈਕਸਟ ਚੈਪਟਰ ਹੈ ਆਪਣੇ ਕੋਲ ਖਣਿਜ ਅਤੇ ਖਣਿਜ ਅਤੇ ਸ਼ਕਤੀ ਸਾਧਨਾ ਇਹ ਹੈ ਪਾਠ ਨੰਬਰ 3 ਪਹਿਲਾ ਕੁਐਸਚਨ ਹੈ ਇਸ ਦੇ ਵਿੱਚ ਕਿਹੜਾ ਖਣਿਜ ਪਦਾਰਥ ਲੋਹਾ ਅਤੇ ਸਟੀਲ ਬਣਾਉਣ ਦੇ ਕੰਮ ਆਉਂਦਾ ਹੈ ਇਹ ਹੈ ਮੈਗਨੀਜ਼ ਮੈਗਨੀਜ਼ ਜੋ ਹੈ ਇਹ ਖਣਿਜ ਪਦਾਰਥ ਹੈ ਜੋ ਕਿ ਲੋਹਾ ਅਤੇ ਸਟੀਲ ਬਣਾਉਣ ਦੇ ਕੰਮ ਆਉਂਦਾ ਹੈ ਜਿਸ ਨੂੰ ਬੋਲਦੇ ਆ ਮੈਗਨੀਜ਼ ਕਿਹੜੀ ਕੱਚੀ ਤਾ ਤੋਂ ਐਲੂਮੀਨੀਅਮ ਬਣਾਇਆ ਜਾਂਦਾ ਹੈ ਉਹ ਹੈ ਬਾਕਸਾਈਟ ਬਾਕਸਾਈਟ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ ਇਹ ਹੈ ਦੱਖਣੀ ਅਫਰੀਕਾ ਦੱਖਣੀ ਅਫਰੀਕਾ ਕੋਲੇ ਦੀਆਂ ਚਾਰ ਕਿਸਮਾਂ ਵਿੱਚ ਕਿਹੜੀ ਕਿਸਮ ਸਭ ਤੋਂ ਵਧੀਆ ਤੇ ਕਿਹੜੀ ਕਿਸਮ ਸਭ ਤੋਂ ਮਾੜੀ ਮੰਨੀ ਜਾਂਦੀ ਹੈ ਸਭ ਤੋਂ ਵਧੀਆ ਹੈ ਐਂਥ੍ਰੇਸਾਈਟ ਸਭ ਤੋਂ ਮਾੜੀ ਹੈ ਪੀਟ ਸਭ ਤੋਂ ਵਧੀਆ ਹੈ ਐਂਥ੍ਰੇਸਾਈਟ ਸਭ ਤੋਂ ਜਿਹੜੀ ਘਟਿਆ ਹੈ ਉਸ ਨੂੰ ਬੋਲਦੇ ਨੇ ਪੀਟ ਤਰਲ ਸੋਨਾ ਕਿਹੜੇ ਖਣਿਜ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਪੈਟਰੋਲੀਅਮ ਜਾਂ ਫਿਰ ਖਣਿਜ ਤੇਲ ਨੂੰ ਨੈਕਸਟ ਕੁਐਸਚਨ ਹੈ ਆਪਣੇ ਕੋਲ 6 ਨੰਬਰ ਕੁਐਸਚਨ ਜਦੋਂ ਵੀ ਕੋਈ ਖਣਿਜ ਤੇਲ ਦਾ ਖੂਕੋਦਿਆ ਜਾਂਦਾ ਹੈ ਤਾਂ ਸਭ ਤੋਂ ਉੱਪਰ ਕਿਹੜੀ ਗੈਸ ਇਕੱਠੀ ਹੋਈ ਮਿਲਦੀ ਹੈ ਇਹ ਹੈ ਕੁਦਰਤੀ ਗੈਸ ਕੁਦਰਤੀ ਗੈਸ ਭਾਰ ਦੇ ਵਿੱਚ ਸਭ ਤੋਂ ਵੱਧ ਸੋਨਾ ਕਿਹੜੇ ਰਾਜ ਵਿੱਚ ਮਿਲਦਾ ਹੈ ਇਹ ਮਿਲਦਾ ਹੈ ਕਰਨਾਟਕ ਦੇ ਵਿੱਚ ਕਰਨਾਟਕ 8 ਨੰਬਰ ਕੁਐਸਚਨ ਵਿੱਚ ਪੁੱਛਿਆ ਗਿਆ ਹੈ ਸੰਸਾਰ ਵਿੱਚ ਸਭ ਤੋਂ ਵੱਧ ਕੁਦਰਤੀ ਗੈਸ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ ਇਹ ਹੈ ਸੰਯੁਕਤ ਰਾਜ ਅਮਰੀਕਾ ਸੰਯੁਕਤ ਰਾਜ ਅਮਰੀਕਾ ਸੰਸਾਰ ਵਿੱਚ ਸਭ ਤੋਂ ਵੱਧ ਕੋਲਾ ਪੈਦ ਕਰਨਾ ਵਾਲਾ ਦੇਸ਼ ਕਿਹੜਾ ਹੈ ਇਹ ਹੈ ਸੰਯੁਕਤ ਰਾਜ ਅਮਰੀਕਾ ਕੁਦਰਤੀ ਗੈਸ ਵੀ ਔਰ ਕੋਲਾ ਵੀ ਦੋਨੋਂ ਹੀ ਪੈਦਾ ਸਭ ਤੋਂ ਜ਼ਿਆਦਾ ਕਰਦਾ ਹੈ ਯੂਏਈ ਜਿਹਨੂੰ ਆਪਾਂ ਸੰਯੁਕਤ ਰਾਜ ਅਮਰੀਕਾ ਵੀ ਬੋਲਦੇ ਆ ਜੂਰੇਨੀਅਮ ਥੋਰੀਅਮ ਬੋਰੀਅਮ ਬੇਰੀਅਮ ਲਿਥੀਅਮ ਕਿਸ ਪ੍ਰਕਾਰ ਦੇ ਖਣਿਜ ਹਨ ਇਹ ਨੇ ਪਰਮਾਣੂ ਖਣਿਜਾ ਪਰਮਾਣੂ ਖਣਿਜਾ ਭਾਰਤ ਪੂਰੇ ਸੰਸਾਰ ਦੀ ਕਿੰਨੇ ਕਿੰਨੀ ਪਣ ਬਿਜਲੀ ਪੈਦਾ ਕਰਦਾ ਹੈ ਭਾਰਤ ਜੋ ਹੈ ਇਹ ਕਰਦਾ ਹੈ 1% ਪੂਰੇ ਵਿਸ਼ਵ ਦੀ ਪਣ ਬਿਜਲੀ 1% ਨੈਕਸਟ ਕੋਸਟ ਨੈਕਸਟ ਚੈਪਟਰ ਹੰਦੇ ਆਪਣੇ ਕੋਲ ਸਾਡੀ ਖੇਤੀਬਾੜੀ ਫੋਰਥ ਨੰਬਰ ਪਾਠ ਚਾਹ ਕਾਫੀ ਕੋਕੋ ਕਿਸ ਕਿਸਮ ਦੀਆਂ ਫਸਲਾਂ ਹਨ ਇਹ ਫਸਲਾਂ ਹਨ ਪੇ ਫਸਲਾਂ ਪੇ ਫਸਲਾਂ ਤੁਹਾਡੇ ਆਪਣੇ ਪਿੰਡ ਜਾਂ ਸ਼ਹਿਰ ਦੇ ਦੁਆਲੇ ਪਾਏ ਜਾਂਦੇ ਫਲਾਂ ਦੇ ਨਾਮ ਦੱਸੋ ਇਹ ਜੋ ਫਸਲ ਜਿਹੜੇ ਯਾਨੀ ਜਿਹੜੇ ਆਪਣੇ ਆਲੇ ਦੋਲੇ ਦੇ ਪਿੰਡ ਜਾਂ ਸ਼ਹਿਰ ਦੇ ਵਿੱਚ ਜਿਹੜੇ ਫਲ ਪਾਏ ਜਾਂਦੇ ਨੇ ਉਹ ਕਿਹੜੇ-ਕਿਹੜੇ ਨੇ ਇਸ ਦੇ ਵਿੱਚ ਆਪਾਂ ਨੂੰ ਐਵੇਂ ਪੁੱਛਿਆ ਜਾ ਸਕਦਾ ਹੈ ਕਿਹੜੇ-ਕਿਹੜੇ ਫਰੂਟ ਨੇ ਕੀ ਤੁਹਾਡੇ ਆਲੇ ਦੇ ਦੁਆਲੇ ਦੇ ਵਿੱਚ ਜਿਹੜਾ ਕਿਹੜਾ ਫਰੂਟ ਹੈ ਜਿਹੜਾ ਨਹੀਂ ਪਾਇਆ ਜਾਂਦਾ ਚਾਰ ਆਪਸ਼ਨ ਦੇ ਦਣਗੇ ਆਪਾਂ ਨੂੰ ਇਸ ਦੇ ਵਿੱਚ ਤੁਹਾਨੂੰ ਯਾਦ ਰੱਖਣਾ ਹੈ ਅੰਬ ਸੇਬ ਕੇਲੇ ਸਾਰੇ ਇਹ ਫਰੂਟ ਜਿਹੜੇ ਆਲੇ ਦੁਆਲੇ ਆਪਣੇ ਦੇ ਵਿੱਚ ਪਾਏ ਜਾਂਦੇ ਨੇ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ ਸਭ ਤੋਂ ਵੱਧ ਚਾਵਲ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ ਇਹ ਹੈ ਚੀਨ ਦੇਸ਼ ਚੀਨ ਜੋ ਪਾਰਟ ਹੈ ਇਹ ਦੂਜੇ ਨੰਬਰ ਤੇ ਇਸ ਦਾ ਸਥਾਨ ਹੈ ਚਾਵਲ ਨੂੰ ਪੈਦਾ ਕਰਨ ਦੇ ਲਈ ਚੀਨ ਦਾ ਹੈ ਪਹਿਲੇ ਨੰਬਰ ਤੇ ਮੱਕੀ ਦੇ ਪੌਦੇ ਦੀ ਉਤਪਤੀ ਕਿਹੜੇ ਦੇਸ਼ ਤੋਂ ਹੋਈ ਜੋ ਮੱਕੀ ਦਾ ਪੌਦਾ ਹੈ ਇਸ ਦੀ ਜਿਹੜੀ ਉਤਪਤੀ ਹੋਈ ਸੀ ਇਹ ਹੋਈ ਸੀ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਕਣਕ ਦੀ ਪੈਦਾਵਾਰ ਲਈ ਸੰਸਾਰ ਵਿੱਚ ਭਾਰਤ ਦਾ ਕਿੰਨਾ ਸਥਾਨ ਹੈ ਕਣਕ ਦੀ ਪੈਦਾਵਾਰ ਲਈ ਭਾਰਤ ਵਿੱਚ ਦਾ ਸਥਾਨ ਹੈ ਉਹ ਹੈ ਦੂਜਾ ਦੂਜਾ ਭਾਰਤ ਵਿੱਚ ਦਾ ਕਿਹੜਾ ਰਾਜ ਪਰਸਨ ਦੀ ਪੈਦਾਵਾਰ ਵਿੱਚ ਪਹਿਲੇ ਸਥਾਨ ਤੇ ਹੈ ਇਹ ਹੈ ਪੱਛਮੀ ਬੰਗਾਲ ਪੱਛਮੀ ਬੰਗਾਲ ਕੌਫੀ ਦੀ ਉਤਪਤੀ ਜਾਂ ਜਨਮ ਕਿਹੜੇ ਮਹਾਦੀਪ ਤੋਂ ਮੰਨਿਆ ਜਾਂਦਾ ਹੈ ਇਹ ਹੈ ਅਫਰੀਕਾ ਅਫਰੀਕਾ ਕਿਹੜੇ ਦੇਸ਼ ਦੀ ਲੰਬੇ ਰੇਸ਼ੇ ਵਾਲੀ ਕਪਾਹ ਸੰਸਾਰ ਭਰ ਵਿੱਚ ਪ੍ਰਸਿੱਧ ਹੈ? ਯਾਨੀ ਜੋ ਲੰਬੇ ਰੇਸ਼ੇ ਵਾਲੀ ਕਪਾਹ ਹੈ ਸੰਸਾਰ ਵਿੱਚ ਇਹ ਕਿਸ ਦੇਸ਼ ਦੀ ਜੋ ਹੈ ਪ੍ਰਸਿੱਧ ਹੈ ਸਭ ਤੋਂ? ਇਹ ਹੈ ਮਿਸਰ ਦੇਸ਼ਾ। ਮਿਸਰ ਦੇਸ਼ਾ। ਅਸਾਮ ਪ੍ਰਾਂਤ ਭਾਰਤ ਦੀ ਕਿੰਨੇ ਪ੍ਰਤੀਸ਼ਤ ਚਾਹ ਪੈਦਾ ਕਰਦਾ ਹੈ? ਇਹ ਕਰਦਾ ਹੈ 51%। 51%। ਕੌਫੀ ਵਿੱਚ ਪਾਏ ਜਾਣ ਵਾਲੇ ਨਸ਼ੇ ਵਾਲੇ ਤੱਤ ਦਾ ਨਾਮ ਦੱਸੋ। ਇਹ ਹੈ ਕੋਫੀਨ। ਕੌਫੀ ਨਸ਼ਾ ਪਾਇਆ ਜਾਂਦਾ ਹੈ ਜੋ ਕੌਫੀ ਦੇ ਵਿੱਚ ਪਾਇਆ ਜਾਂਦਾ ਹੈ। ਨੈਕਸਟ ਚੈਪਟਰ ਆਉਂਦਾ ਆਪਣਾ 5ਵਾਂ ਨੰਬਰ ਚੈਪਟਰ ਉਦਯੋਗਿਕ ਵਿਕਾਸ ਦੇ ਬਾਰੇ ਪਹਿਲਾ ਕੁਐਸਚਨ ਹੈ ਇਸ ਦਾ ਪੰਜਾਬ ਵਿੱਚ ਰੇਲ ਦੇ ਡੱਬੇ ਬਣਾਉਣ ਵਾਲਾ ਕਾਰਖਾਨਾ ਕਿੱਥੇ ਹੈ ਕਪੂਰਥਲਾ ਦੇ ਵਿੱਚ ਕਪੂਰਥਲਾ ਪੰਜਾਬ ਆਰਥਿਕ ਵਿਕਾਸ ਦਾ ਇੰਜਨ ਕਿਸ ਨੂੰ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ ਉਦਯੋਗਾਂ ਨੂੰ ਉਦਯੋਗਾਂ ਨੂੰ ਕਿਹਾ ਜਾਂਦਾ ਹੈ ਆਰਥਿਕ ਆਰਥਿਕ ਵਿਕਾਸ ਦਾ ਇੰਜਨ ਸੁਤੀ ਕਪੜਾ ਉਦਯੋਗ ਲਈ ਕਿਸ ਤਰ੍ਹਾਂ ਦਾ ਮੌਸਮ ਠੀਕ ਰਹਿੰਦਾ ਹੈ ਸੁਤੀ ਕਪੜਾ ਉਦਯੋਗ ਲਈ ਜਿਹੜਾ ਮੌਸਮ ਹੈ ਉਹ ਠੀਕ ਰਹਿੰਦਾ ਹੈ ਸਿਲਾ ਮੌਸਮ ਸਿਲਾ ਮੌਸਮ ਭਾਰਤ ਵਿੱਚ ਸਰਕਾਰੀ ਖੇਤਰ ਦੇ ਕਿਸੇ ਦੋ ਉਦਯੋਗਾ ਦੇ ਨਾਂ ਦੱਸੋ ਇਹ ਕਿਹੜੇ ਕਿਹੜੇ ਉਦਯੋਗ ਨੇ ਜਿਹੜੇ ਸਰਕਾਰੀ ਖੇਤਰ ਦੇ ਵਿੱਚ ਨੇ ਇਹ ਨੇ ਭਾਰਤ ਹੈਵੀ ਇਲੈਕਟ੍ਰਿਕਲਜ਼ ਰੇਲ ਕੋਚ ਫੈਕਟਰੀ ਕਪੂਰਥਲਾ ਇਹ ਪੰਜਾਬ ਦੇ ਵਿੱਚ ਨੇ ਬੇਸਿਕਲੀ ਭਾਰਤ ਹੈਵੀ ਇਲੈਕਟ੍ਰਿਕਲਜ਼ ਔਰ ਰੇਲ ਕੋਚ ਫੈਕਟਰੀ ਕਪੂਰਥਲਾ ਉਦਯੋਗ ਦਾ ਅੰਗਰੇਜ਼ੀ ਸ਼ਬਦ ਕੀ ਹੈ ਉਦਯੋਗ ਦਾ ਅੰਗਰੇਜ਼ੀ ਸ਼ਬਦ ਹੈ ਇੰਡਸਟਰੀ ਇੰਡਸਟਰੀ ਕੱਪੜਾ ਚਾਹ ਅਤੇ ਖੰਡ ਕਿਸ ਤੇ ਆਧਾਰਿਤ ਹਨ ਜੇ ਇਹ ਇਹ ਜਿਹੜੇ ਉਦਯੋਗ ਨੇ ਕਿਸ ਤੇ ਆਧਾਰਿਤ ਨੇ ਇਹ ਨੇ ਖੇਤੀ ਆਧਾਰਿਤ ਖੇਤੀ ਆਧਾਰਿਤ ਕੱਚੇ ਮਾਲ ਲਈ ਜਾਨਵਰਾਂ ਦੇ ਉਦਾਰਤ ਉਦਯੋਗਾਂ ਦੇ ਨਾਮ ਦੱਸੋ ਇਹ ਨੇ ਡੇਰੀ ਉਦਯੋਗ ਚਮੜਾ ਉਦਯੋਗ ਕਪੜਾ ਉਦਯੋਗ ਉਹਨਾਂ ਤੇ ਰੇਸ਼ਮ ਇਸੇ ਵਿੱਚ ਇਨਕਲੂਡ ਨੇ ਡੇਰੀ ਉਦਯੋਗ ਚਮੜਾ ਉਦਯੋਗ ਤੇ ਕਪੜਾ ਉਦਯੋਗ ਸਰਕਾਰ ਜਾਂ ਇਸ ਦੀਆਂ ਏਜੰਸੀਆਂ ਦੁਆਰਾ ਲਗਾਏ ਗਏ ਉਦਯੋਗਾਂ ਨੂੰ ਕਿਹੜੇ ਉਦਯੋਗ ਕਿਹਾ ਜਾਂਦਾ ਇਹਨਾਂ ਨੂੰ ਕਿਹਾ ਜਾਂਦਾ ਸਰਕਾਰੀ ਉਦਯੋਗ ਸਰਕਾਰੀ ਉਦਯੋਗ ਨੈਕਸਟ ਕੁਐਸਚਨ ਹੈ 9th ਨੰਬਰ ਕੁਐਸਚਨ 9 ਨੰਬਰ ਕੁਐਸਚਨ ਭਾਰਤ ਵਿੱਚ ਹਵਾਈ ਜਹਾਜ਼ ਬਣਾਉਣ ਦਾ ਇੱਕ ਮੁੱਖ ਕੇਂਦਰ ਦੱਸੋ ਜੋ ਭਾਰਤ ਵਿੱਚ ਇੱਕ ਹਵਾਈ ਜਹਾਜ਼ ਬਣਾਉਣਾ ਆ ਬਾੜਾ ਮੁੱਖ ਕੇਂਦਰ ਹੈ ਉਹ ਹੈ ਬੰਗਲੌਰ ਲਖਨਊ ਕਾਨਪੁਰ ਦੇ ਵਿੱਚ ਨੇ ਬੇਸਿਕਲੀ ਇਹ ਤੈਨੂੰ ਤਿੰਨ ਆਪਸ਼ਨ ਦੇ ਦੇਣਗੇ ਤੁਹਾਨੂੰ ਇਸ ਦੇ ਵਿੱਚ ਪੁੱਛਿਆ ਜਾਏਗਾ ਕਿਹੜਾ ਮੁੱਖ ਕੇਂਦਰ ਹੈ ਇਹਨਾਂ ਦੇ ਵਿੱਚੋਂ ਕੋਈ ਤੁਹਾਨੂੰ ਇੱਕ ਆਪਸ਼ਨ ਹੋਏਗਾ ਬੰਗਲੌਰ ਲਖਨਊ ਤੇ ਕਾਨਪੁਰ ਜਿਹੜੇ ਉਦਯੋਗ ਵਿੱਚ ਮਜ਼ਦੂਰਾ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਪੂੰਜੀ ਦੀ ਲਾਗਤ 5 ਕਰੋੜ ਤੋਂ ਵਧੇਰੇ ਹੁੰਦੀ ਹੈ ਉਹਨਾਂ ਨੂੰ ਕਿਹੜੇ ਉਦਯੋਗ ਕਿਹਾ ਜਾਂਦਾ ਹੈ ਉਹਨਾਂ ਨੂੰ ਕਿਹਾ ਜਾਂਦਾ ਹੈ ਵੱਡੇ ਪੈਮਾਨੇ ਦੇ ਉਦਯੋਗ ਵੱਡੇ ਪੈਮਾਨੇ ਦੇ ਉਦਯੋਗ ਨੈਕਸਟ ਚੈਪਟਰ ਆਪਣੇ ਕੋਲ 6 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਮੁੱਖ ਉਦਯੋਗ ਦੇ ਬਾਰੇ ਭਾਰਤ ਦੀ ਸਿਲੀਕਾਨ ਘਾਟੀ ਨੂੰ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ ਸਿਲੀਕਾਨ ਘਾਟੀ ਜਿਹੜੀ ਕਿਹਾ ਜਾਂਦਾ ਹੈ ਭਾਰਤ ਵਿੱਚ ਬੰਗਲੌਰ ਸਿਟੀ ਨੂੰ ਕਿਹਾ ਜਾਂਦਾ ਹੈ ਬੰਗਲੌਰ ਨੂੰ ਕੰਪਿਊਟਰ ਦਾ ਨਿਰਮਾਣ ਕਿਸ ਦੇਸ਼ ਤੋਂ ਸ਼ੁਰੂ ਹੋਇਆ ਕੰਪਿਊਟਰ ਦਾ ਨਿਰਮਾਣ ਜਿਹੜਾ ਹੋਇਆ ਸੀ ਇਹ ਯੂਐਸਏ ਤੋਂ ਸਟਾਰਟ ਹੋਇਆ ਸੀ ਯੂਐਸਏ ਤੋਂ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ ਲੋਹਾ ਇਸਪਾਤ ਉਦਯੋਗ ਦਾ ਚੰਗਾ ਪ੍ਰਬੰਧ ਕਰਨ ਲਈ ਭਾਰਤ ਸਰਕਾਰ ਦੁਆਰਾ ਕਿਹੜੀ ਸੰਸਥਾ ਦੀ ਸਥਾਪਨਾ ਕੀਤੀ ਗਈ ਇਹ ਹੈ ਸਟੀਲ ਅਥਾਰਟੀ ਆਫ ਇੰਡੀਆ ਸਟੀਲ ਅਥਾਰਟੀ ਆਫ ਇੰਡੀਆ ਜੋ ਹੈ ਇਸ ਨੂੰ ਬਣਾਇਆ ਗਿਆ ਸੀ ਇਸ ਨੂੰ ਬੋਲਦੇ ਨੇ ਐਸ ਆਈ ਐਲ ਸਟੀਲ ਅਥਾਰਟੀ ਆਫ ਇੰਡੀਆ ਇਸ ਨੂੰ ਬਣਾਇਆ ਗਿਆ ਸੀ ਗਵਰਨਮੈਂਟ ਆਫ ਇੰਡੀਆ ਦੇ ਦੁਆਰਾ ਲੋਹਾ ਇਸਪਾਤ ਉਦਯੋਗਾਂ ਦਾ ਚੰਗਾ ਪ੍ਰਬੰਧ ਕਰਨ ਦੇ ਲਈ ਸਟੀਲ ਅਥਾਰਟੀ ਆਫ ਇੰਡੀਆ ਨੈਕਸਟ ਕੁਐਸਚਨ ਹੈ ਆਪਣੇ ਕੋਲ 4th ਨੰਬਰ ਕੁਐਸਚਨ ਟਾਟਾ ਆਇਰਨ ਐਂਡ ਸਟੀਲ ਕੰਪਨੀ ਜੋ ਹੈ ਇਸ ਦੀ ਸਥਾਪਨਾ ਕਿਸ ਦੇ ਦੁਆਰਾ ਕੀਤੀ ਗਈ ਸੀ ਇਸ ਨੂੰ ਬਣਾਇਆ ਸੀ ਜਮਸ਼ੇਦ ਜੀ ਟਾਟਾ ਨੇ ਜਮਸ਼ੇਦ ਜੀ ਟਾਟਾ ਨੈਕਸਟ ਕੁਐਸਚਨ ਹੈ 5ਥ ਨੰਬਰ ਕੁਐਸਚਨ ਅਮੀਰਾ ਦੀ ਪੋਸ਼ਾਕ ਕਿਸ ਕੱਪੜੇ ਨੂੰ ਕਿਹਾ ਜਾਂਦਾ ਹੈ ਅਮੀਰਾ ਦੀ ਪੋਸ਼ਾਕ ਕਿਹਾ ਜਾਂਦਾ ਹੈ ਰੇਸ਼ਮੀ ਕੱਪੜੇ ਨੂੰ ਰੇਸ਼ਮੀ ਕੱਪੜੇ ਅਹਮਦਾਬਾਦ ਭਾਰਤ ਦਾ ਸੁੱਤੀ ਕੱਪੜੇ ਦਾ ਮੁੱਖ ਉਦਯੋਗਿਕ ਕੇਂਦਰ ਕਿੱਥੇ ਲੋਕੇਟਡ ਹੈ ਇਹ ਲੋਕੇਟਡ ਹੈ ਗੁਜਰਾਤ ਸਟੇਟ ਦੇ ਵਿੱਚ ਗੁਜਰਾਤ ਨੈਕਸਟ ਕੁਐਸਚਨ ਹੈ ਆਪਣੇ ਕੋਲ 7ਥ ਨੰਬਰ ਕੁਐਸਚਨ ਉਜਾ ਜਾਪਾਨ ਦਾ ਉਸਾਕਾ ਸ਼ਹਿਰ ਕਿਹੜੇ ਉਦਯੋਗ ਲਈ ਪ੍ਰਸਿੱਧ ਹੈ ਇਹ ਹੈ ਕੱਪੜੇ ਲਈ ਕੱਪੜੇ ਲਈ ਜਾਣਿਆ ਜਾਂਦਾ ਹੈ ਜਾਪਾਨ ਦਾ ਜਿਹੜਾ ਇੱਕ ਸਿਟੀ ਹੈ ਜਿਸ ਦਾ ਨਾਮ ਹੈ ਉਸਾਕਾ ਕੱਪੜਾ ਪੰਜਾਬ ਦੇ ਕਿਸ ਕਿਸੇ ਦੋ ਸੁੱਤੀ ਕੱਪੜਾ ਉਦਯੋਗਾਂ ਦੇ ਸ਼ਹਿਰਾਂ ਦੇ ਨਾਮ ਦੱਸੋ ਇਹ ਨੇ ਅੰਮ੍ਰਿਤਸਰ ਤੇ ਲੁਧਿਆਣਾ ਅੰਮ੍ਰਿਤਸਰ ਔਰ ਲੁਧਿਆਣਾ ਸਿਲੀਕਨ ਕਾ ਟੀ ਕਿਹੜੇ ਦੇਸ਼ ਵਿੱਚ ਲੋਕੇਟਡ ਹੈ ਇਹ ਲੋਕੇਟਡ ਹੈ ਯੂ ਐਸ ਏ ਦੇ ਵਿੱਚ ਯੂਨਾਈਟਿਡ ਸਟੇਟਸ ਆਫ ਅਮਰੀਕਾ ਦੇ ਵਿੱਚ ਸੂਚਨਾ ਉਦਯੋਗ ਵਿੱਚ ਤਿਆਰ ਹੋਣ ਵਾਲਾ ਹੋਣ ਵਾਲੇ ਮੁੱਖ ਯੰਤਰਾਂ ਦੇ ਨਾਮ ਦੱਸੋ ਇਹ ਨੇ ਰੇਡੀਓ ਟੈਲੀਵਿਜ਼ਨ ਮੋਬਾਈਲ ਫੋਨ ਕੰਪਿਊਟਰ ਇਹ ਚਾਰ ਨੇ ਜਿਹੜੇ ਇਹ ਸੂਚਨਾ ਉਦਯੋਗ ਨੇ ਜੋ ਕਿ ਅ ਮੁੱਖ ਯੰਤਰ ਨੇ ਰੇਡੀਓ ਟੈਲੀਵਿਜ਼ਨ ਮੋਬਾਈਲ ਫੋਨ ਔਰ ਕੰਪਿਊਟਰ ਨੈਕਸਟ ਕੁਸਚਨ ਨੈਕਸਟ ਚੈਪਟਰ ਆਪਣੇ ਕੋਲ 7th ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮਨੁੱਖੀ ਸਾਧਨਾਂ ਦੇ ਬਾਰੇ ਪਹਿਲਾ ਕੁਸਚਨ ਹੈ ਸੰਸਾਰ ਦਾ ਸਭ ਤੋਂ ਆਬਾਦੀ ਵਾਲਾ ਦੇਸ਼ ਕਿਹੜਾ ਹੈ ਚੀਨ ਚੀਨ ਵਿੱਚ ਸਭ ਸੰਸਾਰ ਦੀ ਕਿੰਨੇ ਪ੍ਰਤੀਸ਼ਤ ਆਬਾਦੀ ਰਹਦੀ ਹੈ ਇਸ ਦੇ ਵਿੱਚ ਆਉਂਦੀ ਹੈ 19.4% 19.4% 2011 ਦੀ ਜਨਗਣਨਾ ਦੇ ਅਨੁਸਾਰ ਜੋ ਭਾਰਤ ਦਾ ਆਬਾਦੀ ਪੱਖੋਂ ਜੋ ਸਥਾਨ ਹੈ ਉਹ ਕਿਹੜਾ ਹੈ ਉਹ ਹੈ ਦੂਸਰਾ ਸੈਕੰਡ ਪਹਿਲਾ ਹੈ ਚੀਨ ਦਾ ਮਾਰਥੁਲਾ ਵਿੱਚ ਵਸੋਂ ਘਟ ਕਿਉਂ ਹੁੰਦੀ ਹੈ ਇਸ ਦੇ ਵਿੱਚ ਘਟ ਹੁੰਦੀ ਹੈ ਕਿਉਂਕਿ ਪਾਣੀ ਦੀ ਇੱਥੇ ਬਹੁਤ ਜ਼ਿਆਦਾ ਘਟ ਹੁੰਦੀ ਹੈ ਇਸ ਕਾਰਨ ਇੱਥੇ ਜਿਹੜੀ ਪੋਪੂਲੇਸ਼ਨ ਹੈ ਉਹ ਜ਼ਿਆਦਾ ਘਟ ਹੁੰਦੀ ਹੈ ਇਸ ਲਈ ਰਾਈਟ ਹੈਂਸ ਹੈ ਆਪਣਾ ਪਾਣੀ ਦੀ ਘਾਟ ਕਰਨਾ 65 ਨੰਬਰ ਕੁਸ਼ਨ ਵਿੱਚ ਪੁੱਛਿਆ ਗਿਆ ਹੈ ਕੇਂਦਰੀ ਸ਼ਾਸਤ ਕੇਂਦਰੀ ਸ਼ਾਸਤ ਪ੍ਰਦੇਸ਼ ਪੌਂਡੀਚਰੀ ਦੇ ਕਿਸੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਲਿੰਗ ਅਨੁਪਾਤ ਪਾਇਆ ਜਾਂਦਾ ਹੈ ਇਹ ਹੈ ਮਾਹੇ ਦੇ ਵਿੱਚ ਮਾਹੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਲਿੰਗ ਅਨੁਪਾਤ ਪਾਇਆ ਜਾਂਦਾ ਹੈ ਜੋ ਲੋਕੇਟਰ ਹੈ ਪੌਂਡੀਚਰੀ ਦੇ ਵਿੱਚ ਮਾਹੇ ਜ਼ਿਲ੍ਹਾ ਨੈਕਸਟ ਕੁਸ਼ਨ ਹੈ 6 ਨੰਬਰ ਕੁਸ਼ਨ ਕੇਂਦਰ ਸ਼ਾਸਤ ਪ੍ਰਦੇਸ਼ ਦਮਨ ਐਂਡ ਦਿਉ ਦੇ ਕਿਸੇ ਜ਼ਿਲ੍ਹੇ ਵਿੱਚ ਸਭ ਤੋਂ ਘੱਟ ਲਿੰਗ ਅਨੁਪਾਤ ਪਾਇਆ ਜਾਂਦਾ ਹੈ ਇਹ ਹੈ ਦਮਨ ਦਮਨ ਜਨਗਨਨਾ ਕਿੰਨੇ ਸਾਲਾਂ ਬਾਅਦ ਹੁੰਦੀ ਹੈ ਇਹ ਹੁੰਦੀ ਹੈ 10 ਸਾਲਾਂ ਬਾਅਦ 2011 ਦੇ ਵਿੱਚ ਹੋਈ ਸੀ ਹੁਣ ਹੋਏਗੀ 2021 ਦੇ ਵਿੱਚ ਉਸ ਤੋਂ ਬਾਅਦ 2031 ਦੇ ਵਿੱਚ ਇਸੇ ਤਰ੍ਹਾਂ 10-10 ਸਾਲ ਦਾ ਗੈਪ ਹੈ ਇਹਦਾ ਪਾਇਆ ਜਾਂਦਾ ਹੈ ਜਨਗਣਨਾ ਦੇ ਵਿੱਚ ਭਾਰਤ ਵਿੱਚ ਕਿਸ ਪ੍ਰਾਂਤ ਵਿੱਚ ਸਾਖਰਤਾ ਦਰ ਸਭ ਤੋਂ ਘੱਟ ਹੈ ਸਭ ਤੋਂ ਜੋ ਘੱਟ ਸਾਖਰਤਾ ਵਾਲਾ ਇਲਾਕਾ ਹੈ ਸਟੇਟ ਹੈ ਉਹ ਕਿਹੜਾ ਹੈ ਉਹ ਹੈ ਬਿਹਾਰ ਬਿਹਾਰ ਨੈਕਸਟ ਕੁਐਸਚਨ ਹੈ 9ਥ ਨੰਬਰ ਕੁਐਸਚਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਾਖਰਤਾ ਦਰ ਕਿਸ ਦੀ ਸਭ ਤੋਂ ਜ਼ਿਆਦਾ ਹੈ ਅਤੇ ਕਿਸ ਦੀ ਸਭ ਤੋਂ ਘੱਟ ਹੈ? ਯਾਨੀ ਯੂਟੀਜ਼ ਦੇ ਵਿੱਚ ਸਭ ਤੋਂ ਜ਼ਿਆਦਾ ਜੋ ਸਾਖਰਤਾ ਹੈ ਉਹ ਕਿਸ ਦੀ ਹੈ ਅਤੇ ਸਭ ਤੋਂ ਘੱਟ ਕਿਸ ਦੀ ਹੈ? ਸਭ ਤੋਂ ਜੋ ਜ਼ਿਆਦਾ ਹੈ ਉਹ ਹੈ ਦਾਦਰਨੈਗਰ ਹਵੇਲੀ ਦੀ, ਸਭ ਤੋਂ ਘੱਟ ਸੌਰੀ ਸਭ ਤੋਂ ਘੱਟ ਹੈ ਦਾਦਰਨੈਗਰ ਹਵੇਲੀ ਦੀ ਅਤੇ ਲਕਸ਼ਦਵੀਪ ਦੀ ਹੈ ਸਭ ਤੋਂ ਜ਼ਿਆਦਾ। ਭਾਰਤ ਦੇ ਕਿਹੜੇ ਰਾਜ ਵਿੱਚ ਲਿੰਗਣ ਪਾਤ ਸਭ ਤੋਂ ਜ਼ਿਆਦਾ ਹੈ? ਲਿੰਗਣ ਪਾਤ ਹੈ ਸਭ ਤੋਂ ਜ਼ਿਆਦਾ ਕੇਰਲਾ ਦੇ ਵਿੱਚ। ਕੇਰਲਾ। ਨੈਕਸਟ ਚੈਪਟਰ ਆਪਣੇ ਕੋਲ 8 ਨੰਬਰ ਚੈਪਟਰ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਆਫ਼ਤ ਪ੍ਰਬੰਧਨ ਦੇ ਬਾਰੇ। ਪਹਿਲਾ ਕੁੱਛਣਾ ਹੈ ਆਫ਼ਤਾਂ ਪ੍ਰਬੰਧਨ ਤੋਂ ਧਰਤੀ ਦੇ ਹਿੱਲਣ ਨੂੰ ਅਸੀਂ ਕੀ ਕਹਿੰਦੇ ਹਾਂ ਇਸ ਨੂੰ ਬੋਲਦੇ ਆਪਾਂ ਪੋਚਾਲ ਪੋਚਾਲ ਬੋਲਿਆ ਜਾਂਦਾ ਜਦੋਂ ਧਰਤੀ ਦਾ ਹਿੱਲਣ ਹੁੰਦਾ ਹੈ ਉਸ ਨੂੰ ਬੋਲਦੇ ਆਪਾਂ ਪੋਚਾਲ ਪੋਚਾਲ ਰਿਕਾਰਡ ਕਰਨ ਲਈ ਯੰਤਰ ਕਿਹੜਾ ਯੂਜ਼ ਹੁੰਦਾ ਹੈ ਇਸ ਨੂੰ ਬੋਲਦੇ ਨੇ ਸਿਜਮੋਗ੍ਰਾਫ ਸਿਜਮੋਗ੍ਰਾਫ ਉੱਤਰੀ ਅਮਰੀਕਾ ਵਿੱਚ ਆਉਣ ਵਾਲੇ ਚੱਕਰਵਾਤ ਨੂੰ ਕਿਹੜੇ ਨਾਂ ਨਾਲ ਜਾਣਿਆ ਜਾਂਦਾ ਹੈ ਇਸ ਨੂੰ ਨਾਂ ਦਿੱਤਾ ਜਾਂਦਾ ਹੈ ਹਰੀਕੇਨ ਹਰੀਕੇਨ ਬੋਲਿਆ ਜਾਂਦਾ ਹੈ ਜੋ ਉੱਤਰੀ ਅਮਰੀਕਾ ਦੇ ਵਿੱਚ ਚੱਕਰਵਾਤ ਆਉਂਦੇ ਨੇ ਉਹਨੂੰ ਬੋਲਦੇ ਨੇ ਹਰੀਕੇਨ ਕਿਹੜੇ ਜਵਾਲਾਮੁਖੀ ਵਿੱਚੋਂ ਕਦੇ-ਕਦੇ ਲਾਵਾ ਨਿਕਲਦਾ ਹੈ ਇਹ ਹੈ ਕਿਰਿਆਸ਼ੀਲ ਜਵਾਲਾਮੁਖੀ ਕਿਰਿਆਸ਼ੀਲ ਜਵਾਲਾਮੁਖੀ ਨੈਕਸਟ ਕੁਐਸਚਨ ਹੈ 5 ਨੰਬਰ ਕੁਐਸਚਨ ਜਿਸ ਜਵਾਲਾਮੁਖੀ ਦਾ ਨਿਸ਼ਾਨ ਤਾਂ ਦਿਖਾਈ ਦਿੰਦਾ ਹੈ ਪਰੰਤੂ ਉਸ ਦੇ ਫਟਣ ਬਾਰੇ ਇਤਿਹਾਸ ਵਿੱਚ ਕੋਈ ਰਿਕਾਰਡ ਨਹੀਂ ਮਿਲਦਾ ਇਹ ਕਿਹੜਾ ਹੈ ਇਹ ਹੈ ਸੁੱਤਾ ਜਵਾਲਾਮੁਖੀ ਸੁੱਤਾ ਜਵਾਲਾਮੁਖੀ ਨੈਕਸਟ ਕੁਐਸਚਨ ਹੈ 6 ਨੰਬਰ ਕੁਐਸਚਨ ਜੇ ਸਮੁੰਦਰੀ ਲਹਿਰ ਪੋਚਾਲ ਜਵਾਲਾਮੁਖੀ ਧਰਤੀ ਦੇ ਖਿਸਕਣ ਆਦਤ ਤੋਂ ਪੈਦਾ ਹੁੰਦੀ ਹੈ ਉਸ ਨੂੰ ਕੀ ਕਹਿੰਦੇ ਨੇ ਉਸ ਨੂੰ ਬੋਲਿਆ ਸੁਨਾਮੀ ਸੁਨਾਮੀ ज्वालामुखी क्रिया किस प्रकार की आफत है यह है कुदरती आफत कुदरती आफत 11 सितंबर 2001 ਨੂੰ ਅਮਰੀਕਾ ਵਿਖੇ ਹੋਏ ਘਾਤਕ دہشت ਹਮਲਾ ਕਿਸ ਪ੍ਰਕਾਰ ਦੀ ਆਫਤ ਸੀ ਇਹ ਸੀ ਮਨੁੱਖੀ ਆਫਤ ਮਨੁੱਖੀ ਆਫਤ ਸੀ ਜੋ 11 सितंबर 2001 ਦੇ ਵਿੱਚ ਅਮਰੀਕਾ ਦੇ ਵਿੱਚ ਘਾਤਕ دہشتੀ ਹਮਲਾ ਹੋਇਆ ਸੀ ਇਹ ਸੀ ਮਨੁੱਖੀ دہشت ਨੈਕਸਟ ਕੁਐਸਚਨ ਹੈ 9ਵਾਂ ਰੰਬੂ ਕੁਐਸਚਨ ਫਸਲਾਂ ਪਸ਼ੂਆਂ ਅਤੇ ਮਨੁੱਖਾਂ ਲਈ ਲੋੜਿੰਦੇ ਪਾਣੀ ਸਾਧਨ ਦੀ ਘਾਟ ਹੋ ਜਾਣ ਨੂੰ ਕੀ ਕਹਿੰਦੇ ਹਨ ਉਸ ਨੂੰ ਬੋਲਿਆ ਜਾਂਦਾ ਹੈ ਸੋਕਾ ਸੋਕਾ ਜਿਆਦਾ ਬਾਰਿਸ਼ ਕਰਕੇ ਦਰਿਆਵਾਂ ਤੇ ਨਦੀਆਂ ਵਿੱਚ ਸਮਰਥ ਤੋਂ ਵਧੇਰੇ ਪਾਣੀ ਆਉਣ ਨੂੰ ਕੀ ਕਹਿੰਦੇ ਹਨ ਉਹਨੂੰ ਬੋਲਿਆ ਜਾਂਦਾ ਹੜ੍ਹ ਹੜ੍ਹ ਨੈਕਸਟ ਕੁਐਸਚਨ ਹੈ ਆਪਣੇ ਨੈਕਸਟ ਚੈਪਟਰ ਆਪਣੇ ਕੋਲ 9 ਨੰਬਰ ਚੈਪਟਰ ਕਿੱਥੇ ਕਦੋਂ ਅਤੇ ਕਿਵੇਂ ਇਤਿਹਾਸਕਾਰਾਂ ਨੇ ਭਾਰਤੀ ਇਤਿਹਾਸ ਨੂੰ ਕਿਹੜੇ ਤਿੰਨ ਕਾਲਾਂ ਵਿੱਚ ਵੰਡਿਆ ਇਹ ਤਿੰਨ ਨੇ ਪ੍ਰਾਚੀਨ ਮੱਧਕਾਲੀਨ ਔਰ ਆਧੁਨਿਕ ਕਾਲ ਪ੍ਰਾਚੀਨ ਮੱਧਕਾਲੀਨ ਔਰ ਆਧੁਨਿਕ ਕਾਲ ਯੂਰਪ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ਇਹ ਹੋਇਆ 16ਵੀਂ ਸੈਂਚਰੀ ਦੇ ਵਿੱਚ 16th ਸੈਂਚਰੀ ਦੇ ਵਿੱਚ ਹੋਇਆ ਸੀ ਜੋ ਯੂਰਪ ਵਿੱਚ ਆਧੁਨਿਕ ਕਾਲ ਦਾ ਜਿਹੜਾ ਆਰੰਭ ਹੋਇਆ ਸੀ ਨੈਕਸਟ ਕੁਐਸਚਨ ਹੈ 3rd ਨੰਬਰ ਕੁਐਸਚਨ 3 ਨੰਬਰ ਕੁਐਸਚਨ ਸੂਦਰਦਖਾਂ ਨੇ ਆਵਦ ਨੂੰ ਸੁਤੰਤਰ ਰਾਜ ਕਦੋਂ ਬਣਾਇਆ ਇਸ ਨੇ ਸੁਤੰਤਰ ਰਾਜ ਬਣਾਇਆ ਸੀ ਆਵਦ ਨੂੰ 1739 ਦੇ ਵਿੱਚ 1739 ਦੇ ਵਿੱਚ ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ ਇਹ ਮੰਨਿਆ ਜਾਂਦਾ ਹੈ 18ਵੀਂ ਸੈਂਚਰੀ ਦੇ ਵਿੱਚ ਆਰੰਭ ਹੋਇਆ ਸੀ ਜਦ ਆਧੁਨਿਕ ਕਾਲ ਦਾ ਆਰੰਭ ਹੋਇਆ ਸੀ ਭਾਰਤ ਦੇ ਵਿੱਚ 18ਵੀਂ ਸੈਂਚਰੀ ਦੇ ਵਿੱਚ 1724ਵੀ ਸਭ ਤੋਂ ਪਹਿਲਾ ਹైదరాబాద్ ਵਿੱਚ ਕਿਸ ਨੇ ਸੁਤੰਤਰ ਰਾਜ ਦੀ ਨਹੀਂ ਰੱਖੀ ਸੀ ਇਹ ਰੱਖੀ ਸੀ ਨizam ul mulk ਨੇ ਨizam ul mulk ਸਿੱਧਾ ਸੰਸਦ ਭਵਨ ਭਾਰਤ ਵਿੱਚ ਕਿੱਥੇ ਸਥਿਤ ਹੈ ਇਹ ਲੋਕੇ ਦਿੱਲੀ ਵਿਖੇ ਨਿਊ ਦਿੱਲੀ ਵਿਖੇ ਨੈਕਸਟ ਕੁਐਸਚਨ ਹੈ ਨੈਕਸਟ ਚੈਪਟਰ ਆਪਣੇ ਕੋਲ 10th ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸ਼ਕਤੀ ਅਤੇ ਸਥਾਪਨਾ ਦੇ ਬਾਰੇ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕਦੋਂ ਤੇ ਕਿੱਥੇ ਕੀਤੀ ਗਈ? ਇਹ ਕੀਤੀ ਗਈ ਸੀ 31 ਦਸੰਬਰ 1600 ਈਸਵੀ ਦੇ ਵਿੱਚ ਇੰਗਲੈਂਡ ਦੇ ਵਪਾਰੀਆਂ ਨੇ ਕੀਤੀ ਸੀ। ਇਹ ਕੀਤੀ ਗਈ ਸੀ ਇੰਡੀਆ ਦੇ ਵਿੱਚ। ਈਸਟ ਇੰਡੀਆ ਕੰਪਨੀ ਦੀ ਐਸਟੈਬਲਿਸ਼ਮੈਂਟ ਹੋਈ ਸੀ 31 ਦਸੰਬਰ 1600 ਈਸਵੀ ਦੇ ਵਿੱਚ ਇੰਗਲੈਂਡ ਦੇ ਵਪਾਰੀਆਂ ਦੇ ਮਰਚੈਂਟ ਐਡਵੈਂਚਰਜ਼ ਨਾਂ ਦੇ ਗਰੁੱਪ ਨੇ ਕੀਤੀ ਸੀ। ਵਾਸਕੋ ਡੀ ਗਾਮਾ ਕਿੱਥੋਂ ਦਾ ਵਸਨੀਕ ਸੀ? ਇਹ ਵਸਨੀਕ ਸੀ ਪੁਰਤਗਾਲ ਦਾ। ਪੁਰਤਗਾਲ ਦਾ। ਸਾਇਕ ਸੰਧੀ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ? ਸਾਇਕ ਸੰਧੀ ਪ੍ਰਣਾਲੀ ਜੋ ਸਟਾਰਟ ਕੀਤੀ ਸੀ ਉਹ ਕੀਤੀ ਸੀ ਲੋੜ ਵੈਲਸ ਲੈ ਲੈ ਲੋਡ ਵੈਲਸ ਲੈ ਲੈ ਹੈਦਰ ਅਲੀ ਨੇ ਸੁਤੰਤਰ ਮੈਸੂਰ ਰਾਜ ਦੀ ਸਥਾਪਨਾ ਕਦੋਂ ਕੀਤੀ ਹੈਦਰ ਅਲੀ ਨੇ ਸੁਤੰਤਰ ਮੈਸੂਰ ਦੀ ਸਥਾਪਨਾ ਕੀਤੀ ਸੀ 1761 ਈਸਵੀ ਦੇ ਵਿੱਚ 1761 ਈਸਵੀ ਦੇ ਵਿੱਚ ਟਿੱਪੂ ਸੁਲਤਾਨ ਕੌਣ ਸੀ ਟਿੱਪੂ ਸੁਲਤਾਨ ਜੋ ਸੀ ਐਸੀ ਮੈਸੂਰ ਦੇ ਸ਼ਾਸਕ ਹੈਦਰ ਅਲੀ ਦਾ ਪੁੱਤਰ ਮੈਸੂਰ ਦੇ ਸ਼ਾਸਕ ਹੈਦਰ ਅਲੀ ਦਾ ਪੁੱਤਰ ਸੀ ਜਿਸ ਦਾ ਨਾਮ ਸੀ ਟਿੱਪੂ ਸੁਲਤਾਨ ਨੈਕਸਟ ਕੁਐਸਚਨ ਹੈ 6 ਨੰਬਰ ਦਾ ਕੁਐਸਚਨ ਲੈਪਸ ਦੀ ਨੀਤੀ ਕਿਸ ਗਵਰਨਰ ਜਨਰਲ ਦੇ ਸਮੇਂ ਆਰੰਭ ਕੀਤੀ ਗਈ ਲੈਪਸ ਦੀ ਨੀਤੀ ਸਟਾਰਟ ਕੀਤੀ ਗਈ ਸੀ ਲੋਰਡ ਡਲਹੌਜੀ ਦੇ ਸਮੇਂ ਦੇ ਉਪਰ ਲੋਰਡ ਡਲਹੌਜੀ ਦੇ ਸਮੇਂ ਦੇ ਵਿੱਚ ਨੈਕਸਟ ਕੁਐਸਚਨ ਹੈ 7ਥ ਨੰਬਰ ਕੁਐਸਚਨ ਕਰਨਾਟਕ ਦੇ ਤਿੰਨਾਂ ਵਿਸ਼ਵ ਯੁੱਧ ਜੋ ਹੋਏ ਸੀ ਇਹ ਕਿੰਨਾਂ ਦੇ ਵਿਚਕਾਰ ਹੋਏ ਸੀ ਇਹ ਹੋਏ ਸੀ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਅੰਗਰੇਜ਼ਾਂ ਅਤੇ ਫਰਾਂਸੀਸੀਆਂ ਵਿਚਕਾਰ ਵਾਸਕੋ ਡੀ ਗਾਮਾ ਭਾਰਤ ਵਿੱਚ ਸਭ ਤੋਂ ਪਹਿਲਾਂ ਕਿੱਥੇ ਪਹੁੰਚਾ ਜੋ ਵਾਸਕੋ ਡੀ ਗਾਮਾ ਸੀ ਇਹ ਸਭ ਤੋਂ ਪਹਿਲਾਂ ਕਿੱਥੇ ਪਹੁੰਚਿਆ ਸੀ ਇਹ ਪਹੁੰਚਿਆ ਸੀ ਕਾਲੀਕਟ ਦੇ ਉਪਰ ਕਾਲੀਕਟ ਵਿੱਚ ਪਹੁੰਚਿਆ ਸੀ ਜੋ ਵਾਸਕੋ ਵਾਸਕੋਡੀ ਕਮਾ ਪਹੁੰਚਿਆ ਸੀ ਨੈਕਸਟ ਕੁਐਸਚਨ ਹੈ ਆਪਣੇ ਕੋਲ 9 ਨੰਬਰ ਕੁਐਸਚਨ ਸਿਰਾਜ ਉਦਦੋਲਾ ਕਿੱਥੋਂ ਦਾ ਨਵਾਬ ਸੀ ਸਿਰਾਜ ਉਦਦੋਲਾ ਜੋ ਨਵਾਬ ਸੀ ਇਹ ਸੀ ਬੰਗਾਲ ਦਾ ਬੰਗਾਲ ਦਾ ਨੈਕਸਟ ਚੈਪਟਰ ਆਉਂਦਾ ਹੈ ਆਪਣੇ ਕੋਲ 11 ਨੰਬਰ ਚੈਪਟਰ ਪ੍ਰਸ਼ਾਸਨਿਕ ਬੰਤਰ ਵਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ ਯਾਨੀ ਜੋ ਪ੍ਰਸ਼ਾਸਨਿਕ ਬੰਤਰ ਸੀ ਉਹ ਕਿਵੇਂ ਬਣੀ ਸੀ ਸਿਵਲ ਪ੍ਰਸ਼ਾਸਨ ਸੀ ਜਿਹੜਾ ਉਸ ਦਾ ਵਿਕਾਸ ਕਿਵੇਂ ਹੋਇਆ ਸੀ ਪਹਿਲਾ ਕੁਐਸਚਨ ਹੈ ਰੈਗੂਲੇਟਿੰਗ ਐਕਟ ਕਦੋਂ ਪਾਸ ਹੋਇਆ ਇਹ ਪਾਸ ਹੋਇਆ ਸੀ 1773 ਈਸਵੀ ਦੇ ਵਿੱਚ 1773 ਈਸਵੀ ਦੇ ਵਿੱਚ ਬ੍ਰਿਟਿਸ਼ ਇੰਡੀਆ ਐਕਟ ਐਡਾ ਇਹ ਕਦੋਂ ਪਾਸ ਹੋਇਆ ਸੀ ਇਹ 1784 ਦੇ ਵਿੱਚ ਪਾਸ ਹੋਇਆ ਸੀ 1784 ਦੇ ਵਿੱਚ ਕਿਸ ਸਾਲ ਵਿੱਚ ਸਿਵਲ ਸਰਵਿਸਿਜ਼ ਵਿੱਚ ਨਿਯੁਕਤੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੇ ਆਧਾਰ ਤੇ ਕੀਤੀ ਤੇ ਕੀਤੀ ਜਾਣ ਲੱਗੀਆਂ ਸੀ ਇਹ ਸਟਾਰਟ ਹੋਈਆਂ ਸੀ 1853 ਈਸਵੀ ਦੇ ਵਿੱਚ 1853 ਦੇ ਵਿੱਚ 1886 ਈਸਵੀ ਵਿੱਚ ਭਾਰਤ ਦੇ ਕਿਸ ਵਾਈਸਰਾਏ ਨੇ 15 ਮੈਂਬਰਾਂ ਦਾ ਪਬਲਿਕ ਸਰਵ ਕਮਿਸ਼ਨ ਸਰਵਿਸ ਕਮਿਸ਼ਨ ਨਿਯੁਕਤ ਕੀਤਾ ਇਹ ਨਿਯੁਕਤ ਕੀਤਾ ਸੀ ਲੋਡ ਰਿਪਨ ਨੇ ਲੋਡ ਰਿਪਨ ਨੇ ਅੰਗਰੇਜ਼ੀ ਪ੍ਰਸ਼ਾਸਨ ਵਿੱਚ ਕਾਨੂੰਨੀ ਵਿਵਸਥਾ ਅਤੇ ਸ਼ਾਂਤੀ ਸਥਾਪਿਤ ਕਰਨ ਲਈ ਕਿਸ ਨੇ ਪੁਲਿਸ ਵਿਭਾਗ ਵਿੱਚ ਸੁਧਾਰ ਕੀਤੇ ਇਹ ਕੀਤਾ ਸੀ ਲੋਡ ਕੌਰਨਵਾਲਿਸ ਨੇ ਲੋਡ ਕੌਰਨਵਾਲਿਸ ਨੇ ਇਸ ਨੇ ਪਰਮਾਨੈਂਟ ਸੈਟਲਮੈਂਟ ਜੋ ਸੀ ਉਸ ਨੂੰ ਵੀ ਇੰਟਰੋਡਿਊਸ ਕੀਤਾ ਸੀ ਇੰਡੀਆ ਦੇ ਵਿੱਚ ਪਰਮਾਨੈਂਟ ਸੈਟਲਮੈਂਟ ਇਹ ਵੀ 1793 ਦੇ ਵਿੱਚ ਇੰਟਰੋਡਿਊਸ ਕੀਤਾ ਸੀ ਲੋਡ ਕੌਰਨਵਾਲਿਸ ਨੇ 1793 ਦੇ ਵਿੱਚ ਨੈਕਸਟ ਕੁਐਸਚਨ ਹੈ 1773 ਈਸਵੀ ਦੇ ਵਿੱਚ ਰੈਗੂਲੇਟਿੰਗ ਐਕਟ ਅਨੁਸਾਰ ਕਿਸ ਸ਼ਹਿਰ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਸੀ ਇਹ ਕੀਤੀ ਗਈ ਸੀ ਕੋਲਕਾਤਾ ਦੇ ਵਿੱਚ ਕੋਲਕਾਤਾ ਲord ਵਿਲੀਅਮ ਵੈਂਟਿਕ 1832 ਵਿੱਚ ਬੰਗਾਲ ਵਿੱਚ ਕਿਹੜੀ ਪ੍ਰਥਾ ਦੀ ਸਥਾਪਨਾ ਕੀਤੀ ਇਹ ਕੀਤੀ ਸੀ ਜੂਰੀ ਪ੍ਰਥਾ ਜੂਰੀ ਪ੍ਰਥਾ ਪੁਲਿਸ ਦੇ ਪ੍ਰਬੰਧ ਵਿੱਚ ਸੁਧਾਰ ਕਿਸ ਗਵਰਨਰ ਜਨਰਲ ਨੇ ਕੀਤਾ ਇਹ ਕੀਤੀ ਸੀ ਲord ਕਾਰਨਵਾਲਿਸ ਨੇ ਲord ਕਾਰਨਵਾਲਿਸ ਨੈਕਸਟ ਕੁਐਸਚਨ ਹੈ 9 ਨੰਬਰ ਕੁਐਸਚਨ ਸਭ ਤੋਂ ਪਹਿਲਾ ਸਰਵ ਉੱਚ ਅਦਾਲਤ ਕਿੱਥੇ ਸਥਾਪਿਤ ਕੀਤਾ ਗਿਆ ਸੀ ਇਹ ਕਿੱਥੇ ਗਿਆ ਸੀ ਕੋਲਕਾਤਾ ਦੇ ਵਿੱਚ 1774 ਦੇ ਵਿੱਚ ਕੀਤਾ ਗਿਆ ਸੀ ਇਹ ਵੀ ਤੁਸੀ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ ਨੈਕਸਟ ਚੈਪਟਰ ਹੈ ਜਿਹੜਾ ਆਪਣਾ ਸਟਮਟ ਹ ਸਟਾਰਟ ਹੁੰਦਾ ਹੈ ਉਹ ਹੈ 12 ਨੰਬਰ ਚੈਪਟਰ ਜਿਸ ਦਾ ਨਾਮ ਹੈ ਪਿੰਡੂ ਜੀਵਨ ਤੇ ਸਮਾਜ ਪਿੰਡੂ ਜੀਵਨ ਤੇ ਸਮਾਜ ਪਹਿਲਾ ਕੁਐਸਚਨ ਹੈ ਇਸ ਦਾ ਲਾਰਡ ਕਾਰਨਵਾਲਿਸ ਨੇ 1793 ਈਸਵੀ ਦੇ ਵਿੱਚ ਬੰਗਾਲ ਅਤੇ ਬਿਹਾਰ ਦੇ ਪ੍ਰਾਂਤਾਂ ਵਿੱਚ ਭੂਮੀ ਲਗਾਨ ਲਈ ਕਿਹੜਾ ਪ੍ਰਬੰਧ ਸ਼ੁਰੂ ਕੀਤਾ ਇਸ ਦਾ ਨਾਮ ਹੈ ਸਥਾਈ ਬੰਦੋਬਸਤ ਸਥਾਈ ਬੰਦੋਬਸਤ ਸਥਾਈ ਬੰਦੋਬਸਤ ਕਰਨ ਕਿੰਨਾਂ ਨੂੰ ਭੂਮੀ ਦੇ ਮਾਲਕਾ ਬਣਾ ਦਿੱਤਾ ਗਿਆ ਇਹਨਾਂ ਨੂੰ ਬਣਾਇਆ ਗਿਆ ਬਣਾਇਆ ਗਿਆ ਜ਼ਿੰਮੇਦਾਰਾਂ ਨੂੰ ਜ਼ਿੰਮੇਦਾਰਾਂ ਨੂੰ ਭੂਮੀ ਦੇ ਮਾਲਕ ਬਣਾ ਦਿੱਤਾ ਗਿਆ ਕਰ ਨੂੰ ਇਕੱਠਾ ਕਰਨ ਦੇ ਲਈ ਯਾਨੀ ਜੋ ਟੈਕਸ ਹੁੰਦਾ ਸੀ ਉਸ ਨੂੰ ਇਕੱਠਾ ਕਰਨ ਦੇ ਲਈ ਇਹਨਾਂ ਨੂੰ ਜਿਹੜਾ ਮਾਲਕ ਹੈ ਬਣਾ ਦਿੱਤਾ ਗਿਆ ਸੀ ਜ਼ਿੰਮੇਦਾਰਾਂ ਨੂੰ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ 3 ਨੰਬਰ ਕੁਐਸਚਨ ਰੇਹਤ ਵਾਰੀ ਲਗਾਣ ਪ੍ਰਬੰਧ ਦੇ ਦੋਸ਼ਾਂ ਨੂੰ ਦੂਰ ਕਰਨ ਲਈ ਕਿਹੜਾ ਲਗਾਣ ਪ੍ਰਬੰਧ ਸ਼ੁਰੂ ਕਿੱਤਾ ਗਿਆ ਇਹ ਸੀ ਮਹਿਲਵਾਲੀ ਪ੍ਰਬੰਧਕ ਰૈયਤਵਾਰੀ ਲਗਾਨ ਪ੍ਰਬੰਧ ਦੇ ਦੋਸ਼ਾਂ ਦੋਸ਼ਾਂ ਨੂੰ ਦੂਰ ਕਰਨ ਲਈ ਕਿਹੜਾ ਲਗਾਨ ਲਗਾਇਆ ਗਿਆ ਸੀ ਇਹ ਪ੍ਰਬੰਧ ਸੀ ਜਿਸ ਦਾ ਨਾਮ ਸੀ ਮਹਿਲਵਾਲੀ ਪ੍ਰਬੰਧਕ ਕਿਸਪੋ ਮੀ ਲਗਾਨ ਪ੍ਰਬੰਧਨ ਵਿੱਚ ਕਿਸਾਨਾਂ ਨੂੰ ਜ਼ਮੀਨ ਦੇ ਮਾਲਕ ਬਣਾਇਆ ਗਿਆ ਇਹ ਸੀ ਰૈયਤਵਾਰੀ ਪ੍ਰਬੰਧ ਦੇ ਵਿੱਚ ਰૈયਤਵਾਰੀ ਪ੍ਰਬੰਧ ਦੇ ਵਿੱਚ ਜਿਹੜੇ ਕਿਸਾਨ ਸੀ ਇਹਨਾਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਗਿਆ ਸੀ ਰૈયਤਵਾਰੀ ਪ੍ਰਬੰਧ ਦੇ ਵਿੱਚ ਨੀਲ ਦੀ ਖੇਤੀ ਕਰਨ ਵਾਲੇ ਕਿਸਾਨ ਨੇ ਕਿਸਾਨਾਂ ਨੇ ਨੀਲ ਉਤਪਾਦਨ ਤੇ ਬਦਲ ਲਗਾਣ ਲਗਾਉਣ ਲਈ ਕਿਹੜਾ ਵਿਦਰੋਹ ਕੀਤਾ ਇਹ ਸੀ ਨੀਲ ਵਿਦਰੋਹ ਨੀਲ ਵਿਦਰੋਹ ਨੈਕਸਟ ਕੁਐਸਚਨ ਹੈ ਆਪਣੇ ਕੋਲ ਨੈਕਸਟ ਕੁਐਸਚਨ ਹੈ 6 ਨੰਬਰ ਕੁਐਸਚਨ 6 ਨੰਬਰ ਕੁਐਸਚਨ ਕਿਹੜਾ ਭੂਮੀ ਪ੍ਰਬੰਧ ਪਿੰਡ ਦੇ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ ਕਿਹੜਾ ਹੈ ਭੂਮੀ ਜੋ ਸੀ ਸਮੁੱਚੇ ਭਾਈਚਾਰੇ ਨਾਲ ਕੀਤਾ ਜਾਂਦਾ ਸੀ ਇਹ ਸੀ ਮਹਿਲਵਾਲੀ ਪ੍ਰਬੰਧ ਮਹਿਲਵਾਲੀ ਪ੍ਰਬੰਧ ਨੀਲ ਵਿਦਰੋਹ ਕਿਹੜੇ ਰਾਜਾਂ ਵਿੱਚ ਫੈਲਿਆ ਇਹ ਬੰਗਾਲ ਤੇ ਬਿਹਾਰ ਦੇ ਵਿੱਚ ਫੈਲਿਆ ਸੀ ਬੰਗਾਲ ਤੇ ਬਿਹਾਰ ਦੇ ਵਿੱਚ ਨੈਕਸਟ ਚੈਪਟਰ ਹਮ ਅੰਦੇ ਆਪਣੇ ਕੋਲ 13 ਨੰਬਰ ਚੈਪਟਰ ਬਸਤੀਵਾਦ ਅਤੇ ਕਬਾਈਲੀ ਸਮਾਜ ਦੇ ਬਾਰੇ ਬਸਤੀਵਾਦ ਔਰ ਕਬਾਈਲੀ ਸਮਾਜ ਦੇ ਬਾਰੇ ਪਹਿਲਾ ਕੁਸ਼ਨ ਹੈ ਆਦੀਵਾਸੀ ਲੋਕ ਜੋ ਕਬਿਲਿਆਂ ਵਿੱਚ ਰਹਿੰਦੇ ਸਨ ਉਹਨਾਂ ਦੇ ਸਮਾਜ ਨੂੰ ਕੀ ਕਿਹਾ ਜਾਂਦਾ ਹੈ ਇਹਨਾਂ ਨੂੰ ਕਿਹਾ ਜਾਂਦਾ ਹੈ ਕਬਾਈਲੀ ਸਮਾਜ ਕਬਾਈਲੀ ਸਮਾਜ ਕਬਾਈਲੀ ਸਮਾਜ ਦਾ ਸਭ ਤੋਂ ਵੱਡਾ ਹਿੱਸਾ ਕਿਹੜੇ ਰਾਜਾਂ ਵਿੱਚ ਰਹਿੰਦਾ ਸੀ ਇਹ ਰਹਿੰਦਾ ਸੀ ਰਾਜਸਥਾਨ ਗੁਜਰਾਤ ਬਿਹਾਰ ਉੜੀਸ਼ਾ ਤੇ ਮਧ ਪ੍ਰਦੇਸ਼ ਵਿੱਚ ਰਾਜਸਥਾਨ ਗੁਜਰਾਤ ਬਿਹਾਰ ਉੜੀਸ਼ਾ ਤੇ ਮਧ ਪ੍ਰਦੇਸ਼ ਵਿੱਚ ਉੱਤਰ ਪੂਰਬੀ ਖੇਤਰ ਵਿੱਚ ਸਭ ਤੋਂ ਪਹਿਲਾਂ ਕਿਸ ਕਬੀਲੇ ਦੁਆਰਾ ਵਿਦਰੋਹ ਕੀਤਾ ਗਿਆ ਇਹ ਕੀਤਾ ਗਿਆ ਖਾਸੀਸ ਕਬੀਲੇ ਦੁਆਰਾ ਖਾਸੀਸ ਕਬੀਲੇ ਦੁਆਰਾ ਛੋਟਾ ਨਾਗਪੁਰ ਇਲਾਕੇ ਵਿੱਚ ਸਭ ਤੋਂ ਪਹਿਲਾਂ ਪਹਿਲਾਂ ਕਿਹੜੇ ਕਬੀਲੇ ਦੇ ਲੋਕਾਂ ਦੁਆਰਾ ਅੰਗਰੇਜ਼ਾਂ ਵਿਰੁੱਧ ਵਿਦਰੋਹ ਸਟਾਰਟ ਕੀਤਾ ਗਿਆ ਇਹ ਸੀ ਕੋਲ ਕਬੀਲੇ ਦੁਆਰਾ ਕੋਲ ਕਬੀਲੇ ਦੁਆਰਾ ਸਟਾਰਟ ਕੀਤਾ ਗਿਆ ਸੀ 1820 ਦੇ ਵਿੱਚ ਕਬਾਈਲੀ ਮੁੰਡਾ ਕਬੀਲੇ ਦੇ ਲੋਕ ਕਿਸ ਵਿਅਕਤੀ ਨੂੰ ਪਰਮਾਤਮਾ ਦਾ ਦੂਤ ਮੰਨਦੇ ਸੀ ਇਹ ਮੰਨਦੇ ਸੀ ਬਿਰਸਾ ਮੁੰਡਾ ਨੂੰ ਬਿਰਸਾ ਮੁੰਡਾ ਨੂੰ ਮੰਨਦੇ ਸੀ ਜੋ ਕਬੀਲੇ ਦੇ ਲੋਕ ਹੁੰਦੇ ਸੀ ਇਹ ਪਰਮਾਤਮਾ ਦਾ ਦੂਤ ਮੰਨਦੇ ਸੀ ਬਿਰਸਾ ਮੁੰਡਾ ਨੂੰ ਇਹ ਚਾਰ ਖੰਡ ਦੇ ਵਿੱਚ ਇਹ ਬਿਲੋਂਗ ਕਰਦੇ ਨੇ ਚਾਰ ਖੰਡ ਤੋਂ ਜੋ ਕਿ ਬਿਰਸਾ ਮੁੰਡਾ ਸੀ ਛੋਟਾ ਨਾਗਪੁਰ ਇਲਾਕੇ ਦੇ ਖਰੋਧ ਕਬੀਲੇ ਦੇ ਲੋਕਾਂ ਨੇ ਅੰਗਰੇਜ਼ਾਂ ਵਿਰੁੱਧ ਵਿਰੋਧ ਵਿਰੋਧ ਸਟਾਰਟ ਕੀਤਾ ਸੀ ਕਦੋਂ ਕੀਤਾ ਸੀ ਇਹ ਕੀਤਾ ਸੀ 1846 ਸੀਵੀ ਦੇ ਵਿੱਚ 1846 ਦੇ ਵਿੱਚ ਗੋੜਪੀਲ ਸੰथाल ਤੇ ਮिजੋ ਕਬੀਲੇ ਵਿੱਚੋਂ ਕਿਸ ਕਬੀਲੇ ਦੀ ਗਿਣਤੀ ਸਭ ਤੋਂ ਵੱਧ ਹੈ ਇਹ ਹੈ ਗੋੜ ਗੋੜ ਕਬੀਲਾ ਗੋੜ ਕਬੀਲਾ ਨੈਕਸਟ ਕੁਐਸਚਨ ਹੈ ਆਪਣੇ ਨੈਕਸਟ ਚੈਪਟਰ ਆਪਣੇ ਕੋਲ 14 ਨੰਬਰ ਚੈਪਟਰ ਦਸਤਕਾਰੀ ਅਤੇ ਉਦਯੋਗ ਦੇ ਬਾਰੇ ਇਹ ਚੈਪਟਰ ਹੈ ਪਹਿਲਾ ਕੁਐਸਚਨ ਹੈ ਇਸ ਦੇ ਵਿੱਚ 1834ਵੀਂ ਵਿੱਚ ਟੀ ਕੰਪਨੀ ਦੀ ਸਥਾਪਨਾ ਕਿੱਥੇ ਕੀਤੀ ਗਈ 1834 ਦੇ ਵਿੱਚ ਇਹ ਟੀ ਕੰਪਨੀ ਬਣਾਈ ਗਈ ਸੀ ਅਸਾਮ ਦੇ ਵਿੱਚ ਅਸਾਮ ਬਨਾਉਟੀ ਨੀਲ ਕਦੋਂ ਤਿਆਰ ਹੋਣ ਲੱਗਾ ਬਨਾਉਟੀ ਨੀਲ ਜੋ ਹੈ ਇਹ ਤਿਆਰ ਹੋਣਾ ਲੱਗਾ ਸੀ 1879 ਦੇ ਵਿੱਚ 1879 ਵੀ ਦੇ ਵਿੱਚ ਭਾਰਤ ਵਿੱਚ ਜੁਲਾਹਿਆਂ ਦੁਆਰਾ ਕਪੜਾ ਤਿਆਰ ਕਰਨ ਲਈ ਪਹਿਲਾ ਪਹਿਲਾ ਕਿਸ ਚੀਜ਼ ਦੀ ਵਰਤੋਂ ਕੀਤੀ ਜਾਂਦੀ ਸੀ ਇਹ ਕੀਤੀ ਜਾਂਦੀ ਸੀ ਕਾਹ ਦੇ ਰੇਸ਼ਿਆਂ ਦੀ ਕਾਹ ਦੇ ਰੇਸ਼ਿਆਂ ਦੀ ਨੈਕਸਟ ਕੁਐਸਚਨ ਹੈ ਆਪਣੇ ਕੋਲ ਫੋਰਥ ਨੰਬਰ ਕੁਐਸਚਨ ਪਾਟਸਨ ਉਦਯੋਗ ਦਾ ਪਹਿਲਾ ਕਾਰਖਾਨਾ ਕਦੋਂ ਤੇ ਕਿੱਥੇ ਸਥਾਪਿਤ ਕੀਤਾ ਗਿਆ ਪਹਿਲਾ ਕਾਰਖਾਨਾ ਬਣਾਇਆ ਗਿਆ ਸੀ ਸੈਰਮਪੁਰ ਜੋ ਕਿ ਇੱਕ ਪਲੇਸ ਆਫ ਬੰਗਾਲ ਦੇ ਵਿੱਚ 1854 ਦੇ ਵਿੱਚ ਇਹ ਬਣਾਇਆ ਗਿਆ ਸੀ ਪਰਸਨ ਦੇ ਉਦਯੋਗ ਵਿੱਚ ਕਿਹੜੀਆਂ ਵਸਤੂਆਂ ਤਿਆਰ ਕੀਤੀਆਂ ਜਾਂਦੀਆਂ ਸਨ ਇਹ ਚੀਜ਼ਾਂ ਨੇ ਜੋਨੇ ਵਸਤੂਆਂ ਬੋਰੀਆਂ ਟਾਟ ਤੇ ਗਲਿਚੇ ਬੋਰੀਆਂ ਟਾਟ ਤੇ ਗਲਿਚੇ ਭਾਰਤੀ ਲੱਗੂ ਉਦਯੋਗ ਦੁਆਰਾ ਉਦਯੋਗਾਂ ਦੁਆਰਾ ਤਿਆਰ ਕੀਤੀਆਂ ਗਿਆ ਵਸਤਾਂ ਦੀ ਕੀਮਤ ਵੱਧ ਕਿਉਂ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਤਿਆਰ ਕਰਨ ਲਈ ਵੱਧ ਮਿਹਨਤ ਕਰਨੀ ਪੈਂਦੀ ਸੀ ਇਸ ਲਈ ਇਹਨਾਂ ਦੀ ਕੀਮਤ ੜੀ ਜ਼ਿਆਦਾ ਹੁੰਦੀ ਸੀ ਨੈਕਸਟ ਕੁਐਸਚਨ ਹੈ 7 ਨੰਬਰ ਕੁਐਸਚਨ ਭਾਰਤ ਦੇ ਵਿੱਚ ਕੌਫੀ ਦਾ ਪਹਿਲਾ ਬਾਗ ਕਦੋਂ ਤੇ ਕਿੱਥੇ ਲਗਾਇਆ ਗਿਆ ਪਹਿਲਾ ਬਾਗ ਲਗਾਇਆ ਗਿਆ ਸੀ 1840 ਦੇ ਵਿੱਚ ਦੱਖਣੀ ਭਾਰਤ ਦੇ ਵਿੱਚ ਲਗਾਇਆ ਗਿਆ ਸੀ ਪਹਿਲਾ ਕੌਫੀ ਦਾ ਜਿਹੜਾ ਬਾਗ ਲਗਾਇਆ ਗਿਆ ਸੀ 8 ਨੰਬਰ ਕੁਐਸਚਨ ਵਿੱਚ ਪੁੱਛਿਆ ਗਿਆ ਹੈ ਅੰਗਰੇਜ਼ੀ ਰਾਜ ਤੋਂ ਪਹਿਲਾਂ ਭਾਰਤੀ ਪਿੰਡੂ ਲੋਕਾਂ ਦੇ ਮੁੱਖ ਕਿਤੇ ਕਿਹੜੇ ਸਨ ਜਾਂ ਲੋਕਾਂ ਦੀ ਆਰਥਿਕ ਆਰਥਿਕਤਾ ਦਾ ਆਧਾਰ ਕੀ ਸੀ ਖੇਤੀਬਾੜੀ ਤਰਖਾਨ ਕੰਮ ਦਰਜੀ ਮੋਚੀ ਜੁਲਾਹਾ ਆਦ ਇਹ ਸਾਰੇ ਕੰਮ ਸੀ ਜੋ ਪੁਰਾਣੇ ਤਾਂ ਦੇ ਵਿੱਚ ਸੀ ਲੋਕਾਂ ਦੇ ਕਿਸਾਨਾਂ ਦੇ ਰਾਜ ਤੋਂ ਪਹਿਲਾਂ ਦੇ ਵਿੱਗਾ ਕਿਸ ਨੂੰ ਕਹਿੰਦੇ ਹਨ ਜ਼ਮੀਨ ਨੂੰ ਮਾਪਣ ਦੀ ਇੱਕ ਇਕਾਈ ਹੈ ਜਿਸ ਨੂੰ ਬੋਲਦੇ ਨੇ ਵਿੱਗਾ ਵਿੱਗਾ ਜ਼ਮੀਨ ਨੂੰ ਮਾਪਣ ਦੀ ਇੱਕ ਇਕਾਈ ਨੈਕਸਟ ਚੈਪਟਰ ਹੁੰਦਾ ਆਪਣੇ ਕੋਲ 15 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ 1857 ਦਾ ਵਿਦਰੋਹ ਪਹਿਲਾ ਕੁਐਸਚਨ ਹੈ ਇਸ ਦੇ ਵਿੱਚ ਇਤਿਹਾਸਕਾਰ ਸਵਰਕਰ ਅਤੇ ਅਸ਼ੋਕ ਮਹਿਤਾ ਨੇ 1857 ਈਸਵੀ ਦੇ ਵਿਦਰੋਹ ਨੂੰ ਕੀ ਨਾਮ ਦਿੱਤਾ ਇਹ ਦਿੱਤਾ ਸੁਤੰਤਰਤਾ ਸੰਗਰਾਮ ਸੁਤੰਤਰਤਾ ਸੰਗਰਾਮ ਜੋਨ ਲਾਰੈਂਸ ਅਤੇ ਜਾਨ ਸਿਲੇ ਨੇ 1857 ਇਸਵੀ ਦੇ ਵਿਦਰੋਹ ਨੂੰ ਕੀ ਨਾਮ ਦਿੱਤਾ ਇਹਨਾਂ ਨੇ ਨਾਮ ਦਿੱਤਾ ਸੈਨਿਕ ਵਿਦਰੋਹ ਸੈਨਿਕ ਵਿਦਰੋਹ ਨੈਕਸਟ ਕਵਸ਼ਨ ਹੈ 3 ਨੰਬਰ ਕਵਸ਼ਨ ਨਾਨਾ ਸਾਹਿਬ ਅੰਗਰੇਜ਼ਾਂ ਦੇ ਵਿਰੋਧਕ ਕਿਉਂ ਹੋਏ ਕਿਉਂਕਿ ਲਾਰਡ ਦਲਹੌਜੀ ਨੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਸੀ ਇਸ ਕਰਕੇ ਅੰਗਰੇਜ਼ਾਂ ਦੇ ਵਿਰਧ ਹੋ ਗਏ ਸੀ ਜੋ ਨਾਨਾ ਸਾਹਿਬ ਸੀ ਇਹ ਕਾਨਪੁਰ ਤੋਂ ਇਹਨਾਂ ਨੇ ਬੇਸਿਕਲੀ ਇਹ ਸਟਾਰਟ ਕੀਤੀ ਸੀ ਜੋ ਬੈਟਲ ਸਟਾਰਟ ਕੀਤੀ ਸੀ ਜੋ 1857 ਦੇ ਵਿੱਚ ਰੀਵੋਲਟ ਸਟਾਰਟ ਕੀਤੀ ਗਈ ਸੀ ਕਾਨਪੁਰ ਤੋਂ ਸਟਾਰਟ ਕੀਤੀ ਸੀ ਨਾਨਾ ਸਾਹਿਬ ਨੇ ਜੇਕਰ ਕੋਈ ਭਾਰਤੀ ਰਾਜਾ ਸੰਤਾਨਹਨ ਮਰ ਜਾਂਦਾ ਸੀ ਤਾਂ ਉਸ ਦੇ ਦੁਆਰਾ ਗੋਦ ਲਏ ਪੁੱਤਰ ਨੂੰ ਅੰਗਰੇਜ਼ ਦੁਆਰਾ ਉਸ ਦਾ ਉੱਤਧਿਕਾਰੀ ਕਿਉਂ ਨਹੀਂ ਮੰਨਦੇ ਸਨ ਇਸ ਨੀਤੀ ਨੂੰ ਕੀ ਨਾਮ ਦਿੱਤਾ ਗਿਆ ਇਸ ਨੂੰ ਦਿੱਤਾ ਗਿਆ ਲੈਪਸ ਦੀ ਨੀਤੀ ਲੈਪਸ ਦੀ ਨੀਤੀ ਨੈਕਸਟ ਕੁਐਸਚਨ ਹੈ 5ਵਾਂ ਨੰਬਰ ਕੁਐਸਚਨ ਲੈਪਸ ਨੀਤੀ ਕਿਹੜੇ ਗਵਰਨਰ ਜਨਰਲ ਦੁਆਰਾ ਚਲਾਈ ਗਈ ਸੀ ਇਸ ਨੂੰ ਸਟਾਰਟ ਕੀਤਾ ਗਿਆ ਸੀ ਲਾਰਡ ਲਹੋਜੀ ਦੁਆਰਾ ਲਾਰਡ ਲਹੋਜੀ ਦੁਆਰਾ 1857 ਦੇ ਵਿਦਰੋਹ ਤੋਂ ਬਾਅਦ 1 ਨਵੰਬਰ 1958 ਨੂੰ ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੁਆਰਾ ਭਾਰਤੀਆਂ ਨੂੰ ਦਿੱਤੀਆਂ ਕੋਈ 2 ਹੁਲਤਾਂ ਦੱਸੋ ਭਾਰਤੀਆਂ ਨੂੰ ਯੋਗਤਾ ਦੇ ਅਧਿਕਾਰ ਤੇ ਸਰਕਾਰੀ ਨੌਕਰੀਆਂ ਤੇ ਲਗਾਉਣਾ ਇਹ ਜਿਹੜੀ ਸੋਹਤ ਦਿੱਤੀ ਗਈ ਸੀ ਮਹਾਰਾਣੀ ਵਿਕਟੋਰੀਆ ਦੁਆਰਾ ਦਿੱਤੀ ਗਈ ਸੀ ਭਾਰਤੀਆਂ ਨੂੰ ਪ੍ਰਸ਼ਾਸਨ ਵਿੱਚ ਉੱਚੇ ਅਹੁਦਿਆਂ ਤੇ ਲਗਾਉਣਾ ਇਹ ਦੋ ਫੈਸਿਲਿਟੀਆਂ ਦਿੱਤੀਆਂ ਗਈਆਂ ਸੀ ਮਹਾਰਾਣੀ ਦੇ ਦੁਆਰਾ ਜੋ ਕਿ ਵਿਕਟੋਰੀਆ ਮਹਾਰਾਣੀ ਭਾਰਤ ਦੇ ਵਿੱਚ ਆਈ ਸੀ ਨੈਕਸਟ ਕੁਐਸਚਨ ਹੈ ਆਪਣੇ ਕੋਲ 7th ਨੰਬਰ ਕੁਐਸਚਨ ਨੈਕਸਟ ਕੁਐਸਚਨ ਹੈ 7ਥ ਨੰਬਰ ਕੁਐਸਚਨ ਅਵਦ ਅੱਜਕੱਲ ਉੱਤਰ ਪ੍ਰਦੇਸ਼ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਸ਼ਾਮਿਲ ਕੀਤਾ ਗਿਆ ਇਸ ਨੂੰ ਅੰਗਰੇਜ਼ੀ ਵਿੱਚ ਸ਼ਾਮਿਲ ਕੀਤਾ ਗਿਆ 1856 ਈਸਵੀ ਦੇ ਵਿੱਚ 1856 ਈਸਵੀ ਦੇ ਵਿੱਚ 1857 ਈਸਵੀ ਦੇ ਵਿਦਰੋਹ ਸਮੇਂ ਲਖਨਊ ਕਿਹੜੇ ਰਾਜ ਦੀ ਰਾਜਧਾਨੀ ਸੀ ਇਹ ਰਾਜਧਾਨੀ ਸੀ ਅਵਦ ਸੀ ਜੋ ਅਵਦ ਸੀ ਇਸ ਇਲਾਕੇ ਦੀ ਜੋ ਰਾਜਧਾਨੀ ਸੀ ਉਹ ਸੀ ਲਖਨਊ ਜਦੋਂ 1857 ਦਾ ਜਿਹੜਾ ਵਿਦਰੋਹ ਜਿਹੜਾ ਚੱਲ ਰਿਹਾ ਸੀ ਅਵਦ ਦੀ ਰਾਜਧਾਨੀ ਸੀ ਲਖਨਊ ਨੈਕਸਟ ਕੁਐਸਚਨ ਹੈ 9ਥ ਨੰਬਰ ਕੁਐਸਚਨ ਅੰਗਰੇਜ਼ੀ ਸੈਨਾ ਵਿੱਚ ਭਾਰਤੀ ਸੈਨਿਕ ਵੱਧ ਤੋਂ ਵੱਧ ਕਿਸ ਅਹੁਦੇ ਤੱਕ ਪਹੁੰਚ ਸਕਦੇ ਸੀ ਇਹ ਪਹੁੰਚ ਸਕਦੇ ਸਨ ਸੂਬੇਦਾਰ ਤੱਕ ਸੂਬੇਦਾਰ ਤੱਕ ਲord ਵਿਲੀਅਮ ਵੈਂਟੇ ਦੇ ਦੁਆਰਾ ਪਾਸ ਦੀ ਸਮਾਜ ਵਿੱਚ ਕੀਤਾ ਗਿਆ ਕੋਈ ਇੱਕ ਸੁਧਾਰ ਦੱਸੋ ਇਹ ਹੈ ਸਤੀ ਪ੍ਰਥਾ ਨੂੰ ਬੰਦ ਕਰਨਾ ਸਤੀ ਪ੍ਰਥਾ ਨੂੰ ਬੰਦ ਕਰਨਾ ਜੋ ਕਿ ਸੁਧਾਰ ਕੀਤਾ ਗਿਆ ਸੀ ਲord ਵਿਲੀਅਮ ਵੈਂਟੇ ਦੇ ਦੁਆਰਾ ਕੀਤਾ ਗਿਆ ਸੀ 1857 ਈਸਵੀ ਦੇ ਵਿਦਰੋਹ ਦੇ ਪੰਜਾਬ ਵਿੱਚ ਕਿਹੜੇ ਕੇਂਦਰ ਸਨ ਪੰਜਾਬ ਦੇ ਵਿੱਚ 1857 ਦੇ ਵਿੱਚ ਜੋ ਰਿਵੋਲਟ ਸੀ ਉਸ ਸਮੇਂ ਜੋ ਕੇਂਦਰ ਸਨ ਉਹ ਕਿਹੜੇ-ਕਿਹੜੇ ਸੀ ਫਿਰੋਜ਼ਪੁਰ ਪਿਸ਼ਾਵਰ ਜਲੰਧਰ ਫਿਰੋਜ਼ਪੁਰ ਪਿਸ਼ਾਵਰ ਔਰ ਜਲੰਧਰ ਨੈਕਸਟ ਕੁਐਸਚਨ ਹੈ ਆਪਣੇ ਕੋਲ 12 ਨੰਬਰ ਕੁਐਸਚਨ 1857 ਈਸਵੀ ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਨੇ ਕਿਹੜੀ ਨੀਤੀ ਅਪਣਾਉਣੀ ਸ਼ੁਰੂ ਕਰ ਦਿੱਤੀ ਪਾੜੋ ਅਤੇ ਰਾਜ ਕਰੋ ਯਾਨੀ ਇੰਡੀਅਨ ਜੋ ਸੀ ਇਹਨਾਂ ਨੂੰ ਆਪਸੇ ਵਿੱਚ ਫੜਿਆ ਗਿਆ ਔਰ ਇਹਨਾਂ ਦੇ ਉੱਪਰ ਰਾਜ ਕੀਤਾ ਗਿਆ ਇਹੇ ਨੀਤੀ ਅਪਣਾਈ ਗਈ ਸੀ ਬ੍ਰਿਟਿਸ਼ਰਜ਼ ਦੇ ਦੁਆਰਾ ਅੰਗਰੇਜ਼ਾਂ ਦੇ ਦੁਆਰਾ 1857 ਦੇ ਰਿਵੋਲਟ ਤੋਂ ਬਾਅਦ ਚਰਬੀ ਵਾਲੇ ਕਾਰਤੂਸ ਵਾਲੀ ਕਟਨਾ ਕਿਹੜੀ ਸ਼ਾਹਉਣੀ ਵਿੱਚ ਵਾਪਰੀ ਇਹ ਬੈਰਕਪੁਰ ਸ਼ਾਹਉਣੀ ਦੇ ਵਿੱਚ ਵਾਪਰੀ ਸੀ ਚਰਗੀ ਚਰਬੀ ਵਾਲੇ ਕਾਰਤੂਸ ਵਾਲੀ ਕਟਨਾ ਬੈਰਕਪੁਰ ਨੈਕਸਟ ਚੈਪਟਰ ਹੁੰਦਾ ਆਪਣੇ ਕੋਲ ਸਿੱਖਿਆ ਤੇ ਅੰਗਰੇਜ਼ੀ ਰਾਜ ਪਹਿਲਾ ਕੁੱਸ਼ਨ ਹੈ 1835ਵੀਂ ਵਿੱਚ ਭਾਰਤ ਦੇ ਵਿੱਚ ਸਿੱਖਿਆ ਦੇ ਸੁਧਾਰ ਲਈ ਬਣਾਈ ਗਈ ਕਮੇਟੀ ਦਾ ਦੇ ਪ੍ਰਧਾਨ ਕੌਣ ਸੀ ਇਸ ਕਮੇਟੀ ਦੇ ਜਿਹੜੇ ਪ੍ਰਧਾਨ ਬਣੇ ਸੀ ਉਹ ਬਣੇ ਸੀ ਲੋਰਡ ਮੈਕੋਲੇ ਬਣੇ ਸੀ ਲੋਰਡ ਮੈਕੋਲੇ ਸੈਕੰਡ ਨੰਬਰ ਕੁੱਸ਼ਨ ਹੈ ਆਪਣੇ ਕੋਲ ਲੋਰਡ ਮੈਕੋਲੇ ਨੇ ਕਿਹੜੀ ਸਿੱਖਿਆ ਦੇ ਪੱਖ ਵਿੱਚ ਫੈਸਲਾ ਕੀਤਾ ਇਹਨਾਂ ਨੇ ਸਿੱਖਿਆ ਵਿੱਚ ਫੈਸਲਾ ਕੀਤਾ ਸੀ ਪੱਖ ਵਿੱਚ ਪੱਛਮੀ ਸਿੱਖਿਆ ਦੇ ਪੱਛਮੀ ਸਿੱਖਿਆ ਦੇ 19ਵੀਂ ਸਦੀ ਦੇ 19ਵੀਂ ਸਦੀ ਵਿੱਚ ਇਸਲਾਮ ਸਮਾਜ ਅਤੇ ਧਰਮ ਵਿੱਚ ਸੁਧਾਰ ਕਰਨ ਲਈ ਅਲੀਗੜ੍ਹ ਅੰਦੋਲਨ ਕਿਸ ਨੇ ਚਲਾਇਆ ਇਹ ਅੰਦੋਲਨ ਚਲਾਇਆ ਸੀ ਸਰ ਸੈਦ ਅਹਿਮਦ ਖਾਨ ਨੇ ਸਰ ਸੈਦ ਅਹਿਮਦ ਖਾਨ ਨੇ ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲੇ ਦੀ ਪਹਿਲੀ ਚਾਂਸਲਰ ਕੌਣ ਸੀ ਅਲੀਗੜ੍ਹ ਮੁਸਲਿਮ ਵਿਸ਼ਵ ਵਿਦਿਆਲੇ ਜੋ ਸੀ ਇਸ ਦੀ ਪਹਿਲੀ ਜੋ ਚਾਂਸਲਰ ਬਣੀ ਸੀ ਉਹ ਬਣੀ ਸੀ ਸੁਲਤਾਨ ਜਹਾਂ ਬੇਗਮ ਸੁਲਤਾਨ ਜਹਾਂ ਬੇਗਮ ਰਾਮਾ ਕ੍ਰਿਸ਼ਨ ਮਿਸ਼ਨ ਦੀ ਸਥਾਪਨਾ ਕਿਸ ਨੇ ਕੀਤੀ? ਰਾਮਾ ਮਿਸ਼ਨ ਕ੍ਰਿਸ਼ਨ ਮਿਸ਼ਨ ਜੋ ਥੀ ਇਸ ਨੂੰ ਸਟਾਰਟ ਕੀਤਾ ਸੀ ਸਵਾਮੀ ਵਿਵੇਕਾਨੰਦ ਨੇ। ਸਵਾਮੀ ਵਿਵੇਕਾਨੰਦ 1928 ਵੀ ਵਿੱਚ ਕਿਹੜੀ ਕਮੇਟੀ ਦੀ ਸਿਫਾਰਿਸ਼ ਦੁਆਰਾ ਪ੍ਰਾਇਮਰੀ ਸਿੱਖਿਆ ਨੂੰ ਲਾਜ਼ਮੀ ਕੀਤਾ ਗਿਆ? ਇਹ ਸੀ ਹਰਤੋਗ ਕਮੇਟੀ ਦੀ ਸਿਫਾਰਿਸ਼ ਦੁਆਰਾ। ਹਰਤੋਗ ਕਮੇਟੀ ਦੀ ਸਿਫਾਰਿਸ਼ ਦੁਆਰਾ ਅੰਗਰੇਜ਼ਾਂ ਦੁਆਰਾ ਚਲਾਈ ਗਈ ਸਿੱਖਿਆ ਪ੍ਰਣਾਲੀ ਅਧੀਨ ਕਿਹੜੀ ਭਾਸ਼ਾ ਦੀ ਸਿੱਖਿਆ ਤੇ ਜ਼ਿਆਦਾ ਜ਼ੋਰ ਦਿੱਤਾ ਗਿਆ? ਇਹ ਸੀ ਅੰਗਰੇਜ਼ੀ ਭਾਸ਼ਾ। ਅੰਗਰੇਜ਼ੀ ਭਾਸ਼ਾ 1915 ਵਿੱਚ ਈਸਟ ਇੰਡੀਆ ਕੰਪਨੀ ਦੇ ਮਦਰਾਸ ਵਿੱਚ ਕਿਹੜਾ ਸਕੂਲ ਖੁੱਲਿਆ ਗਿਆ ਏ ਸੀ ਸੈਂਟ ਮੈਰੀ ਚੈਰਿਟੀ ਸਕੂਲ ਸੈਂਟ ਮੈਰਿਟ ਚੈਰਿਟੀ ਸਕੂਲ ਨੈਕਸਟ ਕੁਐਸਚਨ ਹੈ 9 ਨੰਬਰ ਕੁਐਸਚਨ ਰਾਜਾ ਰਾਮ ਮੋਹਨ ਰాయ ਨੇ ਵਿਆਕਰਨ ਭੂਗੋਲ ਖਗੋਲ ਵਿਗਿਆਨ ਅਤੇ ਬੀਜਗਣਿਤ ਦੀਆਂ ਪੁਸਤਕ ਕਿਹੜੀ ਭਾਸ਼ਾ ਵਿੱਚ ਲਿਖੀਆਂ ਇਹ ਭਾਸ਼ਾ ਹੈ ਬੰਗਾਲੀ ਭਾਸ਼ਾ ਬੰਗਾਲੀ ਭਾਸ਼ਾ ਭਾਰਤ ਵਿੱਚ ਡੀਏਵੀ ਸਿੱਖਿਆ ਸੰਸਥਾਵਾਂ ਕਿਸ ਦੀ ਯਾਦ ਵਿੱਚ ਸਥਾਪਿਤ ਕੀਤੀਆਂ ਗਈਆਂ ਇਹ ਕਿਤੇ ਗਿਆ ਸਵਾਮੀ ਦਿਆਨੰਦ ਸਰਸਵਤੀ ਦੀ ਯਾਦ ਦੇ ਵਿੱਚ ਸਵਾਮੀ ਦਿਆਨੰਦ ਦੀ ਯਾਦ ਦੇ ਵਿੱਚ ਨੈਕਸਟ ਚੈਪਟਰ ਹੁੰਦਾ ਆਪਣੇ ਕੋਲ ਇਸਤਰੀਆਂ ਅਤੇ ਸੁਧਾਰ 17ਵਾਂ ਨੰਬਰ ਚੈਪਟਰ ਹੈ ਅੰਗਰੇਜ਼ਾਂ ਵੱਲੋਂ ਅੰਗਰੇਜ਼ਾਂ ਕੋਲੋਂ ਹਿੰਦੂ ਪੁਨਰ ਵਿਆਹ ਕਾਨੂੰਨ ਕਿਸ ਦੇ ਯਤਨਾਂ ਸਦਕਾ ਪਾਸ ਕਰਵਾਇਆ ਗਿਆ ਇਹ ਸੀ ਈਸ਼ਵਰ ਚੰਦਰ ਵਿਦਿਆ ਸਾਗਰ ਦੁਆਰਾ ਇਹ ਜਿਹੜਾ ਅੰਗਰੇਜ਼ਾਂ ਕੋਲੋਂ ਪਾਸ ਕਰਵਾਇਆ ਗਿਆ ਸੀ ਪੁਨਰ ਵਿਆਹ ਕਾਨੂੰਨ ਜਿਹੜਾ ਪਾਸ ਕਰਵਾਇਆ ਗਿਆ ਸੀ ਲੋਕ ਪਾਸ ਕਰਵਾਇਆ ਗਿਆ ਸੀ ਈਸ਼ਵਰ ਚੰਦਰ ਵਿਦਿਆ ਸਾਗਰ ਨੇ ਬਹੁਤ ਹੀ ਛੋਟੀ ਉਮਰ ਵਿੱਚ ਵਿਆਹ ਕਰਨ ਦੀ ਪ੍ਰਥਾ ਨੂੰ ਕੀ ਕਹਿੰਦੇ ਹਨ ਉਸ ਨੂੰ ਕਹਿੰਦੇ ਨੇ ਬਲ ਵਿਆਹ ਬਲ ਵਿਆਹ ਬਲ ਵਿਆਹ ਸਤੀ ਪ੍ਰਥਾ ਜਾਤੀ ਪ੍ਰਥਾ ਪਰਨਨ ਹੱਤਿਆ ਨੂੰ ਸਮੋਹਿਕ ਰੂਪ ਵਿੱਚ ਕੀ ਆਖਿਆ ਜਾਂਦਾ ਹੈ ਇਹਨਾਂ ਨੂੰ ਬੋਲਿਆ ਜਾਂਦਾ ਸਮਾਜਿਕ ਬੁਰਾਈਆਂ ਸਮਾਜਿਕ ਬੁਰਾਈਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਤਹਿਜੀਬ ਉਲ ਇਕਲਾਕ ਅਖਬਾਰ ਕਿਸ ਨੇ ਕੱਢਿਆ ਇਹ ਅਖਬਾਰ ਕੱਢਿਆ ਸੀ ਸਰ سید ਅਹਿਮਦ ਖਾਨ ਨੇ ਸਰ سید ਅਹਿਮਦ ਖਾਨ ਨੇ ਅੰਗਰੇਜ਼ਾਂ ਵਿਰੁੱਧ ਨਾਮ ਮੇਲਵਰਤਨ ਆਹ ਸਵਦੇਸ਼ੀ ਅਤੇ ਬਾਈਕਾਟ ਅੰਦੋਲਨ ਸਭ ਤੋਂ ਪਹਿਲਾਂ ਕਿਸ ਨੇ ਸ਼ੁਰੂ ਕੀਤਾ ਇਸ ਨੂੰ ਸਟਾਰਟ ਕੀਤਾ ਸੀ ਨਾਮਤਾਰੀ ਮੁਖੀ ਸਤਿਗੁਰੂ ਬਾਬਾ ਰਾਮ ਸਿੰਘ ਜੀ ਨੇ ਨਾਮਤਾਰੀ ਮੁਖੀ ਸਤਿਗੁਰੂ ਬਾਬਾ ਰਾਮ ਸਿੰਘ ਜੀ ਨੇ ਇਹ ਜਿਹੜਾ ਅੰਦੋਲਨ ਸਟਾਰਟ ਕੀਤਾ ਸੀ ਬ੍ਰਿਟਿਸ਼ਸ ਦੇ ਅਗੇਂਸਟ ਕੀਤਾ ਸੀ ਮਿਲਵਰਤਨ ਨਾ ਮਿਲਵਰਤਨ ਸਵਦੇਸ਼ੀ ਔਰ ਬਾਈਕਾਟ ਅੰਦੋਲਨ ਇਹ ਸਟਾਰਟ ਕੀਤਾ ਸੀ ਰਾਮ ਸਿੰਘ ਜੀ ਨੇ ਬਾਬਾ ਰਾਮ ਸਿੰਘ ਜੀ ਨੇ ਨੈਕਸਟ ਕੁਐਸਚਨ ਹੈ 6 ਨੰਬਰ ਕੁਐਸਚਨ ਸਿੱਖ ਧਰਮ ਅਤੇ ਸਮਾਜ ਵਿੱਚੋਂ ਬੁਰਾਈਆਂ ਨੂੰ ਖਤਮ ਕਰਨ ਲਈ 1873 ਈਸਵੀ ਵਿੱਚ ਮੰਜੀ ਸਾਹਿਬ ਵੱਲੇ ਵਿਖੇ ਸਿੰਘ ਸਭਾ ਲਹਿਰ ਦੀ ਨਹੀਂ ਰੱਖੀ ਗਈ ਇਸ ਦੇ ਪਹਿਲੇ ਪ੍ਰਧਾਨ ਕੌਣ ਸਨ ਇਸ ਦੇ ਪਹਿਲੇ ਪ੍ਰਧਾਨ ਬਣਾਇਆ ਗਿਆ ਸੀ ਸਰਦਾਰ ਠਾਕੁਰ ਸਿੰਘ ਸੰਦੇਵਾਲੀਆ ਨੂੰ ਸਰਦਾਰ ਠਾਕੁਰ ਸਿੰਘ ਸੰਦੇਵਾਲੀਆ ਵਿਧਵਾ ਪੁਨਰ ਵਿਆਹ ਐਕਟ ਕਦੋਂ ਪਾਸ ਕੀਤਾ ਗਿਆ ਇਹ ਕੀਤਾ ਗਿਆ 1856 ਦੇ ਵਿੱਚ 1856 ਦੇ ਵਿੱਚ 8ਥ ਨੰਬਰ ਕੁਸ਼ਨ ਦੇ ਵਿੱਚ ਪੁੱਛਿਆ ਗਿਆ ਹੈ 19ਵੀਂ ਸਦੀ ਦੇ ਉਸ ਸਮਾਜ ਸੁਧਾਰਕ ਦਾ ਨਾਮ ਦੱਸੋ ਜਿਸ ਨੇ ਇਸ ਤਰ੍ਹਾਂ ਦੀ ਹਾਲਤ ਸੁਧਾਰਨ ਲਈ ਨਵੀਂ ਜਾਤੀ ਦੀਆਂ ਲੜਕੀਆਂ ਦੇ ਲਈ ਪੁਨੇ ਅ ਵਿਕੇ ਸਕੂਲ ਖੋਲਿਆ ਏ ਸੀ ਮਹਾਤਮਾ ਜੋਤੀਬਾ ਫੁੱਲੇ ਮਹਾਤਮਾ ਜੋਤੀਬਾ ਫੁੱਲੇ ਨੈਕਸਟ ਕੁਐਸਚਨ ਹੈ 9 ਨੰਬਰ ਕੁਐਸਚਨ 19ਵੀਂ ਸਦੀ ਦੇ ਮਹਾਰਾਸ਼ਟਰ ਦੇ ਮਹਾਰਾਸ਼ਟਰ ਦੇ ਸਮਾਜ ਸੁਧਾਰਕ ਗੋਪਾਲਾ ਹਰੀ ਦੇਸ਼ਮੁਖ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਸੀ ਇਹਨਾਂ ਦਾ ਹੋਰ ਨਾਮ ਸੀ ਲੋਕ ਹਿਤਕਾਰੀ ਲੋਕ ਹਿਤਕਾਰੀ ਉਸ ਸਮਾਜ ਸੁਧਾਰਕ ਦਾ ਨਾਮ ਦੱਸੋ ਜਿਸ ਨੇ ਯਤਨਾ ਸਦਕਾ ਸਰਕਾਰ ਦੁਆਰਾ 1832 ਵਿੱਚ ਕਾਨੂੰਨ ਪਾਸ ਕਰਕੇ ਦੂਜੇ ਵਿਆਹ ਤੇ ਪਾਬੰਦੀ ਲਗਾਈ ਸੀ ਇਹ ਸੀ ਕੇਸ਼ਵ ਚੰਦਰ ਸੇਨ ਦੇ ਯਤਨਾ ਸਦਕਾ ਕੇਸ਼ਵ ਚੰਦਰ ਸੇਨ ਦੇ ਯਤਨਾ ਸਦਕਾ ਆਨੰਦ ਵਿਆਜ ਆ ਸਵਾ ਰੁਪਏ ਵਿੱਚ ਵਿਆਹ ਦੀ ਪ੍ਰਥਾ ਕਿਸ ਨੇ ਚਲਾਈ ਇਹ ਚਲਾਈ ਸੀ ਸਤਿਗੁਰੂ ਰਾਮ ਸਿੰਘ ਜੀ ਨੇ ਜੋ ਕਿ ਇੱਕ ਨਾਮਤਾਰੀ ਸੀ ਸਤਿਗੁਰੂ ਰਾਮ ਸਿੰਘ ਜੀ ਨੇ ਚਲਾਈ ਸੀ ਆਨੰਦ ਵਿਆਜ ਆ ਸਵਾ ਰੁਪਏ ਵਿੱਚ ਵਿਆਹ ਦੀ ਪ੍ਰਥਾ ਨੈਕਸਟ ਚੈਪਟਰ ਆਂਦਾ ਆਪਣੇ ਕੋਲ 18 ਨੰਬਰ ਚੈਪਟਰ ਜਿਸ ਦੇ ਵਿੱਚ ਡਿਸਕਸ ਕਰਾਂਗੇ ਆਪਾਂ ਜਾਤੀ ਪ੍ਰਥਾ ਨੂੰ ਚੁਣੌਤੀ ਦੇ ਬਾਰੇ ਪਹਿਲਾ ਕੁਐਸਚਨ ਹੈ ਆਪਣੇ ਕੋਲ ਜੋਤੀਬਾ ਫੁੱਲੇ ਦੁਆਰਾ ਨਵੀਂ ਨੀਤੀ ਨਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਿਤੇ ਕਾਰਜਾਂ ਕਰਕੇ ਉਹਨਾਂ ਨੂੰ ਕਿਹੜੀ ਉਪਾਧੀ ਦਿੱਤੀ ਗਈ ਉਹਨਾਂ ਨੂੰ ਇੱਕ ਉਪਾਧੀ ਦਿੱਤੀ ਗਈ ਮਹਾਤਮਾ ਜੋ ਮਹਾਤਮਾ ਗਾਂਧੀ ਜੀ ਨੂੰ ਵੀ ਦਿੱਤੀ ਗਈ ਸੀ ਮਹਾਤਮਾ ਗਾਂਧੀ ਜੀ ਨੂੰ ਵੀ ਮਹਾਤਮਾ ਦੀ ਜਿਹੜੀ ਉਪਾਧੀ ਦਿੱਤੀ ਗਈ ਸੀ ਜੋਤੀਬਾ ਫੁੱਲੇ ਨੂੰ ਵੀ ਇਹ ਮਹਾਰਾਸ਼ਟਰ ਤੋਂ ਬੀਸਿਕਲੀ ਬਿਲੋਂਗ ਕਰਦੀ ਸੀ ਜੋਤੀਬਾ ਫੁੱਲੇ ਇਹਨਾਂ ਦੇ ਦੁਆਰਾ ਸਮਾਜ ਸੁਧਾਰਕ ਦੇ ਲਈ ਕਾਫੀ ਕੰਮ ਕੀਤੇ ਗਏ ਸੀ ਇਸ ਕਰਕੇ ਇਹਨਾਂ ਨੂੰ ਇੱਕ ਟਾਈਟਲ ਦਿੱਤਾ ਗਿਆ ਸੀ ਮਹਾਤਮਾ ਜੋਤੀਬਾ ਫੁੱਲੇ ਨੈਕਸਟ ਕੁਐਸਚਨ ਹੈ ਸੈਕੰਡ ਨੰਬਰ ਕੁਐਸਚਨ ఆంధ్రప్రదేశ్ ਦੇ ਉਸ ਮਹਾਨ ਵਿਅਕਤੀ ਦਾ ਨਾਮ ਦੱਸੋ ਜਿਸ ਨੂੰ ਸਮਾਜ ਸੁਧਾਰੇ ਕਰਕੇ ਪੰਗੰਬਰ ਦੀ ਉਪਾਧੀ ਦਿੱਤੀ ਗਈ ਇਹ ਸੀ ਵੀਰ ਸਲਿੰਗਮ ਵੀਰ ਸਲਿੰਗਮ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ 3 ਨੰਬਰ ਕੁਐਸਚਨ ਨੀਵੀਂ ਜਾਤੀ ਤੇ ਹੋ ਰਹੇ ਅਤਿਆਚਾਰਾਂ ਨੂੰ ਰੋਕਣ ਲਈ ਪੈਰੀਆ ਰਾਮਾ ਸੁਆਮੀ ਨੇ ਕਿਹੜੀ ਸੰਸਥਾ ਦੀ ਸਥਾਪਨਾ ਕੀਤੀ ਇਹ ਸੀ ਦਰविड़ ਕਜਗਮ ਦਰविड़ ਕਜਗਮ ਨੈਕਸਟ ਕੁਐਸਚਨ ਹੈ ਆਪਣੇ ਕੋਲ 4th ਨੰਬਰ ਕੁਐਸਚਨ ਭਾਰਤ ਦੇ ਸੰਵਿਧਾਨ ਵਿੱਚ ਕਿਸ ਮਹਾਨ ਵਿਅਕਤੀ ਦੇ ਯਤਨਾਂ ਸਦਕਾ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਦੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਗਈਆਂ ਏਸੀ ਡਾਕਟਰ ਬੀ ਬੀਮਰਾਓ ਅਮੇਦਕਰ ਡਾਕਟਰ ਬੀ ਆਰ ਅਮੇਦਕਰ ਜੋ ਕਿ ਇੱਕ ਡਰਾਫਟਿੰਗ ਕਮੇਟੀ ਸੀ ਜਿਸ ਦੇ ਚੇਅਰਮੈਨ ਬਣੇ ਸੀ ਡਾਕਟਰ ਬੀ ਆਰ ਅਮੇਦਕਰ ਇਹ ਵੀ ਪੁੱਛਿਆ ਜਾ ਸਕਦਾ ਹੈ ਸੋ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ 5ਥ ਨੰਬਰ ਕੁਐਸਚਨ 1931 ਵਿੱਚ ਹੋਈ ਅੰਗਰੇਜ਼ਾਂ ਨਾਲ ਗੋਲਮੇਜ਼ ਕਾਨਫਰੰਸ ਵਿੱਚ ਨਵੀਂ ਜਾਤੀ ਦੇ ਲੋਕਾਂ ਲਈ ਕਿਹੜੇ ਅਧਿਕਾਰਾਂ ਦੀ ਮੰਗ ਕੀਤੀ ਗਈ ਸੀ ਇਹ ਅਧਿਕਾਰ ਮੰਗੇ ਗਏ ਸੀ ਰਾਜਨੀਤਿਕ ਅਧਿਕਾਰ ਰਾਜਨੀਤਿਕ ਅਧਿਕਾਰ ਮੋਕ ਨਾਇਕ ਅਖਬਾਰ ਕਿਸ ਨੇ ਕੱਢਿਆ ਮੋਕ ਨਾਇਕ ਅਖਬਾਰ ਕੱਢਿਆ ਸੀ ਡਾਕਟਰ ਵੀ ਆਰ ਅੰਬੇਦਕਰ ਨੇ ਪੀਮਰਾਓ ਅੰਬੇਦਕਰ ਨੇ ਮੋਕ ਨਾਇਕ ਅਖਬਾਰ ਜੋਤੀਬਾ ਫੁੱਲੇ ਵੀਰ ਸਲਿੰਗਮ ਸ਼੍ਰੀ ਨਾਰਾਇਣ ਗੁਰੂ ਪਰੀਆਰ ਰਾਮਾ ਸਵਾਮੀ ਡਾਕਟਰ ਵੀ ਆਰ ਅੰਬੇਦਕਰ ਅਤੇ ਮਹਾਤਮਾ ਗਾਂਧੀ ਇਹਨਾਂ ਵਿਅਕਤੀਆਂ ਨੂੰ ਤੁਸੀਂ ਕੀ ਨਾਂ ਦਿਓਗੇ ਇਹਨਾਂ ਨੂੰ ਆਪਾਂ ਨਾਮ ਦਵਾਂਗੇ ਸਮਾਜ ਸੁਧਾਰਕ ਦਾ ਸਮਾਜ ਸੁਧਾਰਕ ਦਾ ਨੈਕਸਟ ਕੁਐਸਚਨ ਹੈ ਆਪਣੇ ਕੋਲ 8ਥ ਨੰਬਰ ਕੁਐਸਚਨ ਅੰਤਰਜਾਤੀ ਵਿਆਹ ਤੋਂ ਕੀ ਪਾਵ ਹੈ ਇੱਕ ਜਾਤੀ ਦਾ ਦੂਜੀ ਜਾਤੀ ਨਾਲ ਵਿਆਹ ਨੂੰ ਆਪਾਂ ਕੀ ਬੋਲਦੇ ਹਾਂ ਅੰਤਰਜਾਤੀ ਵਿਆਹ ਅੰਤਰਜਾਤੀ ਵਿਆਹ ਵਾ ਬਾਲਵ ਵਿਆਹ ਪ੍ਰਥਾ ਦੇ ਵਿਰੁੱਧ ਕਾਨੂੰਨ ਕਦੋਂ ਪਾਸ ਕੀਤਾ ਗਿਆ ਇਹ ਕੀਤਾ ਗਿਆ 1891 ਦੇ ਵਿੱਚ 1891 ਦਲਿਤਾਂ ਲਈ ਹਰੀਜਨ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਇਹ ਕੀਤੀ ਸੀ ਮਹਾਤਮਾ ਗਾਂਧੀ ਜੀ ਨੇ ਜਿਹਨੂੰ ਆਪਾਂ ਰਾਸ਼ਟ੍ਰਪੀਤਾ ਵੀ ਬੁਲਾਉਂਦੇ ਹਾਂ ਮਹਾਤਮਾ ਗਾਂਧੀ ਜੀ ਨੈਕਸਟ ਚੈਪਟਰ ਆਉਂਦਾ ਹੈ ਆਪਣੇ ਕੋਲ 19 ਨੰਬਰ ਚੈਪਟਰ ਬਸਤੀਬਾਦ ਅਤੇ ਸ਼ਹਿਰੀ ਪਰਿਵਰਤਨ ਦੇ ਬਾਰੇ ਪਹਿਲਾ ਕੁਐਸਚਨ ਹੈ ਇਸ ਦੇ ਵਿੱਚ ਇੱਕ ਦੇਸ਼ ਉੱਤੇ ਜਦੋਂ ਦੂਜੇ ਦੇਸ਼ ਜਾਂ ਦੇਸ਼ਾਂ ਦੁਆਰਾ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਤੌਰ ਤੇ ਅਧਿਕਾਰ ਕਰਨ ਨੂੰ ਕੀ ਕਹਿੰਦੇ ਹਨ ਉਸ ਨੂੰ ਕਹਿੰਦੇ ਨੇ ਬਸਤੀਵਾਦ ਯਾਨੀ ਕੋਈ ਹੋਰ ਦੇਸ਼ ਜਦੋਂ ਕਿਸੇ ਦੇਸ਼ ਦੇ ਉੱਪਰ ਰਾਜਨੀਤਿਕ ਆਰਥਿਕ ਅਤੇ ਸਮਾਜਿਕ ਤੌਰ ਤੇ ਅਧਿਕਾਰ ਪ੍ਰਾਪਤ ਕਰ ਲੈਂਦਾ ਉਸ ਨੂੰ ਬੋਲਦੇ ਨੇ ਬਸਤੀਵਾਦ ਸੈਕੰਡ ਕੁਐਸਚਨ ਹੈ ਮਦਰਾਸ ਭਾਰਤ ਦੇ ਪੂਰਬ ਪੂਰਬੀ ਤੱਟ ਦੇ ਸਥਿਤ ਹੈ ਇਸ ਦਾ ਵਰਤਮਾਨ ਨਾਮ ਚਨਈ ਹੈ ਹੁਣ ਇਹ ਕਿਸ ਰਾਜ ਦੀ ਰਾਜਧਾਨੀ ਹੈ ਤਮਿਲਨਾਟੂ ਦੀ ਰਾਸਥਾਨੀ ਹੈ ਚੇਨਈ ਚੇਨਈ ਜੋ ਹੈ ਰਾਸਥਾਨੀ ਹੈ ਤਮਿਲਨਾਟੂ ਦੀ ਨੈਕਸਟ ਕੁਐਸਚਨ ਹੈ ਆਪਣੇ ਕੋਲ 3 ਨੰਬਰ ਕੁਐਸਚਨ ਉਸ ਨਗਰ ਦਾ ਨਾਮ ਦੱਸੋ ਜਿਸ ਨੂੰ ਪੁਰਤਗਾਲੀਆਂ ਨੇ ਆਪਣੀ ਰਾਜਕੁਮਾਰੀ ਕੈਥਰੀਨ ਦਾ ਇੰਗਲੈਂਡ ਦੇ ਸ਼ਾਸਕ ਚਾਲਸ ਦੂਜੇ ਨਾਲ ਵਿਆਹ ਕਰਨ ਸਮੇਂ ਇੰਗਲੈਂਡ ਨੂੰ ਦਾਜ ਦੇ ਰੂਪ ਵਿੱਚ ਦਿੱਤਾ ਸੀ ਇਹ ਸੀ ਬੰਬਈ ਵਰਤਮਾਨ ਨਾਮ ਜੋ ਹੈ ਮੁੰਬਈ ਮੁੰਬਈ ਇਹੜਾ ਹੈ ਦਿੱਤਾ ਗਿਆ ਸੀ ਉਸ ਸਮੇਂ ਜੋ ਰਾਜਕੁਮਾਰੀ ਕੈਥਰੀਨ ਦੇ ਵਿਆਹ ਦੇ ਲਈ ਦਿੱਤਾ ਗਿਆ ਸੀ ਮੁੰਬਈ ਵਿਕਟੋਰੀਆ ਬਾਗ ਕਿੱਥੇ ਸਥਿਤ ਹੈ ਵਿਕਟੋਰੀਆ ਬਾਗ ਸਥਿਤ ਹੈ ਮੁੰਬਈ ਦੇ ਵਿੱਚ ਮੁੰਬਈ ਇੱਕ ਸਿਟੀ ਹੈ ਮਹਾਰਾਸ਼ਟਰ ਦੀ ਨੈਕਸਟ ਕੁਐਸਚਨ ਹੈ 5ਥ ਨੰਬਰ ਕੁਐਸਚਨ ਕਲਕੱਤੇ ਦਾ ਵਰਤਮਾਨ ਨਾਮ ਕੀ ਹੈ ਕਲਕੱਤਾ ਕਲਕੱਤਾ ਹਾਵੜਾ ਪੁਲ ਅਤੇ ਵਿਕਟੋਰੀਆ ਮੈਮੋਰੀਅਲ ਕਿਸ ਸ਼ਹਿਰ ਵਿੱਚ ਸਥਿਤ ਹਨ ਇਹ ਸਥਿਤ ਹਨ ਦੋਨੇ ਕਲਕੱਤਾ ਦੇ ਵਿੱਚ ਕਲਕੱਤਾ ਈਸਟ ਇੰਡੀਆ ਕੰਪਨੀ ਦੁਆਰਾ ਸਭ ਤੋਂ ਪਹਿਲਾਂ ਕਿਹੜੇ ਸ਼ਹਿਰ ਵਿੱਚ ਨਗਰਪਾਲਿਕਾ ਦੀ ਸਥਾਪਨਾ ਕੀਤੀ ਗਈ ਇਹ ਮ드ਰਾਸ ਚੇਨਈ ਦੇ ਵਿੱਚ ਕੀਤੀ ਗਈ ਸੀ ਈਸਟ ਇੰਡੀਆ ਕੰਪਨੀ ਦੇ ਦੁਆਰਾ ਕੀਤੀ ਹੋਈ ਸੀ ਜੋ ਪਹਿਲਾ ਨਗਰਪਾਲਿਕਾ ਬਣਾਇਆ ਗਿਆ ਸੀ ਕਾਰਪੋਰੇਸ਼ਨ ਇਹ ਬਣਾਇਆ ਗਿਆ ਸੀ ਮ드ਰਾਸ ਚੇਨਈ ਦੇ ਵਿੱਚ ਸਰਵਜਨਕ ਕਾਰਜ ਨਿਰਮਾਣ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ ਇਸ ਦੀ ਸਥਾਪਨਾ ਕੀਤੀ ਸੀ ਲord ਲਾਉਜੀ ਨੇ ਲord ਲਾਉਜੀ ਪੁਲਿਸ ਵਿਭਾਗ ਦੀ ਸਥਾਪਨਾ ਕਿਸ ਨੇ ਕੀਤੀ ਲord ਕਨਵਾਲਿਸ ਨੇ ਕੀਤੀ ਸੀ ਲord ਕਨਵਾਲਿਸ ਅੰਗਰੇਜ਼ਾਂ ਵੇਲੇ ਥਾਣੇ ਦੇ ਮੁਖੀ ਨੂੰ ਕੀ ਕਹਿੰਦੇ ਸੀ ਉਸ ਨੂੰ ਕੀਹਾ ਜਾਂਦਾ ਸੀ ਦਰੋਗਾ ਦਰੋਗਾ ਨੈਕਸਟ ਚੈਪਟਰ ਹੁੰਦਾ ਆਪਣੇ ਕੋਲ 20th ਨੰਬਰ ਚੈਪਟਰ ਕਲਾਵਾਂ ਚਿੱਤਰ ਚਿੱਤਰਕਾਰੀ ਸਾਹਿਤ ਪਵਨ ਨਿਰਮਾਣ ਕਲਾ ਪਹਿਲਾ ਕਵਚਨ ਹੈ ਪਾਸ਼ਾ ਦੇ ਰੂਪ ਨਾਵਲ ਕਹਾਣੀ ਕਥਾ ਕਵਿਤਾ ਨਾਟਕ ਆਦਨ ਨੂੰ ਕੀ ਕਹਿੰਦੇ ਹਨ ਇਹਨਾਂ ਨੂੰ ਸਮਾਹਿਕ ਰੂਪ ਦੇ ਵਿੱਚ ਕੀ ਆਹੰਦਾ ਸਾਹਿਤ ਸਾਹਿਤ ਬੰਗਾਲੀ ਭਾਸ਼ਾ ਦੇ ਕਿਸੇ ਇੱਕ ਲੇਖਕ ਦਾ ਨਾਮ ਦੱਸੋ ਇਹ ਨੇ ਬੰਕਿਮ ਚੰਦਰ ਚੱਟਰਜੀ ਬੰਕਿਮ ਚੰਦਰ ਚੱਟਰਜੀ ਬੰਗਾਲੀ ਭਾਸ਼ਾ ਦੇ ਕਿਸ ਨਾਵਲ ਨੂੰ ਬੰਗਾਲੀ ਦੇਸ਼ ਪ੍ਰੇਮ ਦੀ ਬੰਗਾਲੀ ਦੇਸ਼ ਪ੍ਰੇਮ ਦੀ ਬਾਈਬਲ ਵੀ ਕਿਹਾ ਜਾਂਦਾ ਹੈ ਇਹ ਕੀ ਆ ਜਾਂਦਾ ਆਨੰਦ ਮੱਠ ਨੂੰ ਆਨੰਦ ਮੱਠ ਮੋਨਸ਼ੀ ਪ੍ਰੇਮਚੰਦਨ ਦੇ ਉਹਨਾਂ ਨਾਵਲਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਅੰਗਰੇਜ਼ੀ ਸਰਕਾਰ ਦੁਆਰਾ ਕਿਸਾਨ ਦੇ ਸ਼ੋਸ਼ਣ ਦੀ ਜਾਣਕਾਰੀ ਦਿੱਤੀ ਇਹ ਹੈ ਗੋਦਾਨ ਅਤੇ ਰੰਗਭੂਮੀ ਗੋਦਾਨ ਅਤੇ ਰੰਗਭੂਮੀ ਅੰਗਰੇਜ਼ੀ ਭਾਸ਼ਾ ਵਿੱਚ ਨਾਟਕ ਲਿਖਣ ਵਾਲੇ ਕਿਸੇ ਇੱਕ ਇੱਕ ਭਾਰਤੀ ਨਾਮ ਦੱਸੋ ਐਸ ਆਰ ਕੇ ਨਾਰਾਇਣ ਆਰ ਕੇ ਨਾਰਾਇਣ ਬੰਗਾਲੀ ਭਾਸ਼ਾ ਵਿੱਚ ਸੰਵਾਦ ਕੌਮ ਦੀ ਅਖਬਾਰ ਦੀ ਸਾਬਨਾ ਕਿਸ ਨੇ ਕੀਤੀ ਇਹ ਕੀਤੀ ਸੀ ਰਾਜਰਾਮ ਮੋਹਨ ਰాయ ਨੇ ਰਾਜਰਾਮ ਮੋਹਨ ਰాయ ਨੇ ਇੱਕ ਬੰਗਾਲੀ ਭਾਸ਼ਾ ਦੇ ਵਿੱਚ ਨਿਊਜ਼ਪੇਪਰ ਸਟਾਰਟ ਕੀਤਾ ਸੀ ਜਿਸ ਦਾ ਨਾਮ ਸੀ ਸੰਵਾਦ ਕੌਮ ਸਟਾਰਟ ਕੀਤਾ ਸੀ ਰਾਜਨਾਮ ਮੋਹਨ ਰਾਇ ਨੇ ਮਰਾਠੀ ਭਾਸ਼ਾ ਵਿੱਚ ਕੇਸਰੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਮਰਾਠਾ ਅਕਬਰ ਕਿਸ ਨੇ ਕੱਢੇ ਇਹ ਕਿਤੇ ਸੀ ਕੱਢੇ ਸੀ ਆ ਬਾਲ ਗੰਗਾਧਰ ਤਿਲਕ ਨੇ ਬੀਜੀ ਤਿਲਕ ਨੇ ਬਾਬਾ ਆ ਬਾਲ ਗੰਗਾਧਰ ਤਿਲਕਾ ਨੈਕਸਟ ਕੁਐਸਚਨ ਹੈ ਆਪਣੇ ਕੋਲ 8 ਨੰਬਰ ਕੁਐਸਚਨ ਬਟ ਉਹਦਾ ਯੂਨੀਵਰਸਿਟੀ ਆਰਟ ਸਕੂਲ ਦੇ ਪ੍ਰਸਿੱਧ ਚਿੱਤਰਕਾਰ ਦਾ ਨਾਮ ਦੱਸੋ ਇਹ ਸੀ ਗੁਲਾਮ ਸ਼ੇਖਾ ਗੁਲਾਮ ਸ਼ੇਖਾ ਪ੍ਰਿੰਸ ਆਫ ਵੇਲਜ਼ ਦਾ ਮਿਊਜ਼ੀਅਮ ਜਿਸ ਨੂੰ ਅੱਜ ਕੱਲ੍ਹ ਛਤਰਪਤੀ ਸ਼ਿਵਾਜੀ ਮਹਾਰਾਜ ਵਸਤੂ ਸੰਗ੍ਰਹਿਲਿਆ ਕਿਹਾ ਜਾਂਦਾ ਹੈ ਕਿਸ ਸ਼ਹਿਰ ਦੇ ਵਿੱਚ ਹੈ ਲੋਕੇਟਡ ਹੈ ਮੁੰਬਈ ਦੇ ਵਿੱਚ ਮੁੰਬਈ ਮਹਾਰਾਸ਼ਟra ਚਨਈ ਵਿੱਚ ਆ ਪ੍ਰਸਿੱਧ ਸਮੁੰਦਰੀ ਕਿਨਾਰੇ ਦਾ ਨਾਮ ਦੱਸੋ ਤੇ ਇਹ ਵੀ ਦੱਸੋ ਕਿ ਇਸ ਦੀ ਲੰਬਾਈ ਕਿੰਨੀ ਹੈ ਜੋ ਪ੍ਰਸਿੱਧ ਸਮੁੰਦਰੀ ਕਿਨਾਰਾ ਹੈ ਉਸ ਨੂੰ ਬੋਲਦੇ ਨੇ ਮਰੀਨਾ ਵਿੱਚ ਇਸ ਦੀ ਲੰਬਾਈ 6 ਕਿਲੋਮੀਟਰ ਹੈ ਮਰੀਨਾ ਵਿੱਚ 6 ਕਿਲੋਮੀਟਰ ਨੈਕਸਟ ਕੁਐਸਚਨ ਹੈ 11 ਨੰਬਰ ਕੁਐਸਚਨ ਪੰਜਾਬ ਵਿੱਚ ਛਾਪਣ ਵਾਲੇ ਇੱਕ ਪੁਰਾਣੇ ਅਖਬਾਰ ਦਾ ਸਮੂਹ ਦਾ ਨਾਮ ਦੱਸੋ ਐਸੀ ਟ੍ਰਿਬਿਊਨ ਟ੍ਰਿਬਿਊਨ ਨੈਕਸਟ ਚੈਪਟਰ ਅੰਦਾ ਆਪਣੇ ਕੋਲ 21 ਨੰਬਰ ਚੈਪਟਰ ਇਸ ਦਾ ਨਾਮ ਹੈ ਰਾਸ਼ਟਰੀ ਅੰਦੋਲਨ। ਪਹਿਲਾ ਕੁਐਸਚਨ ਹੈ ਇਸ ਦਾ ਕਿਸੇ ਦੇਸ਼ ਦੇ ਨਾਗਰਿਕਾਂ ਵਿੱਚ ਪਾਈ ਜਾਣ ਵਾਲੀ ਭਾਵਨਾ ਜਿਸ ਤੋਂ ਉਹਨਾਂ ਨੂੰ ਇਹ ਲੱਗੇ ਕਿ ਉਹ ਸਾਰੇ ਇੱਕ ਰਾਸ਼ਟਰ ਵਿੱਚ ਸਬੰਧ ਰੱਖਦੇ ਹਨ। ਉਸ ਭਾਵਨਾ ਨੂੰ ਕੀ ਕਹਿੰਦੇ ਨੇ? ਉਸ ਨੂੰ ਬੋਲਦੇ ਨੇ ਰਾਸ਼ਟਰੀ ਚੇਤਨਾ। ਰਾਸ਼ਟਰੀ ਚੇਤਨਾ। ਭਾਰਤ ਵਿੱਚ ਰਾਸ਼ਟਰੀ ਚੇਤਨਾ ਪੈਦਾ ਹੋਣ ਦਾ ਕੋਈ ਇੱਕ ਕਾਰਨ ਦੱਸੋ। ਸਮਾਜਿਕ ਅਤੇ ਧਾਰਮਿਕ ਸੁਧਾਰ ਲਹਿਣਾ। ਸਮਾਜਿਕ ਅਤੇ ਧਾਰਮਿਕ ਸੁਧਾਰ ਲਹਿਣਾ। ਸਵਰਾਜ ਮੇਰਾ ਜਨਮ ਦੀ ਸਿੱਧ ਅਧਿਕਾਰ ਹੈ। ਅ ਮੈਂ ਇਸ ਨੂੰ ਪ੍ਰਾਪਤ ਕਰਕੇ ਰਹਾਗਾ ਇਹ ਸ਼ਬਦ ਕਿਸ ਨੇ ਕਹੇ ਸੀ ਇੱਕ ਐਸੀ ਬਾਲ ਗੰਗਾਦਰ ਤਿਲਕ ਨੇ ਬੀਜੀ ਤਿਲਕ ਨੇ ਕਿਹੜੇ ਸੁਧਾਰ ਐਕਟ ਰਾਹੀਂ ਮੁਸਲਮਾਨਾਂ ਲਈ ਵੱਖਰੀ ਚੋਣ ਪ੍ਰਣਾਲੀ ਵਿਵਸਥ ਦੀ ਵਿਵਸਥਾ ਕੀਤੀ ਗਈ ਸੀ ਇਹ ਸੀ 1909 ਦੇ ਵਿੱਚ ਜੋ ਮੋਲਮੈਂਟਰੀ ਰਿਫਾਰਮਸ ਆਏ ਸੀ ਉਸ ਦੇ ਵਿੱਚ ਜੋ ਮੁਸਲਮਾਨਾਂ ਦੇ ਲਈ ਵੱਖਰੀ ਚੋਣ ਪ੍ਰਣਾਲੀ ਹੈ ਜਿਹੜੀ ਵਿਵਸਥਾ ਕੀਤੀ ਗਈ ਸੀ 1909 ਦੇ ਵਿੱਚ ਮੋਲਮੈਂਟਰੀ ਰਿਫਾਰਮ ਦੇ ਵਿੱਚ ਨੈਕਸਟ ਕੁਐਸਚਨ ਹੈ ਆਪਣੇ ਕੋਲ ਪੰਜ ਨੰਬਰ ਦਾ ਕੁਐਸਚਨ ਅ ਪੰਜਾਬ ਵਿੱਚ ਕ੍ਰਾਂਤੀਕਾਰੀ ਅੰਦੋਲਨ ਦੇ ਕਿਸੇ ਇੱਕ ਮੁੱਖ ਨੇਤਾ ਦਾ ਨਾਮ ਦੱਸੋ ਕ੍ਰਾਂਤੀਕਾਰੀ ਅੰਦੋਲਨ ਵਿੱਚ ਪੰਜਾਬ ਦੇ ਇੱਕ ਨੇਤਾ ਦਾ ਨਾਮ ਸੀ ਸਰਦਾਰ ਅਜੀਤ ਸਿੰਘ ਜੋ ਕਿ ਚਾਚਾ ਜੀ ਸੀ ਕਿਸ ਦੇ ਸਰਦਾਰ ਭਗਤ ਸਿੰਘ ਜੀ ਦੇ ਅਜੀਤ ਸਿੰਘ ਗਦਰ ਪਾਰਟੀ ਦੇ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਕਿਹੜਾ ਅਖਬਾਰ ਕੱਢਿਆ ਇਹਨਾਂ ਨੇ ਇੱਕ ਅਖਬਾਰ ਕੱਢਿਆ ਸੀ ਜਿਸ ਦਾ ਨਾਮ ਸੀ ਗਦਰ ਗਦਰ ਪੋਨੇ ਵਿਖੇ ਹੋਮ ਰੂਲ ਦੀ ਸਥਾਪਨਾ ਕਿਸ ਨੇ ਕੀਤੀ ਇਹ ਕੀਤੀ ਸੀ ਬਾਲ ਗੰਗਾਧਰ ਤਿਲਕ ਨੇ ਬਾਲ ਗੰਗਾਧਰ ਤਿਲਕ ਨੇ ਜਿਸ ਨੂੰ ਬਾਅਦ ਦੇ ਵਿੱਚ ਐਨਬੀਸੈਂਟ ਨੇ ਵੀ ਜੁਆਇਨ ਕਰ ਲਿਆ ਸੀ ਐਨਬੀਸੈਂਟ ਨੇ ਵੀ ਮੁਸਲਿਮ ਲੀਗ ਰਾਜਨੀਤਿਕ ਸੰਸਦਾ ਕਿਹੜੇ ਵਰਗ ਦੀ ਸੰਸਥਾ ਹੈ ਇਹ ਮੁਸਲਮਾਨਾਂ ਦੀ ਸੰਸਥਾ ਹੈ ਮੁਸਲਿਮ ਲੀਗ ਰਾਜਨੀਤਿਕ ਸੰਸਥਾ ਮੁਸਲਮਾਨ ਮੁਸਲਮਾਨਾਂ ਦੀ ਮੁਸਲਿਮ ਲੀਗ ਦੀ ਸਥਾਪਨਾ ਕਦੋਂ ਹੋਈ ਇਹ 1906 ਦੇ ਵਿੱਚ ਹੋਈ ਸੀ 1906 ਦੇ ਵਿੱਚ ਨੈਕਸਟ ਕੁਐਸਚਨ ਹੈ ਆਪਣੇ ਕੋਲ 10 ਨੰਬਰ ਕੁਐਸਚਨ ਕਾਨੂੰਨ ਨਿਰਮਾਣ ਕੌਂਸਲ ਇਸ ਵਿੱਚ ਕਿਸ ਐਕਟਰਾਂ ਨੂੰ ਪ੍ਰਤੀਨਿਧਤਾ ਦਿੱਤੀ ਗਈ ਇਹ ਸੀ ਇੰਡੀਅਨ ਕੌਂਸਲ ਐਕਟ 1892 ਇੰਡੀਅਨ ਕੌਂਸਲ ਐਕਟ 1892 11 ਨੰਬਰ ਕੁਐਸਚਨ ਹੈ ਗਦਰ ਪਾਰਟੀ ਦੀ ਸਥਾਪਨਾ ਕਿੱਥੇ ਹੋਈ ਗਦਰ ਪਾਰਟੀ ਦੀ ਸਥਾਪਨਾ ਹੋਈ ਸੀ ਅਮਰੀਕਾ ਦੇ ਇੱਕ ਸਿਟੀ ਦੀ ਜਿਸ ਦਾ ਨਾਮ ਸੀ ਸਨ ਫਰਾਂਸਿਸਕੋ ਇੱਥੇ ਹੋਈ ਸੀ ਜੋ ਗਦਰ ਪਾਰਟੀ ਦੀ ਸਥਾਪਨਾ ਹੋਈ ਸੀ ਨੈਕਸਟ ਚੈਪਟਰ ਹੁੰਦਾ ਆਪਣਾ ਕੋਲ 22 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਭਾਰਤੀ ਸੁਤੰਤਰਤਾ ਲਈ ਸੰਘਰਸ਼ ਦੇ ਬਾਰੇ ਪਹਿਲਾ ਕੁਐਸਚਨ ਹੈ ਇਸ ਦੇ ਵਿੱਚ ਇਤਿਹਾਸ ਦੇ ਕਿਸ ਕਾਲ ਨੂੰ ਗਾਂਧੀ ਯੁੱਗ ਕਿਹਾ ਜਾਂਦਾ ਹੈ ਇਹ ਕਿਹਾ ਜਾਂਦਾ ਹੈ 1919 ਤੋਂ ਲੈ ਕੇ 1947 ਤੱਕ ਇਹ ਜੋ ਯੁੱਗ ਹੈ ਉਸ ਨੂੰ ਬੋਲਿਆ ਜਾਂਦਾ ਹੈ ਗਾਂਧੀ ਸ਼ੁਕਾ ਗਾਂਦੀਅਨ 에ਰਾ ਵੀ ਬੋਲਦੇ ਆ ਇੰਗਲਿਸ਼ ਦੇ ਵਿੱਚ ਇਸ ਨੂੰ ਜਲਿਆਂਵਾਲਾ ਬਾਗ ਦੇ ਖੂਨੀ ਸਾਕੇ ਵਿੱਚ ਕਿੰਨੇ ਲੋਕ ਮਾਰੇ ਗਏ ਅਤੇ ਕਿੰਨੇ ਜ਼ਖਮੀ ਹੋਏ ਇਸ ਦੇ ਵਿੱਚ ਅਪ੍ਰੋਕਸੀਮੇਟਲੀ 10000 ਲੋਕ ਮਾਰੇ ਗਏ ਅਤੇ 3000 ਤੋਂ ਵੱਧ ਲੋਕ ਨੇ ਜਿਹੜੇ ਇਸ ਦੇ ਵਿੱਚ ਜ਼ਖਮੀ ਹੋ ਗਏ ਸੀ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ 1920 ਈਸਵੀ ਦੇ ਵਿੱਚ ਮਹਾਤਮਾ ਗਾਂਧੀ ਜੀ ਦੇ ਦੁਆਰਾ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਇੱਕ ਅੰਦੋਲਨ ਸਟਾਰਟ ਕੀਤਾ ਸੀ ਇਸ ਦਾ ਨਾਮ ਕੀ ਸੀ ਇਸ ਦਾ ਨਾਮ ਸੀ ਨਾਨ ਕੋਆਪਰੇਸ਼ਨ ਮੂਵਮੈਂਟ ਯਾਨੀ ਨਾ ਮਿਲਵਰਤਨ ਅੰਦੋਲਨ ਨਾ ਮਿਲਵਰਤਨ ਅੰਦੋਲਨ ਪਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਜੇਲ੍ਹ ਵਿੱਚ ਕਦੋਂ ਫਾਂਸੀ ਦਿੱਤੀ ਗਈ ਫਾਂਸੀ ਦਿੱਤੀ ਗਈ ਸੀ 23 ਮਾਰਚ 1931 ਈਸਵੀ ਦੇ ਵਿੱਚ 23 ਮਾਰਚ 1931 ਦੇ ਵਿੱਚ 1923 ਈਸਵੀ ਵਿੱਚ ਸੁਤੰਤਰਤਾ ਪ੍ਰਾਪਤ ਕਰਨ ਲਈ ਸਵਰਾਜ ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ ਸਵਰਾਜ ਪਾਰਟੀ ਦੀ ਸਥਾਪਨਾ ਕੀਤੀ ਸੀ ਪੰਡਿਤ ਮੋਤੀ ਲਾਲ ਨਹਿਰੂ ਨੇ ਅਤੇ ਸੀ.ਆਰ. ਦਾਸ ਨੇ ਸੀ.ਆਰ. ਦਾਸ اور ਪੰਡਿਤ ਮੋਤੀ ਲਾਲ ਨਹਿਰੂ ਇਹਨਾਂ ਦੋਨਾਂ ਨੇ ਸਟਾਰਟ ਕੀਤੀ ਸੀ ਸਵਰਾਜ ਪਾਰਟੀ 1923 ਦੇ ਵਿੱਚ ਸੁਤੰਤਰਤਾ ਇੰਡੀਪੈਂਡੈਂਸ ਪ੍ਰਾਪਤ ਕਰਨ ਲਈ ਨੈਕਸਟ ਹੈ 6th ਨੰਬਰ ਕੁਐਸਚਨ 26 ਜਨਵਰੀ 1903 ਨੂੰ ਸਾਰੇ ਭਾਰਤ ਵਿੱਚ ਕਿਹੜਾ ਦਿਵਸ ਮਨਾਇਆ ਗਿਆ ਇਹਮਨਾ ਹੈ ਕਿ ਆ ਸੁਤੰਤਰਤਾ ਦਿਵਸ ਸੁਤੰਤਰਤਾ ਦਿਵਸ ਸੁਭਾਸ਼ ਚੰਦਰ ਬੋਸ ਨੇ ਕੀ ਨਾਅਰਾ ਦਿੱਤਾ ਇਹਨਾਂ ਨੇ ਨਾਅਰਾ ਦਿੱਤਾ ਸੀ ਤੁਸੀਂ ਮੈਨੂੰ ਖੂਨ ਦਿਓ ਮੈਂ ਤੁਹਾਨੂੰ ਆਜ਼ਾਦੀ ਦਿਆਂਗਾ ਇਹ ਨਾਅਰਾ ਦਿੱਤਾ ਸੀ ਸੁਭਾਸ਼ ਚੰਦਰ ਬੋਸ ਨੇ ਨੈਕਸਟ ਚੈਪਟਰ ਆਪਣੇ ਕੋਲ 23 ਨੰਬਰ ਚੈਪਟਰ ਸੁਤੰਤਰਤਾ ਤੋਂ ਬਾਅਦ ਦਾ ਭਾਰਤ ਪਹਿਲਾ ਕੁਸ਼ਨ ਹੈ ਇਸ ਦਾ ਭਾਰਤੀ ਸੰਵਿਧਾਨ ਬਣ ਕੇ ਕਦੋਂ ਤਿਆਰ ਹੋਇਆ ਭਾਰਤ ਦਾ ਜਿਹੜਾ ਸੰਵਿਧਾਨ ਸੀ ਇਹ ਬਣ ਕੇ ਤਿਆਰ ਹੋ ਗਿਆ ਸੀ 26 ਨਵੰਬਰ 1949 ਨੂੰ 26 ਨਵੰਬਰ 1949 ਆਜ਼ਾਦ ਭਾਰਤ ਦੇ ਪਹਿਲੇ ਰਾਸ਼ਟਰਪਤੀ ਦਾ ਨਾਮ ਦੱਸੋ ਆਜ਼ਾਦ ਭਾਰਤ ਜਣੀ ਇੰਡੀਪੈਂਡੈਂਟ ਇੰਡੀਆ ਜੋ ਹੈ ਇਸ ਦੇ ਪਹਿਲੇ ਰਾਸ਼ਟਰਪਤੀ ਕੌਣ ਬਣੇ ਸੀ ਰਜਿੰਦਰ ਪ੍ਰਸਾਦ ਬਣੇ ਸੀ ਡਾਕਟਰ ਰਜਿੰਦਰ ਪ੍ਰਸਾਦ ਰਾਜਾਂ ਦਾ ਪੁਨਰਗਠਨ ਕਰਨ ਦੇ ਨਿਯੁਕਤੇ ਨਿਯੁਕਤ ਕੀਤੇ ਗਏ ਕਮਿਸ਼ਨ ਦਾ ਦੇ ਕਿੰਨੇ ਮੈਂਬਰ ਸਨ ਇਸ ਦੇ ਮੈਂਬਰ ਸੀ ਟੋਟਲ ਤਿੰਨ ਤਿੰਨ ਮੈਂਬਰ ਸੀ ਕਾਰਗਿਲ ਦਾ ਯੁੱਧ ਕਦੋਂ ਹੋਇਆ ਇਹ ਹੋਇਆ 1999 ਦੇ ਵਿੱਚ 1999 ਦੇ ਵਿੱਚ ਗੁੱਟਨਰ ਲੇਬ ਦੀ ਪਹਿਲੀ ਕਾਨਫਰੰਸ ਕਦੋਂ ਤੇ ਕਿੱਥੇ ਹੋਈ ਗੁੱਟਨਰ ਲੇਬ ਦੀ ਪਹਿਲੀ ਕਾਨਫਰੰਸ ਇਹ ਹੋਈ ਸੀ 1961 ਦੇ ਵਿੱਚ ਕਿੱਥੇ ਹੋਈ ਸੀ ਬੈਲਗ੍ਰੇਡ ਵਿੱਚ ਬੈਲਗ੍ਰੇਡ ਵਿੱਚ ਭਾਰਤ ਨੇ 1954 ਦੇ ਵਿੱਚ ਚੀਨ ਨਾਲ ਇੱਕ ਸਮਝੌਤਾ ਕੀਤਾ ਸੀ ਇਹ ਸਮਝੌਤਾ ਕਿਹੜੇ ਸਿਧਾਂਤਾਂ ਤੇ ਅਧਾਰਿਤ ਹੈ ਇਹ ਪੰਚਸ਼ੀਲ ਜੋ ਸਿਧਾਂਤ ਸੀ ਉਹਨਾਂ ਦੇ ਉੱਤੇ ਅਧਾਰਿਤ ਹੈ ਇਹ ਜਿਹੜਾ ਸਮਝੌਤਾ ਹੋਇਆ ਸੀ ਚਾਈਨਾ ਔਰ ਇੰਡੀਆ ਦੇ ਵਿੱਚ ਹੋਇਆ ਸੀ 1954 ਦੇ ਵਿੱਚ ਹੋਇਆ ਸੀ ਬਾਅਦ ਦੇ ਸੰਵਿਧਾਨ ਨੂੰ ਤਿਆਰ ਕਰਨ ਵਿੱਚ ਕਿੰਨਾ ਸਮਾਂ ਲੱਗਾ ਭਾਰਤੀ ਸੰਵਿਧਾਨ ਨਾ ਤਿਆਰ ਹੋ ਗਿਆ ਸੀ 2 ਸਾਲ 11 ਮਹੀਨੇ 18 ਦਿਨਾਂ ਦੇ ਵਿੱਚ 2 ਸਾਲ 11 ਮਹੀਨੇ 18 ਦਿਨ ਨੈਕਸਟ ਕੁਸ਼ਚਨ ਹੈ 8 ਨੰਬਰ ਕੁਸ਼ਚਨ ਭਾਰਤ ਅਤੇ ਚੀਨ ਵਿਚਕਾਰ ਯੁੱਧ ਕਦੋਂ ਹੋਇਆ ਭਾਰਤ ਅਤੇ ਚੀਨ ਚਾਇਨਾ ਦੇ ਵਿੱਚ ਜਿਹੜਾ ਯੁੱਧ ਹੋਇਆ ਸੀ ਉਹ ਹੋਇਆ ਸੀ 1962 ਦੇ ਵਿੱਚ 1962 ਦੇ ਵਿੱਚ ਨੈਕਸਟ ਹੈ ਆਪਣੇ ਕੋਲ 24 ਨੰਬਰ ਚੈਪਟਰ ਇਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਸੰਵਿਧਾਨ ਅਤੇ ਕਾਨੂੰਨ ਦੇ ਬਾਰੇ ਪਹਿਲਾ ਕੁਸ਼ਚਨ ਹੈ ਇਸ ਦੇ ਵਿੱਚ ਉਹਨਾਂ ਨਿਯਮਾਂ ਦੇ ਸੰਗ੍ਰਹਿ ਨੂੰ ਜਿਨ੍ਹਾਂ ਦੇ ਆਧਾਰ ਤੇ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ ਨੂੰ ਕੀ ਕਹਿੰਦੇ ਹਨ ਉਸ ਨੂੰ ਕਿਹਾ ਜਾਂਦਾ ਸੰਵਿਧਾਨ ਯਾਨੀ ਕਨਸਟੀਟਿਊਸ਼ਨ ਪਰਉਨ ਹੱਤਿਆ ਦਾ ਮੂਲ ਕਾਰਨ ਕਿਹੜੀ ਪ੍ਰਥਾ ਹੈ ਇਹ ਹੈ ਦਾਜ ਪ੍ਰਥਾ ਦਾਜ ਪ੍ਰਥਾ ਦੇਸ਼ ਦਾ ਸਰਵਉੱਚ ਕਾਨੂੰਨ ਕਿਸ ਨੂੰ ਮੰਨਿਆ ਜਾਂਦਾ ਹੈ ਇਹ ਮੰਨਿਆ ਜਾਂਦਾ ਹੈ ਸੰਵਿਧਾਨ ਨੂੰ ਸੰਵਿਧਾਨ ਨੂੰ ਦਾਜ ਵਿਰੋਧੀ ਐਕਟ ਕਦੋਂ ਪਾਸ ਹੋਇਆ ਇਹ ਪਾਸ ਹੋਇਆ 1961 ਦੇ ਵਿੱਚ 1961 ਦੇ ਵਿੱਚ ਨਿਆਂਇਕ ਪੁਨਰ ਨਿਰੀਖਣ ਦੀ ਸ਼ਕਤੀ ਸਰਕਾਰ ਦੇ ਕਿਹੜੇ ਅੰਗ ਕੋਲ ਹੈ ਇਹ ਹੈ ਨਿਆਂਪਾਲਿਕਾ ਕੋਲ ਨਿਆਂਪਾਲਿਕਾ ਕੋਲ ਕਿਹੜੀਆਂ ਰਾਜ ਸਰਕਾਰਾਂ ਦੁਆਰਾ ਸ਼ਰਾਬ ਬੰਦੀ ਕਾਨੂੰਨ ਪਾਸ ਕੀਤੇ ਗਏ ਹਨ? ਯਾਨੀ ਕਿਹੜੀਆਂ ਸਟੇਟਸ ਗਵਰਨਮੈਂਟ ਨੇ ਜਿਨ੍ਹਾਂ ਦੁਆਰਾ ਸ਼ਰਾਬ ਬੰਦੀ ਕਾਨੂੰਨ ਨੇੜੇ ਪਾਸ ਕੀਤੇ ਗਏ ਨੇ? ਇਹ ਕਿਹੜੇ-ਕਿਹੜੇ ਨੇ? ਗੁਜਰਾਤ, ਹਰਿਆਣਾ ਅਤੇ ਕੇਰਲਾ। ਗੁਜਰਾਤ, ਹਰਿਆਣਾ ਅਤੇ ਕੇਰਲਾ। ਨੈਕਸਟ ਚੈਪਟਰ ਆਪਣੇ ਕੋਲ ਅੱਛਾ 25 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਤਰਮਨਿਰਪਕਤਾ ਦੀ ਮਹੱਤਤਾ ਅਤੇ ਅਦਰਸ਼ਲੀ ਕਾਨੂੰਨ। ਪਹਿਲਾ ਕੁਐਸਚਨ ਹੈ ਇਸ ਦਾ ਤਰਮਨਿਰਪਕਤਾ ਕੀ ਹੈ? ਸਾਰੇ ਧਰਮ ਨੂੰ ਬਰਾਬਰ ਸਮਝਣਾ ਉਸ ਨੂੰ ਬੋਲਿਆ ਜਾਂਦਾ ਹੈ ਧਰਮ ਨਿਰਪੱਖਤਾ ਸਾਰੇ ਧਰਮ ਨੂੰ ਇਕੁਅਲ ਮੰਨਣਾ ਭਾਰਤੀ ਸੰਵਿਧਾਨ ਕਦੋਂ ਲਾਗੂ ਹੋਇਆ ਭਾਰਤ ਦਾ ਜਨ ਸੰਵਿਧਾਨ ਸੀ ਇਹ ਲਾਗੂ ਹੋਇਆ ਸੀ 26 ਨਵੰਬਰ 1950 26 ਨਵੰਬਰ 1950 ਭਾਰਤੀ ਸੰਵਿਧਾਨ ਵਿੱਚ ਧਰਮ ਨਿਰਪੱਖਤਾ ਨੂੰ ਲਾਗੂ ਕਰਨ ਦਾ ਮੁੱਖ ਉਦੇਸ਼ ਕੀ ਸੀ ਇਸ ਦਾ ਮੁੱਖ ਉਦੇਸ਼ ਸੀ ਦੇਸ਼ ਨੂੰ ਧਾਰਮਿਕ ਤੌਰ ਤੇ ਆਜ਼ਾਦ ਕਰਨਾ ਦੇਸ਼ ਨੂੰ ਧਾਰਮਿਕ ਤੌਰ ਤੇ ਆਜ਼ਾਦ ਕਰਨਾ ਇਹ ਮੇਨ ਮੋਟਿਵ ਸੀ ਜੋ ਕਿ ਇਸ ਸੰਵਿਧਾਨ ਨੂੰ ਲਾਗੂ ਕਰਨ ਦਾ ਮੇਨ ਮੋਟਿਵ ਸੀ ਦੇਸ਼ ਨੂੰ ਧਾਰਮਿਕ ਤੌਰ ਤੇ ਆਜ਼ਾਦ ਕਰਨਾ ਸੰਵਿਧਾਨ ਦੇ ਕਿਸ ਅਨੁਛੇਦ ਵਿੱਚ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਹੈ ਇਹ ਹੈ ਆਰਟੀਕਲ 2 ਆਰਟੀਕਲ 14 ਤੋਂ ਲੈ ਕੇ 18 ਤੱਕ 14 ਤੋਂ 18 ਤੱਕ ਆਰਟੀਕਲ ਇਹ ਡੀਲ ਕਰਦੇ ਨੇ ਰਾਈਟ ਟੂ ਇਕੁਐਲਿਟੀ ਦੇਣਾ 14 ਤੋਂ 18 ਸਮਾਨਤਾ ਦਾ ਅਧਿਕਾਰ ਤੋਂ ਕੀ ਭਾਵ ਹੈ ਸਮਾਨਤਾ ਤੋਂ ਕੀ ਭਾਵ ਹੈ ਕਾਨੂੰਨ ਦੇ ਸਾਹਮਣੇ ਸਾਰੇ ਨਾਗਰਿਕ ਹਰ ਪੱਖੋਂ ਸਮਾਨ ਹਨ ਇਹ ਹੈ ਸਮਾਨਤਾ ਨਿਆ ਕੀ ਹੈ ਬਿਨਾਂ ਕਿਸੇ ਪੇਦਪਾਵ ਤੋਂ ਸਾਰਿਆਂ ਨੂੰ ਬਰਾਬਰ ਮੌਕੇ ਦੇਣਾ ਇਹ ਉਮ ਇਸ ਨੂੰ ਬੋਲਿਆ ਜਾਂਦਾ ਹੈ ਜੋਨਿਆ ਹੁੰਦੀ ਹੈ ਸਹੀ ਗਲਤ ਦਾ ਅਨਿਤਾਰਾ ਕਰਨਾ ਇਸ ਨੂੰ ਬੋਲਦੇ ਆਪਾਂ ਨਿਆ ਨਿਆ ਨੈਕਸਟ ਚੈਪਟਰ ਆਪਾਂ ਆਪਣੇ ਕੋਲ 26 ਨੰਬਰ ਚੈਪਟਰ ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮੂਲ ਦੇ ਅਧਿਕਾਰ ਅਤੇ ਮਨੁੱਖੀ ਅਧਿਕਾਰਾਂ ਵਜੋਂ ਵਜੋਂ ਮੂਲ ਦੇ ਕਰਤੱਵਾਂ ਯਾਨੀ ਡੀ ਪੀ ਐਸ ਪੀ ਔਰ ਫੰਡਾਮੈਂਟਲ ਰਾਈਟ ਪਹਿਲਾ ਕੁਐਸਚਨ ਹੈ ਇਸ ਦਾ ਜੋ ਅਧਿਕਾਰ ਵਿਅਕਤੀ ਦੀ ਮਾਨਸਿਕਤਾ ਸਰੀਰਕ ਸੱਭਿਆਚਾਰਕ ਪਾਵਰ ਸਰ ਪੱਖੀ ਵਿਕਾਸ ਲਈ ਜੁੜੀ ਹਨ ਉਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਬੋਲਦੇ ਨੇ ਮੂਲ ਅਧਿਕਾਰ ਯਾਨੀ ਫੰਡਾਮੈਂਟਲ ਰਾਈਟ ਸੈਕਿੰਡ ਕੁਐਸਚਨ ਹੈ ਆਪਣੇ ਕੋਲ ਭਾਰਤ ਦੇ ਸੰਵਿਧਾਨ ਵਿੱਚ ਮੂਲ ਅਧਿਕਾਰ ਅਧਿਕਾਰ ਕਿਹੜੇ ਦੇਸ਼ ਤੋਂ ਦੇ ਸੰਵਿਧਾਨ ਦੀ ਤਰਜ਼ ਤੇ ਅਧਾਰਤ ਹੁੰਦੇ ਹਨ ਇਹ ਅਧਾਰਤ ਨੇ ਸੰਯੁਕਤ ਰਾਜ ਅਮਰੀਕਾ ਦੇ ਉੱਪਰ ਸੰਯੁਕਤ ਰਾਜ ਅਮਰੀਕਾ ਯੂਐਈ ਯਾਨੀ ਜੋ ਫੰਡਾਮੈਂਟਲ ਰਾਈਟ ਨੇ ਇਹ ਆਪਾਂ ਨੇ ਇੰਡੀਆ ਨੇ ਕਿੱਥੋਂ ਬਰੋ ਕਿਤੇ ਨੇ ਕਿਤੇ ਨੇ ਆਪਾਂ ਨੇ ਅਮਰੀਕਾ ਤੋਂ ਯੂਐਸਏ ਤੋਂ ਨੈਕਸਟ ਕੁਐਸਚਨ ਹੈ ਆਪਣੇ ਕੋਲ 3 ਨੰਬਰ ਕੁਐਸਚਨ ਭਾਰਤ ਦੇ ਸੰਵਿਧਾਨ ਵਿੱਚ ਮੂਲ ਦੇ ਅਧਿਕਾਰ ਤੇ ਕਿਹੜੇ ਅਨੁਸ਼ੇਦ ਹਨ ਇਹ ਅਨੁਸ਼ੇਦ ਨੇ 14 ਤੋਂ ਲੈ ਕੇ 32 ਤੱਕ ਆਰਟੀਕਲ ਨੇ ਇਹ ਠੀਕ ਹੈ ਉਸ ਤੋਂ ਬਾਅਦ ਨੈਕਸਟ ਕੁਸ਼ਚਨ ਹੈ ਆਪਣੇ ਕੋਲ 4th ਨੰਬਰ ਕੁਸ਼ਚਨ ਮੂਲਿਕ ਅਧਿਕਾਰਾਂ ਨੂੰ ਲਾਗੂ ਕਰਵਾਉਣ ਲਈ ਭਾਰਤ ਦੇ ਸੰਵਿਧਾਨ ਵਿੱਚ ਕਿਹੜੇ ਅਨੁਸ਼ੋਦੀ ਅਨੁਸ਼ੇਦ ਦੀ ਵਿਵਸਥਾ ਕੀਤੀ ਗਈ ਹੈ ਇਹ ਹੈ ਆਰਟੀਕਲ 32 ਜਿਸ ਦੇ ਵਿੱਚ ਰਿਟਸ ਆndੀਆਂ ਨੇ 5 ਰਿਟਸ ਆndੀਆਂ ਨੇ ਬੇਸਿਕਲੀ ਜਿਸ ਦੇ ਵਿੱਚ ਹੈਬੀਅਸ ਕੋਰਪਸ ਮੈਂਡਮਸ ਪ੍ਰੋਹੀਬਿਸ਼ਨ ਸਰਸਰੀ ਇਹ ਪੰਜ ਰਿਟਸ ਆndੀਆਂ ਨੇ ਜਿਸ ਤੇ ਅਗਰ ਕਿਸੇ ਪਰਸੰਦੇ ਫੰਡਾਮੈਂਟਲ ਰਾਈਟ ਦਾ ਹਨਨ ਹੁੰਦਾ ਤਾਂ ਉਹ ਸੁਪਰੀਮ ਕੋਰਟ ਹਾਈ ਕੋਰਟ ਦੇ ਵਿੱਚ ਜਾ ਸਕਦਾ ਹੈ ਹਾਈ ਕੋਰਟ 'ਚ ਜਾਣ ਲਈ 32 ਆਰਟੀਕਲ ਦੀ ਰਿਕੁਆਇਰਮੈਂਟ ਹੈ ਅਗਰ ਸੁਪਰੀਮ ਕੋਰਟ 'ਚ ਜਾਣਾ ਚਾਹੁੰਦਾ ਹੈ ਸੁਪਰੀਮ ਕੋਰਟ 'ਚ ਜਾਣਾ ਚਾਹੁੰਦਾ ਤਾਂ ਆਰਟੀਕਲ 32 ਦੀ ਰਿਕੁਆਇਰਮੈਂਟ ਹੈ ਅਗਰ ਹਾਈ ਕੋਰਟ ਦੇ ਵਿੱਚ ਜਾਣਾ ਚਾਹੁੰਦਾ ਤਾਂ ਉਸ ਨੂੰ ਆਰਟੀਕਲ 226 ਦਾ ਇਸਤੇਮਾਲ ਕਰਨਾ ਪਏਗਾ ਇਹ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ 5ਥ ਨੰਬਰ ਕੁਐਸਚਨ ਬੱਚਿਆਂ ਦੀ ਸਿੱਖਿਆ ਪ੍ਰਣਾਲੀ ਸਿੱਖਿਆ ਦੇ ਅਧਿਕਾਰ ਨੂੰ ਮੌਲਿਕ ਅਧਿਕਾਰਾਂ ਦੀ ਸ਼੍ਰੇਣੀ ਵਿੱਚੋਂ ਕਦੋਂ ਸ਼ਾਮਿਲ ਕੀਤਾ ਗਿਆ ਇਹ ਐਜੂਕੇਸ਼ਨ ਦਾ ਅ ਦੋ ਦੇ ਵਿੱਚ ਇਹ ਅਮੈਂਡਮੈਂਟ ਹੋਈ ਸੀ ਇੱਕ ਸੰਸ਼ੋਧਨ ਹੋਇਆ ਸੀ 86ਵੇਂ ਅਮੈਂਡਮੈਂਟ ਦੇ ਵਿੱਚ ਇਸ ਦੇ ਵਿੱਚ ਬੱਚਿਆਂ ਨੂੰ ਅਧਿਕਾਰ ਦਿੱਤਾ ਗਿਆ ਸੀ ਪੜਨ ਦਾ ਅਧਿਕਾਰ ਸਿੱਖਿਆ ਦਾ ਅਧਿਕਾਰ ਨੈਕਸਟ ਕੁਐਸਚਨ ਹੈ ਆਪਣੇ ਕੋਲ 8 ਨੰਬਰ ਕੁਐਸਚਨ ਸੰਵਿਧਾਨ ਦੇ ਕਿਹੜੇ ਅਨੁਸ਼ੇਦ ਅਧੀਨ ਧਰੰਦੇ ਵਿਚਾਰ ਤੇ ਵਿਤਕਰਾ ਕਰਨ ਦੀ ਮਨਾਹੀ ਕੀਤੀ ਗਈ ਇਹ ਹੈ ਆਰਟੀਕਲ 25 ਅਨੁਸ਼ੇਦ 25 ਕਾਨੂੰਨ ਦੀਆਂ ਨਜ਼ਰਾਂ ਵਿੱਚ ਊਚ ਨੀਚ ਅਮੀਰ ਗਰੀਬ ਰੰਗ ਨਸਲ ਸਾਰਾ ਕੁਝ ਐਡਾ ਹੈ ਕੋਈ ਵਿਤਕਰਾ ਨਹੀਂ ਹੋਏਗਾ ਇਕੁਅਲ ਹੋਏਗਾ ਸਾਰਾ ਕੁਝ ਇਹ ਕਿਹੜੇ ਕਿਸ ਦੇ ਅੰਦਰ ਆਏਗਾ ਇਹ ਆਏਗਾ ਰਾਈਟ ਟੂ ਇਕੁਐਲਟੀ ਦੇ ਅੰਦਰ ਸਮਾਨਤਾ ਦੇ ਅਧਿਕਾਰ ਦੇ ਅੰਦਰ ਨੈਕਸਟ ਕੁਐਸਚਨ ਹੈ ਆਪਣੇ ਕੋਲ 10 ਨੰਬਰ ਕੁਐਸਚਨ ਭਾਰਤ ਦੇ ਨਾਗਰਿਕਾਂ ਨੂੰ ਆਪਣੀ ਇੱਛਾ ਅਨੁਸਾਰ ਕੋਈ ਵੀ ਧਰਮ ਅਪਣਾਉਣ ਲਈ ਦੀ ਪੂਰੀ ਖੁੱਲ ਹੈ ਭਾਰਤੀ ਸੰਵਿਧਾਨ ਵਿੱਚ ਇਹ ਕਿਸ ਅੰਦਰ ਆਉਂਦਾ ਹੈ ਕਿਸ ਮੌਲਿਕ ਅਧਿਕਾਰ ਨੂੰ ਦਰਸਾਉਂਦਾ ਹੈ ਇਹ ਦਰਸਾਉਂਦਾ ਹੈ ਧਾਰਮਿਕ ਆਜ਼ਾਦੀ ਦਾ ਅਧਿਕਾਰ ਧਾਰਮਿਕ ਆਜ਼ਾਦੀ ਦਾ ਅਧਿਕਾਰ ਭਾਰਤ ਦੇ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੋਣ ਤੇ ਨਿਆ ਪਾਲੇਕਾ ਦੀ ਸ਼ਰਨ ਲਈ ਜਾ ਸਕਦੀ ਹੈ ਇਹ ਵਿਵਸਥਾ ਕਿਹੜੇ ਅਧਿਕਾਰ ਅਧੀਨ ਕੀਤੀ ਗਈ ਇਹ ਕੀਤੀ ਗਈ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਅਧੀਨ ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰਾਂ ਅਧੀਨ ਨੈਕਸਟ ਕੁਐਸਚਨ ਹੈ 12 ਨੰਬਰ ਕੁਐਸਚਨ ਭਾਰਤ ਦੇ ਸੰਵਿਧਾਨ ਵਿੱਚ ਮਨੁੱਖ ਦਾ ਵਪਾਰ ਮਨੁੱਖਾਂ ਦਾ ਵਪਾਰ ਅਤੇ ਬਿਨਾਂ ਤਨਖਾਹ ਕੰਮ ਕਰਵਾਉਂਦੀ ਮਨਾਹੀ ਕੀਤੀ ਗਈ ਹੈ ਇਹ ਵਿਵਸਥਾ ਕਿਹੜੇ ਅਧਿਕਾਰ ਨੂੰ ਦਰਸਾਉਂਦੀ ਹੈ ਇਹ ਦਰਸਾਉਂਦੀ ਹੈ ਸ਼ੋਸ਼ਣ ਵਿਰੋਧ ਅਧਿਕਾਰ ਸ਼ੋਸ਼ਣ ਵਿਰੋਧ ਅਧਿਕਾਰ ਨੈਕਸਟ ਕੁਐਸਚਨ ਹੈ ਆਪਣੇ ਕੋਲ 13 ਨੰਬਰ ਕੁਐਸਚਨ ਸੰਵਿਧਾਨ ਦੀ ਕਿਹੜੀ ਧਾਰਾ ਅਨੁਸਾਰ ਧਰਮ ਜਾਤੀ ਲਿੰਗ ਅਤੇ ਨਸਲ ਦੇ ਆਧਾਰ ਤੇ ਵਿਤਕਰੇ ਦੀ ਕਰਨ ਦੀ ਮਨਾਹੀ ਕੀਤੀ ਗਈ ਹੈ ਇਹ ਹੈ ਆਰਟੀਕਲ 15 15 ਆਰਟੀਕਲ ਦੇ ਤਹਿਤ ਇਹ ਜਿਹੜੀ ਮਨਾਹੀ ਆ ਉਹ ਕੀਤੀ ਗਈ ਹੈ ਨੈਕਸਟ ਚੈਪਟਰ ਹੁੰਦਾ ਹੈ ਆਪਣੇ ਕੋਲ 27 ਨੰਬਰ ਪਾਠ ਚੈਪਟਰ 7 ਸੰਸਦ ਬੰਤਰ ਭੂਮਿਕਾ ਅਤੇ ਵਿਸ਼ੇਸ਼ਤਾਵਾਂ ਪਹਿਲਾ ਕੁਸ਼ਨ ਹੈ ਇਸ ਦਾ ਸੰਸਦ ਨੂੰ ਇੰਗਲਿਸ਼ ਵਿੱਚ ਕੀ ਕਹਿੰਦੇ ਹਨ ਇੰਗਲਿਸ਼ ਭਾਸ਼ਾ ਵਿੱਚ ਕਿਹਾ ਜਾਂਦਾ ਹੈ ਪਾਰਲੀਮੈਂਟ ਪਾਰਲੀਮੈਂਟ ਨੈਕਸਟ ਕੁਸ਼ਨ ਹੈ ਆਪਣੇ ਕੋਲ ਸੈਕੰਡ ਨੰਬਰ ਕੁਸ਼ਨ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਪਾਰਲੀਮੈਂਟ ਫ੍ਰਾਂਸੀਸੀ ਭਾਸ਼ਾ ਦੇ ਕਿਸ ਸ਼ਬਦ ਤੋਂ ਲਿਆ ਗਿਆ ਹੈ ਇਹ ਸ਼ਬਦ ਲਿਆ ਗਿਆ ਹੈ ਪਾਰਲ ਸ਼ਬਦ ਤੋਂ ਇਹ ਇੱਕ ਫ੍ਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਜਿਸ ਤੋਂ ਅੰਗਰੇਜ਼ੀ ਦਾ ਇੱਕ ਸ਼ਬਦ ਲਿਆ दैट इज ਪਾਰਲੀਮੈਂਟ ਪਾਰਲਰ ਸ਼ਬਦ ਤੋਂ ਪਾਰਲਰ ਸ਼ਬਦ ਦਾ ਅਰਥ ਕੀ ਹੈ ਇਸ ਦਾ ਅਰਥ ਹੈ ਗੱਲਬਾਤ ਕਰਨਾ ਗੱਲਬਾਤ ਕਰਨਾ ਨੈਕਸਟ ਕੁਐਸਚਨ ਹੈ ਆਪਣੇ ਕੋਲ 4 ਨੰਬਰ ਕੁਐਸਚਨ ਅ ਵਰਤਮਾਨ ਸਮੇਂ ਲੋਕ ਸਭਾ ਦੇ ਮੈਂਬਰਾਂ ਦੀ ਕੁੱਲ ਸੰਖਿਆ ਕਿੰਨੀ ਹੈ ਵਰਤਮਾਨ ਟਾਈਮ ਦੇ ਉੱਪਰ ਜੋ ਅ ਸੰਖਿਆ ਹੈ ਉਹ ਹੈ 545 ਅਗਰ ਪੁੱਛਿਆ ਜਾਵੇ ਮੈਕਸਿਮਮ ਕਿੰਨੀ ਹੋ ਸਕਦੀ ਹੈ ਉਸ ਦਾ ਅਨਸਰ ਹੋ ਗਿਆ 552 552 ਦੇ ਵਿੱਚ ਜਿਹੜੇ ਦੋ ਮੈਂਬਰ ਹੁੰਦੇ ਨੇ ਇਹਨਾਂ ਨੂੰ ਨਾਮਿਨੇਟ ਕਰਦੇ ਨੇ ਰਾਸ਼ਟਰਪਤੀ ਇਹ ਐਂਗਲੋ ਇੰਡੀਅਨ ਮੈਂਬਰਸ ਹੁੰਦੇ ਨੇ ਐਂਗਲੋ ਇੰਡੀਅਨਸ ਪਾਰਟੀ ਦੇ ਮੈਂਬਰ ਹੁੰਦੇ ਨੇ ਕਮਿਊਨਿਟੀ ਦੇ ਮੈਂਬਰ ਹੁੰਦੇ ਨੇ ਬੇਸਿਕਲੀ ਇਹਨਾਂ ਨੂੰ ਨਾਮਿਨੇਟ ਕੀਤਾ ਜਾਂਦਾ ਹੈ ਰਾਸ਼ਟਰਪਤੀ ਦੇ ਦੁਆਰਾ ਇਹ ਯਾਦ ਰੱਖਣਾ ਹੈ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਲੋਕ ਸਭਾ ਦੇ ਕਿੰਨੇ ਮੈਂਬਰ ਨਾਮ ਜਿਤ ਕਰਦੇ ਹਨ ਇਹ ਕਰਦੇ ਨੇ ਦੋ ਇਹ ਪੁੱਛਿਆ ਜਾ ਸਕਦਾ ਕਿ ਕਿਹੜੇ ਮੈਂਬਰ ਹੁੰਦੇ ਨੇ ਇਹ ਐਂਗਲੋ ਇੰਡੀਅਨ ਮੈਂਬਰਸ ਹੁੰਦੇ ਨੇ ਜੋ ਕਿ ਇੱਥੇ ਲਿਖਿਆ ਗਿਆ ਹੈ ਐਂਗਲੋ ਇੰਡੀਅਨਸ ਕਮਿਊਨਿਟੀ ਨੈਕਸਟ ਕੁਐਸਚਨ ਹੈ 6 ਨੰਬਰ ਕੁਐਸਚਨ 6 ਨੰਬਰ ਕੁਐਸਚਨ ਲੋਕ ਸਭਾ ਵਿੱਚ ਲੋਕਾਂ ਦੁਆਰਾ ਸਿੱਧੇ ਚੁਣੇ ਜਾਣ ਵਾਲੇ ਮੈਂਬਰਾਂ ਦੀ ਸੰਖਿਆ ਕਿੰਨੀ ਹੁੰਦੀ ਹੈ ਇਹ ਹੁੰਦੀ ਹੈ 543 543 ਨੈਕਸਟ ਕੁਐਸਚਨ ਹੈ ਆਪਣੇ ਕੋਲ 7th ਨੰਬਰ ਕੁਐਸਚਨ ਭਾਰਤੀ ਸੰਸਦ ਦੇ ਦੋ ਸਦਨ ਹਨ ਲੋਕ ਸਭਾ ਤੇ ਰਾਜ ਸਭਾ ਰਾਜ ਸਭਾ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਹੁੰਦੀ ਹੈ ਇਹਨਾਂ ਦੀ ਹੁੰਦੀ ਹੈ ਇਨਾਂ ਦੇ ਵਿੱਚ ਜੋ ਮੈਂਬਰ ਨਾਮਿਨੇਟ ਹੁੰਦੇ ਨੇ ਉਹ ਹੁੰਦੇ ਨੇ 12 12 ਇਹਦੇ ਵਿੱਚ ਆਰਟ ਸਾਇੰਸ ਰਿਲੇਟਡ ਜਿਹੜੀ ਇਨਫੋਰਮੇਸ਼ਨ ਹੈ ਇਹਨਾਂ ਨੂੰ ਹੋਣੀ ਚਾਹੀਦੀ ਹੈ ਯਾਨੀ ਇਹਨਾਂ ਨੂੰ ਅ ਐਜੂਕੇਸ਼ਨ ਹੋਣੀ ਚਾਹੀਦੀ ਹੈ ਇਹਨਾਂ ਨੂੰ ਨੌਲੇਜ ਹੋਣੀ ਚਾਹੀਦੀ ਹੈ ਇਸ ਦੇ ਰਿਲੇਟਡ ਆਰਟ ਕਲਚਰ ਸਾਇੰਸ ਦੇ ਰਿਲੇਟਡ ਉਹਨਾਂ ਨੂੰ ਰਾਸ਼ਟਰਪਤੀ ਨਾਮਿਨੇਟ ਕਰਦੇ ਨੇ 12 ਮੈਂਬਰਸ ਨੂੰ ਇਹ ਵੀ ਤੁਸੀਂ ਯਾਦ ਰੱਖਣਾ ਹੈ ਟੋਟਲ ਰਾਸ਼ਟਰਪਤੀ ਦੋਨਾਂ ਹਾਊਸ ਦੇ ਵਿੱਚ 14 ਮੈਂਬਰਸ ਨਾਮਿਨੇਟ ਕਰਦੇ ਨੇ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਐਸਚਨ ਹੈ ਆਪਣੇ ਕੋਲ 8ਥ ਨੰਬਰ ਕੁਐਸਚਨ ਸੰਸਦ ਪ੍ਰਣਾਲੀ ਦੀ ਕੋਈ ਇੱਕ ਮੁੱਖ ਵਿਸ਼ੇਸ਼ਤਾ ਦੱਸੋ ਸੰਸਦ ਪ੍ਰਣਾਲੀ ਦੀ ਕਮੁੱਖ ਵਿਸ਼ੇਸ਼ਤਾ ਹੈ ਮੰਤਰੀ ਮੰਡਲ ਦੀ ਸਮੂਹਿਕ ਜ਼ਿੰਮੇਵਾਰੀ ਅਤੇ ਕਾਰਜਪਾਲਿਕਾ ਇਹ ਇਹਦੇ ਦੋ ਰੂਪ ਨੇ ਇੱਕ ਦਾ ਨਾਮਾਤਰ ਕਾਰਜਪਾਲਿਕਾ ਇੱਕ ਹੈ ਅਸਲੀ ਕਾਰਜਪਾਲਿਕਾ ਅਸਲੀ ਕਾਰਜਪਾਲਿਕਾ ਔਰ ਨਾਮਾਤਰ ਕਾਰਜਪਾਲਿਕਾ ਨੈਕਸਟ ਕੁਐਸਚਨ ਹੈ 9ਥ ਨੰਬਰ ਕੁਐਸਚਨ ਜਦੋਂ ਕਾਰਜਪਾਲਿਕਾ ਦੇ ਮੈਂਬਰ ਸੰਸਦੇ ਹੇਠਲੇ ਸਦਨ ਲੋਕ ਸਭਾ ਵਿੱਚ ਵਿਸ਼ਵਾਸ ਗਵਾ ਬੈਠਦੇ ਹਨ ਤਾਂ ਕਾਰਜਪਾਲੀਆਂ ਨੂੰ ਕਨੂੰ ਕੀ ਕਰਨਾ ਪੈਂਦਾ ਉਸ ਦਾ ਪ੍ਰਭਾਵ ਪੈਂਦਾ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਯਾਨੀ ਰਿਜ਼ਾਈਨ ਕਰਨਾ ਪੈਂਦਾ ਪੂਰੀ ਪਾਰਲੀਮੈਂਟ ਦੇ ਵਿੱਚੋਂ ਜੋ ਵੀ ਜੋ ਵੀ ਫੋਰਸ ਦੇ ਵਿੱਚ ਪਾਵਰ ਹੁੰਦੀ ਹੈ ਪਾਵਰ ਦੇ ਵਿੱਚ ਹੁੰਦੀ ਹੈ ਜੋ ਪਾਰਟੀ ਉਸ ਨੂੰ ਕੀ ਕਰਨਾ ਪੈਂਦਾ ਰਿਜ਼ਾਈਨ ਕਰਨਾ ਪੈਂਦਾ ਹੈ ਅਸਤੀਫਾ ਦੇਣਾ ਪੈਂਦਾ ਨੈਕਸਟ ਕੁਐਸਚਨ ਹੈ ਆਪਣੇ ਕੋਲ 10th ਨੰਬਰ ਕੁਐਸਚਨ ਰਾਸ਼ਟਰਪਤੀ ਦੀ ਜਿਹੜੀ ਘੱਟੋ ਘੱਟ ਉਮਰ ਰੱਖੀ ਗਈ ਹੈ ਕਿੰਨੀ ਰੱਖੀ ਗਈ ਹੈ ਇਹ ਰੱਖੀ ਗਈ ਹੈ 35 ਸਾਲ ਇਹ ਯਾਦ ਰੱਖਣਾ ਹੈ ਪੁੱਛਿਆ ਜਾ ਸਕਦਾ ਹੈ ਰਾਜ ਸਭਾ ਦੇ ਵਿੱਚ ਕਿੰਨੀ ਅ ਇਸ ਹੋਣੀ ਚਾਹੀਦੀ ਹੈ ਉਸ ਦਾ ਅਨਸਰ ਹੋਏਗਾ 30 ਸਾਲ ਜੋ ਲੋਕ ਸਭਾ ਦੇ ਮੈਂਬਰ ਬਣ ਲਈ ਕਿੰਨੀ ਚਾਹੀਦੀ ਹੈ ਇਹ ਚਾਹੀਦੀ ਹੈ 25 ਸਾਲ ਇਹ ਵੀ ਤੁਸੀਂ ਯਾਦ ਰੱਖਣਾ ਹੈ ਨੈਕਸਟ ਕੁਸ਼ਚਨ ਹੈ ਆਪਣੇ ਕੋਲ 28 ਨੰਬਰ ਕੁਸ਼ਚਨ ਇਸ ਦੇ ਵਿੱਚ 28 ਨੰਬਰ ਚੈਪਟਰ ਇਸ ਦੇ ਵਿੱਚ ਕੁਸ਼ਚਨ ਹੋਣਗੇ ਆਪਣੇ ਨਿਆਪਾਲਿਕਾ ਦੀ ਕਾਰਜ ਵਿਧੀ ਅਤੇ ਵਿਸ਼ੇਸ਼ ਅਧਿਕਾਰ ਦੇ ਬਾਰੇ ਪਹਿਲਾ ਕੁਸ਼ਚਨ ਹੈ ਆਪਣੇ ਕੋਲ ਸਰਕਾਰ ਦੇ ਤਿੰਨ ਅੰਗਾਂ ਦੇ ਨਾਮ ਦੱਸੋ ਸਰਕਾਰ ਦੇ ਜਿਹੜੇ ਤਿੰਨ ਅੰਗ ਨੇ ਕਿਹੜੇ-ਕਿਹੜੇ ਨੇ ਵਿਧਾਨਪਾਲਿਕਾ ਕਾਰਜਪਾਲਿਕਾ ਔਰ ਨਿਆਪਾਲਿਕਾ ਵਿਧਾਨਪਾਲਿਕਾ ਕਾਰਜਪਾਲਿਕਾ ਔਰ ਨਿਆਪਾਲਿਕਾ ਨੈਕਸਟ ਕੁਸ਼ਚਨ ਹੈ ਸੈਕੰਡ ਨੰਬਰ ਕੁਸ਼ਚਨ ਸਰਕਾਰ ਦਾ ਕਿਹੜਾ ਅੰਗ ਲੋਕਾਂ ਨੂੰ ਨਿਆਂ ਦੇਣ ਦਾ ਕੰਮ ਕਰਦਾ ਹੈ ਸਰਕਾਰ ਦਾ ਕਿਹੜਾ ਅੰਗ ਹੈ ਜੋ ਕਿ ਨਿਆਂ ਦੇਣ ਦਾ ਕੰਮ ਕਰਦਾ ਹੈ ਇਹ ਹੈ ਨਿਆਂਪਾਲਿਕਾ ਨਿਆਂਪਾਲਿਕਾ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ ਭਾਰਤ ਵਿੱਚ ਨਿਆਂਪਾਲਿਕਾ ਦੀ ਸਭ ਤੋਂ ਉੱਚੀ ਅਦਾਲਤ ਨੂੰ ਕੀ ਕਹਿੰਦੇ ਹਨ ਉਸ ਨੂੰ ਕਿਹਾ ਜਾਂਦਾ ਹੈ ਸਰਵਉੱਚ ਅਦਾਲਤ ਸਰਵਉੱਚ ਅਦਾਲਤ ਮੁਕਦਮੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਦੋ ਤਰ੍ਹਾਂ ਦੇ دیਵਾਨੀ ਅਤੇ ਫੌਜਦਾਰੀ دیਵਾਨੀ ਅਤੇ ਫੌਜਦਾਰੀ ਗਾਲੀ ਗਲੋਚ ਅਤੇ ਮਾਰ ਤੜ ਮਾਰ ਤੜ ਸਬੰਧੀ ਮੁਕਦਮੇ ਨੂੰ ਕਿਹੜਾ ਮੁਕਦਮਾ ਕਿਹਾ ਜਾਂਦਾ ਹੈ ਇਸ ਨੂੰ ਕਿਹਾ ਜਾਂਦਾ ਹੈ ਫੌਜਦਾਰੀ ਫੌਜਦਾਰੀ ਮੁਕਦਮਾ ਨੈਕਸਟ ਹੈ 4 ਨੰਬਰ ਕੁ ਜੇ ਦਾ ਅਦਾਲਤ ਦੇ ਫੈਸਲੇ ਵਿਰੁੱਧ ਕਿਹੜੀ ਅਦਾਲਤ ਹੈ ਜਿਹੜੀ ਅਪੀਲ ਕੀਤੀ ਜਾ ਸਕਦੀ ਹੈ ਹਾਈ ਕੋਰਟ ਵੱਲ ਹਾਈ ਕੋਰਟ ਵੱਲ ਅਪੀਲ ਕੀਤੀ ਜਾ ਸਕਦੀ ਹੈ ਜਦੋਂ ਆਪਾਂ ਨੇ ਜ਼ਿਲ੍ਹਾ ਅਦਾਲਤ ਦੇ ਫੈਸਲੇ ਦੇ ਵਿਰੁੱਧ ਅਪੀਲ ਕਰਨੀ ਹੁੰਦੀ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿਰੁੱਧ ਕਿੱਥੇ ਆਪ ਅਪੀਲ ਕਰ ਸਕਦੇ ਆ ਸੁਪਰੀਮ ਕੋਰਟ ਦੇ ਵਿੱਚ ਜੋ ਕਿ ਭਾਰਤੀ ਸਭ ਤੋਂ ਉੱਚੀ ਅਦਾਲਤ ਹੈ ਜਿਸ ਨੂੰ ਬੋਲਦੇ ਸੁਪਰੀਮ ਕੋਰਟ ਕਿੱਥੇ ਹੈ ਇਹ ਨਿਊ ਦਿੱਲੀ ਦੇ ਵਿੱਚ ਨਿਊ ਦਿੱਲੀ ਮੌਲਿਕ ਅਧਿਕਾਰ ਵਿਆ ਤਲਾਕ ਅਤੇ ਜਾਇਦਾਦ ਸੰਬੰਧੀ ਮੁਕਦਮੇ ਕਿਹੜੀ ਕਿਸਮ ਦੇ ਹੁੰਦੇ ਹਨ ਇਹਨਾਂ ਨੂੰ ਬੋਲਿਆ ਜਾਂਦਾ ਦਿਵਾਨੀ ਮੁਕਦਮੇ ਦਿਵਾਨੀ ਮੁਕਦਮੇ ਨੈਕਸਟ ਕੁਐਸਚਨ ਆਪਣੇ ਕੋਲ 9 ਨੰਬਰ ਕੁਐਸਚਨ ਆਮ ਜਨਤਾ ਦੇ ਹਿੱਤ ਨੂੰ ਮੁੱਖ ਰੱਖ ਕੇ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਜਿਸ ਦਾ ਕੇਸ ਮੁਕਦਮੇ ਨਾਲ ਕੋਈ ਵੀ ਸਬੰਧ ਨਾ ਹੋਵੇ ਅਦਾਲਤ ਵਿੱਚ ਮੁਕਦਮਾ ਕਰ ਸਕਦਾ ਹੈ ਅਜਿਹੇ ਮੁਕਦਮੇ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਇਸ ਨੂੰ ਬੋਲਿਆ ਜਾਂਦਾ ਹੈ ਜਨਹਿਤ ਮੁਕਦਮਾ ਜਨਹਿਤ ਮੁਕਦਮਾ ਜਿਹੜੇ ਵਕੀਲ ਸਰਕਾਰ ਦੇ ਹੱਕ ਵਿੱਚ ਕੇਸ ਲੜਦੇ ਹਨ ਉਹਨਾਂ ਨੂੰ ਕੀ ਬੋਲਦੇ ਨੇ ਉਹਨਾਂ ਨੂੰ ਬੋਲਦੇ ਨੇ ਸਰਕਾਰੀ ਵਕੀਲ ਸਰਕਾਰੀ ਵਕੀਲ ਨੈਕਸਟ ਚੈਪਟਰ ਆਪਣੇ ਕੋਲ 29 ਨੰਬਰ ਚੈਪਟਰ ਜਿਸ ਦੇ ਵਿੱਚ ਡਿਸਕਸ ਕਰਾਂਗੇ ਆਪਾਂ ਸਮਾਜਿਕ ਅਸਮਾਨਤਾਵਾਂ ਤੇ ਸਮਾਜਿਕ ਨਿਆਂ ਦੇ ਪ੍ਰਭਾਵ ਸਮਾਜਿਕ ਅਸਮਾਨਤਾਵਾਂ ਤੇ ਸਮਾਜਿਕ ਨਿਆਂ ਦੇ ਪ੍ਰਭਾਵ ਸਭ ਤੋਂ ਪਹਿਲਾਂ ਕੁਛ ਨੇ ਆਪਣੇ ਕੋਲ ਭਾਰਤੀ ਸੰਵਿਧਾਨ ਵਿੱਚ ਕਿਸ ਅਨੁਛੇਦ ਵਿੱਚ ਧਾਰਮਿਕ ਸੁਤੰਤਰਤਾ ਪ੍ਰਦਾਨ ਕੀਤੀ ਗਈ ਇਹੇ ਅਨੁਛੇਦ ਹਨ ਆਰਟੀਕਲ 25 ਤੋਂ ਲੈ ਕੇ 28 ਤੱਕ ਇਸ ਦੇ ਵਿੱਚ ਧਾਰਮਿਕ ਸੁਤੰਤਰਤਾ ਜਿਹੜੀ ਦਿੱਤੀ ਗਈ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਦੁਆਰਾ ਆਰਟੀਕਲ 25 ਤੋਂ ਲੈ ਕੇ 28 ਤੱਕ ਜਾਤੀਵਾਦ ਤੋਂ ਕੀ ਭਾਵ ਹੈ ਜਾਤੀਵਾਦ ਤੋਂ ਭਾਵ ਹੈ ਸਮਾਜਿਕ ਅਸਮਾਨਤਾ ਸਮਾਜਿਕ ਅਸਮਾਨਤਾ ਨੈਕਸਟ ਕੁਐਸਚਨ ਹੈ 3 ਨੰਬਰ ਕੁਐਸਚਨ 3 ਨੰਬਰ ਕੁਐਸਚਨ ਭਾਰਤ ਵਿੱਚ ਕਿੰਨੇ ਪਰਸੈਂਟ ਲੋਕ ਨੇ ਜਿਹੜੇ ਅਨਪੜ੍ਹ ਨੇ ਇਹ ਨੇ 34.62% ਯਾਨੀ 3 34.62% ਨੇ ਜਿਹੜੇ ਅਪ੍ਰੋਕਸੀਮੇਟਲੀ ਲੋਕ ਨੇ ਉਹ ਕਿਨੇ ਅਨਪੜ੍ਹ ਨੇ ਇਹ ਯਾਦ ਰੱਖਣਾ ਹੈ ਭਾਰਤੀ ਸੰਵਿਧਾਨ ਦੇ ਕਿੰਨੀਆਂ ਭਾਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਇਹ ਨੇ 22 ਭਾਸ਼ਾਵਾਂ 22 ਭਾਸ਼ਾਵਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ 5th ਨੰਬਰ ਕੁਐਸਚਨ ਕਿਹੜੀਆਂ ਜਾਤਾਂ ਨੂੰ ਅਨੁਸਚਿਤ ਜਾਤਾਂ ਦਾ ਨਾਮ ਦਿੱਤਾ ਗਿਆ ਹੈ ਇਹ ਨੇ ਦਲਿਤ ਜਾਤਾਂ ਦਲਿਤ ਜਾਤਾਂ ਨੈਕਸਟ ਕੁਐਸਚਨ ਹੈ ਆਪਣੇ ਕੋਲ 6 ਨੰਬਰ ਕੁਐਸਚਨ ਕਿਸ ਭਾਸ਼ਾ ਨੂੰ ਸਾਡੀ ਰਾਸ਼ਟਰੀ ਭਾਸ਼ਾ ਹੋਣ ਦਾ ਮਾਨ ਪ੍ਰਾਪਤ ਹੈ ਇਹ ਹੈ ਹਿੰਦੀ ਭਾਸ਼ਾ ਹਿੰਦੀ ਭਾਸ਼ਾ ਨੈਕਸਟ ਚੈਪਟਰ ਆਪਣੇ ਕੋਲ 3 ਨੰਬਰ ਚੈਪਟਰ ਔਰ ਲਾਸਟ ਚੈਪਟਰ ਹੈ ਇਹ ਜਿਸ ਦੇ ਵਿੱਚ ਪੰਜ ਕੁਐਸਚਨਸ ਨੇ ਇਹ ਹੈ ਸਮਾਜਿਕ ਖੇਤਰ ਵਿੱਚ ਸਰਕਾਰ ਦੇ ਯਤਨ ਅਤੇ ਇਹਨਾਂ ਦਾ ਪ੍ਰਭਾਵ ਪਹਿਲਾ ਕੁਐਸਚਨ ਹੈ ਇਸ ਦਾ ਭਾਰਤੀ ਸੰਵਿਧਾਨ ਵਿੱਚ ਸਮਾਨਤਾ ਦੇ ਅਧਿਕਾਰ ਕਿਉਂ ਸ਼ਾਮਿਲ ਕੀਤਾ ਗਿਆ ਇਹ ਕੀਤਾ ਗਿਆ ਸਮਾਜਿਕ ਅਸਮਾਨਤਾ ਨੂੰ ਦੂਰ ਕਰਨ ਦੇ ਲਈ ਭਾਰਤ ਵਿੱਚ ਆ ਭਾਰਤੀ ਸੰਵਿਧਾਨ ਵਿੱਚ ਸਮਾਨਤਾ ਦਾ ਅਧਿਕਾਰ ਐਡਿ ਰਾਈਟ ਟੂ ਇਕਵੈਲਟੀ ਐਡਾ ਐਡ ਕੀਤਾ ਗਿਆ ਸਮਾਜਿਕ ਅਸਮਾਨਤਾ ਜੋ ਹੈ ਇਸ ਨੂੰ ਦੂਰ ਕਰਨ ਦੇ ਲਈ ਸੈਕੰਡ ਕੁਐਸਚਨ ਹੈ ਆਪਣੇ ਕੋਲ ਜਨੂਪਯੋਗੀ ਸੇਵਾਵਾਂ ਤੋਂ ਕੀ ਪਾਵੇ ਜਨੂਪਯੋਗੀ ਸੇਵਾਵਾਂ ਤੋਂ ਪਾਵੇ ਸਮਾਜਿਕ ਵਿਕਾਸ ਤੋਂ ਹੈ ਯਾਨੀ ਜੋ ਜਨੂਪਯੋਗੀ ਸੇਵਾਵਾਂ ਹੁੰਦੀਆਂ ਨੇ ਇਹਨਾਂ ਤੋਂ ਪਾਵੇ ਸਮਾਜਿਕ ਵਿਕਾਸ ਤੋਂ ਸਮਾਜਿਕ ਵਿਕਾਸ ਮਨੁੱਖੀ ਅਧਿਕਾਰ ਵਿੱਚ ਕਿੰਨੇ ਤਰ੍ਹਾਂ ਦੇ ਅਧਿਕਾਰ ਸ਼ਾਮਿਲ ਕੀਤੇ ਗਏ ਨੇ ਮਨੁੱਖੀ ਅਧਿਕਾਰ ਵਿੱਚ ਜੋ ਅਧਿਕਾਰ ਨੇ ਉਹ ਨੇ ਚਾਰ ਪ੍ਰਕਾਰ ਦੇ ਚਾਰ ਪ੍ਰਕਾਰ ਦੇ ਜਿਹੜੇ ਅਧਿਕਾਰ ਨੇ ਉਹ ਸ਼ਾਮਿਲ ਕੀਤੇ ਗਏ ਨੇ ਮਨੁੱਖੀ ਅਧਿਕਾਰ ਵਿੱਚ ਸਮਾਜਿਕ ਅਸਮਾਨਤਾ ਤੋਂ ਕੀ ਭਾਵ ਹੈ ਸਮਾਜਿਕ ਅਸਮਾਨਤਾ ਤੋਂ ਭਾਵ ਹੈ ਸਮਾਜ ਵਿੱਚ ਬਰਾਬਰ ਅਧਿਕਾਰ ਪ੍ਰਾਪਤ ਨਾ ਹੋਣਾ ਅਸਮਾਨਤਾ ਦਾ ਮਤਲਬ ਕੀ ਹੁੰਦਾ ਇਕਵੈਲਟੀ ਨਾ ਹੋਣਾ ਯਾਨੀ ਸਮਾਜ ਵਿੱਚ ਬਰਾਬਰ ਅਧਿਕਾਰ ਨਾ ਹੋਣਾ ਉਸ ਨੂੰ ਆਪਾਂ ਬੋਲਦੇ ਹਾਂ ਸਮਾਜਿਕ ਅਸਮਾਨਤਾ ਨੈਕਸਟ ਕੁਐਸਚਨ ਹੈ ਲਾਸਟ ਕੁਐਸਚਨ 5ਥ ਨੰਬਰ ਕੁਐਸਚਨ ਕੋਈ ਦੋ ਮਨੁੱਖੀ ਅਧਿਕਾਰ ਦੱਸੋ ਯਾਨੀ ਮਨੁੱਖ ਦੇ ਜਿਹੜੇ ਦੋ ਅਧਿਕਾਰ ਨੇ ਉਹਨਾਂ ਦਾ ਨਾਮ ਦੱਸਣਾ ਹੈ ਇਹ ਨੇ ਜੀਵਨ ਦਾ ਅਧਿਕਾਰ ਔਰ ਮਨੁੱਖੀ ਗੌਰਵ ਦਾ ਅਧਿਕਾਰ ਮਨੁੱਖੀ ਗੌਰਵ ਦਾ ਅਧਿਕਾਰ ਔਰ ਜੀਵਨ ਦਾ ਅਧਿਕਾਰ ਸੋ ਇਹ ਸੀ ਪੂਰਾ ਕੰਪਲੀਟ ਜੀਕੇ ਦਾ ਨਿਚੋੜ ਜਿਸ ਦੇ ਵਿੱਚ ਆਪਾਂ ਨੇ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਜਿੰਨੇ ਵੀ ਚੈਪਟਰ ਸੀ ਉਹਨਾਂ ਨੂੰ 1 ਵਾਈ 1 ਚੈਪਟਰ ਦੇ ਮਾਧਿਅਮ ਨਾਲ ਐਮਸੀਕਿਊ ਫਾਰਮੈਟ ਦੇ ਵਿੱਚ ਡਿਸਕਸ ਕੀਤਾ ਹੈ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋ ਤਾਂ ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਲਾਈਕ ਕਰਨਾ ਹੈ ਸ਼ੇਅਰ ਕਰਨਾ ਹੈ ਔਰ ਅਗਰ ਤੁਹਾਨੂੰ ਸਾਡਾ ਚੈਨਲ ਪੰਜਾਬ IQ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਨਾ ਹੈ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਨਾ ਹੈ ਤਾਂ ਕਿ ਇਸ ਤਰ੍ਹਾਂ ਦੀ ਡਿਟੇਲ ਦੇ ਵਿੱਚ ਵੀਡੀਓਜ਼ ਨੇ ਉਹਨਾਂ ਨੂੰ ਤੁਸੀਂ ਬਿਲਕੁਲ ਵੀ ਮਿਸ ਨਾ ਕਰ ਪਾਓ ਇਸ ਦੇ ਵਿੱਚ ਸਾਰਾ ਦਾ ਸਾਰਾ ਜਿਹੜਾ ਨਿਚੋੜ ਹੈ ਜੀਕੇ ਦਾ ਕਿਉਂਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਦੁਆਰਾ ਸਪੈਸ਼ਲ ਮੈਂਸ਼ਨ ਕੀਤਾ ਗਿਆ ਹੈ ਕਿ ਅੱਠਵੀਂ ਲੈਵਲ ਦੀ ਜਿਹੜੀ ਜੀਕੇ ਪੁੱਛ ਜਾਈਗੀ ਐਗਜ਼ਾਮ ਦੇ ਵਿੱਚ ਇਸ ਲਈ ਕਾਫੀ ਸਟੂਡੈਂਟਸ ਦੀ ਡਿਮਾਂਡ ਸੀ ਕਿ ਸਰ ਜੋ ਵੀ ਅੱਠਵੀਂ ਲੈਵਲ ਦੀ ਜੀਕੇ ਆ ਉਹਨੂੰ ਇੱਕ ਹੀ ਵੀਡੀਓ ਦੇ ਵਿੱਚ ਕੰਬਾਈਨ ਕਰਕੇ ਲੈ ਕੇ ਆਓ ਇਸ ਲਈ ਤੁਹਾਡੀ ਹੀ ਡਿਮਾਂਡ ਦੇ ਉੱਪਰ ਇਹ ਵੀਡੀਓ ਮੈਂ ਤੁਹਾਡੇ ਲੈ ਕੇ ਲੈ ਕੇ ਆਇਆ ਹਾਂ ਮੇਰਾ ਨਾਮ ਹੈ ਮੋਹਿਦ ਗਰਕਾ ਇਸ ਲਈ ਤੁਹਾਨੂੰ ਇਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਇਸ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਬੈਲ ਆਈਕਨ ਨੂੰ ਵੀ ਜਰੂਰ ਪ੍ਰੈਸ ਕਰਨਾ ਹੈ ਤਾਂ ਕਿ ਇਸ ਤਰ੍ਹਾਂ ਦੀ ਜੋ ਇਨਫੋਰਮੇਟਿਵ ਵੀਡੀਓਜ਼ ਹੁੰਦੀਆਂ ਨੇ ਉਹਨਾਂ ਨੂੰ ਤੁਸੀਂ ਬਿਲਕੁਲ ਵੀ ਮਿਸ ਨਾ ਕਰ ਪਾਓ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਨਵਦੀਪ ਸਿੰਘ ਦੀ ਜਿਸ ਦੇ ਦੁਆਰਾ ਇਸ ਪੂਰੀ ਪੀਡੀਐਫ ਨੂੰ ਕੰਪਾਈਲ ਕੀਤਾ ਗਿਆ ਹੈ ਔਰ ਤਿਆਰ ਕੀਤਾ ਗਿਆ ਹੈ ਇਹ ਸਾਰਾ ਜਿਹੜਾ ਕ੍ਰੈਡਿਟ ਹੈ ਇਸ ਪੀਡੀਐਫ ਦਾ ਉਹ ਕਿਸ ਨੂੰ ਜਾਂਦਾ ਹੈ ਨਵਦੀਪ ਸਿੰਘ ਨੂੰ ਮੈਂ ਨਵਦੀਪ ਸਿੰਘ ਜੀ ਨੂੰ ਬਹੁਤ ਧੰਨਵਾਦ ਕਰਨਾ ਚਾਹਾਂਗਾ ਕਿਉਂਕਿ ਉਹਨਾਂ ਦੇ ਦੁਆਰਾ ਇੰਨੀ ਵੱਡੀ ਪੀਡੀਐਫ ਹੈ ਜਿਹੜੀ ਉਹ ਮਰਜ ਕਰਕੇ ਜਿਹੜੀ ਹੈ ਸ਼ੇਅਰ ਕੀਤੀ ਗਈ ਹੈ ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਅਗਰ ਤੁਹਾਨੂੰ ਇਹਨਾਂ ਦੇ ਵਿੱਚ ਇਸ ਦੇ ਵਿੱਚ ਆਪਾਂ ਨੇ 1000 ਦੇ ਆਸ-ਪਾਸ ਕੁਐਸਚਨਸ ਨੂੰ ਕਵਰ ਕੀਤਾ ਹੈ ਅਗਰ ਤੁਹਾਨੂੰ ਇਹਨਾਂ ਦੇ ਵਿੱਚ ਕਿਸੇ ਕੁਐਸਚਨ ਦੇ ਰਿਲੇਟਡ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਕਮੈਂਟ ਰਿਪਲਾਈ ਕੀਤਾ ਜਾਏਗਾ ਔਰ ਤੁਹਾਡਾ ਡਾਊਟ ਹੈਗਾ ਕਲੀਅਰ ਕੀਤਾ ਜਾਏਗਾ ਅਗਰ ਤੁਸੀਂ ਇਸ ਵੀਡੀਓ ਦੀ ਪੀਡੀਐਫ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਟੈਲੀਗ੍ਰam ਚੈਨਲ ਤੋਂ ਪੰਜਾਬ ਆਈਕਿਊ ਤੋਂ ਡਾਊਨਲੋਡ ਕਰ ਸਕਦੇ ਹੋ ਪੰਜਾਬ ਆਈਕਿਊ ਚੈਨਲ ਆਫੀਸ਼ੀਅਲ ਚੈਨਲ ਹੈ ਪੰਜਾਬ ਆਈਕਿਊ ਇਸ ਦੇ ਉੱਪਰ ਜੁਆਇਨ ਕਰਨਾ ਹੈ ਇਸ ਨੂੰ ਜੁਆਇਨ ਕਰਨਾ ਇਸ ਦੇ ਉੱਪਰ ਜਿਹੜੀ ਪੀਡੀਐਫ ਆ ਉਹ ਸ਼ੇਅਰ ਕਰ ਦਿੱਤੀ ਗਈ ਹੈ ਉਸ ਨੂੰ ਵੀ ਤੁਸੀਂ ਜਿਹੜਾ ਡਾਊਨਲੋਡ ਕਰ ਸਕਦੇ ਹੋ ਪੀਡੀਐਫ ਨੂੰ ਡਾਊਨਲੋਡ ਕਰ ਸਕਦੇ ਹੋ ਸੋ ਇਸ ਵੀਡੀਓ ਵਿੱਚ ਬਸ ਇੰਨਾ ਹੀ ਮਿਲਦੇ ਹਾਂ ਨੈਕਸਟ ਵੀਡੀਓ ਵਿੱਚ ਇਸ ਤੋਂ ਇਲਾਵਾ ਅਗਰ ਤੁਸੀਂ ਮੇਰੇ ਨਾਲ ਸੋਸ਼ਲ ਮੀਡੀਆ ਤੇ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਗ੍ਰਾਮ ਤੇ ਜੁੜ ਸਕਦੇ ਹੋ ਟੈਲੀਗ੍ਰਾਮ ਤੋਂ ਬਾਅਦ ਫੇਸਬੁੱਕ ਤੇ ਜੁੜ ਸਕਦੇ ਹੋ ਔਰ ਇੰਸਟਾਗ੍ਰam ਤੇ ਜੁਟ ਸਕਦੇ ਹੋ ਸਾਰੇ ਜਿਹੜੇ ਲਿੰਕ ਨੇ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੇ ਗਏ ਨੇ ਉੱਥੋਂ ਤੁਸੀਂ ਡਾਇਰੈਕਟ ਜਿਹੜਾ ਵਿਜ਼ਿਟ ਕਰ ਸਕਦੇ ਹੋ ਔਰ ਸਾਰੇ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਉੱਥੇ ਅਕਸੈਸ ਕਰ ਸਕਦੇ ਹੋ ਔਰ ਸਾਰੇ ਪਲੇਟਫਾਰਮਸ ਦੇ ਉੱਪਰ ਵਿਜ਼ਿਟ ਕਰਕੇ ਜੁਆਇਨ ਕਰ ਸਕਦੇ ਹੋ ਸੋ ਥੈਂਕਸ ਫॉर ਵਾਚਿੰਗ ਟੇਕ ਕੇਅਰ ਗੁੱਡ ਬਾਏ ਗੋਡ ਬlesਸ ਯੂ ਆਲ ਕੀਪ سپورਟਿੰਗ ਪੰਜਾਬੀ ਕਿਉ